ਪ੍ਰਭ ਜੂ ਤੋ ਕਹਿਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਉਣ ਆਹਾਰੀ ਮਾਦਵ ਮਹਾ ਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਵਿਕਾਰ ਨਿਰਜੁਰ ਨਿੰਦਰਾ ਬਿਨ ਨਿਰਬਖ ਨ ਰਖਨੇ ਵਾਰੀ ਕਿਰਪਾ ਸਿੰਧ ਕਾਲ ਤ੍ਰਦਰਸੀ ਕੁਕ੍ਰਿਤ ਪ੍ਰਨਾਸ਼ਨਕਾਰੀ ਤਨੁਰਪਾਂ ਤ੍ਰਿਤਮਾਨ ਧਰਾਤਰ ਅਨਵਿਕਾਰ ਅਸਤਾਰੀ ਹਉ ਮਤਮੰਦ ਚਰਨ ਸਰਨਾਗਤ ਕਰ ਗੈ ਲਿਹੋ ਉਬਾਰੀ ਹਉ ਮਤਮੰਦ ਚਰਨ ਸਰਨਾਗਤ ਕਰ ਗੈ ਲਿਹੋ ਉਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਕਮਲਪ੍ਰੀਤ ਸਿੰਘ ਜੀ ਸਾਡੇ ਨਾਲ ਜੁੜੇ ਬੈਠੇ ਨੇ ਸਾਨੂੰ ਬਹੁਤ ਖੁਸ਼ੀ ਹੈ ਤੁਸੀਂ ਆਪਣਾ ਸਮੇਂ ਚੋਂ ਸਮਾਂ ਕੱਢਿਆ ਤੇ ਸਾਡੇ ਨਾਲ ਅੱਜ ਵਿਰਾਜਿਓ ਤੁਸੀਂ ਜਿਵੇਂ ਹੈਲਥ ਦਾ ਪ੍ਰਚਾਰ ਕਰਦੇ ਹੋ ਕਿ ਹੈਲਥ ਡੀਗ੍ਰੇਡ ਹੋ ਰਹੀ ਹੈ ਰੀਸੈਂਟਲੀ ਵੀ ਕਾਫੀ ਜਗ੍ਹਾ ਤੇ ਜਿੰਦਾ ਕਹਿੰਦਾ ਨਾ ਬੰਦਾ ਛਾਇਆ ਹੁੰਦਾ ਹਰ ਜਗ੍ਹਾ ਤੇ ਕਾਫੀ ਵੀਡੀਓਜ਼ ਤੁਹਾਡੀ ਦੇਖੀ ਦੀਆਂ ਤੁਸੀਂ ਪ੍ਰੋਟੈਸਟ ਤੇ ਜਾਂਦੇ ਹੋ ਤੁਸੀਂ ਦੱਸ ਦਿਓ ਕਿ ਹੈਲਥ ਕਾਫੀ ਜ਼ਰੂਰੀ ਮੁੱਦਾ ਅੱਜ ਦੇ ਸਮੇਂ ਤੇ ਉਹ ਕਿਵੇਂ ਡਿਕਲਾਈਨ ਹੋ ਰਿਹਾ ਡੀਗ੍ਰੇਡ ਕਿਉਂ ਹੋ ਰਿਹਾ ਸਾਨੂੰ ਉਸ ਦੇ ਬਾਰੇ ਥੋੜਾ ਦੱਸੋ ਕਿ ਉਹ ਫਰਕ ਕਿਉਂ ਪੈ ਰਿਹਾ ਹੈ ਹੈਲਥ ਵਿਚਾਰਿਆਂ ਦੀ ਹਾਂ ਹੈਲਥ ਪੈਸਾ ਸਸਟਫਾਲ ਟੂ ਥੈਂਕ ਯੂ ਸੋ ਮੱਚ ਫॉर ਹੈਵਿੰਗ ਮੀ ਤੇ ਹੈਲਥ ਦੇ ਡਿਕਲਾਈਨੇਸ਼ਨ ਦਾ ਤੁਸੀਂ ਦੇਖੋ ਉਹਦਾ ਕਾਰਨ ਜੋ ਹੈ ਕੁਝ ਤਾਂ এনवायरमेंटਲ ਫੈਕਟਰਸ ਨੇ ਜਿਵੇਂ ਕਿ ਹਵਾ ਵਿੱਚ ਜੋ ਕਾ ਪੋਲੂਸ਼ਨ ਹੋ ਗਿਆ ਜਿਵੇਂ ਪਾਣੀ ਵਿੱਚ ਜੋ కెమికਲਸ ਦੀ ਸਪਲਾਈ ਹੋ ਗਈ ਤਾਂ ਇਹ ਚੀਜ਼ਾਂ ਸਾਡੇ ਕੰਟਰੋਲ ਵਿੱਚ ਉਨੇ ਜ਼ਿਆਦਾ ਨਹੀਂ ਹੈਗੇ ਪਰ ਕੁਝ ਚੀਜ਼ਾਂ ਹੈਗੀਆਂ ਸਾਡੇ ਕੰਟਰੋਲ ਵਿੱਚ ਜਿਵੇਂ ਡਾਈਟ ਐਂਡ ਲਾਈਫਸਟਾਈਲ ਜਿਸ ਤਰ੍ਹਾਂ ਦਾ ਖਾਣਾ ਅਸੀਂ ਖਾਂਦੇ ਆ ਜਿਸ ਤਰ੍ਹਾਂ ਦਾ ਲਾਈਫਸਟਾਈਲ ਅਸੀਂ ਜੀਂਦੇ ਆ ਸੋ दैट ਇੰਪੈਕਟਸ ਆਰ ਹੈਲਥ ਤਾਂ ਉਹਦੇ ਵਿੱਚ ਕੀ ਹੈਗਾ ਕਿ ਫਾਰ ਇਗਜ਼ਾਮਪਲ ਅੱਜਕੱਲ ਅਸੀਂ ਓਵਰਈਟਿੰਗ ਬਹੁਤ ਜ਼ਿਆਦਾ ਕਰਦੇ ਆ ਮਤ ਜਿੰਨਾ ਸਾਨੂੰ ਲੋੜ ਨਹੀਂ ਹੈ ਉਸ ਤੋਂ ਵਦ ਆਪਾਂ ਖਾਂਦੇ ਆ ਹੁਣ ਆਪਾਂ ਗੁਰਬਾਣੀ ਵਿੱਚ ਜਿਵੇਂ ਤੁਸੀਂ ਸ਼ਬਦ ਹਜ਼ਾਰੇ ਪਾਸ਼ਾ 10ਵੀਂ ਵਿੱਚੋਂ ਹੋਂਦ ਸ਼ਬਦ ਪੜਿਆ ਉਹਦੇ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਨੇ ਅਲਪ ਆਹਾਰ ਸੁਲਭ ਸੀ ਨਿਹੁਰਾ ਦਇਆ ਚਿਮਤਨ ਪ੍ਰੀਤ ਅਲਪ ਆਹਾਰ ਕਰਨ ਨੂੰ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਮਹਾਰਾਜ ਜੀ ਨੇ ਦੱਸਿਆ ਹੈਗਾ ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੈ ਤਨ ਪੀੜੈ ਮਨ ਮੈਂ ਚਲੇ ਹਨ ਵਿਕਾਰ ਯਾਨੀ ਜਿਸ ਤਰ੍ਹਾਂ ਦਾ ਭੋਜਨ ਖਾਓਗੇ ਜਾਂ ਹੋਰ ਖਾਓਗੇ ਜਿਸ ਨਾਲ ਤੁਹਾਡੇ ਸਰੀਰ ਵਿੱਚ ਪੀੜਾ ਹੋ ਸਕਦੀ ਹੈ ਤੇ ਉਹ ਕਮ ਸਾਨੂੰ ਨਹੀਂ ਕਰਨਾ ਚਾਹੀਦਾ ਹੈਗਾ ਪਰ ਅਸੀਂ ਫਿਰ ਵੀ ਖਾ ਰਹੇ ਹਾਂ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ ਹਉ ਤਿਸ ਕੋਲ ਕੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਤਾਂ ਖਾਣ ਵਾਸਤੇ ਵੀ ਇੱਕ ਲਿਮਟ ਹੈਗੀ ਹੈ ਸੋ ਅਸੀਂ ਦਿਨ ਵਿੱਚ 6 ਵਾਰ 8 ਵਾਰ ਖਾਣ ਲੱਗ ਪਏ ਹਾਂ ਅੱਜਕਲ ਪਰ ਗੁਰਦਾਸ ਜੀ ਨੇ या अगर तुम भगत दना जी की भी देखो तो दोनों वक्त जीवाले उन्होंने लिखे दो टाइम mm -hmm. पर असी ब्रेकफास्ट लंच डिनर और सवेर के स्नैक्स दोपहर के स्नैक्स शाम के स्नैक्स और मान लो रात को लेट जागते रहे तो फिर स्नैक्स तो आप पूरे टाइम ओवर ईटिंग करते रहते हैं सो दैट कोज प्रॉब्लम टू आर बॉडी इस तरह एक होर फैक्टर आप देखिए तो वो ये कि रोंग चॉइस ऑफ फूड जिस तरह का आप फूड अजक खा रहे हैं प्रोसैस हैगा रिफाइंड हैगा तो प्रोपरली डायजैसट नहीं हो पाँगा जो चीज़ प्रोपरली डायजैस नहीं होएगी एलीमीनेट भी प्रोपरली नहीं होएगी और अगर एलीमीनेट नहीं होएगी तो अंदर ਸਟੋਰ ਹੋਏਗੀ ਸਟੋਰ ਹੋ ਕੇ ਟੌਕਸਿਨਸ ਕ੍ਰੀਏਟ ਹੋਣਗੇ ਐਂਡ ਦੋਸ ਟੌਕਸਿਨਸ ਵਿਲ ਲੀਡ ਟੂ ਡਿਜ਼ੀਜ਼ਸ اور ਅੱਜ ਤੁਸੀਂ ਦੇਖੋ ਕਿਨੇ ਹੀ ਲੋਕਾਂ ਨੂੰ ਡਾਇਬੀਟੀਜ਼ ਸੋ ਆਲਮੋਸਟ ਹਰ ਘਰ ਵਿੱਚ ਹੈਗੀ ਮੈਂ ਸ਼ਾਇਦ ਹੀ ਸੁਣਿਆ ਹੋਵੇ ਕੋਈ ਪਰਿਵਾਰ ਜਿਹਦੇ ਵਿੱਚ ਕੋਈ ਗੋਲੀ ਦਵਾਈ ਡਾਇਬੀਟੀਜ਼ ਦੇ ਨਾ ਖਾ ਰਿਹਾ ਹੋਵੇ ਤੋਂ ਇਸ ਤਰ੍ਹਾਂ ਹੋਰ ਵੀ ਕਾਫੀ ਸਾਰੀ ਬਿਮਾਰੀਆਂ ਨੇ ਤੇ ਵੀਰ ਜੀ ਇਹ ਪਤਾ ਕਿਦਾਂ ਲੱਗਦਾ ਕਿ ਬੰਦਾ ਜ਼ਿਆਦਾ ਖਾ ਰਿਹਾ ਕਿ ਕਿਵੇਂ ਘਟਾਇਆ ਜਾ ਸਕਦਾ ਕਿਉਂਕਿ ਨਾਰਮਲੀ ਕਿਹਾ ਜਾਂਦਾ ਹੈ ਕਿ ਜਿਵੇਂ ਜਿਮ ਟ੍ਰੇਨਰਸ ਵੀ ਕਹਿੰਦੇ ਆ ਅਗਰ ਕੋਈ weight ਕੈਲੋਰੀ ਇਨਕ੍ਰੀਜ਼ ਕਰਨਾ ਚਾਹ ਰਿਹਾ ਹੈ ਮਾਸ ਕੈਨ ਕਰ ਰਿਹਾ ਹੈ ਜਾਂ ਆਪਣਾ ਕੈਲਰੀ ਜਿੱਦਾਂ ਇੱਕ ਡੈਫਿਸਟ ਹੁੰਦਾ ਇੱਕ ਸਰਪਲਸ ਹੁੰਦਾ ਜਿੱਦਾਂ ਸੋ ਸਰਪਲਸ ਕਰਨ ਵਾਸਤੇ ਵੀ ਕਿਹਾ ਜਾਂਦਾ ਕਿ ਹਰ 2 ਘੰਟੇ ਬਾਅਦ ਤੂੰ ਕੁਝ ਖਾਣਾ ਤੇ ਉਹ 2 ਘੰਟੇ ਦੀ ਬਾਅਦ ਰੂਟੀਨ ਰੱਖਣੀ ਹੈ ਸੋ ਜੇਕਰ ਉਹ ਵੇਤੀ ਸਾਡੀ ਲਾਈਫ ਸਟਾਈਲ ਬਣ ਗਈ ਹੈ ਤੇ ਉਹ ਪਤਾ ਕਿਵੇਂ ਕਿਹੜੇ ਪੁਆਇੰਟ ਤੇ ਪਤਾ ਲੱਗਦਾ ਕਿ ਯਾਰ ਮੈਂ ਜ਼ਿਆਦਾ ਖਾ ਰਹੇ ਆ ਜਾਂ ਗਟਾ ਕੰਡਾ ਡਿਕਰੀਸ ਇਟ ਯਾ ਸੋ ਨੈਚੁਰਲੀ ਅਗਰ ਆਪਾਂ ਦੇਖੀਏ ਤਾਂ ਸਾਡੀ ਜਿਹੜੀ ਬਾਡੀ ਹੈ ਉਹ ਅੰਦਰੋਂ ਇੰਡੀਕੇਟ ਕਰਦੀ ਹੈ ਕਿ ਜਦ ਸਾਨੂੰ ਲੋਡ ਹੈਗੀ ਹੈ ਸੋ ਜਦ ਆਪਾਂ ਗੱਲ ਕਰਦੇ ਆ ਸਹਜ ਵਿੱਚ ਇਹ ਗੁਰਸਿੱਖ ਨੂੰ ਸਹਜ ਵਿੱਚ ਹੋਣਾ ਚਾਹੀਦਾ ਹੈ ਸੋ ਸਹਜ ਜਦ ਕੋਈ ਗੁਰਸਿੱਖ ਹੁੰਦਾ ਹੈ ਤੇ ਉਹਨੂੰ ਆਟੋਮੈਟਿਕਲੀ ਇੰਡੀਕੇਸ਼ਨ ਆਂਦੀ ਹੈ ਕਿ ਉਹਦੇ ਅੰਦਰ ਇੱਕ ਭੁੱਖ ਦੀ ਫੀਲਿੰਗ ਜਨਰੇਟ ਹੋਈ ਹੈ ਜਦੋਂ ਭੁੱਖ ਦੀ ਫੀਲਿੰਗ ਜਨਰੇਟ ਹੁੰਦੀ ਹੈ ਜਦ ਉਸ ਵੇਲੇ ਉਹ ਖਾਣਾ ਖਾਂਦਾ ਹੈਗਾ जो तो जूसिस सिकरीट हूँ ने उस वे तुम तो जो चीज़ खाओगे वो प्रॉपरली डायजेस्ट होएगी पर अगर वूसिस नहीं सिकीट होए तो रियल हंगर नहीं लगे अजय भुख नहीं लगी लग और तो सी उस टाइम कुछ खा लिया तो बॉडी में गैसट्रिक जूसिस तो उस टाइम रिलीज़ नहीं हुए थे तो प्रॉपरली डायजैसट नहीं हो पाएगा इट विल रॉट इट विल क्रिएट गैस फलैटूलैंस इनडाइजेन अजक एसिड रिफलक्स की प्रॉब्लम आ रही है तो यह सारी चीज़ा होनगियां और उस करके काफ़ी लोगों को प्रॉब्लम आती है और इतने तक कि कई बार इदा लगता है कि चैसट बहुत ज़्यादा पेन हो रहा है तो मैंने काफ़ी लोग दसते हैं तो मैं कि पेट तो नहीं खराब ਜੇ ਤਾਂ ਨਹੀਂ ਸੀਗੀ ਤਾਂ ਕਿਉਂਕਿ ਉਹ ਵੀ ਕਈ ਵਾਰੀ ਚੈਸਟ ਵਿੱਚ ਪੈਨ ਕਰਦੀ ਹੈ ਔਰ ਚੈਸਟ ਦਾ ਪੈਨ ਇੰਨਾ ਜ਼ਿਆਦਾ ਡੇਂਜਰਸ ਲੱਗਦਾ ਹੈਗਾ ਕਿ ਬੰਦੇ ਨੂੰ ਲੱਗਦਾ ਕਿ ਭਾਈ ਮੈਨੂੰ ਤਾਂ ਹੁਣੇ ਹਾਰਟ ਅਟੈਕ ਆਣ ਲੱਗਿਆ ਐਂਡ ਮੈਂ ਐਮਰਜੈਂਸੀ ਰੂਮ ਵਿੱਚ ਮੈਨੂੰ ਜਾਣਾ ਪਏਗਾ ਬਟ ਇਨ ਰਿਐਲਿਟੀ ਥੈਟ ਇਜ਼ ਇੰਡਾਈਜੈਸ਼ਨ ਤੇ ਜ਼ਿਆਦਾ ਖਾਣ ਤੋਂ ਇਲਾਵਾ ਵੀ ਕੋਈ ਚੀਜ਼ਾਂ ਹੈਗੇ ਜਿਹੜੀ ਅੱਜ ਕੱਲ ਹੋ ਰਹੀਆਂ ਜੋ ਕਹਿ ਲੋ ਪਹਿਲੇ ਜ਼ਮਾਨੇ ਚ ਨਹੀਂ ਸੀ ਜਾਂ ਪਹਿਲੇ ਸੁਧਰੀਆਂ ਹੋਈਆਂ ਸੀ ਤੇ ਹੁਣ ਲੋਕੀ ਜ਼ਿਆਦਾ ਫਾਇਦਾ ਉਠਾ ਰਹੇ ਜਿਵੇਂ ਖਾਣਾ ਹੀ ਜ਼ਿਆਦਾ ਖਾਣ ਦਾ ਪਰ ਕਿਦਾਂ ਦੀਆਂ ਚੀਜ਼ਾਂ ਹੋ ਰਹੀਆਂ ਹਾਂ ਅਗਰ ਆਪਾਂ ਫੂਡ ਟਾਈਪ ਦੀ ਗੱਲ ਕਰੀਏ ਤਾਂ ਜੋ ਪ੍ਰੋਸੈਸਿੰਗ ਹੈਗੀ ਹੈ ਜਦ ਮਾਰਕੀਟ ਤੋਂ ਕੋਈ ਚੀਜ਼ ਪ੍ਰੋਸੈਸ ਹੋ ਕੇ ਆਂਦੀ ਹੈ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਪ੍ਰਿਜ਼ਰਵਟਿਵਸ ਬੜੇ ਸਾਰੇ ਪੈ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਹਾਈ ਟੈਂਪਰੇਚਰਸ ਤੇ ਹੀਟਿੰਗ ਐਂਡ ਕੂਲਿੰਗ ਕਰ ਦਿੱਤੀ ਜਾਂਦੀ ਹੈ ਪੈਸਟਰਾਇਜ਼ੇਸ਼ਨ ਜਿਹਨੂੰ ਕਹਿੰਦੇ ਆ ਅਜਾ ਮੈਂ ਦੁੱਧ ਹੀ ਅਗਰ ਤੁਹਾਨੂੰ ਦੱਸਦਾ ਹੈਗਾ ਹੁਣ ਆਪਣੇ ਵਿੱਚ ਦੁੱਧ ਬਹੁਤ ਫੇਮਸ ਹੁੰਦਾ ਹੈ ਹੈਨਾ ਕਿੰਨੇ ਲੋਕੀ ਦੁੱਧ ਪੀਂਦੇ ਆ ਆਲਮੋਸਟ ਸਾਰੇ ਜਿਮ ਟ੍ਰੇਨਰਸ ਵੀ ਆਪਣੇ ਦੁੱਧ ਪੀਣ ਨੂੰ ਕਹਿੰਦੇ ਹੈਗੇ ਆ ਐਂਡ ਕਿਆ ਲੋਕ ਇੱਕ ਤਰ੍ਹਾਂ ਨਾਲ ਪ੍ਰਥਾ ਹੀ ਸਾਡੀ ਬਣੀ ਹੋਈ ਹੈ ਕਿ ਦੁੱਧ ਤਾਂ ਪੀਣਾ ਹੀ ਪੈਣਾ ਹੈਗਾ ਉਹ ਇੱਕ ਇੱਕ ਬੰਦੇ ਦੇ ਮਾਈਂਡ ਵਿੱਚ ਚੱਲਦਾ ਕਿ ਕੈਲਸ਼ੀਅਮ ਆਊਗਾ ਜਾਂ ਸਾਡੀ ਬੋਨਸ ਸਟਰੋਂਗ ਬਣਨ ਗਿਆ ਹੈ ਨਾ ਤਾਂ ਹੁਣ ਪ੍ਰੋਬਲਮ ਕੀ ਹੈਗੀ ਕਿ ਪੁਰਾਣੇ ਟਾਈਮ ਵਿੱਚ ਤਾਂ ਉਹ ਗੱਲ ਵੈਲਿਡ ਸੀਗੀ ਕੁਝ ਹੱਦ ਤੱਕ ਪਰ ਹੁਣ ਕੀ ਹੋ ਰਿਹਾ ਹੈਗਾ ਕਿ ਬਹੁਤ ਸਾਰੀ ਪ੍ਰੋਬਲਮਸ ਨੇ ਇੱਕ ਪ੍ਰੋਬਲਮ ਨਹੀਂ ਹੈਗੀ ਹੈ ਤੁਸੀਂ ਦੇਖੋ ਜਿਹੜੀ گاਵਾ ਦਾ ਦੁੱਧ ਆਂਦਾ ਹੈ ਜਾਂ ਮੱਝਾਂ ਦਾ ਦੁੱਧ ਆਂਦਾ ਹੈਗਾ ਥੈਟ ਉਹਨਾਂ ਨੂੰ ਪਹਿਲਾਂ ਤਾਂ ਇੱਕ ਐਨੀਮਲ ਵਾਂਗ ਟਰੀਟ ਨਹੀਂ ਕੀਤਾ ਜਾਂਦਾ ਉਹਨੂੰ ਟਰੀਟ ਕੀਤਾ ਜਾਂਦਾ ਹੈ ਮਸ਼ੀਨ ਵਾਂਗ ਕਿ ਇਹ ਦੁੱਧ ਸਾਨੂੰ ਦੇਏਗੀ ਤੇ ਉਹਨੂੰ ਹਰ ਟਾਈਮ ਇੰਜੈਕਸ਼ਨਸ ਅਣੀ ਵੀ ਸਾਨੂੰ ਮਾਰਤ ਸਾਬ ਨੇ ਕੀ ਕਿਹਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਤਾਂ ਜੋ ਬੱਚੇ ਦਾ ਹੱਕ ਸੀਗਾ ਉਹ ਜਿਹੜੇ ਡੇਰੀ ਇੰਡਸਟਰੀ ਹੈ ਉਹ ਬੱਚਿਆਂ ਨੂੰ ਤਾਂ ਦੁੱਧਿੰਦਿ ਨਹੀਂ ਹੈਗੀ ਉਹਨਾਂ ਦੇ ਤਾਂ ਪਹਿਲਾਂ ਉਹ ਸਾਡੇ ਵਾਸਤੇ ਮਸ਼ੀਨਾ ਲਾ ਦਿੱਤੇ ਆ ਜਾਂਦੀਆਂ ਨੇ ਔਰ ਉਹ ਸਾਨੂੰ ਦੁੱਧ ਸਾਨੂੰ ਦਿੱਤਾ ਜਾਂਦਾ ਫਿਰ ਉਹਦੇ ਵਿੱਚ ਹੁੰਦੀ ਹੈ ਪੈਸਟਰਾਇਜ਼ੇਸ਼ਨ ਜੀ ਯਾਨੀ ਬਹੁਤ ਹਾਈ ਟੈਂਪਰੇਚਰ ਤੇ ਉਹਨੂੰ ਹੀਟ ਕਰਦੇ ਆ ਫਿਰ ਕੂਲ ਕਰਦੇ ਆ ਉਹਦੇ ਨਾਲ ਉਹਦੇ ਅੰਦਰ ਲਿਵਿੰਗ ਐਨਜ਼ਾਈਮਸ ਗੁੱਡ ਬੈਕਟੀਰੀਆ ਸਬ ਡੈਡ ਹੋ ਜਾਂਦੇ ਆ ਤਾਂ ਹੁੰਦਾ ਕੀ ਹੈ ਉਹ ਦੁੱਧ ਲੰਬੇ ਟਾਈਮ ਤੱਕ ਸ਼ੈਲਫ ਲਾਈਫ ਤਾਂ ਵੱਜਣਦੀ ਹੈ ਉਹਦੀ ਪਰ ਜਦ ਅਸੀਂ ਉਸ ਦੁੱਧ ਨੂੰ ਪੀਂਦੇ ਆ ਤੇ ਸਾਡੇ ਅੰਦਰ ਜਿਹੜੀ ਲਿਵਿੰਗ ਫੋਰਸ ਹੈ ਉਹ ਡਿਕਲਾਈਨ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਪ੍ਰੋਬਲਮ ਹੈ ਹੋਮੋਜਨਾਈਜ਼ੇਸ਼ਨ ਤੁਸੀਂ ਦੇਖੋ ਇੰਡੀਆ ਵਿੱਚ ਜਦ ਦੁੱਧ ਬਾਲਦੇ ਸੀਗੇ ਨੈਚੁਰਲ ਜਿਹੜਾ ਆਂਦਾ ਸੀਗਾ ਤਾਂ ਮਲਾਈ ਉੱਤੇ ਆ ਜਾਂਦੀ ਸੀਗੀ ਪਰ ਇੱਥੇ ਕੀ ਹਿਸਾਬ ਹੈ ਉਹ ਚੀਜ਼ ਹੈ ਨਹੀਂ ਹੋਮੋਜਨਾਈਜ਼ੇਸ਼ਨ ਨਾਲ ਕੀ ਹੁੰਦਾ ਹੈ ਉਹਦਾ सुने डायबिटीज़ होने लग पी है और बहुत सारी स्टडीज़ में देखा गया कि कारण जो है अजक जो दुद्ध हैगा स्टडीज में आ चुके हैं सैंटिफिक स्टडीज़ में ज चाइनाज स्टडी बहुत वो स्टडी हुई सख्या गया है कि टाइप वन डायबिटीज़ इज़ डायरैक्टली रिलटिड टू तो द अमाउंट ऑफ <laughs> A1 milk protein that is consumed in various countries A1 milk jada si pine paya Yes yes okay. A1 milk jada market vich milda hai aam taur te log hi pindene ne aur jada A2 hai ga o traditional kauda milk hunda hai jadi deshi gah hundi hai gi to o da protein structure thoda different hunda hai aur A1 wale da different hunda hai te vich jada organic milk asi pine ya lene o da ki sab hai organic tusi kisnu kande ho jada hun asi organic jada can vich leke aanne ha te kiah janda hai ki o direct farms ton aa re ਐਨੂ ਬਾਲਾ ਦਵਾਨ ਤੇ ਥੋੜੀ ਜਿਹੀ ਮਿਲਾਈ ਜ਼ਰੂਰ ਆਉਂਦੀ ਹੈ ਯਾ ਸੋ ਉਹਦੇ ਬਾਰੇ ਉਹ ਫਿਰ ਵੀ ਪੀਤਾ ਜਾ ਸਕਦਾ ਹੈ ਉਹ A2 ਮਿਲਕਾ ਉਸ ਚੀਜ਼ ਨੂੰ ਮੈਂ ਟਰਸਟ ਨਹੀਂ ਕਰਦਾ ਜੋ ਪਹਿਲੀ ਗੱਲ ਤਾਂ ਜੋ ਪੈਕ ਹੋ ਕੇ ਜਿਹੜੀ ਚੀਜ਼ ਆ ਗਈ ਉਸ ਚੀਜ਼ ਨੂੰ ਮੈਂ ਟਰਸਟ ਨਹੀਂ ਕਰਦਾ ਕਿਉਂਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਫਾਰਮ ਵਿੱਚ ਇਸ ਤਰ੍ਹਾਂ ਦੀ ਪ੍ਰੋਸੈਸਿੰਗ ਵਿੱਚ ਹੋ ਕੇ ਆਂਦਾ ਹੈ ਕਿ ਉਹਦੀ ਜਿਹੜੀ ਪ੍ਰਿਜ਼ਰਵ ਹੋਣ ਦੀ ਜਿਹੜੀ ਕਪੈਸਿਟੀ ਹੈ ਸ਼ੈਲਫ ਤੇ ਉਹ ਵੱਧ ਜਾਂਦੀ ਹੈ ਔਰ ਉਹ ਕਿਉਂ ਵੱਧਦੀ ਹੈ ਕਿਉਂਕਿ ਉਹਦੇ ਅੰਦਰ ਜਿਹੜਾ ਲਿਵਿੰਗ ਫੋਰਸ ਹੈ ਉਹ ਡਾਈ ਹੋ ਰਹੀ ਹੈ ਕਿਉਂਕਿ ਕੋਈ ਵੀ ਚੀਜ਼ ਲਿਵਿੰਗ ਹੋਏ ਹੁਣ ਤੁਸੀਂ ਦੇਖੋ ਕੋਈ ਕੇਲਾ ਹੈ ਤੁਸੀਂ ਉਸ ਕੇਲੇ ਨੂੰ ਰੱਖ ਦੋਗੇ ਤਾਂ ਥੋੜੇ ਟਾਈਮ ਬਾਅਦ ਸੜ ਜਾਏਗਾ ਕੋਈ ਮੰਗੋ ਹੈ ਉਹ ਥੋੜੇ ਟਾਈਮ ਬਾਅਦ ਸੜ ਜਾਏਗਾ ਲੇ 6 ਮਹੀਨੇ 8 ਮਹੀਨੇ 10 ਮਹੀਨੇ ਤੱਕ ਚੱਲ ਰਿਹਾ ਹੈ ਕਿਉਂ ਚੱਲ ਰਿਹਾ ਹੈ ਕਿਉਂਕਿ ਉਹਦੇ ਅੰਦਰ ਇਸ ਤਰ੍ਹਾਂ ਦੀ ਪ੍ਰੋਸੈਸਿੰਗ ਕਰ ਦਿੱਤੀ ਗਈ ਹੈ ਉਹਦੀ ਲਾਈਫ ਵੱਧ ਗਈ ਪਰ ਉਹ ਉਹਨੂੰ ਪੀ ਕੇ ਸਾਡੀ ਲਾਈਫ ਡਾਊਨ ਹੋ ਜਾਏਗੀ ਮੈਨੂੰ ਜਗਰਾਜ ਭਾਈ ਜਗਰਾ ਸਿੰਘ ਜੀ ਦੀ ਕੱਲ੍ਹ ਕੀ ਆਦਾ ਕਿ ਉਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਕੈਨ ਫੂਡ ਤੇ ਨਾ ਤਵਾਰ ਕਰਦੇ ਆ ਕਿ ਜਿਵੇਂ ਰਾਜਮਾ ਜਾਂ ਛੋਲੇ ਵੀ ਬਣਾਣੇ ਤੇ ਤੁਸੀਂ ਲੈ ਆਣੇ ਆ ਕਹਿੰਦੇ ਰਾਜਮਾ ਛੋਲੇ ਜਦੋਂ ਖਰਾਬ ਹੋ ਜਾਂਦੇ ਫਰੂਟਸ ਖਰਾਬ ਹੁੰਦੇ ਕਹਿੰਦੇ ਉਹਦੇ ਡੱਬੇ ਨੂੰ ਤੁਸੀਂ ਕਿਸੇ ਕਿਤੇ ਗਾਰਬਜ ਵਿੱਚ ਸੁੱਟ ਦਿਓ ਤੇ ਉਹਦੇ 6 ਮਹੀਨੇ ਬਾਅਦ ਤੁਸੀਂ ਚੈੱਕ ਕਰਨਾ ਹੋਵੇ ਉਹਨੇ ਸਹੀ ਹੋਣਾ ਤੁਸੀਂ ਗਾਰਬਜ ਚੋਂ ਤੇ ਜੇ ਵੀਰ ਜੀ ਕੋਕੋਨਟ ਵਾਟਰ ਦੀ ਗੱਲ ਕਰਦੇ ਆ ਜਿੱਦਾਂ ਹੁਣ ਕੋਕੋਨਟ ਵਾਟਰ ਸਕੇ ਨੇ ਚਲੋ ਫਰੈਸ਼ ਹੈ ਉਹ ਪੈਕੋ ਕਿਉਂ ਹੁੰਦਾ ਤੇ ਉਹ ਪੀਤਾ ਜਾਣ ਜੋਗਾ ਹੈਗਾ ਕਿ ਉਸ ਵਿੱਚ ਪ੍ਰੀਜ਼ਰਵੇਟਿਵਸ ਹੁੰਦੇ ਆ ਯੂ ਮੀਨ ਦ ਡੱਬੇ ਵਿੱਚ ਜਿਹੜਾ ਕੋਕੋਨਟ ਵਾਟਰ ਆਉਂਦੇ ਦੋਨੋਂ ਇਕ ਡੱਬੇ ਚੰਦਾ ਇੱਕ ਲੰਬੀ ਜਿਹੜੀ ਟੈਟਰਾ ਪੈਕ ਦੀ ਪੈਕੇਜਿੰਗ ਚੰਦਾ ਇੱਕ ਯਾ ਸੋ ਐਨੀਥਿੰਗ ਇਜ਼ ਥੈਟ ਇਜ਼ ਇਨ ਟੈਟਰਾ ਪੈਕੇਜਿੰਗ ਯਾ ਡੱਬੇ ਵਿੱਚ ਆ ਗਈ ਤਾਂ ਉਹ ਪਿਕਨ ਕੰਜ਼ਿਊਮ ਕਰਕੇ ਤੁਹਾਨੂੰ ਹੈਲਥ ਬੈਨੀਫਿਟ ਨਹੀਂ ਮਿਲੇਗਾ ਲਾਈਕ ਤੁਹਾਨੂੰ ਇਹ ਮਿਲ ਸਕਦਾ ਹੈ ਕਿ ਉਹਦੇ ਵਿੱਚੋਂ ਕੁਝ ਕੈਲਰੀਜ਼ ਮਿਲ ਗਈਆਂ ਕੁਝ ਥੋੜੇ ਟਾਈਮ ਵਾਸਤੇ ਤੁਹਾਡਾ ਕੰਮ ਚੱਲ ਗਿਆ ਕਿ ਵੀ ਹਾਂ ਮੈਨੂੰ ਕੁਝ ਚਾਹੀਦਾ ਸੀਗਾ ਤਾਂ ਮੈਂ ਪੀ ਲਿਆ ਬਟ ਉਹ ਅਗਰ ਇਫ ਯੂ ਆਰ ਔਨ ਅ ਪਾਥ ਆਫ ਡਿਜ਼ੀਜ਼ ਰਿਵਰਸਲ ਤੁਹਾਨੂੰ ਕੋਈ ਬਿਮਾਰੀ ਹੈ ਔਰ ਤੁਸੀਂ ਠੀਕ ਕਰਨਾ ਚਾਹੁੰਦੇ ਹੋ ਯਾ ਤੁਸੀਂ ਚਾਹੁੰਦੇ ਹੋ ਕਿ ਆਪਣੀ ਹੈਲਥ ਨੂੰ ਆਪਣੇ ਲੌ ਕਿਉਂਕਿ ਉਹਦੇ ਵਿੱਚ ਪ੍ਰੋਸੈਸਿੰਗ ਹੋ ਚੁੱਕੀ ਹੈ ਸੋ ਬਟ ਤੁਸੀਂ ਅਗਰ ਨੈਚੁਰਲ ਨਾਰੀਅਲ ਪਾਣੀ ਪੀਓਗੇ ਯਾਨੀ ਨਾਰੀਅਲ ਨੂੰ ਕੱਟ ਕੇ ਤੇ ਉਹਨੂੰ ਸਟ੍ਰੋਅ ਲਾ ਕੇ ਜਾਂ ਜਿੱਦਾਂ ਵੀ ਗਲਾਸ ਵਿੱਚ ਬਾਟੇ ਵਿੱਚ ਪਾ ਕੇ ਪੀਓਗੇ ਉਹ ਤੁਹਾਨੂੰ ਫਾਇਦਾ ਕਰੇਗਾ ਕਿਉਂਕਿ ਦੈਟ ਇਜ਼ ਅ ਨੈਚੁਰਲ ਮਿਨਰਲ ਮਿਨਰਲ ਵਾਟਰ ਹਮ ਸੋ ਕਿਹਾ ਜਾ ਸਕਦਾ ਹੈ ਕਿ ਜੇ ਜ਼ਿਆਦਾ ਨੈਚੁਰਲ ਵਾਲੇ ਪਸੇ ਜਾਈਏ ਤੇ ਐਕਸਟੈਂਸਿਵਲੀ ਬਣ ਜਾਂਦਾ ਲਾਈਫਸਟਾਈਲ ਬਣ ਯਾ ਤੇ ਬਟ ਵਰਥ ਹੈ ਨਾ ਵਰਥ ਇਟ ਵਰਥ ਇਟ ਅਗਰ ਤੁਸੀਂ ਬਿਮਾਰੀ ਨੂੰ ਲੈ ਰਹੇ ਹੋ ਮੰਨ ਲਓ ਫੋਰ ਐਗਜ਼ਾਮਪਲ 15 ਡਾਲਰ ਦਾ ਜਾਂ 20 ਡਾਲਰ ਤੁਸੀਂ 1 ਕਿਲੋ ਕੀ ਖਰੀਦ ਰਹੇ ਹੋ ਉੱਗੇ ਜਾ ਕੇ ਤੁਹਾਨੂੰ ਹੋਰ ਕਈ 1000s ਆਫ ਡਾਲਰਸ ਕਾਸਟ ਕਰਨ ਵਾਲਾ ਹੈਗਾ ਸਮਝ ਰਹੇ ਮੇਰੀ ਗੱਲ ਨੂੰ ਬਟ ਅਗਰ ਤੁਸੀਂ 80 100 ਦਾ ਪਹਿਲੀ ਖਰਚ ਲਿਆ ਹਾਂ ਉਸ ਰਾਈਟ ਗੀ ਨੂੰ ਖਰੀਦਿਆ ਜਿਹੜਾ ਪਹਿਲੀ ਗੱਲ ਤਾਂ ਦੇਸੀ ਖਾਂ ਦਾ ਸੀਗਾ ਉਸ ਗਾਂ ਦੀ ਕੇਅਰ ਕੀਤੀ ਗਈ ਉਹਨੇ ਘਾਹ ਦੀ ਚਾਰਾ ਖਾਦਾ ਫਿਰ ਉਸ ਨੂੰ ਪਿਆਰ ਨਾਲ ਕੱਢ ਲਿਆ ਗਿਆ ਔਰ ਉਸ ਨੂੰ ਹੱਥ ਨਾਲ ਹੀ ਉਹਦਾ ਦਿਗੀ ਬਣਾਇਆ ਗਿਆ ਕਿਸੇ ਮਸ਼ੀਨ ਵਿੱਚ ਨਹੀਂ ਪਾਇਆ ਗਿਆ ਉਹ ਜਿਹੜਾ ghee ਹੋਏਗਾ ਰਾਈਟ ਨਾ ਉਹ ਮਹਿੰਗਾ ਹੋਏਗਾ ਕਿਉਂ ਕਿ ਉਹਦੀ ਜਿਹੜੀ ਸਪਲਾਈ ਹੈ ਉਹ ਘੱਟ ਹੈਗੀ ਹੈ ਸੋ ਲੈਸ ਪੀਪਲ ਆਰ ਡੂਇੰਗ ਥੈਟ ਕੰਪੇਅਰ ਟੂ ਥੈਟ ਆ ਕਾਰਪੋਰੇਸ਼ਨਸ ਮਸ਼ੀਨਸ ਬਣਾ ਰਿਹਾ ਨੇ ਤੋ ਤੁਹਾਨੂੰ ਮਹਿੰਗਾ ਪਾਊਗਾ ਸੋ ਪਰ ਤੁਸੀਂ ਅਗਰ 80 ਜਾਂ 100 ਕਰਿਚਕੇ ਉਸ ਵਾਲੇ ghee ਨੂੰ ਲਓਗੇ ਉਹ ਤੁਹਾਨੂੰ ਕੰਟ੍ਰਿਬਿਊਟ ਕਰੇਗਾ ਤੁਹਾਡੀ ਹੈਲਥ ਵਿੱਚ ਸਮਝ ਰਹੇ ਹੋ ਜੀ ਹਾਂਜੀ ਤਾਂ ਲੌਂਗ ਟਰਮ ਵਿੱਚ ਉਹ ਤੁਹਾਨੂੰ ਸੇਵਿੰਗ ਕਰਨ ਵਾਲਾ ਹੈ ਪਰ ਜਿਹੜਾ ਉਹ ਸਸਤਾ 15 2 ਵਾਲਾ ਕੀ ਹੈ ਉਹ ਅੱਗੇ ਜਾ ਕੇ ਬਹੁਤ ਸਾਰੀਆਂ ਬਿਮਾਰੀਆਂ ਬਣਾਊਗਾ ਐਂਡ ਯੂ ਆਰ ਗੋਇੰਗ ਟੂ ਫਾਲ ਸਿਕ ਐਂਡ ਫਰੈਂਡ ਜਦ ਤੁਸੀਂ ਮੇਰੇ ਕੋਲ ਆਓਗੇ ਤਾਂ ਮੈਂ ਕਹਾਂਗਾ ਹੁਣ ਤੁਸੀਂ ਉਹ ਨਹੀਂ ਖਾਣਾ ਤੁਸੀਂ ਪਹਿਲਾਂ ਹੀ ਛੱਡ ਦਿਓ ਜਿਦਾ ਕਹਿੰਦੇ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਿਉਰ ਡੈਫੀਨਿਟਲੀ ਤੇ ਵੀ ਜੀ ਜਦੋਂ ਅਸੀਂ ਇਹ ਗੱਲ ਕਰਦੇ ਕਿ ਐਲੀ ਬਿਮਾਰੀਆਂ ਹੁੰਦੀਆਂ ਆਈ ਆਮ ਗੈਸਿੰਗ ਕਿ ਤੁਸੀਂ ਉਹੀ ਲਾਈਫ ਸਟਾਈਲ ਜੀ ਰਹੇ ਹੋ ਹੈਨਾ ਤੇ ਦੱਸੋ ਕਿ ਹੋਰ ਕਿਵੇਂ ਦੇ ਪ੍ਰੀਵੈਂਸ਼ਨਸ ਕੀਤੇ ਜਾ ਸਕਦੇ ਜਿਵੇਂ ਤੁਸੀਂ ਦੁੱਧ ਦਾ ਦੱਸਿਆ ਪਹਿਲੇ ਤੇ ਦੁੱਧ ਦੀ ਗੱਲ ਤੋਂ ਸ਼ੁਰੂ ਕਰਦੇ ਹਾਂ ਕਿ ਦੁੱਧ ਅਗਰ A1 ਨਹੀਂ ਪੀ ਸਕਦੇ A2 ਬੈਟਰ ਹੈ ਕਿ A1 A2 ਦੋਨੋਂ ਨਹੀਂ ਪੀਣੇ ਚਾਹੀਦੇ ਐਂਡ ਮੇਬੀ ਆਲਮੰਡ ਮਿਲ ਕੇ ਜਾਂ ਤਾਂ ਦੇ ਜਿਹੜੇ ਜਿਵੇਂ ਵੀਗਨ ਡਾਈਟਸ ਹੁੰਦੀਆਂ ਉਹਦੇ ਵੱਲ ਜਾਣਾ ਚਾਹੀਦਾ ਹੂੰ ਇਹ ਵੀ ਬਹੁਤ ਵੱਡਾ ਕੁਐਸਚਨ ਹੈਗਾ ਔਰ ਇਸ ਤੇ ਵੀ ਹੁਣ ਕਿਉਂਕਿ ਮੈਂ ਸਾਇੰਟਿਫਿਕ ਐਵਿਡੈਂਸ ਔਰ ਸਾਰੀ ਚੀਜ਼ਾਂ ਸਟੱਡੀ ਕਰਦਾ ਰਹਿੰਦਾ ਆ ਸੋ ਜੋ ਰਾਈਟ ਨਾਓ ਜਿੰਨੇ ਵੀ ਸਟੱਡੀਆਂ ਆ ਰਹੇ ਆ ਨੇ ਥੈਟ ਇਜ਼ ਸੇਇੰਗ ਕਿ ਮਿਲਕ ਜਿਹੜਾ ਹੈਗਾ ਨਹੀਂ ਪੀਣਾ ਚਾਹੀਦਾ ਹੈਗਾ ਸ ਹਈਆ ਇਹ ਮਤਲਬ ਕਿ ਪੀਣ ਨਾਲ ਪ੍ਰੋਬਲਮਸ ਵਧਦੀਆਂ ਨੇ ਅਕੋਰਡਿੰਗ ਟੂ ਦਾ ਸਟੱਡੀਜ਼ ਬਟ ਮੈਂ ਕੀ ਚੀਜ਼ ਰਿਅਲਾਈਜ਼ ਕੀਤੀ ਕਿ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸੀਗੇ ਉਹ ਪੀਂਦੇ ਸੀਗੇ ਐਂਡ ਈਵਨ ਸਾਡੇ ਜਿਹੜੇ ਇੱਕ ਟਰੈਡੀਸ਼ਨਲ ਲਾਈਫ ਹੈ ਜਾਂ ਗੁਰੂ ਘਰ ਵੀ ਹੈ ਉਹਦੇ ਵਿੱਚ ਵੀ ਦੇਗ ਵਰਤਦੀ ਹੈਗੀ ਹੈ ਉਹਦੇ ਵਿੱਚ ਦੁੱਧ ਦੇ ਪ੍ਰੋਡਕਟਸ ਹੁੰਦੇ ਨੇ ਸਾਡਾ ਹੈ ਜੀ ਸਾਰਾ ਦੁੱਧ ਕਿਉ ਮੱਖਣ ਬੋਲੀ ਦੇਖ ਸਭ ਕੁਝ ਉਹਦੇ ਚੋਂ ਹੀ ਆਂਦੀ ਡੈਫੀਨਿਟਲੀ ਪਰ ਉਹਦੇ ਉਸ ਟਾਈਮ ਦੇ ਵਿੱਚ ਤੇ ਇਸ ਟਾਈਮ ਵਿੱਚ ਥੋੜਾ ਚੇਂਜ ਆ ਗਿਆ ਹੈਗਾ ਉਸ ਟਾਈਮ ਜਿਹੜਾ ਸੀਗਾ ਨੈਚੁਰਲ ਹੁੰਦਾ ਸੀਗਾ ਹੱਥ ਨਾਲ ਬਣਾਇਆ ਜਾਂਦਾ ਸੀਗਾ ਸਾਰਾ ਕੁਝ ਹੁਣ ਮਸ਼ੀਨਾਂ ਵਿੱਚੋਂ ਆ ਰਿਹਾ ਹੈ ਤੇ ਉੱਥੇ ਪ੍ਰੋਬਲਮ ਆ ਗਈ ਹੈ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਪੀਣਾ ਚਾਹੀਦਾ ਮੈਂ ਕਹਿੰਦਾ ਟਰਾਈ ਟੂ ਫਾਈਂਡ ਦਾ ਨੈਚੁਰਲ ਸੋਰਸ ਔਰ ਉੱਥੋਂ ਤੁਸੀਂ ਲਓ ਉਹਨੂੰ ਪੀਓ ਹੁਣ ਮੇਰੇ ਕੇਸ ਵਿੱਚ ਮੈਂ ਤੁਹਾਨੂੰ ਆਪਣੀ ਲਾਈਫ ਵਿੱਚੋਂ ਐਗਜ਼ਾਮਪਲ ਦਿੰਦਾ ਹੈਗਾ ਹੁਣ ਮੈਂ ਚਾਹੁੰਦਾ ਹਾਂ ਕਿ ਮੈਨੂੰ ਪਿਓਰ ਦੁੱਧ ਮਿਲੇ ਹੈ ਨਾ A2 ਕਾਊਦਾ ਦੇਸੀ ਕਾਊਦਾ ਪਰ ਇੱਥੇ ਉਹ ਫੈਸਿਲਿਟੀ ਇਸ ਟਾਈਮ ਮੈਂ ਨਹੀਂ ਅਵੇਲ ਕਰ ਪਾ ਰਿਹਾ ਸੋ ਫਾਰ ਦਾ ਟਾਈਮ ਬੀਂਗ ਮੈਂ ਉਹਨੂੰ ਸਟਾਪ ਕੀਤਾ ਹੋਇਆ ਹੈ ਤਾਂ ਹਾਂ ਤਾਂ ਜ਼ਰੂਰੀ ਨਹੀਂ ਹੈ ਕਿ ਉਹਨੂੰ ਸਟਾਪ ਕਰਕੇ ਕੁਝ ਹੋ ਹੀ ਜਾਏਗਾ ਰਾਈਟ ਉਹਦੇ ਜਿਹੜੇ ਨਿਊਟ੍ਰੀਐਂਟਸ ਨੇ ਦੈਟ ਕੈਨ ਬੀ ਫੁਲਫਿਲਡ ਥਰੂ ਅਦਰ ਮੀਨਸ ਤੁਸੀਂ ਕੈਸ਼ੂ ਮਿਲਕ ਪੀ ਸਕਦੇ ਹੋ ਯਾਰ ਰਿਮੈਂਬਰ ਤੁਸੀਂ ਦੱਸਿਆ ਤੁਸੀਂ ਪੀਂਦੇ ਹੋ ਸ਼ਾਇਦ ਹੈ ਨਾ ਯਾ ਮੈਂ ਤਾਂ ਆਲਮੋਸਟ ਡੇਲੀ ਹੀ ਪਿੰਦਾ ਹਾਂ ਉਹ ਥੋੜੀ ਜਿਹੀ ਵਿਧੀ ਵੀ ਦੱਸੋ ਕਿਦਾਂ ਬਣਾਇਦਾ ਯਾ ਸੋ ਅਗਰ ਡੇਰੀ ਫ੍ਰ 4 ਟੂ 6 ਆਵਰਸ ਐਂਡ ਉਹਨੂੰ ਤੁਸੀਂ फिफ्टीन ट्वेंटी लोगे तो सूट करेगा अगर थोड़ा डाइजेशन ठीक है बट थोड़ा अगर डाइजेशन ठीक नहीं है तो नट्सू नहीं डायजैस कर सकते सो तो आई वुड से कि तुम तो अजे ना लो उस चीज़ को बट थोड़ा डायजैशन ठीक है तो लैसते हो फिफ्टन ट्वेंटी सोक नट्स ज लाइक उद कैश या थो थोड़े जे उद्देश भी पा इफ यू वॉन्ट और डेट्स के क्योंकि मैं चीनी यूज़ नहीं करता शुगर जी है वो वजिया नहीं होंगी चाहे वाइट होए चाहे ब्राउन होए भी एक मिसकनसैप्शन है कि वो ब्राउन शूज यूज़ कर सकते हैं बट रियलिटी इज़ कि वाइट जो है वो थोड़ी ज् अगर वो ਉਹ ਨੁਕਸਾਨ ਕਰੇਗੀ ਤਾਂ ਬ੍ਰਾਊਨ ਵਾਲੀ 95 ਕਰੇਗੀ ਤੁਸੀਂ ਸੀ ਜਿਹੜੇ ਥੋੜੇ ਦਿਨ ਪਹਿਲੇ ਮੈਨੂੰ ਦੱਸ ਰਹੇ ਸੀ ਕਿ ਬ੍ਰਾਊਨ ਨੂੰ ਪਾਣੀ ਚ ਪਿਆ ਰੱਖੋ ਉਹ ਵੀ ਵਾਈਟ ਹੋ ਜਾਂਦੀ ਹੈ नो नो आई वॉज नॉट द वन हुट तो दस या सो जो ब्राउन और वाइट है वो कोई वो इदा नहीं कि ब्राउनस हेल्दी हैगी एक्चुअली भी दोनों ही अनहेल्धी ने hmm. पर वो वस कलर का फर्क सोच के लोग ब्राउन ज़्यादा हैल्दी होगी एक्चुअली बहुत ऑफ दैम आर बैड सो आई डोंट यूज एनी ऑफ दैम तो ही जगह अवीटनरस की यूज़ करते हैं नैचुरल असी डेट्स यूज कर लेंगे किशमिश यूज कर लेंगे नैचुरल जो गुड़ होंगे जो गन्ने गन्नेचुरल गुड़ बनाया जाता है जो देसी खंड हो गई या शकर हो गया वो आप यूज़ कर लेंगे पर वो भी डब्बे वाला नहीं जरा इतों पैकेट स्टोर मिलता ਆਏਗਾ बिकॉज I डोंट ट्रस्ट देम ਸੋ ਮੈਂ ਸਪੈਸ਼ਲ ਇੰਡੀਆ ਤੋਂ ਸਪਲਾਈਅਰਸ ਤੋਂ ਖੁਦ ਬਣਵਾ ਕੇ ਤੋਂ ਇمپੋਰਟ ਕਰਾਂਦਾ ਹਾਂ ਇਵਨ ਦੋ ਮੈਨੂੰ ਜ਼ਿਆਦਾ ਕਾਸਟ ਪੈਂਦੀ ਹੈ ਬਟ ਸਟਿਲ I ਗੈਟ दैट ਕਿਉਂਕਿ ਮੈਨੂੰ ਪਤਾ ਹੈ ਲੌਂਗ ਟਰਮ ਵਿੱਚ ਜਿਹੜੀ ਇਹ ਵਾਲੀ ਚੀਜ਼ ਨਹੀਂ ਮਾਰਕੀਟ ਵਿੱਚ ਮਿਲ ਰਹੀ ਹੈ ਸਸਤੀ ਜੀ ਇਹਦੇ ਨਾਲ ਨੁਕਸਾਨ ਹੋਣ ਵਾਲਾ ਹੈਗਾ ਤੋ ਹੁਣ ਕੀ ਕਰਨਾ ਹੈਗਾ ਕਿ 6 ਡੇਟਸ 5 ਟੂ 6 ਡੇਟਸ ਔਰ 15 20 ਕੈਸ਼ੂ ਇਸ ਇਹਨੂੰ ਥੋੜਾ ਜਿਹਾ ਇੱਕ ਕ ਪਾਣੀ ਪਾ ਕੇ ਤੁਸੀਂ ਬਲੈਂਡ ਕਰ ਲੋ ਐਂਡ ਇੱਕ ਆਈਸ ਪਾ ਲਓ ਜ਼ਿਆਦਾ ਸਵਾਦ ਲੱਗੂਗਾ ਐਂਡ ਇਫ ਯੂ ਵਾਂਟ ਟੂ ਮੇਕ ਇਟ ਚਾਕਲੇਟੀ ਤੋ ਨੈਚੁਰਲ ਕਾਕਾਓ ਪਾਊਡਰ ਵੀ ਆਉਂਦਾ ਹੈ 댓 ਇਜ਼ ਅਨ ਰਿਫਾਈਨਡ ਉਹ ਵੀ ਪਾ ਕੇ ਤੁਸੀਂ ਪੀ ਸਕਦੇ ਹੋ ਐਂਡ ਬਹੁਤ ਵਧੀਆ ਲੱਗਦਾ ਹੈਗਾ ਐਂਡ ਇਟ ਦਾ ਆਲਮੰਡ ਮਿਲਕ ਵੀ ਬਣਾ ਸਕਦੇ ਹਾਂ ਗੈਸਿੰਗ ਯਾ ਉਦਾਂ ਹੀ ਸੇਮ ਪ੍ਰੋਸੈਸਰ ਸੇਮ ਪ੍ਰੋਸੈਸ ਠੀਕ ਹੈ ਤੇ ਕਿਉਂਕਿ ਅਸੀਂ ਖਾਣੇ ਦੀ ਗੱਲ ਕਰ ਹੀ ਰਹੇ ਹਾਂ ਮੈਂ ਹੁਣ ਇਹਦੇ ਬਾਰੇ ਵੀ ਵਾਈਟ ਤੇ ਬਰਾਊਨ ਜਿਹੜਾ ਚਿੱਟਾ ਜਾਂ ਅਸੀਂ ਕਹਿੰਨੇ ਕਿ ਬਰਾਊਨ ਬ੍ਰੈਡ ਖਾਣੀ ਹੈ ਜਾਂ ਚਿੱਟੀ ਖਾਣੀ ਹੈ ਇਹਲੇ ਫਰਕ ਦੱਸੋ ਕਿ ਹਰ ਫੂਡ ਸਪੈਕਟਰ ਤੇ ਇਹ ਗੱਲ ਜਾਂਦੀ ਹੈ ਕਿਉਂਕਿ ਅਸੀਂ ਚਿੱਟੀ ਖਾਣ ਨਾਲੋਂ ਜਿੱਦਾਂ ਅਸੀਂ ਬਰਾਊਨ ਖੰਡ ਜ਼ਿਆਦਾ ਖਾਣੇ ਆ ਕਿ ਨਹੀਂ ਇਹ ਬਰਾਊਨ ਖੰਡ ਹੈ ਬੈਟਰ ਹੋਏਗੀ ਬ੍ਰੈਡ ਵਿੱਚ ਵੀ ਉਹ ਹੁੰਦਾ ਹੋਰ ਵੀ ਕੋਈ ਚੀਜ਼ ਲੈ ਲਓ ਇਦਾਂ ਹੀ ਮੋਸਟਲੀ ਹੁੰਦਾ ਮੈਨੂੰ ਇੱਕ ਚੀਜ਼ ਆਈ ਸੀ ਆ ਤੁਹਾਨੂੰ ਨੂੰ ਪੁੱਲ ਗਈ ਆ ਰਾਈਸ ਰਾਈਸ ਸੰਦੇ ਹਾਂਜੀ ਸੋ ਐਲੀ ਚੀਜ਼ ਆ ਹੁੰਦਾ ਬੈਨੀਫਿਟ ਕਿ ਬਰਾਊਨ ਇਸ ਬੈਟਰ ਦੈਨ ਵਾਈਟ ਅਗਰ ਨਹੀਂ ਹੁੰਦਾ ਤਾਂ ਕਿਉਂ ਨਹੀਂ ਹੁੰਦਾ ਇੱਕ ਤਾਂ ਹੁੰਦਾ ਕਿ ਨੇਚਰਲੀ ਅਗਰ ਤੁਸੀਂ ਡਿਫਰੈਂਸ਼ੀਏਟ ਕਰੋ ਤਾਂ ਡਿਫਰੈਂਟ ਹੁੰਦਾ ਹੈ ਜਿਹੜੀ 슈ਗਰ ਦੀ ਮੈਂ ਗੱਲ ਕੀਤੀ ਉਹ ਆਰਟੀਫੀਸ਼ੀਅਲ ਡਿਫਰੈਂਸ ਬਣਾਇਆ ਗਿਆ ਹੈ ਜੋ ਬਰਾਊਨ 슈ਗਰ ਹੈ ਔਰ ਜੋ ਵਾਈਟ 슈ਗਰ ਦਾ ਡਿਫਰੈਂਸ ਹੈ ਉਹ ਆਰਟੀਫੀਸ਼ੀਅਲੀ ਕ੍ਰੀਏਟ ਕੀਤਾ ਗਿਆ ਹੈ ਲੋਕਾਂ ਨੂੰ ਫੂਲ ਕਰਨ ਵਾਸਤੇ ਇਦਾਂ ਨਹੀਂ ਉਹ ਤਾਂ ਕਿ ਨੇਚਰਲੀ ਉਹ ਬਰਾਊਨ ਹੀ ਹੁੰਦੀ ਹੈ ਮੇਬੀ ਉਹ ਗ ਬਰਾਊਨੀ ਆਂਦੀ ਹੈ ਸ਼ੱਕਰ ਗੁੜ ਖੰਡ ਜਿਹੜੀ ਚੀਜ਼ਾਂ ਨੇ ਬਰਾਊਨੀ ਨੇ ਪਰ ਜੋ ਬਰਾਊਨ ਸ਼ੁਗਰ ਮਾਰਕੀਟ ਵਿੱਚ ਮਿਲ ਰਹੀ ਹੈ ਉਹ ਨਹੀਂ ਹੈ ਨੈਚੁਰਲ ਵਾਲੀ ਜਿਹੜੀ ਹੈਗੀ ਸਮਝ ਰਹੇ ਹੋ ਐਂਡ ਰਾਈਸ ਦੀ ਆਪਾਂ ਗੱਲ ਕਰੀਏ ਤਾਂ ਰਾਈਸ ਜਿਹੜਾ ਹੁੰਦਾ ਉਹ ਬਰਾਊਨ ਰਾਈਸ ਹੁੰਦਾ ਹੈਗਾ ਉਹਦੇ ਵਿੱਚੋਂ ਬ੍ਰੈਨ ਕੱਢ ਕੇ ਉਹਨੂੰ ਵਾਈਟ ਕਰ ਦਿੱਤਾ ਜਾਂਦਾ ਹੈ ਪਾਲਿਸ਼ ਕਰ ਦਿੱਤਾ ਜਾਂਦਾ ਹੈ ਤਾਂ ਆਫਟਰ ਪਾਲਿਸ਼ਿੰਗ ਹੋਦੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਹੈ ਉਹ ਕੱਟ ਜਾਂਦੀ ਹੈਗੀ ਐ ਔਰ ਦੀ ਡਾਈਜੈਸਟਿਵਿਟੀ ਵੀ ਕੱਟ ਜਾਂਦੀ ਹੈ ਕਿਉਂਕਿ ਫਾਈਬਰ ਉਹਦਾ ਸੈਪਰੇਟ ਹੋ ਜਾਂਦਾ ਹੈਗਾ ਜਿਹੜਾ ਹਸਕ ਹੁੰਦਾ ਜਿਹੜਾ ਹਾਂ ਜਿਹੜਾ ਆਊਟਰ ਪਾਰਟ ਹੁੰਦਾ न्यूट्रिएंट्स अंदर जाके कित और प्रोपरली डाइजेस्ट हो मेटाबोलाइज हो और एलिमिनेट होंगे दैट प्रोसेस गेट्स फॉल्टी तो उत्थे फिर डिजीज बन जाने जान सो so, अगर नैचुरल स्टेट में होल व्हीट खाइए ब्राउन राइस खाइए दैट इज़ गुड पर अगर रिफाइंड वीट ली जी, ली जी, ली या मैदा खाइए तो नुकसान करता है ਯੈਸ ਡੈਫੀਨਿਟਲੀ ਉਹ ਇਹਦੇ ਵਿੱਚ ਵੀ ਉਹੀ ਚੀਜ਼ ਹੈ ਕਿ ਬ੍ਰਾਊਨ ਬ੍ਰੈਡ ਜਿਹੜੀ ਕਹੀ ਜਾਂਦੀ ਹੈ ਕਿ ਬਈ ਹੋਲ ਵੀਟ ਆਟਾ ਬ੍ਰੈਡ ਜਿਹੜੀ ਹੁੰਦੀ ਹੈ ਤੁਸੀਂ ਉਹਦੇ ਪਿੱਛੇ ਦੇਖ ਕੇ ਤੁਸੀਂ ਇੰਗਰੀਡੀਅੰਟਸ ਚੈੱਕ ਕਰੋਗੇ ਨਾ ਥੋੜਾ ਧਿਆਨ ਨਾਲ ਦੇਖੋਗੇ ਫਾਈਨ ਪ੍ਰਿੰਟ ਵਿੱਚ ਲਿਖਿਆ ਹੁੰਦਾ ਹੈਗਾ ਕਿ ਇਹਦੇ ਵਿੱਚ ਵੀ 55% ਹੋਲ ਵੀਟ ਹੈ ਨਾ ਤਾਂ ਬਾਕੀ ਕੀ ਹੈ ਉਹ ਮੈਦਾ ਹੈਗਾ ਤਾਂ ਇਸ ਤਰ੍ਹਾਂ ਉਹ ਫਰਾਡ ਕਰਦੇ ਹੈਗੇ ਆ ਮੈਗੀ ਵਿੱਚ ਵੀ ਇਦਾਂ ਹੁੰਦਾ ਮੈਗੀ ਵਿੱਚ ਤਾਂ 100% ਇਸ ਤਰ੍ਹਾਂ ਹੁੰਦਾ ਹੈਗਾ ਉਦੋਂ ਮੈਗੀ ਤੇ ਲਿਖਿਆ ਹੁੰਦਾ 9 ਗ੍ਰਾਮ ਪ੍ਰੋਟੀਨ ਐਂਡ ਹੈਲਦੀ 스ਨੈਕ ਪਰ ਐਕਚੁਅਲੀ ਵਿੱਚ ਤਾਂ ਤੋਨੋ ਪੂਰੀ ਬਿਮਾਰ ਕਰਨ ਵਾਸਤੇ ਹੀ ਬਣਾਈ ਗਈ ਹੈ ਐਕਚੁਅਲੀ ਵਿੱਚ ਕਾਸ ਲੋਕੀ ਨਾਰਮਲ ਮੈਗੀ ਨਾਲੋਂ ਆਟਾ ਮੈਗੀ ਜ਼ਿਆਦਾ ਖਾਣੇ ਸ਼ੁਰੂ ਕਰ ਰਹੇ ਹੂੰ ਐਸ ਐ ਸੁਣ ਕੇ ਠੀਕ ਹੈ ਤੇ ਵੀਰ ਜੀ ਹੁਣ ਅਸੀਂ ਹੈਲਦੀ ਗੱਲ ਕੀਤੀ ਕਿ ਕਿਵੇਂ ਡੀਗ੍ਰੇਡ ਹੋ ਰਹੀ ਹੈ ਨਾ ਓਵਰ ਦ ইयर्स ਤੋਨ ਪਿੱਛੇ ਜੇ ਸਾਨੂੰ ਪਤਾ ਕਿ ਉਹਨੂੰ ਕੋਵਿਡ ਲੰਗਿਆ ਆ ਕੋਵਿਡ 19 ਹੈ ਨਾ ਦ ਦ ਬਿਗ ਪੈਂਡੈਮਿਕ ਤੋਨ ਲੱਗਦਾ ਕਿ ਉਸ ਤੋਂ ਬਾਅਦ ਹੋਰ ਹੈਲਥ ਡੀਗ੍ਰੇਡ ਕਿ ਉਹਦਾ ਦੀ ਨੋਰਮਲ ਚੀਜ਼ ਚੱਲ ਰਹੀ ਹੈ ਤੇ ਕੋਵਿਡ ਨੇ ਉਮੀਦ ਦਾ ਇੰਪੈਕਟ ਨਹੀਂ ਪਾਇਆ ਅਜੇ ਵੈਕਸੀਨਸ ਦੀ ਗੱਲ ਜੇ ਨਾ ਕਰੀਏ ਤੇ ਸਿਰਫ ਵਾਇਰਸ ਦੀ ਗੱਲ ਜੇ ਕਰੀਏ ਉਸ ਤੋਂ ਬਾਅਦ ਹੈਲਥ ਵਿੱਚ ਕੀ ਚੇਂਜੇਸ ਆਏ ਆ या yeah, so, सोने वै वैक्सीन की गलता नहीं कर रहे हो yeah, so, इससे भी करा बट अगर आप वायरस की गल करिए बिफोर कोविड एंड आफ्टर कोविड जगा देर इज़ ह्यूज डिफरेंस इन द हैल्थ ऑफ पीपल बहुत डिफरेंस आ चुका है का, और हूँ वध रहे ने प्रॉब्लम्स हर तरह की प्रॉब्लम वही है पर जराज़ है कोज दैट इज़ नॉट कोविड और उसमें आप आवेंगे कोज पर आप हम पहले गल करिए कि वायरस कि यह वायरस एगजिस्ट भी करता हैगा लगता कि कोविड एगजिस्ट करता है कि नहीं करता ਜਿੰਨਾਂ ਸੁਨੇ ਮੀਡੀਆ ਰਹੀ ਉਥੋਂ ਤੇ ਲੱਗਦਾ ਜ਼ਰੂਰ ਬਟ ਅਗੇਨ ਜੇ ਜੇ ਰੈਸ਼ਨਲੀ ਮੈਂ ਇਸ ਕਦੀ ਸੋਚਾਂ ਕਿ ਮੇਰੇ ਆਸ-ਪਾਸ ਇੱਕ ਦੀ ਕੁਝ ਕਿਸੇ ਨੂੰ ਹੋਇਆ ਤੇ ਉਹ ਨਹੀਂ ਹੋਇਆ ਤੇ ਖਾਸ ਕਰਕੇ ਕਿਉਂਕਿ ਅਸੀਂ ਇੰਡੀਆ ਪੰਜਾਬ ਦੀ ਗੱਲਾਂ ਕਰਦੇ ਰਹਿੰਦੇ ਸੀ ਜਦੋਂ ਫਾਰਮਸ ਪ੍ਰੋਟੈਸਟ ਹੋਇਆ ਉਹ ਆਈ ਥਿੰਕ ਬੜੀ ਵੱਡੀ ਐਗਜ਼ੈਂਪਲ ਰਹੀ ਸਾਡੇ ਵਿੱਚ ਤੇ ਕਿ ਉੱਥੇ ਲੱਖਾਂ ਦੀ ਤਾਦਾਦ ਵਿੱਚ ਲੋਕੀ ਖੜੇ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਆਈ ਥਿੰਕ ਥੈਟ ਥੈਟ ਸਪੀਕਸ ਫਾਰ ਇਟਸੈਲਫ ਨਾ ਸੋ ਆਈ ਥਿੰਕ ਆਮ ਔਨ ਦਾ ਫੈਂਸ ਬਟ ਮੈਨੂੰ ਮੋਸਟਲੀ ਲੱਗਦਾ ਕਿ ਐਵੇਂ ਦਾ ਵਾਇਰਸ ਨਹੀਂ ਹੈਗਾ ਬਿਕੋਜ਼ ਹਰ ਸਾਲ ਵਾਇਰਸ so that's what i think but of course you know better tythanu yes. <laughs> sadhya definitely so jidda to si keha ki inne sare kisan lakha kisan utthe border de baithe hoye hon dekho india da kidda tv te dikhaya gaya ki second wave aagi loki die karan lag pe hai na bada kuch dikhaya gaya aur usi delhi vich jehda border siga tikri border siga aur dusra keda siga sidhu shamba sindhu shambu sedu sindhu ko hor si ਇਕ ਹੋਰ ਸੀ ਸਿੰਧੂ ਬਾਰਡਰ ਇੱਕ ਸਿੰਗਲ ਬਾਰਡਰ ਸੀ ਤੇ ਇੱਕ ਯਾ ਸੋ ਮਤਲਬ ਜੋ ਬਾਰਡਰ ਸੀ ਇੱਕ ਹੋਸੀ ਸ਼ਾਂਪੂ ਬਾਰਡਰ ਕੁਝ ਨਾ ਯਾ ਮਤਲਬ ਕੋਈ ਬਾਰਡਰ ਸੀਗਾ ਬਹੁਤ ਦੁੱਖ ਲੱਗ ਰਿਹਾ ਨਹੀਂ ਆਦਾ ਰਿਹਾ ਸਿੰਧੂ ਬਾਰਡਰ ਚਲੋ ਸਿੰਧੂ ਓਕੇ ਤੋ ਸਿੰਧੂ ਬਾਰਡਰ ਦਾ ਸਿੰਧੂ ਬਾਰਡਰ ਐਂ ਟੇਕਰੀ ਬਾਰਡਰ ਉਹ ਵੀ ਦਿੱਲੀ ਦੇ ਬਾਰਡਰ ਹੀ ਹੈਗਾ ਉੱਥੇ ਲੱਖਾਂ ਕਿਸਾਨ ਬੈਠੇ ਨੇ ਉਹਨਾਂ ਨੂੰ ਕਿਸੇ ਨੂੰ ਕੋਵਿਡ ਨਹੀਂ ਹੋ ਰਿਹਾ ਕਿਸੇ ਨੇ ਮਾਸ ਨਹੀਂ ਪਾਇਆ ਕੋਈ ਡਿਸਟੈਂਸਿੰਗ ਨਹੀਂ ਹੋ ਰਹੀ ਕੋਈ ਵੈਕਸੀਨ ਨਹੀਂ ਲਾਈ एवरीवन ਇਜ਼ ਹੈਪੀ ਉੱਥੇ ਬੈਠੇ ਹੋ ਆਰਾਮ ਨਾਲ ਆਪਣਾ ਜੌਬ ਕਰ ਰਹੇ ਨੇ ਲੰਗਰ ਸ਼ਕਰੇ ਨੇ ਮੇਰਾ ਲੱਗਿਆ ਬਈ ਇੱਕ ਤਰ੍ਹਾਂ ਨਾਲ ਉੱਥੇ ਹੈਨਾ ਪਰ ਉਸੇ ਦਿੱਲੀ ਵਿੱਚ ਅੰਦਰ ਵਾਲੀ ਸਿਟੀ ਵਾਲੀ ਸਾਈਡ ਵਿੱਚ ਆਈਏ ਤੇ ਹਾਹਾਕਾਰ ਮਚੀ ਹੋਈ ਹੈ ਲੋਕੀ ਆਕਸੀਜਨ ਵਾਸਤੇ ਤੜਪ ਰਹੇ ਨੇ ਇਹ ਡਿਫਰੈਂਸ ਕਿਸ ਤਰ੍ਹਾਂ ਆ ਗਿਆ ਇਹ ਆਪਾਂ ਸਮਝੀਏ ਤਾਂ ਹੁੰਦਾ ਕੀ ਹੈਗਾ ਰਿਅਲਾਈਜ਼ ਕਰੋ ਖਾਂਸੀ ਜ਼ੁਕਾਮ ਬੁਖਾਰ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਹਰ ਸਾਲ ਇੱਕ ਆਦਵਾਰੀ ਬੰਦੇ ਨੂੰ ਆਉਂਦੀਆਂ ਹੀ ਨੇ ਹਮਮ ਔਰ ਮੈਡੀਕਲ ਇੰਡਸਟਰੀ ਕੀ ਕਰਦੀ ਹੈ ਉਸ ਹਰ ਸਾਲ ਦੇ ਬੁਖਾਰ ਨੂੰ ਨਵਾਂ ਨਾਮ ਦੇ ਦਿੰਦੀ ਹੈ ਕਦੀ ਕਹੇਗੀ ਮਲੇਰੀਆ ਆ ਗਿਆ ਕਦੀ ਕਹੇਗੀ ਚਿਕਨਗਨੀ ਆ ਗਿਆ ਕਦੀ H1N1 ਆ ਗਿਆ ਸਵੈਨ ਫਲੂ ਆ ਗਿਆ ਡੇਂਗੂ ਆ ਗਿਆ ਤੋ ਹੁਣ ਕੋਵਿਡ 19 ਆ ਗਿਆ ਫਿਰ ਕੋਵਿਡ 23 ਆਏਗਾ ਫਿਰ 25 ਆਏਗਾ ਫਿਰ ਕੋਵਿਡ 30 ਆਏਗਾ ਫਿਰ ਉਸ ਤੋਂ ਬਾਅਦ ਸਪਾਰਸ ਵਾਇਰਸ ਆਏਗਾ ਫਿਰ ਮੰਕੀ ਪੌਕਸ ਆਏਗਾ ਫਿਰ ਡੈਲਟਾ ਕਰੋਨਾ ਆਏਗਾ ਫਿਰ ਓਮਿਕਰੋਨ ਆਏਗਾ ਐਲਫਾ ਬੀਟਾ ਗਾਮਾ ਤੋ ਨਵੇਂ ਨਵੇਂ ਵਾਇਰਸ ਬਣਦੇ ਰਹਿੰਦੇ ਨੇ ਕਿੰਨੇ ਤੇ ਆ ਵੀ ਰਹੇ ਨੇ ਹਾਂ ਆ ਵੀਰੇ ਨੇ ਔਰ ਹੁਣ H3N2 ਦੀ ਗੱਲ ਚੱਲ ਰਹੀ ਹੈਗੀ ਤਾਂ ਮਤਲਬ ਕਿ ਜਿੰਨੇ ਜ਼ਿਆਦਾ ਵਾਇਰਸਸ ਹੋਣਗੇ ਹੁਣ ਫੋਰ ਐਗਜ਼ਾਮਪਲ ਤੁਹਾਡੀ ਸ਼ਾਪ ਹੈ ਅਗਰ ਤੁਸੀਂ ਬਿਜ਼ਨਸ ਕਰਦੇ ਹੋ ਤੁਹਾਡੀ ਸ਼ਾਪ 'ਤੇ ਜਿੰਨੇ ਜ਼ਿਆਦਾ ਪ੍ਰੋਡਕਟਸ ਹੋਣਗੇ ਓਨ ਹੀ ਜ਼ਿਆਦਾ ਸੇਲ ਵਧੇਗੀ समझ रहे हो अगर तुम एक लाइन ऑफ प्रोडक्ट वि डील कर रहे हो तो थोड़े काफ़ी कस्टमर्स ने तुम चाहोगे एक और लाइन ऑफ प्रोडक्ट आ जाए फिर एक और आ जाए एक और प्रोडक्ट आ जाए तो जिन्हें तोड़ी लाइन ऑफ प्रोडक्ट्स बढ़ते जाएंगे कस्टमर्स कस्टमरस मार्केट वीती जाएगी तोड़े जेब पैसा ज़्यादा आ जाएगा तो फार्मास्यूटिकल कंपनी की करती है उन्होंने की कहना कि भाई ए वाला इन्फ्लुएंजा ए वखरा है इन्फ्लुएंजा बी भी, भी वखरा है तो सी वखरा है तो हैपेटाइटिस ए वखरा है तो बी वखरा है तो जिन्हें ज़्यादा नाम बनाने बीमारियाँ दे उन्नी ज़्यादा वैक्सीनस बिकनगियाँ उन्नी ज़्यादा उन्न ज्यादा उन्हस्पिटल इक्युपमेंट्स तो पूरा mm -hmm. एक इंडस्ट्री है बिजनेस है तो नाओ लैट्स कम टू द रियलिटी बी सच्चाई की हैगा कि वायरस नया आया भी सीगा कि नहीं आया सीगा। पहली गलत वायरोलॉजी जी हैगी ये बहुत व्डा फ्रॉड हैगा जो हूँ बहुत सारे सैंटिस्ट एंड डॉक्टर ऑलरेडी एक्सपोज कर चुके हैं बट मीडिया इज नॉट कवरिंग दैट मेरी बहुत सारी विडियोज जीडिया ट्वेंटी ट्वेंटी घट्टों घट्ट कर, दो तीन दर्जन भीडियोज़ मेरी डिलीट हो चुकिया ने अच्छा मेरा यूट्यूब चैनल स्ट्राइक होया है ब्लॉग किया गया बहुत बारी फेसबुक तो मैं कि बारी बैन रहा हैगा ज नॉट जस्ट मी जो भी इस बारे एक्सपोज़ कर रहा है उन्होंने सारियां ही प्रॉब्लम फेस करनी पेरा इंसाग्राम शैडो बैन होवन मेरा वट्सएप भी बैन कर दता कि मैं वटसएप भी लॉग इन नहीं कर पा रहा मैसेज नहीं कर पा रहा सो तो किसी अच्छा तरह टैक्नीकल्स उन्होंने सपोर्ट ना किसी तरह खुलाया उस चीज़ को क्यों ਕਿਉਂਕਿ ਕੋਵਿਡ ਦੇ ਟਾਈਮ ਤੇ ਮੈਂ ਲੋਕਾਂ ਨੂੰ ਐਜੂਕੇਟ ਕਰ ਰਿਹਾ ਸੀਗਾ देयर इज नो ਰੀਅਲ ਵਾਇਰਸ ਜਿਵੇਂ ਤੁਸੀਂ ਕਿਹਾ ਨਾ ਟੀਵੀ ਨੇ ਦੱਸਿਆ ਕਿ ਵੀ ਵਾਇਰਸ ਆਇਆ ਹੈ ਪਰ ਉਹ ਇੰਨਾ ਖਤਰਨਾਕ ਨਹੀਂ ਹੈ ધ ਰਿਐਲਿਟੀ ਇਜ਼ ਕਿ ਕੋਈ ਵਾਇਰਸ ਹੀ ਨਹੀਂ ਹੈਗਾ ਸੋ ਕੈਨ ਯੂ ਬਿਲੀਵ ਦਿਸ ਥਿੰਗ ਤੇ ਤੁਹਾਨੂੰ ਕਿ ਲੋਕਾਂ ਦੇ ਵਿੱਚ ਦੀ ਚੀਜ਼ ਕਿਉਂ ਕੀਤੀ ਜਾ ਰਹੀ ਹੈ ਫਿਰ ਲੋਕਾਂ ਨਾਲ ਕਿਉਂ ਅਸਲ ਸੱਚ ਨੂੰ ਛੁਪਾਇਆ ਜਾ ਰਿਹਾ ਤੇ ਕਿਉਂ ਚਾਹੁੰਦੇ ਕਿ ਲੋਕੀ ਕਹਿ ਲੋ ਕਿ ਇਲਿਊਜ਼ਨ ਵਿੱਚ ਰਹਿਣ या सो इल्यूजन इल्यूजन में रखने वास्ते ही किया जा रहा है क्योंकि अगर लोग इल्यूजन में हो जो बंदा इल्यूजन में है भरम में है वो सारी गल म जाएगा क्योंकि उन्होंने अपना तो पता नहीं हैगा करना की है तो दूजे टीवी पर विश्वास करेगा हाँ भाई टीवी भी एक्सपर्ट आए वाइट कोट भी डॉक्टर कह है। तो तो रहा है तो ये तो गल सच ही होएगी तो मैं फॉलो करदा क्योंकि मेरे परिवार को वायरस तो खतरा है तो उन्होंने मैंने बचाण है और बचाने वास्ते उन्होंने की किया अपने परिवार वाले कमर में बंद कर दता एक हफ़्ते दो हफ्ते वास्ते चलो जी तो हम इतें ही रहना कमरे में आप सोचो अगर हफ्ते या दस दस दिन वास्ते बंद कर दे ਜੇ ਉਸ ਕਮਰੇ ਵਿੱਚ ਲੌਕਡ ਹੋ ਤੋ ਤੁਹਾਨੂੰ ਕਿਦਾਂ ਫੀਲ ਹੋਗਾ ਬੰਦਾ ਮੋਰਲੀ ਡਾਊਨ ਚਲ ਜਾਂਦਾ ਕਜ਼ ਆਈਸੋਲੇਸ਼ਨ ਕਹਿੰਦੇ ਜਿਵੇਂ ਇਟਸ ਵਨ ਆਫ ਦਾ ਵਰਸਟ ਪ੍ਰੈਜ਼ੈਂਸ ਟੂ ਬੀ ਇਨ ਡੈਫੀਨਿਟਲੀ ਸੋ ਜਿਹੜੀ ਲੋਨਲੀਨੈਸ ਹੈ ਆਈਸੋਲੇਸ਼ਨ ਹੈਗਾ ਇਹ ਇਹਨਾਂ ਨੇ ਕੀ ਕਿਹਾ ਗਵਰਨਮੈਂਟ ਨੇ ਕਿ ਅਸੀਂ ਕਿਉਂ ਲੈ ਕੇ ਆ ਰਹੇ ਹਾਂ ਇਹ ਤਾਂਕਿ ਤੁਹਾਨੂੰ ਸੇਫ ਕਰ ਸਕੀਏ ਤੁਹਾਨੂੰ ਬਿਮਾਰੀ ਤੋਂ ਬਚਾ ਸਕੀਏ ਪਰ ਆਪਾਂ ਹੁਣ ਗੱਲ ਕਰਦੇ ਹਾਂ ਸਾਇੰਟਿਫਿਕ ਐਵਿਡੈਂਸ ਦੀ ਜਿਹੜੀ ਮੈਂ ਨਿਊ ਬੁੱਕ ਲਿਖੀ ਹੈ ਇਹ ਜਿਹੜੀ ਹੈਗੀ ਡੂ ਫੇਸ ਮਾਸਕ रियली वर्क ਤੁਸੀਂ ਇਹ ਦੇਖ ਸਕਦੇ ਹੋ ਦਿਸ ਇਜ਼ ਅਵੇਲੇਬਲ ਔਨ ਐਮਾਜ਼ਾਨ ਤੋਂ ਇਸ ਵਿੱਚ ਜਿਹੜਾ ਐਵਿਡੈਂਸ ਹੈਗਾ ਉਹਦੇ ਵਿੱਚ ਮੈਂ ਸਾਇੰਟੀਫਿਕਲੀ ਪ੍ਰੂਫ ਪਾਇਆ ਹੈਗਾ ਕਿ ਸੋਸ਼ਲ ਡਿਸਟੈਂਸਿੰਗ ਨਾਲ ਕਿਸੇ ਨੂੰ ਕਿਸੇ ਬਿਮਾਰੀ ਤੋਂ ਨਹੀਂ ਬਚਾਇਆ ਜਾ ਸਕਦਾ ਬਲਕਿ देयर इज 50% ਮੋਰ ਚਾਂਸ ਆਫ ਮਾਰਟੈਲਿਟੀ ਯਾਨੀ 50% ਮਰਨ ਦੇ ਚਾਂਸ ਜ਼ਿਆਦਾ ਨੇ ਮਤਲਬ ਅਗਰ 1000 ਲੋਕਾਂ ਨੂੰ ਬਿਮਾਰੀ ਹੋਈ ਤਾਂ 1000 ਵਿੱਚੋਂ ਮੰਨ ਲਓ ਅਗਰ 100 ਦੀ ਵੈਸੇ ਡੈਥ ਹੋਣੀ ਸੀਗੀ ਤਾਂ ਇਹਨਾਂ ਨੇ ਸੋਚਿਆ ਕਿ ਬਈ ਡਿਸਟੈਂਸਿੰਗ ਕਰਾਂਗੇ ਤਾਂ ਕੀ ਪਤਾ 100 ਦੀ ਜਗ੍ਹਾ 50 ਦੀ ਡੈਥ ਹੋਏਗੀ ਪਰ ਐਕਚੁਅਲੀ ਸਾਇੰਟਿਫਿਕ ਡਾਟਾ ਦੇ ਅੰ ਇਸ ਆਇਸੋਲੇਸ਼ਨ ਕਰਾ ਦੋਗੇ ਕਿਉਂ ਕਿ ਮੰਨ ਲਓ ਹੁਣ ਆਪਾਂ ਕਲੋਜ਼ ਬੈਠੇ ਆ ਸਾਡੇ ਵਿੱਚ ਇਨਫੋਰਮੇਸ਼ਨ ਸ਼ੇਅਰਿੰਗ ਹੋ ਰਹੀ ਹੈ ਇੱਕ ਪ੍ਰੇਮ ਪ੍ਰੇਮ ਜਿਹੜਾ ਹੈਗਾ ਆਪਸ ਵਿੱਚ ਜੁੰਡਿਆ ਜਾ ਰਿਹਾ ਹੈਗਾ ਆਪਾਂ ਗੁਰਬਾਣੀ ਦੀ ਗੱਲਾਂ ਕਰ ਰਹੇ ਨੇ ਹੋਰ ਆਪਣੇ ਜੜੀ ਸਾਡੇ ਇੰਟਰਸਟ ਦੀ ਟੌਪਿਕਸ ਨੇ ਉਹਦੇ ਨਾਲ ਗੱਲਾਂ ਕਰ ਰਹੇ ਆ ਸਾਡਾ ਮਾਈਂਡ ਇੱਕ ਤਰ੍ਹਾਂ ਨਾਲ ਹੈਪੀ ਹੈ ਆਪਾਂ ਖੁਸ਼ ਆਪਾਂ ਸਟ्रेस ਫਰੀ ਆ ਇੱਕ ਤਰ੍ਹਾਂ ਨਾਲ ਬਟ ਜਦ ਅਸੀਂ ਡਰ ਜਾਂਦੇ ਆ ਸਟ्रेस ਵਿੱਚ ਆ ਜਾਂਦੇ ਆ ਸੈਪਰੇਟ ਹੋ ਜਾਂਦੇ ਆ ਸੋ ਸਾਡੀ ਚਾਂਸਸ ਆਫ ਡਾਈਿੰਗ ਇਨਕਰੀਜ਼ ਬਿਕੋਜ਼ ਆਫ ਦਾ ਅੰਡਰਲਾਈਇੰਗ ਸਟ्रेस ਥੈਟ ਇਸ ਬੀਇੰਗ ਕੌਜ਼ਡ ਟੂ ਦਾ ਬਾਡੀ ਤੋ ਇਹ ਵੀ ਬੜੀ ਵੱਡੀ ਚੀਜ਼ ਸੀਗੀ ਫਿਰ ਇਸੇ ਤਰ੍ਹਾਂ ਮਾਸਕ ਦੀ ਆਪਾਂ ਗੱਲ ਕਰੀਏ ਜੀ ਤੁਸੀਂ ਮਾਸਕ ਪਾਇਆ ਹੋਏਗਾ ਜ਼ਰੂਰ ਤੁਸੀਂ ਕਿਦਾਂ ਫੀਲ ਕਰਦੇ ਸੀ ਮਾਸਕ ਪਾ ਕੇ ਐਕਸਕਲੂਡਿਡ ਆਈ ਥਿੰਕ ਕਿਉਂਕਿ ਬੜੀ ਵਜੋਂ ਮਾਸਕ ਸ਼ੁਰੂ ਚ ਤੇ ਓਨੈਸਟੀ ਪਤਾ ਨਹੀਂ ਸੀ ਕਿ ਪਾ ਕੇ ਰਿਹਾ ਬਟ ਅਗੇਨ ਉਹੀ ਗੱਲ ਕਿ ਮੀਡੀਆ ਨੇ ਕਿਹਾ ਕਿ ਪਾਓ ਤਾਂ ਪਾ ਰਹੇ ਆਈ ਥਿੰਕ ਉੱਥੇ ਸਟ्रेस ਲੈਵਲ ਜਾਂ ਜਿਹੜਾ ਡਰ ਦਾ ਫੈਕਟਰ ਉਹ ਵੀ ਬਹੁਤ ਕਾਊਂਟ ਕੀਤਾ ਸੀ ਸ਼ੁਰੂ-ਸ਼ੁਰੂ ਚ ਬਿਕੋਜ਼ ਕਿਸੇ ਨੂੰ ਵੀ ਸ਼ੁਰੂਆਤ ਚ ਤੇ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਸੋ ਉਹ ਤਾਂ ਡੈਫੀਨਿਟਲੀ ਪਾਏ ਨੇ ਬਟ ਆਈ ਥਿੰਕ ਤੁਹਾਡੀ ਵੀਡੀਓ ਜ਼ਰੂਰ ਦੇਖਦੇ ਰਹੇ ਆ ਕਾਫੀ ਲੋਕਾਂ ਨੂੰ ਹੈਲਪ ਹੋਈ ਹੈ ਇਸ ਪਾਸਿਓ ਕਿ ਕਿਉਂ ਨਹੀਂ ਪਾਣੇ ਪਰ ਤੁਸੀਂ ਐਕਸਪਲੇਨ ਕਰੋ ਕਿ ਮਾਸਕ ਕਿਉਂ ਨਹੀਂ ਪਾਣੇ ਚਾਹੀਦੇ ਜਾਂ ਕਿਉਂ ਪਾਣੇ ਚਾਹੀਦੇ ਯਾ ਸੋ ਫਰਸਟ ਫੈਕਟਰ ਤਾਂ ਇਹ ਹੈ ਕਿ ਕੋਈ ਵਾਇਰਸ ਹੀ ਨਹੀਂ ਹੈਗਾ ਕੋਈ ਵਾਇਰਸ ਹੀ ਨਹੀਂ ਹੈ ਤਾਂ ਮਾਸਕ ਪਾਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਮਾਸਕ ਇਹਨੂੰ ਬਚਾਏਗਾ ਜਿਸ ਦੇ ਬਚਾਉਣ ਵਾਸਤੇ ਗੱਲ ਕੀਤੀ ਜਾ ਰਹੀ ਹੈ ਉਹ ਤਾਂ ਚੀਜ਼ ਹੀ ਐਗਜ਼ਿਸਟ ਨਹੀਂ ਕਰਦੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹਦਾ ਨੁਕਸਾਨ ਕੀ ਹੈ ਮਾਸਕ ਪਾਣ ਦਾ ਤੁਸੀਂ ਇਹ ਮਾਸਕ ਪਾ ਲੈਂਦੇ ਹੋ ਤੁਸੀਂ ਆਪਣੀ ਜੋ ਕਾਰਬਨ ਡਾਈਆਕਸਾਈਡ ਬਾਹਰ ਛੜਨੀ ਸੀਗੀ ਉਹਨੂੰ ਰੀ ਇਨਹੇਲ ਕਰ ਰਹੇ ਹੋ मतलब ती बॉडी का जो वेस्ट है कार्बन डाइऑक्साइड विच हैज़ टू सपोज टू तो बी गो गोइंग आउट पर तुम उन रीबरीद कर रहे हो तुम वनू रीबरीद करोगे तो सारी डिजीज जो तेजे अंदर है वो इंक्रीज करनी शुरू कर देगी और अगर कोई डिजीज़ नहीं है तो हौली हौली डिजीज़ बढ़नी शुरू हो जाएगी बिकॉज ऑफ हाइपर कैपनीया हाइपर कैपनीया इसकी बॉडी कार्बन डाइक्साइड ओवर ज्यादा हो गई है और हाइपॉक्सीआ यानी ऑक्सीजन घट हो रही है तो दैट इज़ साइंटिफिकली प्रूवन तुम हर अपना ऑक्सीमीटर नक्सीजन की रीडिंग देखोगे जो रीडिंग आएगी और मास्क ਵਾਲੋ 1 ਘੰਟੇ ਵਾਸਤੇ ਤਾਂ ਥੋੜੀ ਜਿਹੀ ਕੱਟ ਜਾਏਗੀ ਉਸ ਤੋਂ ਬਾਅਦ ਤਾਂ ਤੁਸੀਂ ਆਪਣੇ ਆਪ ਨੂੰ ਖੁਦ ਹੀ ਪੇਸ਼ੈਂਟ ਬਣਾਉਣ ਨੂੰ ਲੱਗੇ ਹੋਏ ਹੋ ਸੋ ðiːz ɑːr ðə ਕਾਈਂਡ ɒv ਪ੍ਰੋਟੋਕਾਲਸ ðət ɑːr ਹੈਪਨਿੰਗ ਤੋ ਇਹ ਪ੍ਰੋਟੋਕਾਲ ਸੀ ਬੜੀ ਪ੍ਰੋਬਲਮ ਸੀ ਗਈਆਂ ਔਰ ਤੁਹਾਨੂੰ ਯਾਦ ਆਵੇਗਾ ਪਾ ਵਿੰਟਰਫੋਲ ਇਕੱਠੇ ਹੀ ਸੀਗੇ ਜੀ ਤੇ ਉਸ ਟਾਈਮ ਮੈਂ ਉਸ 2020 ਵਿੱਚ ਵੀਡੀਓ ਬਣਾਈ ਸੀ ਕਿ ਵੀ ਮਾਸਪਾਨ ਦਾ ਕੋਈ ਫਾਇਦਾ ਨਹੀਂ ਹੈ ਬਟ ਲੋਟ ਆਫ ਪੀਪਲ ਅਪੋਜ਼ਡ ਮੀ ਮੈਂ ਕਿੰਨੇ ਆਪਣੇ ਮੈਂ ਮੇਰਾ ਐਕਚੁਅਲੀ ਕਾਰਨ ਹੀ ਇਹ ਸੀਗਾ ਲੋਕਾਂ ਨੂੰ ਦੱਸਣ ਦਾ ਕਿ ਵੀ ਇਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਇਹ ਰੀਅਲ ਪ੍ਰੋਬਲਮਸ ਨਹੀਂ ਸਰਚ ਕਰਦਾ ਰਿਹਾ ਆਈ ਪਬਲਿਸ਼ਡ ਬੁక్స్ ਮੈਂ ਸਾਰਾ ਕੁਝ ਦਿੱਤਾ ਬਟ ਬਿਕੋਜ਼ ਆਫ ਸੈਂਸਰਸ਼ਿਪ ਤੇ ਲੋਕਾਂ ਦਾ ਕਾਫੀ ਲੋਕਾਂ ਦਾ ਇਹ ਗੱਲ ਪਹੁੰਚੀ ਨਹੀਂ ਪਰ ਜਿਨ੍ਹਾਂ ਕੋਲ ਪਹੁੰਚੀ ਵੀ ਉਹ ਵੀ ਬਿਕੋਜ਼ ਆਫ ਦੈਟ ਇਲੂਜਨ ਉਹ ਸਾਰੇ ਨਹੀਂ ਸਮਝ ਪਾਏ ਇਸ ਚੀਜ਼ ਨੂੰ ਹੂੰ ਤੇ ਵਿੱਚ ਜਿਵੇਂ ਹੁਣ ਤੁਸੀਂ ਕਹਿ ਸਕਦੇ ਹੋ ਕਿ ਜੋ ਵੀ ਤੁਸੀਂ ਬੋਲ ਰਹੇ ਹੋ ਉਹ ਕਾਈਂਡ ਆਫ ਬੈਕਡ ਅਪ ਹੈਗਾ ਕਿ ਤੁਸੀਂ ਰੈਫਰੈਂਸ ਦੇ ਸਕਦੇ ਹੋ ਕਿ ਮੈਂ ਥੋੜੀ ਦਾ ਮੈਂ ਥੋੜੀ ਦਾ ਰਿਸਰਚ ਹੋਰੀ ਇਸ ਗੱਲ ਤੇ ਜਦੋਂ ਸ਼ੁਰੂਆਤ ਵਿੱਚ ਕੋਵਿਡ ਆਇਆ ਤੁਹਾਨੂੰ ਉਦੋਂ ਕਿਵੇਂ ਪਤਾ ਸੀ ਕਿ ਇਹ ਚੀਜ਼ ਇੱਕ ਇਲੂਜਨ ਹੈ ਭਰਮ ਹੈਗਾ ਯਾ ਸੋ ਬਿਕਾਜ਼ ਆਈ ਵਾਸ ਆਲਰੇਡੀ ਇਨਟੂ ਦਿਸ ਫੀਲਡ ਜਿਹਦੇ ਵਿੱਚ ਮੈਨੂੰ ਨੋਲੇਜ ਸੀਗੀ ਕਿ ਨੈਚੁਰਲ ਹੀਲਿੰਗ ਕਿੱਦਾਂ ਹੁੰਦੀ ਹੈ ਅਸਲ ਵਿੱਚ ਮੈਨੂੰ ਪਤਾ ਸੀਗਾ ਕਿ ਕਾਜ਼ ਆਫ ਡਿਜ਼ੀਜ਼ ਕੀ ਹੈ ਲੋਕੀ ਵਾਇਰਸਸ ਨਾਲ ਬਿਮਾਰ ਨਹੀਂ ਹੁੰਦੇ ਲੋਕੀ ਬਿਮਾਰ ਹੁੰਦੇ ਨੇ ਕੈਮੀਕਲ ਪੋਇਜ਼ਨਿੰਗ ਨਾਲ ਟਾਕਸਿਨਸ ਦੇ ਨਾਲ ਚਾਹੇ ਉਹ ਉਹਨਾਂ ਦੇ ਹਵਾ ਵਿੱਚੋਂ ਜਾ ਰਿਹਾ ਹੈ ਚਾਹੇ ਉਹ ਪਾਣੀ ਵਿੱਚੋਂ ਜਾ ਰਿਹਾ ਹੈ ਚਾਹੇ ਉਹਨਾਂ ਦੀ ਡਾਈਟ ਵਿੱਚੋਂ ਜਾ ਰਿਹਾ ਹੈ ਤੇ ਜੋ ਵੀ ਟਾਕਸਿਨਸ ਬਾਡੀ ਵਿੱਚ ਇਕੱਠੇ ਹੋਣਗੇ ਜਾਂ ਚਾਹੇ इंजैक्शनस दे राही जा रहा है तो जो भी टॉक्सिनस अंदर इकट्ठे हो गया तो उन्होंने बीमार करन इट इज़ नॉट द वायरस दैट इज़ कॉजिंग यू सिकनैस या सिंपल एगजाम्पल तो देना है फॉर एग्जाम्पल हमने आप दो में केला केला खाइए इतने और केला खा के अपना इतें ही रख दीए और एक हफ्ता इतने ही पैया रहे तो इतने मखिया बनिया शुरू हो जाएगी फ्लाइज आ तो आपा उस फ्लाई में मार दीए मान लो अपना उन्होंने स्परे करता सारी फ्लाइज मर गई पर अपना केला नहीं चकिया तो दो दिन बाद फिर आ जाए ਜੀ ਡੀ ਅੰਡਰਸਟੈਂਡ ਦਾ ਪੁਆਇੰਟ ਹਾਂਜੀ ਕਿ ਰੂਟ ਪ੍ਰੋਬਲਮ ਤੇ ਨਹੀਂ ਅਸੀਂ ਬਾਅਦ ਕਰ ਰਹੇ ਅਸੀਂ ਰੂਟ ਪ੍ਰੋਬਲਮ ਨੂੰ ਅਡਰੈਸ ਹੀ ਨਹੀਂ ਕੀਤਾ ਜੋ ਕੇਲੇ ਦਾ ਛਿਲਕਾ ਸੀਗਾ ਆਪਾਂ ਉਹਨੂੰ ਡਸਟਬਿਨ ਵਿੱਚ ਪਾ ਦਈਏ ਇੱਥੇ ਫਲਾਈਜ਼ ਆਣਗੀਆਂ ਹੀ ਨਹੀਂ ਸਾਡੀ ਬੋਡੀ ਵਿੱਚ ਟਾਕਸਿਨਸ ਨਹੀਂ ਹੋਣਗੇ ਅਸੀਂ ਬਿਮਾਰ ਹੋਵਾਂਗੇ ਹੀ ਨਹੀਂ ਸੋ that is the root cause of the problem तो वनू एड्रैस करना है वो मैंने इस बारे नॉलेज सी तो फिर जब कोविड आया और जो टी वी जरा सारा दिखाया गया तो मैं पता लगना शुरू हो गया एंड बिकॉज आई वॉज ऑलसो कनेक्टेड टू लॉड ऑफ मेडिकल डॉक्टर्स फ्रॉम ऑल स्ट्रीम्स ऑफ मेडिसिन फ्रॉम ऑल अराउंड द वर्ल्ड चाहे अमेरिका के डॉक्टर्स होन इंडिया के डॉक्टरस आस्ट्रेलिया यू एस ए यू के सारे नाल मैं इंटरव्यूज़ कि सारू तो इनफोरमेन ली कि हो रहा है की रिएलिटी है एंड आई गॉट टू नो दैट दिस इज़ अ बिग स्कैम और फिर मैं लोगों को दसना शुरू किया और काफ़ी लोग मेरे जुड़े और काफ़ी लोग नहीं भी जो जुड़े हुए थे मैंने छड़ के भी चले गए इस तरह भी

ਇਦਾਂ ਦੀ ਚੀਜ਼ ਹੈ ਕਿ 마스크 ਕਿਤੇ ਕਿਤੇ ਪਾਇਆ ਜਾਣਾ ਚਾਹੀਦਾ ਕਿਉਂਕਿ ਉਹ ਤੇ ਲਾਭਦਾਇਕ ਹੁੰਦਾ ਯਾ ਸੋ ਆਪਾਂ ਸਾਇੰਟਿਫਿਕਲੀ ਗੱਲ ਕਰਦੇ ਆ ਸੋ ਫਿਲਹਾਲ ਤਾਂ ਤਿੰਨ ਤਰ੍ਹਾਂ ਦੇ 마스크 ਜਿਹੜੇ ਆਪਾਂ ਡਿਸਕਸ ਕਰਦੇ ਆ ਕਲੌਥ 마스크 ਹੋ ਗਿਆ ਇੱਕ ਮੈਡੀਕਲ 마스크 ਹੋ ਗਿਆ ਇੱਕ ਹੋ ਗਿਆ ਸਾਡਾ N95 마스크 ਸਾਡਾ ਸ਼ੀਲਡ 마스크 ਹੁੰਦਾ ਸ਼ੀ N95 ਜਿਹੜਾ ਹੁੰਦਾ ਨਾ ਜਿਹਦੇ ਰੈਸਪੀਰੇਟਰ ਲੱਗੇ ਹੁੰਦੇ ਨੇ ਓਕੇ ਠੀਕ ਹੈ ਯਾ ਉਹਦੇ ਨਾਲ ਕਹਿੰਦੇ ਆ ਕਿ ਬਈ ਇੰਨੀ ਪ੍ਰੋਟੈਕਸ਼ਨ 99% ਪ੍ਰੋਟੈਕਸ਼ਨ ਹੋਏਗੀ ਤਾਂ ਹੋਇਆ ਕਿ ਕਿ ਸਾਰੀ ਸਟੱਡੀਜ਼ ਦੇਖਿਆ ਗਿਆ ਜਿਨ੍ਹਾਂ ਵੀ ਵੱਡੇ ਵੱਡੇ ਸਾਇੰਟਿਫਿਕ ਰਿਸਰਚਸ ਹੋਏ ਸੀ ਉਹਦੇ ਵਿੱਚ ਕੀ ਦੇਖਿਆ ਗਿਆ ਅ ਮੈਂਟ ਨਹੀਂ ਕਰ ਰਹੇ ਔਰ ਸਰਜਿਕਲ ਮਾਸਕ ਪਾਓ ਜਾਂ N95 ਮਾਸਕ ਪਾਓ ਤਾਂ ਵੀ ਤੁਹਾਨੂੰ ਬਿਮਾਰੀਆਂ ਉਹੀ ਹੋਣੀਆਂ ਜਿੰਨੀਆਂ ਬਿਨਾ ਮਾਸਕ ਪਾਏ ਤੋਂ ਵੀ ਹੋਣੀਆਂ ਹੈਗੀਆਂ ਚਾਹੇ N95 ਚਾਹੇ ਸਰਜਿਕਲ ਮਾਸਕ ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਥੇ ਦੱਸਦਾ ਹੈਗਾ ਕਿ ਤੁਸੀਂ ਦੇਖੋ ਸਾਡੇ ਮਾਈਂਡ ਵਿੱਚ ਆਉਂਦਾ ਕਿ ਡਾਕਟਰ ਲੋਕ ਕਿਉਂ ਮਾਸਕ ਪਾਉਂਦੇ ਹੈ ਹੈਨਾ एवरीवन ਥਿੰਕਸ ਕਿ ਵੀ ਡਾਕਟਰ ਲੋਕ ਮਾਸਕ ਪਾਉਂਦੇ ਆ ਤਾਂ ਸਾਨੂੰ ਵੀ ਪਾਣਾ ਚਾਹੀਦਾ ਹੈ ਸਾਨੂੰ ਫਾਇਦਾ ਹੋਏਗਾ ਪਰ ਡਾਕਟਰ ਕਿਉਂ ਪਾਉਂਦੇ ਉਹਨਾਂ ਨੂੰ ਵੀ ਨਹੀਂ ਪਤਾ ओके या तो सर्जरी इज द टाइम पे मेन जो रीजन हुंदा मास्क ਪਾਉਂਦਾ ਉਹ ਹੁੰਦਾ ਹੈ ਕਿ ਮੰਨ ਲਓ ਜਿਹੜਾ ਡਾਕਟਰ ਉਹਦੀ ਥੁੱਕ ਨਿਕਲੇ ਜਾਂ ਉਹ ਕੋਈ ਬੋਲ ਰਿਹਾ ਹੈ ਤੇ ਉਹ ਪੇਸ਼ੈਂਟ ਦੇ ਅੰਦਰ ਨਾ ਚਲੇ ਜਾਵੇ ਔਰ ਕੰਟਾਮਿਨੇਸ਼ਨ ਨਾ ਹੋ ਜਾਏ ਔਰ ਦੂਜਾ ਪਰਪਸ ਹੁੰਦਾ ਹੈ ਕਿ ਜਿਹੜਾ ਪੇਸ਼ੈਂਟ ਹੈ ਉਹਦਾ ਬਲੱਡ ਜਿਹੜਾ ਹੈਗਾ ਉਹ ਆ ਰਿਹਾ ਉਹਦੇ ਤੇ ਨਾ ਆ ਜਾਵੇ ਤਾਂ ਇਸ ਤਰ੍ਹਾਂ ਇੱਕ ਬੈਰੀਅਰ ਬਣਾਉਣ ਦੀ ਕੋਸ਼ਿਸ਼ ਹੈ ਪਰ ਅਗਰ ਆਪਾਂ ਗੱਲ ਕਰੀਏ ਇਨਫੈਕਸ਼ਨ ਦੀ ਬਿਮਾਰੀਆਂ ਦੀ ਤੇ ਇੱਕ ਸਾਇੰਟਿਫਿਕ ਰਿਸਰਚ ਹੋਇਆ ਸੀ ਉਹਦੇ ਵਿੱਚ ਦੇਖਿਆ ਗਿਆ ਕਿ ਜਦ ਅਸੀਂ 마ਸਕ ਤੋਂ ਬਗੈਰ ਸਰਜਰੀ ਕਰਦੇ ਹਾਂ ਡਾਕਟਰ ਜਦ ਬਿਨਾ 마ਸਕ ਤੋਂ ਸਰਜਰੀ ਕਰਦੇ ਹਾਂ ਉਹਦੇ ਵਿੱਚ ਤੇ 마ਸਕ ਪਾ ਕੇ ਜੇ ਸਰਜਰੀ ਕਰਦੇ ਹਾਂ ਕਿ ਕੋਈ ਡਿਫਰੈਂਸ ਆਂਦਾ ਹੈ ਔਰ ਸਾਇੰਟਿਫਿਕਲੀ ਇਹ ਪਤਾ ਲੱਗਿਆ ਕੋਈ ਡਿਫਰੈਂਸ ਨਹੀਂ ਆਂਦਾ ਜਿੰਨਾ ਇਨਫੈਕਸ਼ਨ 마ਸਕ ਪਾ ਕੇ ਆਂਦਾ ਹੈ ਉਨਾ ਹੀ ਬਿਨਾ 마ਸਕ ਤੋਂ ਆਂਦਾ ਹੈ देयर इज नो ਪ੍ਰੂਫ ਥੈਟ 마ਸਕ অর ਰੈਸਪੀਰੇਟਰਸ ਵਰਕ ਤੋਂ ਹੁਣ ਤੁਸੀਂ ਇਹਦਾ ਸਵਾਲ ਪੁੱਛਿਆ ਸੀਗਾ ਕਿ ਫਿਰ ਇਹ ਕਿਉਂ ਹੋ ਰਿਹਾ ਹੈ ਜੀ ਇਹ ਤੁਸੀਂ ਸੋਚੋ ਤੁਸੀਂ ਦੱਸੋ ਮੈਨੂੰ ਕਿਉਂ ਹੋ ਰਿਹਾ ਹੈਗਾ ਅਗਰ ਸਾਇੰਟੀਫਿਕਲੀ ਸਾਰਾ ਪ੍ਰੂਫ ਹੈ ਕਿ ਵੀ ਮਾਸਕ ਕਮ ਨਹੀਂ ਕਰਦੇ ਲਾਕਡਾਊਨ ਸਨਾਈਲ ਹੋਰ ਲੋਕਾਂ ਦੀ ਮੌਤ ਹੋਏਗੀ ਡਿਸਟੈਂਸਿੰਗ ਐਂਡ ਆਈਸੋਲੇਸ਼ਨ ਇਜ਼ ਐਂਟੀ ਹਿਊਮੈਨਿਟੀ ਤਾਂ ਫਿਰ ਇਹ ਕਿਉਂ ਕੀਤਾ ਗਿਆ ਪੋਪੂਲੇਸ਼ਨ ਰਿਡਿਊਸ ਕਰਨ ਵਾਸਤੇ ਬਿਕਾਸ ਜੋ ਬੰਦੇ ਨੂੰ ਮਾਰਨਾ ਚਾਹ ਰਹੇ ਮੋਟੈਲਿਟੀ ਤੇ ਸਿੱਧਾ ਵਾਰ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੀ ਜਨ ਸੰਖਿਆ ਘਟੇ ਜਿਸ ਦੀ ਗੱਲ ਕਰੀਏ ਕਿ ਲੋਕਾਂ ਨੂੰ ਮਾਰ ਹੀ ਰਹੇ ਨੇ ਆਈ ਥਿੰਕ ਐਲਾਕੋਜ਼ ਇਨ ਦਾ ਮਾਈਂਡ ਵਿੱਚ ਕਿ ਮੇਬੀ ਪੋਪੂਲੇਸ਼ਨ ਘਟਾਉਣਾ ਚਾ ਰਹੇ ਹੈ ਕਿਉਂਕਿ ਜੇ ਅਗਰ ਅਗਰ ਕੋਈ ਚੀਜ਼ ਵਰਲਡਵਾਈਡ ਹੋ ਰਹੀ ਹੈ ਤੇ ਇਹਨਾਂ ਦੀ ਵਰਲਡਵਾਈਡ ਲੋਕਾਂ ਨਾਲ ਦੁਸ਼ਮਣੀ ਤੇ ਹੋ ਨਹੀਂ ਸਕਦੀ ਸਰਟਨ ਸੈਕਟ ਆਫ ਪੀਪਲ ਨਾਲ ਹੋ ਸਕਦੀ ਹੈ ਕਿ ਇਹਨਾਂ ਨੂੰ ਤਾਂ ਮੁਕਾਣਾ ਹੈ ਬੜਾ ਜੇ ਵਰਲਡਵਾਈਡ ਚੀਜ਼ ਹੋਈ ਹੈ ਤੁਸੀਂ ਕਿਸੇ ਦੇਸ਼ ਦਾ ਨਾਮ ਲੈ ਲਓ ਜਿੱਥੇ ਇਹ ਨਹੀਂ ਹੋਇਆ ਵੈਸੋ ਉਹਦੀ ਵੀ ਗੱਲ ਕਰਾਂਗੇ ਕਈ ਦੇਸ਼ਾਂ ਨੇ ਪੋਸਟ ਕੀਤਾ ਬੜਾ ਓਪਨਲੀ ਉਹਦੇ ਬਾਰੇ ਵੀ ਕਰਾਂਗੇ ਗੱਲ ਬਟ ਦੈਟਸ ਸਮਥਿੰਗ ਜਿਹੜਾ ਮੇਰੇ ਮਨ ਚ ਆ ਰਿਹਾ ਕਿ ਮੇਬੀ ਤਾਂ ਕਰ ਰਹੇ ਹੋ ਯਾ ਇਦਾਂ ਹੀ ਹੈ ਯਾ ਸੋ ਇਹਦੇ ਵੀ ਸਾਨੂੰ ਸਮਝਣਾ ਪਏਗਾ ਕਿ ਆਈ ਐਮ ਸ਼ੋਰ ਕਿ ਬਾਇ ਨਾ ਹੋ ਤੁਸੀਂ ਇਹ ਵਰਡ ਸੁਣ ਲਿਆ ਹੋਵੇਗਾ ਨਿਊ ਵਰਲਡ ਆਰਡਰ ਦਾ ਹਾਂਜੀ

ਪ੍ਰਾਈਮ ਸਭ ਤੋਂ ਪ੍ਰਾਈਮ ਮਿਨਿਸਟਰ ਔਰ ਇਸੇ ਤਰ੍ਹਾਂ ਇੰਡੀਆ ਵਾਲਿਆਂ ਨੂੰ ਲੱਗ ਰਿਹਾ ਕਿ ਮੋਦੀ ਜੋ ਹੈ ਉਹਦੇ ਹੱਥ ਵਿੱਚ ਪਾਵਰ ਹੈਗੀ ਹੈ ਦਿੱਲੀ ਦਾ ਅਗਰ ਸੀਐਮ ਕੇਜਰੀਵਾਲ ਹੈ ਤਾਂ ਲੋਕਾਂ ਨੂੰ ਲੱਗ ਰਿਹਾ ਕਿ ਦਿੱਲੀ ਦੀ ਪਾਵਰ ਕੇਜਰੀਵਾਲ ਕੋਲ ਹੈ ਬਟ ਦ ਰਿਐਲਿਟੀ ਇਜ਼ ਇਹਨਾਂ ਦੀ ਆਪਣੀ ਕੋਈ ਪਾਵਰ ਨਹੀਂ ਹੈਗੀ ਹੈ ਦੇ ਆਰ ਡਿਪੈਂਡੈਂਟ ਔਨ देयर ਮਾਸਟਰਸ ਦੋਜ਼ ਹੂ ਹੈਵ ਪਲੇਸਡ ਥੈਮ ਇਨ ਥੈਟ ਪੋਜੀਸ਼ਨ ਯਾਨੀ ਕਿ ਜੋ ਡੀਪ ਸਟੇਟ ਹੈਗਾ ਜੋ ग्लोबलिस्ट कबाब ਹੈਗਾ ਜਿਹੜਾ ਸਿਟੀ ਆਫ ਲੰਡਨ ਵੈਰਟਿਕਲ ਇਜ਼ਰਾਈਲ ਵਿੱਚ ਬੈਠ ਕੇ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਉਹਨਾਂ ਨੇ ਇਹ ਪਪੈਟਸ ਨੂੰ ਪਲੇਸ ਕੀਤਾ ਹੈਗਾ ਤਾਂ ਜੋ ਉਹਨਾਂ ਨੇ 1 ਵਰਲਡ ਗਵਰਨਮੈਂਟ ਵਿੱਚ ਪਾਸ ਕਰਨਾ ਹੈਗਾ ਉਹ ਸਾਰੇ ਦੁਨੀਆ ਦੇ ਵਿੱਚ ਸਾਰੇ ਦੇਸ਼ਾਂ ਵਿੱਚ ਸਾਰੇ ਲੀਡਰਸ ਨੇ ਆਪਣੇ ਆਪਣੇ ਜਗ੍ਹਾ ਵਿੱਚ ਬੋਲਣਾ ਹੈਗਾ ਪਹਿਲਾਂ ਪ੍ਰਾਈਮ ਮਿਨਿਸਟਰ ਦਾ ਸ਼ੁਰੂ ਹੋਏਗਾ ਫਿਰ ਸੀਐਮਓ ਉਸ ਗੱਲ ਨੂੰ ਰਿਪੀਟ ਕਰੇਗਾ ਫਿਰ ਗਲੀ ਮਹੱਲੇ ਦੇ ਛੋਟੇ ਮੋਟੇ ਮਿਨਿਸਟਰਸ ਉਹ ਵੀ ਉਸ ਗੱਲ ਨੂੰ ਰਿਪੀਟ ਕਰਨਗੇ ਔਰ ਇਸ ਤਰ੍ਹਾਂ ਇਹ ਗੱਲਾਂ ਅੱਗੇ-ਅੱਗੇ ਚਲਦੀਆਂ ਜਾਣਗੀਆਂ ਤੇ ਸਾਨੂੰ ਲੱਗੇਗਾ ਕਿ ਸਾਰੀ ਦੁਨੀਆ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ ਹੋ ਸ ਚਨੰਦੇ ਜਨੇ ਨੇ ਜਿਹੜੇ ਸਾਡੇ ਤੇ ਰਾਜ ਕਰ ਰਹੇ ਨੇ ਔਰ ਉਹ ਬਿਹਾਈਂਡ ਦ ਸੀਨਸ ਨੇ ਜਿਹਨੂੰ ਡੀਪ ਸਟੇਟ ਕਿਹਾ ਜਾਂਦਾ ਹੈ ਤੁਹਾਨੂੰ ਦਾ ਏਜੰਡਾ ਕੀ ਫਿਰ ਕਰਨਾ ਕੀ ਚਾਹੁੰਦੇ ਆ ਏਜੰਡਾ ਬਹੁਤ ਵੱਡਾ ਹੈਗਾ ਉਹਨਾਂ ਦਾ that is one of them is one world government ek hai one world religion one world currency one world language ਤੋਂ ਇਸ ਤਰ੍ਹਾਂ ਕਾਫੀ ਸਾਰੇ ਉਹਨਾਂ ਦੇ ਏਜੰਡਾਸ ਨੇ ਜੋ ਮੈਂ ਬੁੱਕ ਵਿੱਚ ਲਿਖੇ ਆਪਣੇ 21 ਏਜੰਡਾਸ ਜਿਹੜੇ ਨੇ ਜੋ ਮੈਂ ਹੁਣ ਤੱਕ ਰਿਸਰਚ ਕਰਕੇ ਫਾਈਂਡ ਕੀਤੇ ਆ ਉਹ ਮੈਂ ਇਹਦੇ ਵਿੱਚ ਲਿਖਿਆ ਜਿਹਦੇ ਵਿੱਚੋਂ ਇੱਕ ਜਿਹੜਾ ਤੁਸੀਂ ਦੱਸਿਆ ਸੀਗਾ ਪੋਪੂਲੇਸ਼ਨ ਰਿਡਕਸ਼ਨ ਦੁਨੀਆ ਦੀ ਆਬਾਦੀ ਨੂੰ ਘਟਾਉਣਾ ਔਰ ਇੱਥੇ ਬਹੁਤ ਇੰਟਰਸਟਿੰਗ ਗੱਲ ਹਾਂ ਮੈਂ ਤੁਹਾਨੂੰ ਦੱਸਦਾ ਹੈਗਾ ਜਦ ਕੋਰੋਨਾ ਆਇਆ ਸੀਗਾ ਅਸੀਂ ਤੁਹਾਨੂੰ ਦੱਸਿਆ ਸੀਗਾ ਇਹ ਪ੍ਰੀਪਲਾਨਡ ਸੀਗਾ ਕਿ ਪਹਿਲਾਂ ਤੋਂ ਪਲੈਨਿੰਗ ਹੋਈ ਹੋਈ ਸੀ ਉਹਦਾ ਪ੍ਰੂਫ ਕੀ ਸੀਗਾ ਪ੍ਰੂਫ ਸੀਗਾ ਬਿਲ ਗੇਟਸ ਉਹਨੇ 2014 ਦੇ ਵਿੱਚ 2015 ਜਾਂ 14 ਵਿੱਚ ਟੈਡ ਟॉक ਕੀਤੀ ਸੀਗੀ ਅਗਰ ਤੁਸੀਂ ਦੇਖੀਏ ਉਹਲੀ ਵੀਡੀਓ ਜਿਹੜੀ ਮੈਂ ਦੱਸ ਰਿਹਾ ਉਸ ਵੀਡੀਓ ਵਿੱਚ ਉਹਨੇ ਐਗਜ਼ੈਕਟਲੀ ਇਹ ਵਰਡਸ ਕਹੇ ਸੀਗੇ ਇਫ ਵੀ ਡੂ ਗੁੱਡ ਵਰਕਸ ਔਨ ਦਾ ਵੈਕਸੀਨਸ और रिप्रोडक्टिव हेल्थ केयर सर्विसेज देन वी कैन रिड्यूस द वर्ल्ड पॉपुलेशन बाय 15 परसेंट यानी दुनिया की आबादी में आपसेंट कटा सकते हैं जो अभी वजिया वैक्सीन बना लीए और हेल्थ केयर दे दीए हूँ तुम सोचो वजी हेल्थ केयर बनेगी और वजिया वैक्सीन गया तो आबादी बढ़नी चाहिए है कि कटनी चाहिए है सोच में साफ साफ झूठ बोल भी रहे बट बर... ਜਵੇਂ ਉਹਨਾਂ ਨੇ ਕਈ ਵਾਰੀ ਕਿ ਛੂਟ ਸਾਹਮਣੇ ਤੁਹਾਡੇ ਰੱਖਿਆ ਹੁੰਦਾ ਪਰ ਉਸਕੇ ਫੜ ਨਹੀਂ ਪਾਇਆ ਜਦੋਂ ਤੁਸੀਂ ਯਾ ਸੋ ਇੰਨਾ ਤੁਹਾਡੇ ਅੱਗੇ ਆ ਕੇ ਉਹਨਾਂ ਨੇ ਦੱਸ ਦਿੱਤਾ ਪਰ ਫਿਰ ਵੀ ਅਪਾਸਟੀ ਨੇ ਸਮਝ ਨਹੀਂ ਪਾਇਆ ਕਿਉਂਕਿ ਉਹ ਇੰਨਾ ਨਾਰਮਲ ਸਾਊਂਡ ਕਿਤਨਾ ਹੁੰਨੇ ਕਿ ਅਸੀਂ ਭਈ ਤੁਹਾਨੂੰ ਮਾਰਨ ਵਾਲੇ ਆ ਤੇ ਵਧੀਆ ਵੈਕਸੀਨ ਬਣਾ ਕੇ ਮਾਰਾਂਗੇ ਬਟ ਅਸੀਂ ਉਸ ਦਿਨ ਰਿਅਲਾਈਜ਼ ਨਹੀਂ ਕੀਤਾ ਤੋਂ ਨੇ ਕਿਹਾ ਕਿ ਇਫ ਵੀ ਕੈਨ ਮੇਕ ਵਧੀਆ ਵੈਕਸੀਨਸ ਵਧੀਆ ਹੈਲਥ ਕੇਅਰ ਸਰਵਿਸਿਜ਼ ਹਸਪੀਟਲਸ ਸੋ ਮਤਲਬ ਕਿ ਹੁਣ ਸਮਝਿਓ ਲੋਕੀ ਸੋਚਦੇ ਹਸਪੀਟਲ ਜਾਵਾਂਗੇ ਸਾਡੀ ਜਾਨ ਬਚੂਗੀ ਪਰ ਕੋਰੋਨਾ ਦੇ ਟਾਈਮ ਤੇ ਜੋ ਲੋਕ ਹਸਪੀਟਲ ਗਏ ਉਹਨਾਂ ਦੀ ਚਾਂਸਸ ਵਾਪਸ ਆਉਣ ਦੀ ਘੱਟ ਸੀਗੀ ਔਰ ਜੋ ਲੋਕ ਹਸਪੀਟਲ ਨਹੀਂ ਗਏ ਘਰੇ ਰਹੇ ਕੋਈ ਇਲਾਜ ਨਹੀਂ ਕਰਾਇਆ ਦੇ ਵਰ ਮੋਰ ਸੇਫ ਤੋਂ ਕੋਰੋਨਾ ਦੇ ਟਾਈਮ ਤੇ ਵੀ ਪ੍ਰੋਬਲਮ ਆਈ ਸੀਗੀ ਐਕਸਪੈਰੀਮੈਂਟਲ ਡਰੱਗਸ ਬੜੀਆਂ ਦਿੱਤੀਆਂ ਗਿਆ ਇਹ ਵੀ ਇਹਨਾਂ ਦਾ ਏਜੰਡਾ ਸੀਗਾ ਤੁਸੀਂ ਦੇਖੋ ਹਸਪੀਟਲਾਂ ਵਿੱਚ ਤਰਾਹੀ ਤਰਾਹੀ ਕਿਉਂ ਮਚ ਗਈ ਕਿਉਂਕਿ ਜੋ ਬੰਦਾ ਹਸਪੀਟਲ ਜਾਂਦਾ ਸੀਗਾ ਉਹਦੇ ਤੇ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਕੋਈ ਦਵਾਈ ਨਹੀਂ ਹੈ ਕੋਵਿਡ ਦੀ ਤਾਂ ਫਿਰ ਹਸਪੀਟਲ ਬੁਲਾ ਕੇ ਰਹੀ ਹੋਣਾ ਨੂੰ ਪੇਸ਼IENTS ਨੂੰ ਹਸਪੀਟਲ ਬੁਲਾਇਆ ਕੇ ਰਹੀ ਹੈ ਕਿ ਤੁਹਾਡੇ ਕੋਲ ਦਵਾਈ ਨਹੀਂ ਹੈ ਤਾਂ ਉਹਨਾਂ ਨੇ ਫਿਰ ਐਕਸਪੈਰੀਮੈਂਟ ਕਰਨਾ ਸ਼ੁਰੂ ਕਰਤਾ ਰੈਮਡੇਸੀਵਰ ਦਿੱਤੀ ਪੈਰਾਸੀਟਮ ਵਾਲਾ ਬੜੀ ਸਾਰੀ ਖਿਲਾਈਆਂ ਇਸ ਤੋਂ ਇਲਾਵਾ ਮਲੇਰੀਆ ਦੀ ਦਵਾਈ ਖਿਲਾ ਦਿੱਤੀ ਕਿਸੇ ਨੂੰ ਐਚਆਈਵੀ ਦੀ ਦਵਾਈ ਖਿਲਾ ਦਿੱਤੀ ਅਤੇ ਲੋਕੀ ਬਿਕੋਜ਼ ਆਫ ਅ ਲੈਕ ਆਫ ਨੋਲੇਜ ਲੈਕ ਆਫ ਅਵੇਅਰਨੈਸ ਉਹਨਾਂ ਨੇ ਹਸਪੀਟਲ ਤੇ ਬਲਾਈਂਡ ਟਰਸਟ ਕਰਕੇ ਉਹ ਦਵਾਈਆਂ ਖਾ ਵੀ ਲਈਆਂ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਸਾਈਡ ਇਫੈਕਟਸ ਵੀ ਆਏ ਕਿਸੇ ਦੀ ਕਿਡਨੀ ਫੇਲ ਹੋਈ ਅਤੇ ਸੈਂਟੀਫਿਕਲੀ ਪ੍ਰੂਫ ਹੋ ਗਿਆ WHO ਨੇ ਖੁਦ ਕਹਤਾ ਇੱਕ ਟਾਈਮ ਤੇ ਤਾਂ WHO ਖੁਦ ਕਹਿ ਗਿਆ ਸੀਗਾ ਰੈਮਡੇਸੀਵਰ ਨਾ ਲਓ ਇਹਦੇ ਨਾਲ ਕਿਡਨੀ ਫੇਲ ਹੋ ਰਹੀ ਹੈ ਪਰ ਆਪਣੇ ਇੰਡੀਆ ਵਿੱਚ ਸੇਮ ਟਾਈਮ ਤੇ ਰੈਮਡੇਸੀਵਰ ਬਲੈਕ ਵਿੱਚ ਵੇਚ ਰਹੀ ਸੀਗੀ ਮਤਲਬ ਜਿੰਨਾ ਉਹਦਾ ਰੇਟ ਸੀਗਾ 1 ਮਰੋਗੇ ਬੇ ਮਤਲਬ ਦੀ ਔਰ ਆਪਣੀ ਆਰਗੇਨਾਈਜੇਸ਼ਨ ਸਿੱਖ ਆਰਗੇਨਾਈਜੇਸ਼ਨ ਸੇਵਾ ਕੈਂਪੇਨਸ ਲਾ ਰਹੀ ਸੀਗੀ ਅਸੀਂ ਰਾਮ ਡੈਸੀ ਵੀ ਡੋਨੇਟ ਕਰਨੀ ਹੈ ਇਹਦੇ ਵਾਸਤੇ ਸਾਨੂੰ ਫੰਡਿੰਗ ਚਾਹੀਦੀ ਹੈ ਪਲਾਜ਼ਮਾ ਥੈਰੇਪੀ ਕਰਨੀ ਹੈ ਆਲ ਆਫ ਥੀਸ ਵਰ ਟਾਕਸਿਕ ਐਂਡ ਇਹਦੇ ਨਾਲ ਅਸੀਂ ਸੇਵਾ ਤਾਂ ਮੈਨੂੰ ਲੱਗਦਾ ਨਹੀਂ ਹੈ ਆਪਾਂ ਕਰ ਰਹੇ ਹਾਂ ਕਿਉਂਕਿ ਸੇਵਾ ਤਾਂ ਇਹ ਹੋਇਆ ਨਾ ਕਿ ਤੁਸੀਂ ਕਿਸੇ ਦੀ ਜਾਨ ਬਚਾਈ ਜਾਂ ਕਿਸੇ ਨੂੰ ਹੈਲਪ ਕੀਤੀ ਤੁਸੀਂ ਤਾਂ ਕੰਟਰੀਬਿਊਟ ਕਰ ਰਹੇ ਹੋ ਉਹਦੇ ਮਰਨ ਵਿੱਚ ਜੀ ਕਿ ਉਹ ਜਲਦੀ ਉੱਤੇ ਜਾਏ ਉਹਦੇ ਕਿਡਨੀ ਫੇਲ ਹੋਏ ਤਾਂ ਫਿਰ ਇਹ ਸੇਵਾ ਕਾਊਂਟ ਹੁੰਦੀ ਹੈ ਕਿ ਨਹੀਂ ਇਹ ਦਰਸ਼ਕ ਸਾਡੇ ਤੇ ਆਪ ਜੀ ਡਿਸਾਈਡ ਕਰ ਸਕਦੇ ਹੋ ਸੋ ਮੈਂ ਇਹ ਨਹੀਂ ਕਹਾਂਗਾ ਕਿ ਇਹ ਸੇਵਾ ਹੈ ਕਿ ਨਹੀਂ ਹੈ ਆਈ ਡੋਨਟ ਗਿਵ ਮਾਈ ਆਈ ਡੋਨਟ ਫੋਰਸ ਮਾਈ ਓਪੀਨੀਅਨ ਔਨ ਐਨੀਮਨ ਨਹੀਂ 100% ਤੇ ਜੇ ਵੀ ਜੀ ਅਕਰ ਵੈਕਸੀਨਸ ਦੀ ਗੱਲ ਕੀਤੇ ਕਰੋ ਇਫੈਕਟਿਵ ਨਹੀਂ ਹੈਗੀਆਂ ਤੇ ਕਿਹੜੀ ਚੀਜ਼ਾਂ ਫਿਰ ਕਰਨੀ ਚਾਹੀਦੀਆਂ ਕਿਉਂਕਿ ਆਈ ਥਿੰਕ ਕੋਈ ਵੀ ਜੇ ਸੁਣ ਰਿਹਾ ਹੋਵੇਗਾ ਤੇ ਉਹਨਾਂ ਚੋਂ ਅੱਧੇ ਲੋਕ ਇਦਾਂ ਕਹਿ ਸਕਦੇ ਕਿ ਫਿਰ ਕੀ ਕਰੀਏਗੀ ਤੇ ਜੇ ਵੈਕਸੀਨ ਵੀ ਨਾ ਲਈਏ ਤੇ ਜੇ ਕੋਵਿਡ ਚਲੋ ਹੋ ਗਿਆ ਸੀ ਮੰਨ ਲਿਆ ਉਹਨਾਂ ਨੂੰ ਕੋ ਤੇ ਉਹ ਫਿਰ ਕੀ ਕਰਨਗੇ ਜਿਹਦੇ ਨਾਲ ਉਹ ਬਚ ਸਕਦੇ ਆ ਜਾਂ ਸਹੀ ਹੋ ਸਕਦੇ ਆ ਐਂਡ ਹੋਪਫੁਲੀ ਸਾਡੀ ਵੀਡੀਓ ਨਾਲ ਰਿਲੇਟ ਹੋਏ ਤੁਸੀਂ ਦੱਸ ਦੋ ਆਈਆ ਸੋ ਪ੍ਰੀਵੈਂਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕ્યોਰ ਔਰ ਜਿਹੜਾ ਸਭ ਤੋਂ ਵੱਡੀ ਗੱਲ ਪਤਾ ਹੈ ਕੀ ਹੈ ਇੱਕ ਮੈਡੀਕਲ ਮਾਫੀਆ ਨੇ ਸਾਨੂੰ ਕੀ ਬਿਲੀਵ ਕਰਵਾ ਦਿੱਤਾ ਹੈ ਕਿ ਖਾਂਸੀ ਜ਼ੁਕਾਮ ਬੁਖਾਰ ਸਾਡੇ ਦੁਸ਼ਮਣ ਨੇ ਇਹਨਾਂ ਨੂੰ ਠੀਕ ਕਰਨਾ ਹੈ ਇਹਨਾਂ ਨੂੰ ਟਰੀਟ ਕਰਨਾ ਹੈ ਬਟ ਦਾ ਰਿਐਲਿਟੀ ਇਜ਼ ਦੇ ਆਰ ਐਕਚੁਅਲੀ ਨਾਟ ਡਿਜ਼ੀਜ਼ਸ ਥੈਮਸੈਲਸ ਮਤਲਬ ਆਪਣੇ ਆਪ ਵਿੱਚ ਇਲਨੈਸ ਨਹੀਂ ਹੈਗੀ ਹੈ ਥੈਟ ਇਜ਼ ਅ ਸਿੰਪਟਮ ਕਿ ਤੁਹਾਡੇ ਅੰਦਰ ਇੱਕ ਡਿਜ਼ੀਜ਼ ਅੰਦਰ ਬੈਠੀ ਹੋਈ ਹੈ ਉਹਨੂੰ ਕੱਢਣ ਵਾਸਤੇ ਆ ਰਹੇ ਨੇ ਜੇ ਹੁਣ ਮੰਨ ਲਓ ਸਾਡੇ ਘਰ ਵਿੱਚ ਬਹੁਤ ਸਾਰਾ ਕੂੜਾ ਕਚਰਾ ਜਮ੍ਹਾਂ ਹੋ ਗਿਆ ਤੇ ਸਾਨੂੰ ਗਾਰਬੇਜਮੈਨ ਆ ਕੇ ਗਾਰਬੇਜ ਬਾਹਰ ਲੈ ਕੇ ਜਾਂਦਾ ਹੈਗਾ ਹੈਨਾ ਪਰ ਅਸੀਂ ਗਾਰਬੇਜਮੈਨ ਨੂੰ ਕਹੀਏ ਕਿ ਭਈ ਤੂੰ ਨਾ ਕਿਉਂਕਿ ਗਾਰਬੇਜਮੈਨ ਅਗਰ ਆਏਗਾ ਤੇ ਸਾਨੂੰ ਥੋੜੇ ਟਾਈਮ ਵਾਸਤੇ ਹੋਲਡ ਕਰਨਾ ਪਏਗਾ ਕਿ ਭਈ ਤੈਨੂੰ ਟਾਈਮ ਦੇਣਾ ਪਏਗਾ ਕਿ ਭਈ ਤੂੰ ਲੈ ਕੇ ਜਾ ਤੇਰੇ ਵਾਸਤੇ ਸਾਰਾ ਕੁਝ ਕਰਨਾ ਪਏਗਾ ਪਰ ਅਗਰ ਗਾਰਬੇਜਮੈਨ ਆ ਰਿਹਾ ਹੈ ਅਸੀਂ ਕਰਨਾ ਨਹੀਂ ਅਸੀਂ ਬਿਜ਼ੀ ਆ ਅਸੀਂ ਉਹਨੇ ਗਾਰਬੇਜ ਨਹੀਂ ਦੇ ਸਕਦੇ ਤੂੰ ਬਾਅਦ ਚਾ ਲੈ ਔਰ ਇਸ ਤਰ੍ਹਾਂ ਕਰਦੇ ਕਰਦੇ ਹਫਤਾ ਦੋ ਹਫਤੇ ਨਿਕਲ ਗਏ ਹੈਨਾ ਤੋਂ ਤੁਹਾਡੇ ਅੰਦਰ ਗਾਰਬਜ ਇਕੱਠਾ ਹੋ ਰਿਹਾ ਹੈ ਤੁਸੀਂ ਬਿਮਾਰ ਬਣ ਰਹੇ ਹੋ ਤੁਹਾਡੀ ਬੋਡੀ ਕੀ ਕਰਦੀ ਹੈ ਖਾਂਸੀ ਜ਼ੁਕਾਮ ਬੁਖਾਰ ਦੇ ਗਲੈਂਡਸ ਰਾਹੀਂ ਗੰਦਗੀ ਨੂੰ ਬਾਹਰ ਕੱਢ ਲਓ ਯਾਨੀ ਬੁਖਾਰ ਇਸੇ ਤਰ੍ਹਾਂ ਤੁਹਾਡੇ ਜਿਹੜੇ ਰੈਸਪੀਰੇਟਰੀ ਟਰੈਕਟ ਵਿੱਚ ਜੋ ਮਿਊਕਸ ਜਮ੍ਹਾਂ ਹੋਈ ਹੋਈ ਹੈ ਉਹਨੂੰ ਖਾਂਸੀ ਜ਼ੁਕਾਮ ਦੇ ਰਾਹੀਂ ਬਾਹਰ ਕੱਢ ਦਿਓ ਇਹ ਦੈਟ ਇਜ਼ ਆਲਸੋ ਕਲੀਨਿੰਗ ਪ੍ਰੋਸੈਸ ਪਰ ਅਸੀਂ ਇਸ ਕਲੀਨਿੰਗ ਪ੍ਰੋਸੈਸ ਨੂੰ ਹੀ ਬਿਮਾਰੀ ਸਮਝ ਲਿਆ ਔਰ ਉਦੀ ਫਿਰ ਦਵਾਈ ਖਾਣ ਲੱਗ ਪਏ ਤਾਂ ਆਪਣੇ ਹੀ ਪੈਰ ਤੇ ਅਸੀਂ ਆਪ ਕੁਲਾੜੀ ਮਾਰਨ ਲੱਗ ਪਏ। ਤਾਂ ਜਿੰਨੀ ਵਾਰ ਅਸੀਂ ਪੈਰਾਸੀਟਾਮੋਲ ਖਾਂਦੇ ਆਂ, ਡੋਲੋ ਖਾਂਦੇ ਆਂ ਜਾਂ ਖਾਂਸੀ ਜ਼ੁਕਾਮ ਨੂੰ ਰੋਕਦੇ ਆਂ, ਅਸੀਂ ਆਪਣੇ ਲੀਵਰ ਤੇ ਕਿਡਨੀ ਨੂੰ ਡੈਮੇਜ ਕਰ ਰਹੇ ਹੁੰਦੇ ਆਂ। ਪਲੱਸ ਜਿਹੜੀ ਉਹ ਗੰਦਗੀ ਸੀ ਉਹ ਵੀ ਅੰਦਰ ਬੈਠੀ ਰਹਿੰਦੀ ਹੈ। ਤਾਂ ਪਹਿਲੀ ਗੱਲ ਤਾਂ ਸਾਨੂੰ ਇਹ ਖਤਰਨਾਕ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ ਬਲਕਿ ਆਪਣੇ ਆਪ ਨੂੰ ਉਸ ਡੀਟੌਕਸ ਪ੍ਰੋਸੈਸ ਵਿੱਚ ਹੈਲਪ ਕਰਨਾ ਚਾਹੀਦਾ ਹੈ ਜੋ ਮੈਂ ਸ਼ੌਕਿੰਗ ਟਰੂਥ ਆਫ ਪੈਰਾਸੀਟਾਮੋਲ ਕਿਤਾਬ ਲਿਖੀ ਹੈ। ਇਹਦੇ ਵਿੱਚ ਦਿੱਸਤ ਦਿੱਤਾ ਹੋਇਆ ਮੈਂ ਕਿ ਤੁਸੀਂ ਆਪਣੇ ਆਪ ਹੀ ਆਪਣੇ ਆਪ ਦਾ ਇਲਾਜ ਕਰਨਾ कि वायरस वास्ते अगर वैक्सीन नहीं है तो जिमें आप गल की वायरस है ही नहीं अच्छा एक हो सकता है कि थोड़े तो माइंड इस क्वेश्चन आए कि की प्रूफ है कि वायरस नहीं है है ना सारी दुनिया कह रही है कि वायरस है पर मैं कह रहा हाँ कि वायरस नहीं है एक्चुअली द थिंग इज़ कि वायरस में प्रूव करने वास्ते एक प्रोसैस है एक एक एक्सपैरीमेंट एक करना पैदा है वो एक्सपैरीमेंट यह है ਕਿ ਜੋ ਜੋ ਚੀਜ਼ ਇਹਨਾਂ ਨੇ ਗਵਰਨਮੈਂਟ ਨੇ ਕੀਤੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਟੀਵੀ ਤੇ ਦਿਖਾ ਦਿੱਤਾ ਕਿ ਹਾਂ ਵੀ ਵਾਇਰਸ ਆਇਆ ਸਾਰੇ ਦੁਨੀਆ ਦੇ ਟੀਵੀ ਚੈਨਲਸ ਤੋਂ ਸਾਰੇ ਲੀਡਰਸ ਤੋਂ ਸਾਰੇ ਮੀਡੀਆ ਹਾਊਸਸ ਤੋਂ ਉਹਨਾਂ ਨੇ ਬੁਲਵਾ ਦਿੱਤਾ ਕਿ ਹਾਂ ਕੋਈ ਵਾਇਰਸ ਆਇਆ ਹੈ ਪਰ ਹਜ਼ਾਰ ਲੋਕੀ 10000 ਲੋਕੀ 1 ਲੱਖ ਲੋਕੀ 1 ਕਰੋੜ ਲੋਕੀ ਅਗਰ ਕਹਿਣ ਕਿ ਕੋਈ ਵਾਇਰਸ ਆਇਆ ਹੈ ਤੇ ਉਹਦੇ ਨਾਲ ਵਾਇਰਸ ਪ੍ਰੂਵ ਨਹੀਂ ਹੋ ਜਾਂਦਾ ਹੈਨਾ ਮੰਨ ਲਓ ਮジョਰਿਟੀ ਕੋਈ ਗੱਲ ਕਰਨ ਲੱਗ ਪਈ ਤਾਂ ਸੱਚ ਨਹੀਂ ਬਣ ਜਾਂਦੀ ਛੱਚ ਜਿਹੜਾ ਹੈਗਾ ਅਗਰ ਇੱਕ ਬੰਦਾ ਵੀ ਕਹਿ ਰਿਹਾ ਤੇ ਸੱਚ ਸੱਚ ਹੀ ਰਹਿੰਦਾ ਹੈ ਔਰ ਚਾਹੇ ਲੱਖਾਂ ਕਰੋੜਾਂ ਲੋਕੀ ਝੂਠ ਬੋਲ ਰਹੇ ਹੋਣ ਤਾਂ ਉਹ ਝੂਠ ਹੀ ਰਹਿੰਦਾ ਹੈਗਾ ਤਾਂ ਉਹਨੂੰ ਜਦ ਹੁਣ WHO ਨੇ ਕਿਹਾ ਕਿ ਬਈ ਖਤਰਨਾਕ ਕੋਵਿਡ ਵਾਇਰਸ ਆ ਗਿਆ ਜਾਂ ਮੰਕੀ ਪੌਕਸ ਆ ਗਿਆ ਜਾਂ ਕੋਈ ਵੀ ਆ ਗਿਆ orange pox ਜਾਂ cow pox ਜਾਂ bird pox ਕੀ ਪ੍ਰੂਫ ਹੈਗਾ ਕਿ ਇਹ ਵਾਇਰਸ ਆਇਆ ਹੈ ਕੈਨ ਯੂ ਸ਼ੋ ਅਸ ਦੈਟ ਪ੍ਰੂਫ ਹੁਣ ਪ੍ਰੂਫ ਕੀ ਹੁੰਦਾ ਇਹਦਾ ਪ੍ਰੂਫ ਬੜਾ ਸਿੰਪਲ ਹੈਗਾ ਮੰਨ ਲਓ ਮੈਨੂੰ ਖਾਂਸੀ ਲੱਗੀ ਹੋਈ ਹੈ ਔਰ ਮੈਨੂੰ ਪਤਾ ਹੈ ਕਿ ਖਾਂਸੀ ਲੱਗੀ ਹੈ ਕਿਉਂਕਿ ਮੇਰੇ ਅੰਦਰ ਟਾਕਸਿਨਸ ਨੇ दैट इज द ਕਾਮਨ ਨੋਲੇਜ ਜੋ ਹੈਗੀ ਆ ਲੇਕਿਨ ਅਕੋਰਡਿੰਗ ਟੂ ਦਾ ਮੈਡੀਕਲ ਇੰਡਸਟਰੀ ਖਾਂਸੀ ਮੈਨੂੰ ਲੱਗੀ ਹੈ ਬਿਕਾਜ਼ ਕੋਈ ਵਾਇਰਸ ਮੇਰੇ ਅੰਦਰ ਆਇਆ ਹੈ ਹੈਨਾ ਤਾਂ ਹੁਣ ਇੱਥੇ ਚੈਲੰਜ ਖੜਾ ਹੁੰਦਾ ਹੈਗਾ ਔਰ ਇਹ ਚੈਲੰਜ ਅਜੇ ਤੱਕ ਪ੍ਰੂਫ ਨਹੀਂ ਕੀਤਾ ਗਿਆ ਚੈਲੰਜ ਇਹ ਹੈ ਕਿ ਅਗਰ ਮੈਨੂੰ ਕਿਸੇ ਵਾਇਰਸ ਨੇ ਖਾਂਸੀ ਕੀਤੀ ਹੈ ਤਾਂ ਪਹਿਲੀ ਗੱਲ ਤਾਂ ਉਹ ਵਾਇਰਸ ਮੇਰੀ ਬਾਡੀ ਵਿੱਚੋਂ ਕੱਢੋ ਦੈਟ ਇਜ਼ ਕਾਲਡ ਆਈਸੋਲੇਸ਼ਨ ਆਈਸੋਲੇਸ਼ਨ ਮਤਲਬ ਕਿ ਉਸ ਵਾਇਰਸ ਨੂੰ ਅਲੱਗ ਕਰਕੇ ਦਿਖਾਓ ਮੇਰੀ ਬਾਡੀ ਵਿੱਚੋਂ ਠੀਕ ਹੈ ਹੁਣ ਮੰਨ ਲਓ ਇਹ ਵਾਇਰਸ ਆ ਗਿਆ ਅਕੋਰਡਿੰਗ ਟੂ ਥੈਮ ਹੁਣ ਇਸ ਵਾਇਰਸ ਦੇ ਨਾਲ ਮੇਰੇ ਸੈਲਸ ਵੀ ਲੱਗੇ ਹੋਣਗੇ ਮੇਰੀ ਬਾਡੀ ਦੇ ਟਿਸ਼ੂਜ਼ ਔਰ ਹੋਰ ਚੀਜ਼ਾਂ ਵੀ ਲੱਗੀਆਂ ਹੋਣਗੀਆਂ ਉਹਨੂੰ ਸਾਈਡ ਕਰੋ ਕਿਉਂਕਿ ਅਸੀਂ ਦੇਖਣਾ ਕਿ ਵਾਇਰਸ ਦਾ ਕੀ ਇਫੈਕਟ ਹੈਗਾ ਤੋ ਉਹਨੂੰ ਕਹਿੰਦੇ ਪਿਓਰੀਫਿਕੇਸ਼ਨ ਉਹ ਸਾਰਾ ਸਾਈਡ ਦਾ ਸਮਾਨ ਸਾਈਡ ਕਰ ਦਿੱਤਾ ਹੁਣ ਜੋ ਆਈਸੋਲੇਟਡ ਐਂਡ ਪਿਉਰੀਫਾਈਡ ਵਾਇਰਸ ਹੈਗਾ ਉਹ ਸਾਡੇ ਕੋਲ ਆ ਗਿਆ ਪਰ ਇੱਥੇ ਤੱਕ ਵੀ ਇਹ ਪ੍ਰੂਫ ਨਹੀਂ ਹੋਇਆ ਕਿ ਇਹ ਕੌਜ਼ ਆਫ ਡਿਜ਼ੀਜ਼ ਹੈ ਕਿ ਇਹਦੇ ਨਾਲ ਬਿਮਾਰੀ ਹੋ ਰਹੀ ਹੈ ਉਹ ਪ੍ਰੂਫ ਕਿਵੇਂ ਹੋਏਗਾ ਹੁਣ 10 ਹੈਲਥੀ ਸਬਜੈਕਟਸ ਲੈਣੇ ਨੇ 10 ਲੋਕਾਂ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੈਗੀ ਹੈ ਉਹਨਾਂ ਦੇ ਵਿੱਚ ਇਹ ਵਾਇਰਸ ਇੰਜੈਕਟ ਕਰਨਾ ਹੈ ਜਾਂ ਉਹਨਾਂ ਦੇ ਬਾਡੀ ਵਿੱਚ ਪਾਉਣਾ ਹੈਗਾ ਔਰ ਅਗਰ ਮੇਰੇ ਵਾਲੇ ਸਿੰਪਟਮਸ ਉਹਨਾਂ ਦੇ 10 ਲੋਕਾਂ ਨੂੰ ਆ ਗਏ ਤਾਂ ਪ੍ਰੂਫ ਹੋ ਸਕਦਾ ਹੈ ਕਿ ਇਹ ਵਾਇਰਸ ਕਰਕੇ ਬਿਮਾਰੀ ਹੋਈ ਸੀਗੀ ਔਰ ਅਗਰ ਉਹ ਨਹੀਂ ਆਏ ਸਿੰਪਟਮਸ ਦੈਟ ਮੀਨਸ ਕੋਈ ਵਾਇਰਸ ਐਗਜ਼ਿਸਟ ਨਹੀਂ ਕਰਦਾ ਔਰ ਨਾ ਕੋਈ ਬਿਮ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਅਜੇ ਤੱਕ ਕਿਸੇ ਵੀ ਵਾਇਰਸ ਵਾਸਤੇ ਨਹੀਂ ਕੀਤਾ ਗਿਆ। ਦੈਟ ਇਜ਼ ਵਾਈ ਆਈ ਸੇ ਐਚ ਆਈ ਵੀ ਹੋਵੇ ਚਾਹੇ ਇਨਫਲੂਐਂਜ਼ਾ ਹੋਵੇ ਚਾਹੇ ਇਹ ਕੋਵਿਡ ਹੋਵੇ ਨਨ ਆਫ ਦਾ ਵਾਇਰਸ ਐਗਜ਼ਿਸਟ। ਦਿਸ ਇਜ਼ ਅ ਫੇਕ ਥਿਉਰੀ ਔਰ ਉਹਦੇ ਬਾਰੇ ਸਾਰੇ ਪ੍ਰੂਫ ਮੈਂ ਆਪਣੀ ਬੁੱਕਸ ਵਿੱਚ ਦਿੱਤੇ ਹੋਏ ਨੇ। ਬਹੁਤ ਸਾਰੇ ਦੁਨੀਆ ਦੇ ਡਾਕਟਰਸ ਐਂਡ ਸਾਇੰਟਿਸਟ ਇਸ ਗੱਲ ਨੂੰ ਦਸ ਚੁੱਕੇ ਨੇ। ਐਂ ਜਿਹੜੇ ਲੋਕਾਂ ਨੂੰ ਫਿਰ ਇਹ ਲੀ ਬਿਮਾਰੀਆਂ ਹੋਈਆਂ ਜਾਂ ਇਹ ਵਾਲੇ ਵਾਇਰਸ ਹੋਏ ਨੇ ਤੁਸੀਂ ਕਹਿ ਰਹੇ ਹੋ ਬਿਨਾ ਵੈਕਸੀਨਸ ਤੋਂ ਕਿਉਰ ਵੀ ਕੀਤਾ ਜਾ ਸਕਦਾ ਹੈ। ਡੈਫੀਨਿਟਲੀ ਡੈਫੀਨਿਟਲੀ ਸਾਡੇ ਜਿਹੜੇ ਇੰਡੀਆ ਦੇ ਸੈਂਟਰ ਸੀਗੇ ਬਿਕਾਜ਼ ਆਈ ਐਮ ਅ ਪਾਰਟ ਆਫ ਦ ਨੈਟਵਰਕ ਆਫ ਇਨਫਲੂਐਂਸਰ ਕੇਅਰ ਐਕਸਪਰਟਸ ਆਈ ਐਮ ਅ ਕੰਸਲਟੈਂਟ ਪੈਰਾਮੈਡਿਕ ਐਟ ਹਸਪੀਟਲ ਆਫ ਇੰਸਟੀਟਿਊਟ ਆਫ ਆਪਣਾ ਇੰਟੀਗ੍ਰੇਟਿਡ ਮੈਡੀਕਲ ਸਾਇੰਸਿਸ ਤੋਂ ਉੱਥੇ ਕੀ ਹੋਇਆ ਸੀ 60000 ਪੇਸ਼ੈਂਟਸ ਆਏ ਸੀ ਜਿਨ੍ਹਾਂ ਨੂੰ ਸੋ ਕਾਲਡ ਕੋਵਿਡ-19 ਪੋਜ਼ਿਟਿਵ ਸੀਗਾ ਸਿੰਪਟਮਸ ਸੀਗੇ ਔਰ ਬਹੁਤ ਸਾਰੀ ਚੀਜ਼ਾਂ ਸੀਗੀਆਂ ਪਰ ਸਾਡੇ ਸੈਂਟਰਸ ਵਿੱਚ ਉਹਨਾਂ ਨੂੰ ਨਾ ਤਾਂ ਮਾਸ ਪਾਣ ਨੂੰ ਕਿਹਾ ਗਿਆ ਨਾ ਡਿਸਟੈਂਸਿੰਗ ਰੱਖਣ ਨੂੰ ਕਿਹਾ ਗਿਆ ਨਾ ਉਹਨਾਂ ਨੂੰ ਅਸੀਂ ਕੋਈ ਦਵਾਈਆਂ ਦਿੱਤੀਆਂ ਓਨਲੀ 3 ਟੂ 7 ਡੇਸ ਅਸੀਂ ਉਹਨਾਂ ਨੂੰ ਲਿਕਵਿਡ ਡਾਈਟ ਤੇ ਰੱਖਿਆ ਲਿਕਵਿਡ ਡਾਈਟ ਮੀਨਸ ਕਿ ਤੁਸੀਂ ਕੱਟ ਆਫ ਕਰ ਦਿਓ ਸਾਰੇ ਸੋਲਿਡ ਚੀਜ਼ਾਂ ਨੂੰ ਔਰ ਸਿਰਫ ਨਾਰੀਅਲ ਪਾਣੀ ਔਰੇਂਜ ਜੂਸ ਵਾਰਮ ਸੂਪ ਪੀਓ ਅਦਰਕ ਦੇ ਕਾੜੇ ਪੀਓ ਐਂਡ ਯੂ ਗੈਟ ਨਾਰਮਲ ਵਿਦ ਇਨ 7 ਡੇਸ ਤੋਂ ਕਿਸੇ ਦੀ ਵੀ ਡੈਥ ਨਹੀਂ ਹੋਈ ਕੋਈ ਉਹਨਾਂ ਨੂੰ ਖਰਚਾ ਵੀ ਨਹੀਂ ਕਰਨਾ ਪਿਆ ਉਸ ਟਾਈਮ ਆਪਾਂ ਫ੍ਰੀ ਵਿੱਚ ਕਰ ਰਹੇ ਸੀਗੇ ਕਿਉਂਕਿ ਉਸ ਟਾਈਮ ਇੰਨੀ ਤੋੜੀ ਤੋੜੀ ਮਚੀ ਹੋਈ ਸੀਗੀ ਤੋਂ ਬਹੁਤ ਲੋਕੀ ਠੀਕ ਹੋਏ ਔਰ ਜਦ ਇਹ ਹੁਣ ਦੇਖੋ ਕਿੰਨੀ ਵੱਡੀ ਗੱਲ ਹੈ ਜਦ ਇਹ ਅਸੀਂ ਕਰ ਦਿੱਤਾ ਨਾ ਇਹ ਸਾਰਾ ਕੁਝ ਕਰਕੇ ਦਿਖਾਤਾ ਕਿ ਲੋਕੀ ਠੀਕ ਹੋ ਸਕਦੇ ਨੇ ਅਸੀਂ ਸਾਰੀ ਦੁਨੀਆ ਨੂੰ ਦੱਸਿਆ ਵੀਡੀਓਜ਼ ਦੇ ਰਾਹੀਂ ਆਪਣੇ ਸੈਮੀਨਾਰਸ ਦੇ ਰਾਹੀਂ ਕਿ ਲੋਕੀ ਠੀਕ ਹੋ ਸਕਦੇ ਨੇ देयर इज नो नीड फॉर वैक्सीन्स देयर इज नो नीड फॉर ऑल दीस मास्क एंड ऑल दीस ਰਬਿਸ਼ ਪ੍ਰੋਟੋਕੋਲਸ ਸਾਡੀ ਵੀਡੀਓ ਸੈਂਸਰ ਕਰ ਦਿੱਤੇ ਆ ਗਿਆ ਸਾਡੇ ਜਿਹੜੇ ਫਾਊਂਡਰ ਡਾਕਟਰ ਸੀਗੇ ਇੰਡੀਆ ਵਿੱਚ ਉਹਨਾਂ ਤੇ ਕੇਸ ਹੋ ਗਿਆ ਬੜੀ ਸਾਰੀ ਚੀਜ਼ਾਂ ਹੋਈਆਂ ਸੋ ਐਕਚੁਅਲੀ ਸਾਨੂੰ ਬਿਮਾਰ ਕਰਨ ਦੀ ਇਹ ਸਾਜ਼ਿਸ਼ ਚੱਲਦੀ ਬਈ ਆ ਦੁਨੀਆ ਵਿੱਚ ਤੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਕੰਟੀਨਿਊ ਕੀਤੀ ਜਾਏਗੀ ਜਿਹ ਹੈ ਨਾ ਡੈਫੀਨਿਟਲੀ ਡੈਫੀਨਿਟਲੀ ਹੁਣ ਆਇਆ ਨਹੀਂ ਨਿਆ ਵਾਇਰਸ ਜਿਹੜਾ ਆਇਆ ਕਿ H3N2 ਨਾਮ ਕੁਛ ਕਰਕੇ ਆਇਆ ਹੈ ਕਾਫੀ ਆਗੇ ਓਮਿਕਰੋਨ ਆਇਆ ਉਸ ਤੋਂ ਬਾਅਦ ਕਾਫੀ ਮੈਨੂੰ ਯਾਦ ਨਹੀਂ ਨਾਮ ਕਿੰਨੇ ਕਿੰਨੇ ਆ ਚੁੱਕੇ ਉਸ ਤੋਂ ਡੈਲਟਾ ਕਰੋਨ ਓਮਿਕਰੋਨ ਅਭੀ ਮਾਰਬਰਗ ਆਇਆ ਸਪਾਰਸ ਦੀ ਗੱਲ ਚੱਲ ਰਹੀ ਹੈ 25 ਵਿੱਚ ਆਏਗਾ ਤੋ ਤੈਨੂੰ ਤੇ ਸਿੰਪਟਮਸ ਸਟਿਲ ਇਹੀ ਦਿਖਾਉਂਦੇ ਆ ਕਿ ਕਫ ਹੋਏਗੀ ਤੁਹਾਨੂੰ ਫੀਵਰ ਹੋਏਗਾ ਆਈ ਰਿਮੈਂਬਰ ਜਦੋਂ ਵੈਕਸੀਨ ਨਹੀਂ ਆਈ ਸੀ ਜੇ ਵੈਕਸੀਨ ਤੋਂ ਪਹਿਲੇ ਬਟ ਕੋਵਿਡ ਸ਼ੁਰੂ ਹੋ ਗਿਆ ਸੀ ਤੇ ਉਹਦੇ ਵੀ ਸਰ ਉਹਨਾਂ ਨੇ ਲਿਖ ਕੇ ਸੱਚੀ ਮੈਂ ਜਦੋਂ ਗਿਆ ਸੀ ਮੈਨੂੰ ਲਿਖ ਕੇ ਉਹਨੇ ਦਿੱਤਾ ਸੀ ਕਿ ਤੂੰ ਦਿਨ ਦੀ ਪੰਜ ਟਾਇਲਨੋਨ ਖਾਇਆ ਕਰ ਤੇ ਤੂੰ ਸਹੀ ਹੋ ਜਾਏਗਾ ਤੇ ਆਈ ਐਮ ਗੈਸਿੰਗ ਕਿ ਪੈਰਾਸੀਟਾਮੋਲ ਤੇ ਟੈਨਨੋਲ ਕਾਈਂਡ ਆ ਸੇਮ ਇਫੈਕਟ ਪਾਉਂਦੀਆਂ ਤੁਹਾਡੇ ਤੇ ਕਿਉਂਕਿ ਪੇਨ ਕਿਲਰ ਹੈ ਇਟ ਇਜ਼ ਅ ਸੇਮ ਐਕਚੁਅਲੀ ਟੈਨਨੋਲ ਪੈਰਾਸੀਟਾਮੋਲ ਹੀ ਹੈ ਓਕੇ ਸాల్ਟ ਸੇਮ ਨੇ ਉਹਨਾਂ ਦੇ ਯਾ ਪੈਰਾਸੀਟਾਮੋਲ ਇਜ਼ ਅ ਸాల్ਟ ਜਿਨੂ ਇਥੇ ਐਸੈਟਾਮਿਨ ਆਫ ਇਨ ਕਹਿੰਦੇ ਆ ਔਰ ਜਿਹੜੀ ਬ੍ਰਾਂਡ ਨੇਮ ਹੈ ਦੈਟ ਇਜ਼ ਟੈਨਨੋਲ ਟੈਨਨੋਲ ਕੰਪਨੀ ਐ ਸాల్ਟ ਪੈਰਾਸੀਟਾਮੋਲ ਹੈ ਸੋ ਉਹਨੂੰ ਖਾ ਕੇ ਤੁਸੀਂ ਆਪਣੇ ਆਪ ਨੂੰ ਥੋੜਾ ਲੀਵਰ ਨੂੰ ਇਫੈਕਟ ਕਰ ਰਹੇ ਹੋ ਔਰ ਥੋੜੀ ਜੋ ਗੰਦਗੀ ਹੈ ਉਹ ਤੁਹਾਡੇ ਅੰਦਰ ਬਚ ਰਹੀ ਹੈਗੀ ਐਥੋਂ ਤੋ ਬੇ मैं कह लग्या कि जेडे साढ़े सेंटरस में जड़ी चीज़ा आप देखिया ने जीरो मोटैलिटी जीरो मनी एंड जीरो मेडिसिन यूज़ करके इन्हें लोग ठीक होए तो सू अगर मारन की कोशिश हैगी बीमार करशिश हैगी है तो नवे नवे वायरस आते रहेंगे एंड इतने फिर बिलगेट्स आ जाता है उन्हें फिर किया कि जी ट्वेंटी ट्वेंटी इस बार वाला पीरियड है दैट इज़ गोइिंग तो टू ब पेंडेमिकजन होने वाला है अच्छा और अमेरिका का जरा चीफ मैडिकल ऑफिसर है एंथनी फाउची जीनू बहुत परेज किया जा रहा है उन्हें टू थाउजेंड सिक्सटीन या सैवनटीज़ में यह गल कही देर विल सरप्राइज आउट ਬ੍ਰੇਕ ਮਤਲਬ ਅਚਾਨਕ ਤੱਕ ਬਿਮਾਰੀ ਫੈਲੇਗੀ ਓਏ ਉਹਨੂੰ ਕਿਵੇਂ ਪਤਾ ਲੱਗ ਗਿਆ ਕਿਉਂਕਿ ਦੈਟ ਵਾਸ ਹੀ ਵਾਸ ਅ ਪਾਰਟ ਆਫ ਦਾ फ्रॉड और सेम बंदा एंथनी फाउची और बिल गेट्स एच आई वी टाइम तभी इन्होंने इन ने से सेम स्क्रिप्ट पूरी सेम स्क्रिप्ट यूज़ की आर टी पी सी आर टैसट उस टाइम भी सगा से सेम वही वैक्सीना का खेल सगा बीमारी सिमटम्स भी उई सी एच आई दच आई वी भी उ सारा कुछ सगा hmm. तो सारा इन्होंने खेल खेल के और हो जो लोग एच आई वी दवाइया खेंदेह बीमार होना शुरू हो जाते जो लोग दवाई छदे ठीक होना शुरू हो जाते हूँ ये मेडिकल इंडस्ट्री का सच है तो अपना ਇਹ ਮਤਲਬ ਤਰਸਦੀ ਹੈ ਸਾਡੇ ਦੁਨੀਆ ਵਾਸਤੇ ਕਿ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ ਤਾਂ ਤੁਸੀਂ ਦੱਸੋ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਮੈਂ ਵੀ ਜਦੋਂ ਅਜਿਹੀਆਂ ਚੀਜ਼ਾਂ ਬਾਰੇ ਸੋਚਦਾ ਮੈਨੂੰ ਜ਼ਿਆਦਾਤਰ ਇਹ ਹੁੰਦਾ ਕਿ ਜੋ ਚੀਜ਼ ਹੋ ਗਈ ਹੈ ਨਾ ਉਹਦੇ ਬਾਰੇ ਕਾਫੀ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਇੱਕ اچھی ਚੀਜ਼ ਹੈ ਬਟ ਮੈਨੂੰ ਇਹ ਜ਼ਰੂਰ ਹੁੰਦਾ ਕਿ ਜੋ ਆਉਣ ਵਾਲਾ ਸਮਾਂ ਉਹਦੇ ਚ ਫੇਰ ਤੋਂ ਨਾ ਹੋਏ ਤੇ ਜੇ ਫੇਰ ਤੋਂ ਹੋਣਾ ਹੈ ਤੇ ਉਹਦੇ ਲਈ ਅਸੀਂ ਕਿੰਨੇ ਪ੍ਰੀਪੇਅਰਡ ਆ ਜਾਂ ਅਸੀਂ ਕੀ ਹੁਣ ਬੈਟਰ ਕਰ ਸਕਦੇ ਆ ਜਿਵੇਂ ਮੈਂ ਤੁਹਾਨੂੰ ਹੀ ਤੁਹਾਡੇ ਤੇ ਗੱਲ ਲੈ ਕੇ ਆਵਾਂ ਕਿ ਜਿਵੇਂ ਤੁਸੀਂ ਕਿਹਾ ਕਿ ਮੈਂ ਵੀਡੀਓਸ ਪਾਈਆਂ ਉਹ ਬੈਨ ਹੋ ਗਈਆਂ ਜਾਂ ਸੈਂਸਰ ਹੋ ਗਈਆਂ ਤੁਸੀਂ ਆਪਣੇ ਵੱਲੋਂ ਕੀਤਾ ਬਟ ਉਹ ਨੈਕਸਟ ਟਾਈਮ ਜੇ ਅਸਾਂ ਨੂੰ ਪਤਾ ਉਹ ਜਿਵੇਂ ਅਸੀਂ ਇਸਟੈਬਲਿਸ਼ ਕੀਤਾ ਹੀ ਆ ਕਿ ਜਿੰਨਾ ਫੇਰ ਹੋਣੀ ਆ ਜਿਹੜਾ ਸਰਪ੍ਰਾਈਜ਼ ਆਊਟਬ੍ਰੇਕ ਹੋਵੇ ਤਾਂ ਫੇਰ ਇੱਕ ਸਰਪ੍ਰਾਈਜ਼ ਆਊਟਬ੍ਰੇਕ ਫੇਰ ਤੋਂ ਹੋਏ ਆਉਣ ਵਾਲੇ ਸਮੇਂ ਫੇਰ ਤੁਸੀਂ ਜਨਾਨੇ ਦੇ ਵੈਕਸੀਨਸ ਆਣ ਗਿਆ ਕੋਵਿਡ ਆਣਗੇ ਤੇ ਉਹਨਾਂ ਵਾਸਤੇ ਅਸੀਂ ਕੀ ਬੈਟਰ ਕਰ ਰਹੇ ਆ ਜਾਂ ਕਿਵੇਂ ਦੀ ਪ੍ਰਿਕਾਸ਼ਨਸ ਲੈ ਰਹੇ ਆ ਜਾਂ ਕਿਵੇਂ ਦਾ ਅਸੀਂ ਪ੍ਰਚਾਰ ਕਰਨਾ ਚਾਹ ਰਹੇ ਆ ਕਿ ਜ਼ਿਆਦਾ ਆਵਾਮ ਨੂੰ ਪਤਾ ਲੱਗੇ ਕਿ ਉਹ ਪਹਿਲੀ ਸਟੌਪ ਕਰਪਨ ਮੇ ਵੀ ਜਾਂ ਬੈਟਰ ਬਲੌਕ ਕਰਪਨ ਹੈ ਜੀ ਜਾਨੂ ਸੋ ਓਨਲੀ ਚੀਜ਼ਾਂ ਨੂੰ ਲੈ ਕੇ ਤੁਹਾਡੇ ਮਨ ਚ ਹੈਗਾ ਕਿ ਸੋਲੂਸ਼ਨ ਕਿ ਅਸੀਂ ਕੁਝ ਕਰ ਸਕੀਏ ਯੈਸ ਕਿ ਮੇ ਵੀ ਹਰ ਕੋਈ ਬੰਦਾ ਯੂਟਿਊਬਰ ਬਣ ਜਾਏ ਆ ਡੋਨਟ نو ਯੈਸ ਦੈਟ ਇਜ਼ ਪੋਸੀਬਲ ਹੁਣ ਜੇ ਮੈਂ ਵੀਡੀਓਜ਼ ਬਣਾਈਆਂ ਮੈਂ ਮੈਂ ਕੋਈ ਯੂਟਿਊਬਰ ਬੌਰਨ ਯੂਟਿਊਬਰ ਥੋੜੀ ਸੀਗਾ ਜਾਂ ਤੁਸੀਂ ਬੌਰਨ ਪੋਡਕਾਸਟਰ ਥੋੜੀ ਸੀਗੇ ਵਾਪਸ ਸਟਾਰਟ ਕੀਤਾ ਨਾ ਕਿਉਂਕਿ ਸਾਡੇ ਮਾਇੰਡ ਇਜ਼ ਸੀ ਲੋੜ ਹੋ ਰਹੀ ਉਹਨਾਂ ਨਾਲ ਕਿ ਨਾਲ ਉਹਨਾਂ ਦੀ ਜਾਣ ਨਾਲ ਖੇਡਿਆ ਜਾ ਰਿਹਾ ਹੈ ਸੋ ਆਈ ਵਾਂਟਡ ਟੂ ਟੈਲ ਦੋਸ ਥਿੰਗਸ ਟੂ ਪੀਪਲ ਤੋ ਅਗਰ ਹਰ ਬੰਦਾ ਹੀ ਰਿਸਪੌਂਸਿਬਿਲਟੀ ਲੈ ਲਵੇ ਕਿ ਇਨ ਸਮ অর ਦੀ ਅਦਰ ਫਾਰਮ ਮੈਂ ਸੱਚ ਦੀ ਤਲਾਸ਼ ਕਰਨੀ ਹੈ ਔਰ ਲੋਕਾਂ ਤੱਕ ਸੱਚ ਪਹੁੰਚਾਣਾ ਹੈਗਾ ਤੇ ਇਹ ਚੀਜ਼ਾਂ ਹੋ ਸਕਦੀਆਂ ਨੇ ਔਰ ਬੁੱਕ ਵਿੱਚ ਮੈਂ ਸੋਲੂਸ਼ਨ ਵੀ ਦੱਸੇ ਨੇ ਕਿ ਆਪਾਂ ਕੀ ਕੀ ਚੀਜ਼ਾਂ ਕਰ ਸਕਦੇ ਨੇ ਉਹਦੇ ਵਿੱਚੋਂ ਵਨ ਥਿੰਗ ਇਜ਼ ਸਪਰੈਡਿੰਗ ਅਵੇਅਰਨੈਸ ਕਿਉਂਕਿ ਗਵਰਨਮੈਂਟ ਐਂਡ ਸਾਰੀ ਜੋ ਮੀਡੀਆ ਤੰਤਰ ਹੈਗਾ ਉਹ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਕਿ ਲੋਕਾਂ ਨੂੰ ਜਿੰਨਾ ਬ੍ਰੇਨ ਵਾਸ਼ ਕਰ ਸਕਣ ਜਿੰਨਾ ਬੁੱਧ ਕਿ ਨਹੀਂ ਸਾਡੇ ਹਜ਼ਾਰਾਂ ਸਾਲਾਂ ਦੀ ਹਿਸਟਰੀ ਸਾਨੂੰ ਗਲਤ ਪੜਾਈ ਗਈ ਸਕੂਲਾਂ ਵਿੱਚ ਸਾਇੰਸ ਬਹੁਤ ਸਾਰੀ ਚੀਜ਼ਾਂ ਗਲਤ ਪੜਾਈਆਂ ਗਈਆਂ ਮੈਡੀਕਲ ਸਕੂਲਾਂ ਵਿੱਚ ਬੜੀ ਚੀਜ਼ਾਂ ਗਲਤ ਪੜਾਈਆਂ ਗਈਆਂ ਔਰ 2020 ਤੋਂ 2023 ਤੱਕ ਮੈਂ ਚੈਲੰਜ ਕੀਤਾ ਸੀਗਾ ਕਿ ਕੋਈ ਵੀ ਡਾਕਟਰ ਆਓ ਮੇਰੇ ਨਾਲ ਬੈਠੋ ਆਪਾਂ ਡਿਬੇਟ ਕਰਦੇ ਹਾਂ ਓਪਨ ਪਲੇਟਫਾਰਮ ਤੇ ਆਪਾਂ ਡਿਸਕਸ ਕਰਦੇ ਹਾਂ lettes see ki who is who is right about the virus and the vaccine but ਕੋਈ ਵੀ ਨਹੀਂ ਆਇਆ ਕਿਉਂਕਿ ਮੈਂ ਜੋ ਵੀ ਗੱਲ ਕਰਦਾ ਸੀਗਾ that was backed up by science real science not paid science ਤੋ ਹੁਣ ਸਾਨੂੰ ਕੀ ਕਰਨਾ ਪਏਗਾ ਸਾਨੂੰ ਇਹ ਸਮਝਣਾ ਪਏਗਾ ਸਾਨੂੰ ਸਰਕਾਰ ਬਚਾਉਣ ਵਾਸਤੇ ਨਹੀਂ ਆਏਗੀ ਕੋਈ ਡਾਕਟਰ ਬਚਾਉਣ ਨਹੀਂ ਆਏਗਾ ਔਰ ਪੁਲਿਸ ਵੀ ਬਚਾਉਣ ਨਹੀਂ ਆਏਗੀ ਤੁਸੀਂ ਦੇਖ ਲਿਆ ਹੁਣ ਇੰਡੀਆ ਵੀ ਜੋ ਚੀਜ਼ਾਂ ਹੋ ਰਹੀਆਂ ਨੇ ਪੁਲਿਸ ਸਾਡੇ ਵਾਸਤੇ ਨਹੀਂ ਬਣੀ ਹੈਗੀ ਹੈ ਪੁਲਿਸ لوکاں نو ਲੱਗਦਾ ਹੈ ਕਿ پولیس ਸਾਨੂੰ ਕ੍ਰਾਈਮ ਤੋਂ ਬਚਾਏਗੀ ਰਿਐਲਿਟੀ ਇਜ਼ ਕਿ ਉਹ ਛੋਟੇ ਮੋਟੇ ਗੁੰਡੇ ਗੁੰਡਾ ਨੂੰ پکڑਣਾ ਜਿਹੜਾ ਹੁੰਦਾ ਹੈ ਉਹ ਨਹੀਂ ਹੁੰਦਾ پولیس ਦਾ ਕੰਮ پولیس ਦਾ ਐਕਚੁਅਲ ਕੰਮ ਹੁੰਦਾ ਹੈ ਕਿ ਲੋਕਾਂ ਨੂੰ ਸਰਵ ਕਰੇ ਪਰ پولیس ਸਰਵ ਕਿਨੂੰ ਕਰਦੀ ਹੈ ਜੋ پولیس ਨੂੰ ਸੈਲਰੀ ਦਿੰਦਾ ਹੈ ਤਾਂ ਉਹ ਸਰਕਾਰ ਨੂੰ ਸਰਵ ਕਰਦਾ ਹੈ ਤਾਂ ਕੋਈ ਬੰਦਾ ਕਹੇ ਕਿ ਸਰਕਾਰ ਗਲਤ ਕਰ ਰਹੀ ਹੈ ਸਰਕਾਰ ਸਾਡੇ ਤੇ ਨਾ ਜਾਇਜ਼ ਮਾਰਗੇਜ ਵਧਾਈ ਜਾ ਰਹੀ ਹੈ ਨਾ ਜਾਇਜ਼ ਪ੍ਰਾਪਰਟੀ ਟੈਕਸ ਵਧਾਈ ਜਾ ਰਹੀ ਹੈ ਨਾ ਜਾਇਜ਼ 15 ਮਿੰਟ ਦੀ ਸਿਟੀਜ਼ ਲੈ ਕੇ ਆ ਰਹੀ ਹੈ ਨਾ ਜਾਇਜ਼ ਸਾਨੂੰ ਸਕੂਲ ਵਿੱਚ ਗਲਤ ਚੀਜ਼ਾਂ ਪੜਾਈਆਂ ਜਾ ਰਹੀਆਂ ਨੇ ਸਾਡੇ ਸਿੰਘਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਇਹ ਜੋ ਵੀ ਜਰਨਲ ਤੋ ਅਗਰ ਤੁਸੀਂ ਉਹਨਾਂ ਦੇ ਖਿਲਾਫ ਬੋਲੋਗੇ ਕਿ ਭਈ ਤੁਸੀਂ ਇਹ ਗਲਤ ਕਰ ਰਹੇ ਹੋ ਤਾਂ ਪੁਲਿਸ ਤੋ ਉਹਨੂੰ ਚੱਕਣ ਵਾਸਤੇ ਬਣਾਈ ਗਈ ਹੈ ਤੁਸੀਂ ਰਿਅਲਾਈਜ਼ ਕਰ ਰਹੇ ਹੋ ਇਹ ਚੀਜ਼ ਸੋ ਮੈਟਰ ਨਹੀਂ ਕਰਦਾ ਕਿ ਕੰਮ ਸਹੀ ਹੈ ਜਾਂ ਗਲਤ ਹੈ ਬਸ ਜੋ ਵੀ ਵੱਡੇ ਸਰਕਾਰ ਨੇ ਵੱਡੇ ਅਹੁਦਾਕਾਰਾਂ ਨੇ ਜੋ ਸੋਚਿਆ ਉਹਨੂੰ ਐਕਸ਼ਨ ਵਿੱਚ ਲਿਆਉਣ ਵਾਸਤੇ ਬਸ ਪੁਲਿਸ ਖੜੀ ਹੈ ਯੈਸ 100% ਪੁਲਿਸ ਵੀ ਔਰ ਅਗਰ ਮੰਨ ਲਓ ਕਿਸੇ ਤਰ੍ਹਾਂ ਹੁਣ ਦੇਖੋ ਕਿਉਂ ਸਾਨੂੰ ਪੰਜਾਬੀਜ਼ ਨੂੰ ਕਿਉਂ ਹਟ ਕਰਦੇ ਆ ਲੋਕੀ ਕਿਉਂਕਿ ਸਾਡੇ ਕਲਚਰ ਵਿੱਚ ਹੀ ਮਹਾਰਾਜ ਸਾਹਿਬ ਨੇ ਕੀ ਕਿਹਾ ਅਸ ਕਿਰਪਾਨ ਖੰਡੋ ਖੜਗ ਤਪਕ ਤਬਰ ਅਰਤੀਰ ਸੈਫ ਸਰੋਹੀ ਸਹਿਤ ਹੀ ਇਹ ਹਮਾਰੇ ਪੀਰ ਅਸੀਂ ਸ਼ਸਤਰਾਂ ਨੂੰ ਪੀਰਾਂ ਕਰਕੇ ਨਮਸਕਾਰ ਕਰਦੇ ਆ ਜਿਤੇ ਨਿਸ਼ਸਤਰ ਨਾਮੰਗ ਨਮਸਕਾਰ ਤਾਮ ਜਿਤੇ ਅਸਤਰ ਪੇਯੰਗ ਨਮਸਕਾਰ ਤੇਯੰ ਅਸੀਂ ਸ਼ਸਤਰਾਂ ਨੂੰ ਨਮਸਕਾਰ ਕਰਦੇ ਆ ਉਹਨਾਂ ਨੂੰ ਆਪਣਾ ਪੀਰ ਮੰਦੇ ਆ ਔਰ ਮਹਾਰਾਜ ਨੇ ਸੰਗਤ ਵੀ ਬਣਾਈ ਔਰ ਸਤਸੰਗਤ ਕੀਨੀ ਖਾਲਸਾ ਔਰ ਸਾਨੂੰ ਇਹ ਵੀ ਹੁਕਮ ਕੀਤਾ ਕਿ ਜ਼ੁਲਮ ਦਾਵੀ ਨਾਸ਼ ਕਰਨਾ ਹੈਗਾ ਜ਼ੁਲਮ ਦੇ ਖਿਲਾਫ ਬੋਲਣਾ ਹੈ ਸੋ ਦੇ ਪੁਰਾਣੇ ਸਮੇਂ ਤੋਂ ਹੀ ਸਿੰਘ ਇਕੱਠੇ ਹੋ ਕੇ ਸਰਕਾਰਾਂ ਦੀ ਜਿਹੜੀ ਗਲਤ ਨੀਤੀਆਂ ਨੇ ਉਹਨਾਂ ਦੇ ਖਿਲਾਫ ਬੋਲਦੇ ਆਏ ਆ ਉਹਨਾਂ ਦੇ ਖਿਲਾਫ ਉਹਨਾਂ ਨਾਲ ਜੂਝਦੇ ਆਏ ਆ ਉਹ ਬਗੀ ਪੂਣਾ ਬਖਸ਼ੇ ਮਾਰ ਰਹੇ ਨੇ ਜੀ ਸੋ ਜਿੱਦਾਂ ਕਹਿੰਦੇ ਨੇ ਕਿ ਖਾਲਸਾ ਇਸ ਆਦਰ ਰੈਬਲ অর ਅ ਰੂਲਰ ਯਾਨੀ ਅਦਾ ਰਾਜ ਕਰੂਗਾ ਜਾਂ ਫਿਰ ਬਗਾਵਤ ਕਰੂਗਾ ਜਾਂ ਲੜ ਮਰੂਗਾ ਹਮ ਹੈਨਾ ਤਾਂ ਹੁਣ ਇਹਨਾਂ ਨੂੰ ਪਤਾ ਹੈ ਕਿ ਸਾਡੇ ਅੰਦਰ ਉਹ ਸਪਿਰਿਟ ਹੈਗਾ ਤਾਂ ਉਸ ਪੀਰਿਟ ਕਰਕੇ ਸਾਨੂੰ ਹੇਟ ਕਰਦੇ ਆ ਔਰ ਤਾਂ ਕਰਕੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਡਰੱਗਸ ਪਾਈਆਂ ਜਾ ਰਹੀਆਂ ਨੇ ਇਹ ਸਾਰੀ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਹੋਏਗਾ ਕਿ ਮੰਨ ਲਓ ਕਿ ਹੁਣ ਆਪਾਂ ਕਾਫੀ ਸਾਰੇ ਸਿੰਘਾਂ ਨੂੰ ਇੱਕ ਚੀਜ਼ ਰਿਅਲਾਈਜ਼ ਹੋ ਗਈ ਕਿ ਸਾਡੇ ਸਾਡੇ ਨਾਲ ਸਰਕਾਰ ਧੋਖਾ ਕਰ ਰਹੀ ਹੈ ਗਲਤ ਕਰ ਰਹੀ ਹੈ ਤਾਂ ਅਸੀਂ ਇੱਕ ਜੁੱਟ ਬਣਾਇਆ ਇੱਕ ਗਰੁੱਪ ਬਣਾਇਆ ਕਿ ਅਸੀਂ ਇਹਨਾਂ ਨੂੰ ਜਵਾਬ ਦੇਣਾ ਹੈ ਅਸੀਂ ਭਈ ਸ਼ਸਤਰ ਤਾਰੀਤ ਨਿਤਨੇਮੀ ਗੁਰਸਿੱਖਾਂ ਨੇ ਸਾਰੇ ਨੇ ਇੱਕ ਗਰੁੱਪ ਬਣਾ ਲਿਆ ਤਾਂ ਹੁਣ ਸਾਨੂੰ ਅਗਰ ਮੰਨ ਲਓ ਕਿਸੇ ਤਰ੍ਹਾਂ ਪੁਲਿਸ ਤੋਂ ਵੀ ਵੱਡਾ ਉਹ ਜਿਹ ਮਨ ਲਓ ਫੋਰਸ ਹੋ ਗਈ ਫੋਰਸ ਹੋ ਗਈ ਜੱਥਾ ਬਣ ਗਿਆ ਤਾਂ ਫਿਰ ਮਿਲਟਰੀ ਆਏਗੀ ਸਾਨੂੰ ਰੋਕਣ ਵਾਸਤੇ ਸਮਝਦੇ ਤੋ ਬਸ ਸੋਚ ਰਹੇ ਮਿਲਟਰੀ ਸਾਨੂੰ ਦੇਸ਼ ਨੂੰ ਬਚਾਉਣ ਵਾਸਤੇ ਹੈ ਦੂਜੇ ਦੇਸ਼ ਦੀ ਆਰਮੀ ਤੋਂ ਜਾਂ ਦੂਜੇ ਦੇਸ਼ ਤੇ ਅਟੈਕ ਕਰਨ ਵਾਸਤੇ ਪਰ ਦੂਸਰਾ ਦੇਸ਼ ਸਾਡੇ ਤੇ ਅਟੈਕ ਕਿਉਂ ਕਰੇਗਾ ਉਹਦੇ ਪੇਟ ਵਿੱਚ ਕੀ ਦਰਦਾ ਮੰਨ ਲਓ ਕੋਈ ਸਾਡੇ ਤੋਂ 1000 ਕਿਲੋਮੀਟਰ ਦੂਰ ਰਹਿੰਦਾ ਹੈਗਾ ਉਹ ਆਪਣਾ ਜੀ ਰਿਆ ਅਸੀਂ ਇੱਥੇ ਜੀ ਰਹੇ ਹਾਂ ਉਹਨਾਂ ਨੂੰ ਕੀ ਪਈ ਸਾਡੇ ਤੇ ਅਟੈਕ ਕਰਨ ਦੀ ਜੀ ਉਹ ਤਾਂ ਸਰਕਾਰ ਸਾਡੇ ਤੇ ਕਬਜ਼ਾ ਕਰਨਾ ਚਾਹੀਦਾ ਤਾਂ ਪਰ ਹੁਣ ਨੇ ਸਿਸਟਮ ਕੀ ਹੈ 1 ਵਰਲਡ ਗਵਰਨਮੈਂਟ ਸਾਰੀ ਦੁਨੀਆ ਤੇ ਕਬਜ਼ਾ ਹੋ ਚੁਕਿਆ ਇੱਕ ਕੁਝ ਲੋਕਾਂ ਦਾ ਤੇ ਉਹਨਾਂ ਦੇ ਹੱਥ ਵਿੱਚ ਹੈ ਕਿ ਕਿਹੜਾ ਦੇਸ਼ਾਂ ਵਿੱਚ ਲੜਾਈਆਂ ਹੋਣਗੀਆਂ ਕਿਹੜੇ ਸ਼ਸਤਰ ਯੂਜ਼ ਕੀਤੇ ਜਾਣਗੇ ਕਿਹੜੇ ਬੰਬ ਯੂਜ਼ ਕੀਤੇ ਜਾਣਗੇ ਇਹ ਸਾਰਾ ਕੁਝ ਤੇ ਹੁਣ ਸਾਨੂੰ ਕਿਸੇ ਐਕਸਟਰਨਲ ਐਨਮੀ ਤੋਂ ਸਾਨੂੰ ਖਤਰਾ ਨਹੀਂ ਹੈ ਸਾਡੀ ਸਰਕਾਰਾਂ ਹੀ ਸਾਨੂੰ ਮਾਰਨ ਤੇ ਤੋਲੀਆਂ ਹੋਈਆਂ ਨੇ ਔਰ ਮਿਲਟਰੀ ਐਂਡ ਪੁਲਿਸ ਇਜ਼ ਟੂ ਸਰਵ ਦਾ ਸਟੇਟ ਐਂਡ ਅਸੀਂ ਜਿਹੜੇ ਹੈਗੇ ਇੱਕ ਸ਼ੀਪ ਵਾਂਗ ਸਾਨੂੰ ਰੱਖਣਾ ਚਾਹੁੰਦੇ ਕਿ ਅਸੀਂ ਬਸ ਸਵੇਰ ਤੋਂ ਲੈ ਕੇ ਰਾਤ ਤੱਕ ਇਹਨਾਂ ਦੇ ਕਾਰਪੋਰੇਸ਼ਨਸ ਵਾਸਤੇ ਕੰ ਦਾ ਪਰਪਸ ਰਿਅਲਾਈਜ਼ ਹੀ ਨਾ ਕਰੀਏ ਤਾਂ ਇਹ ਇਹਨਾਂ ਦੀ ਸਾਰੀ ਗੋਲ ਹੈਗੀ ਔਰ ਸਾਰੇ ਰਿਸੋਰਸਸ ਦੇ ਹੁਣ ਦੇਖੋ ਜਿਹੜੇ ਨਦੀਆਂ ਨੇ ਪਹਾੜ ਨੇ ਜਾਂ ਸੈਂਡ ਨੇ ਜਾਂ ਜਿੰਨੇ ਵੀ ਰਿਸੋਰਸਸ ਨੇ ਹੀਰੇ ਦੀ ਗੋਲਡ ਮਾਈਨਸ ਨੇ ਕੋਲ ਮਾਈਨਸ ਨੇ ਔਇਲ ਮਾਈਨਸ ਨੇ ਕਿ ਰੱਬ ਨੇ ਕੀ ਕਿਸ ਨੂੰ ਕਿਹਾ ਸੀਗਾ ਕਿ ਭਈ ਇਹ ਤੇਰਾ ਹੋਏਗਾ ਇਹਦਾ ਮਾਲਕ ਤੂੰ ਹੈ ਤੇ ਲੇਕਿਨ ਸਰਕਾਰਾਂ ਨੇ ਕਬਜ਼ਾ ਕਰਕੇ ਬੈਠ ਗਏ ਹੁਣ ਜਿਹੜੇ ਆਦੀਵਾਸੀ ਜਿੱਥੇ ਬੌਰਨ ਹੋਏ ਸੀ ਉਹਨਾਂ ਦਾ ਆਪਣਾ ਲੈਂਡ ਸੀਗਾ ਉੱਥੇ ਸਰਕਾਰਾਂ ਨੇ ਕਬਜ਼ਾ ਕਰ ਲਿਆ ਅਬੋਰਿਜਨਲ ਪੀਪਲ ਹਾਂ ਤੇ ਉਹਨਾਂ ਨੇ ਰਿਟੈਲੀਏਟ ਕੀਤਾ ਕਿ ਭਈ ਅਸੀਂ ਸਾਨੂੰ ਵਾਪਸ ਕੀਤਾ ਜਾਏ ਤੇ ਕਈ ਵਾਰ ਨੇ ਸ਼ਸਤਰ ਵੀ ਚੱਕੇ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਸਰਕਾਰ ਨੇ ਕਿਹਾ ਇਹ ਤਾਂ ਭਈ ਵਾਇਲੈਂਟ ਪੀਪਲ ਨੇ ਇਹ ਤਾਂ ਨੈਕਸਲਾਈਟਸ ਨੇ ਤਾਂ মিডিਆ ਸਾਨੂੰ ਉਸ ਤਰ੍ਹਾਂ ਪੋਰਟਰੇ ਕਰਕੇ ਇਹ ਸਾਰੀ ਚੀਜ਼ਾਂ ਦਿਖਾ ਦਿੰਦੀਆਂ ਨੇ ਬਟ ਸਾਡਾ ਕੰਮ ਕੀ ਹੈਗਾ ਇੱਕ ਐਸ ਅ ਗੁਰਸਿੱਖ ਅਸੀਂ ਸਿੱਖ ਹਾਂ ਸਿੱਖਣਾ ਚਾਹੁੰਦੇ ਆ ਸੱਚ ਦੀ ਤਲਾਸ਼ ਵਿੱਚ ਆ ਸੀਕਰ ਆਫ ਟਰੂਥ ਹਾਂ ਅਸੀਂ ਤਾਂ ਸਾਨੂੰ ਸੱਚ ਦੇ ਰਸਤੇ ਚੱਲਣਾ ਚਾਹੀਦਾ ਹੈਗਾ ਐਂਡ ਜ਼ੁਲਮ ਦੇ ਖਿਲਾਫ ਆਵਾਜ਼ ਵੀ ਚੱਕਣੀ ਚਾਹੀਦੀ ਔਰ ਕਦਮ ਵੀ ਚੱਕਣੇ ਚਾਹੀਦੇ ਵਾਓ ਤੇ ਵਿੱਚ ਨਿਊ ਵਰਲਡ ਆਰਡਰ ਦੇ ਅੰਡਰ ਜਿਵੇਂ ਹੁਣ ਪਿੱਛੇ ਅਸੀਂ ਵੈਕਸੀਨ ਦੀ ਗੱਲ ਕੀਤੀ ਆ ਜਿਹੜੇ ਦੇਸ਼ਾਂ ਨੇ ਬਗਾਵਤ ਕੀਤੀਆਂ ਜਿਹੜੇ ਦੇਸ਼ ਇਹ ਲੂਪ ਵਿੱਚ ਨਹੀਂ ਆ ਸਕੇ ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਟੈਕਲ ਕੀਤਾ ਕਿ ਉਹ ਆਪਣੇ ਦੇਸ਼ਾਂ ਨੂੰ ਵਿਦਆਊਟ ਮਾਸਕਸ ਤੇ ਵਿਦਆਊਟ ਵੈਕਸੀਨ ਵੀ ਚਲਾ ਪਏ ਯਾ ਸੋ ਜਿਹੜੇ ਯਾਦ ਹੈ ਆਪਾਂ ਲਾਕਡਾਊਨਸ ਵਿੱਚ ਜਦ ਸਿਗੇ ਜਿਸ ਵੇਲੇ ਸਾਡੇ ਤੁਸੀਂ ਪਤਾ ਹੀ ਸਾਡੇ ਕੋਲ ਵੀ ਕਿੰਨੀ ਚੀਜ਼ਾਂ ਹੋਈਆਂ ਤਾਂ ਪੁਲਿਸ ਵੀ ਆਈ ਸੀ ਕਰ ਪੁਲਿਸ ਵੀ ਆਈ ਸੀਗੀ ਪਰ ਚਲੋ ਆਪਾਂ ਉਸ ਟਾਈਮ ਗੁਰੂ ਸਾਹਿਬ ਨੇ ਕਿਰਪਾ ਕੀਤੀ ਆਪਾਂ ਸੰਭਾਲ ਲਿਆ ਸਾਰਾ ਮੌਕਾ ਸਾਰਾ ਕੁਝ ਹੈ ਨਾ ਤੇ ਉਸੇਮ ਟਾਈਮ ਤੇ ਤੰਜ਼ਾਨੀਆ ਇੱਕ ਕੰਟਰੀ ਆਫਰੀਕਾ ਵਿੱਚ ਤੰਜ਼ਾਨੀਆ ਵਿੱਚ 50000 ਤੋਂ ਉੱਤੇ ਲੋਕੀ ਫੁੱਟਬਾਲ ਦਾ ਮੈਚ ਦੇਖ ਰਹੇ ਸੀ ਇਕੱਠੇ ਸਟੇਡੀਅਮ ਵਿੱਚ ਬੈਠ ਕੇ 2020 2020 2020 2020 ਜਾਂ 2021 ਵਿੱਚ ਸੇਮ ਟਾਈਮ ਤੇ ਜਸ ਟਾਈਮ ਅਸੀਂ ਇੱਥੇ ਮਾਸਕ ਮੈਂ ਤਾਂ ਨਹੀਂ ਪਾਇਆ ਮਾਸਕ ਤੋਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਮੈਂ ਪਿਛਲੇ 3 ਸਾਲਾਂ ਵਿੱਚ ਨਾ ਤਾਂ ਮੈਂ ਮਾਸਕ ਪਾਉਂਦਾ ਸੀਗਾ ਚਾਹੇ ਫਲਾਈਟ ਵਿੱਚ ਜਾਣਾ ਹੋਵੇ ਚਾਹੇ ਗਵਰਨਮੈਂਟ ਆਫਿਸ ਵਿੱਚ ਜਾਣਾ ਹੋਵੇ ਆਈ ਡਿਡਨਟ ਵੇਅਰ ਮਾਸਕ ਸੈਕੰਡਲੀ ਮੈਂ ਕੋਈ ਵੈਕਸੀਨ ਵੀ ਨਹੀਂ ਲਗਾਈ ਮੈਂ ਵੀ ਓਪਨਲੀ ਦੱਸ ਦਿੰਦਾ ਇੱਕ ਵੀ ਡੋਜ਼ ਨਹੀਂ ਲਗਵਾਈ ਹੈਗੀ ਆ ਮੈਂ ਕੋਈ ਸੈਨੀਟਾਈਜ਼ਰ ਵੀ ਕਦੀ ਯੂਜ਼ ਨਹੀਂ ਕੀਤਾ ਕਿਉਂਕਿ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਲੌਕਡਾਊਨਸ ਡਿਸਟੈਂਸਿੰਗ ਵਿੱਚ ਅਸੀਂ ਵਿਸ਼ਵਾਸ ਨਹੀਂ ਰੱਖਦੇ ਸੀ ਕਿ ਬਲਕਿ ਅਸੀਂ ਜ਼ਿਆਦਾ ਸੰਗਤ ਕਰਦੇ ਸੀਗੇ ਜਿੰਨਾ ਉਸ ਵਾਰ ਲੌਕਡਾਊਨ ਵਧਿਆ ਉਹਨੇ ਸਾਡੇ ਆ ਦੇਲੀ ਨਿਤਨੇ ਅਮਰਿਤਪੁਰੇਲੇ ਸਾਰਾ ਸੰਗਤ ਵਿੱਚ ਇਕੱਠੇ ਹੋਣ ਲੱਗ ਪਿਆ ਹਾਂਜੀ ਤੋ ਕਿੰਨਾ ਵਧੀਆ ਉਹ ਟਾਈਮ ਸੀਗਾ ਮਤਲਬ ਆਪਣੇ ਹਾਸਤੇ ਲੋਕੀ ਜਿਹੜੇ ਸਟ्रेस ਵਿੱਚ ਸੀ ਡੋੱਚੀ ਗੱਲ ਆ ਜਾਂਦੀ ਕਿ ਜਦੋਂ ਅਸੀਂ ਜ਼ਿਆਦਾ ਕੋਲ ਇੱਕ ਦੂਜੇ ਦੇ ਹੁੰਨੇ ਆ ਤੇ ਬੰਦਾ ਵੈਸੇ ਖੁਸ਼ ਰਹਿੰਦਾ ਤੇ ਬਿਮਾਰੀ ਘੱਟ ਲੱਗਦੀ ਹੈ ਇੱਕ ਆਪਸੀ ਸਾਥ ਬਣਿਆ ਹੁੰਦਾ ਜਦੋਂ ਬਿਲਕੁਲ ਮੈਨੂੰ ਯਾਦ ਆ ਜ ਤੁਹਾਨੂੰ ਸ਼ਾਇਦ ਤੁਸੀਂ ਮੈਨੂੰ ਪਹਿਲਾਂ ਇਸ ਸੰਗਤ ਚ ਤੇ ਮੈਨੂੰ ਯਾਦ ਆ ਜਦੋਂ ਮੈਂ ਸਵੇ ਤੋ ਹੁਣ ਕੀ ਹੋਇਆ ਕਿ ਮੈਂ ਆਪਣੇ ਜਦ ਕਰ ਗਿਆ ਨਾ ਜਿੱਦਾਂ ਜਿੱਥੇ ਮੈਂ ਰਹਿ ਰਿਹਾ ਸੀਗਾ ਮੈਨੂੰ ਦੱਸਿਆ ਕਿ ਭਾਈ ਅੱਜ ਸਾਡੇ ਨਾਲ ਤੇ ਸੰਗਤ ਦੇ ਕਿਸੇ ਨੂੰ ਕੋਵਿਡ ਡਿਟੈਕਟ ਹੋ ਗਿਆ ਮੈਨੂੰ ਜਫੀਵਾ ਕੇ ਆਇਆ ਉਹ ਸਾਰੇ ਡਰ ਗਏ ਅੱਛਾ ਜੀ ਉਹ ਸਾਰੇ ਡਰ ਗਏ ਵੀ ਤੋ ਕਿੰਦਾ ਮੈਂ ਕੰਮ ਕਰਕੇ ਆ ਰਿਹਾ ਨਾ ਫਿਰ ਜਾ ਸਕੇ ਫਿਰ ਤੋ ਉਹਨਾਂ ਕੋਲ ਅਗਲੀ ਵਾਰੀ ਫਿਰ ਯਾ ਨਾ ਮੈਂ ਉੱਥੇ ਮੈਂ ਫਿਰ ਉੱਥੇ ਰਹਿ ਆ ਰਾਮਨਾਲ ਮੈਨੂੰ ਸਮਝਾਇਆ ਕਿ ਵੀ ਇਸ ਤਰ੍ਹਾਂ ਕੁਝ ਨਹੀਂ ਹੈਗਾ ਤੁਸੀਂ ਡਰੋ ਨਾ ਸਾਰੀ ਚੀਜ਼ਾਂ ਉਹ ਸਮਝ ਗਏ ਕਿਉਂਕਿ ਮੇਰੇ ਕੋਲ ਨੌਲੇਜ ਸੀਗੀ ਉਸ ਚੀਜ਼ ਬਾਰੇ ਮੈਂ ਐਕਸਪਲੇਨ ਕਰ ਪਾਇਆ ਤੋ ਸਾਰੀ ਚੀਜ਼ਾਂ ਸਮਝ ਗਏ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਟੈਸਟ ਕਰਾਇਆ ਤੁਸੀਂ ਕੋਵਿਡ ਪੋਜ਼ਿਟਿਵ ਆ ਗਏ ਹੈ ਨਾ ਲੇਕਿਨ ਵਾਇਰਸ ਤਾਂ ਕੋਈ ਹੈ ਨਹੀਂ ਤਾਂ ਪੋਜ਼ਿਟਿਵ ਨੈਗੇਟਿਵ ਕੀ ਹੋਏਗਾ ਐਕਚੁਅਲੀ ਉਹ ਵੀ ਇੱਕ ਫਰਾਡ ਹੈਗਾ ਜਿਹੜੀ ਟੈਸਟ ਦੁਨੀਆ ਨੇ ਲੱਖਾਂ ਕਰੋੜਾ ਲੋਕਾਂ ਨੇ ਟੈਸਟ ਕਰਾਇਆ ਕੋਵਿਡ ਦਾ ਥੈਟ ਵਾਸ ਇਟਸੈਲਫ ਅ ਫਰਾਡ ਔਰ ਇਹ ਫਰਾਡ ਮੈਂ ਮੈਂ ਨਹੀਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਕਿ ਇਹ ਫਰਾਡ ਸੀਗਾ ਐਕਚੁਅਲੀ ਵਿੱਚ ਜਸ ਸਾਇੰਟਿਸਟ ਨੇ ਇਸ ਟੈਸਟ ਕਿਟ ਨੂੰ ਬਣਾਇਆ ਸੀਗਾ ਮਤਲਬ ਅਗਰ ਮੰਨ ਲਓ ਮੈਂ ਕੈਰੀ ਮਿਲਸ ਹਾਂ ਔਰ ਮੈਂ ਨੇ ਇਸ ਟੈਸਟ ਨੂੰ ਬਣਾਇਆ ਹੈ ਮੈਂ ਖੁਦ ਕਹਿ ਰ ਸੈਟਅਪ ਹੈਗਾ ਤੁਹਾਡੀ ਬੋਡੀ ਜਿਹੜਾ ਜੀਨੋਮ ਹੈਗਾ ਉਹਦੇ ਵਿੱਚ ਕੁਝ ਚੀਜ਼ਾਂ ਨੇ ਜਿਹੜੀ ਉਹ ਸਟੱਡੀ ਕਰਨਾ ਚਾਹੁੰਦਾ ਹੈ ਤੇ ਉਹ ਕੋਈ ਟੈਸਟ ਨਹੀਂ ਹੈਗਾ ਲੇਕਿਨ ਇਸ ਟੈਸਟ ਨੂੰ ਯੂਜ਼ ਕਰਕੇ ਲੋਕਾਂ ਨੂੰ ਪੋਜ਼ਿਟਿਵ ਨੈਗੇਟਿਵ ਦਾ ਖੇਲ ਖੇਲਾ ਗਿਆ ਭਾਈ ਤੂੰ ਪੋਜ਼ਿਟਿਵ ਹੋ ਗਿਆ ਤੂੰ ਨੈਗੇਟਿਵ ਹੋ ਗਿਆ ਔਰ ਮੰਨ ਲਓ ਕਿਸੇ ਨੂੰ ਕੋਈ ਬਿਮਾਰੀ ਨਾ ਵੀ ਹੈ ਤਾਂ ਵੀ ਉਹ ਪੋਜ਼ਿਟਿਵ ਆ ਗਿਆ ਔਰ ਪੋਜ਼ਿਟਿਵ ਆ ਗਿਆ ਤੇ ਕੁਆਰੰਟਾਈਨ ਹੋਣਾ ਪਏਗਾ ਔਰ ਮੰਨ ਲਓ ਕੋਈ ਬੰਦਾ ਬਹੁਤ ਬਿਮਾਰ ਹੈ ਤੇ ਉਹ ਨੈਗੇਟਿਵ ਆ ਗਿਆ ਮਤਲਬ ਬਿਮਾਰ ਬੰਦੇ ਕਈ ਨੈਗੇਟਿਵ ਆ ਰਹੇ ਹੈ ਔਰ ਜਿਹੜੇ ਬੰਦੇ ਬਿਮਾਰ ਨਹੀਂ ਹੈਗੇ ਉਹ ਪੋ ਅਸੀਂ ਐਸიმਟੋਮੈਟਿਕ ਹਾਂ ਇਸ ਟਾਈਮ ਵੀ ਤੋਂ ਅਸੀਂ ਕੋਈ ਐਸიმਟੋਮੈਟਿਕ ਪੇਸ਼ੈਂਟ ਥੋੜੀ ਆ ਇੱਕ ਸਿਮਟੋਮੈਟਿਕ ਮੀਨਸ ਹੈਲਦੀ ਜਿੰਨੋ ਕੋਈ ਸਿੰਪਟਮ ਹੀ ਨਹੀਂ ਹੈ ਤਾਂ ਉਹ ਹੈਲਦੀ ਬੰਦਾ ਹੈਗਾ ਪਰ ਇਹਨਾਂ ਨੇ ਟੈਸਟ ਕਰਾ ਕੇ ਐਸიმਟੋਮੈਟਿਕ ਯਾਨੀ ਹੈਲਦੀ ਬੰਦੇ ਨੂੰ ਵੀ ਕਿਹਾ ਕਿ ਭਾਈ ਨਹੀਂ ਤੂੰ ਪੋਜ਼ਿਟਿਵ ਹੈ ਔਰ ਫਿਰ ਮੈਂ ਲੋਕਾਂ ਨੂੰ ਕਿਹਾ ਅੱਛਾ ਚਲੋ ਮੰਨ ਲਓ ਪੋਜ਼ਿਟਿਵ ਹੈ ਤੋ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਤੋ ਭਾਈ ਤਨੂੰ ਇੱਕ ਇੱਕ ਵਾਇਰਸ ਕੀ ਤੋ ਉਹਨਾਂ ਨੂੰ 100 ਵਾਇਰਸ 200 ਵਾਇਰਸ 400 ਵਾਇਰਸ ਪੋਜ਼ਿਟਿਵ ਆ ਜਾ ਦੂੰ ਲੇਕਿਨ ਤਨੂੰ ਕੋਈ ਦਿੱਕਤ ਨਹੀਂ ਆ ਤਨੂੰ ਡਰਨ ਦੇ ਕੀ ਸਮਝ ਰਹੀ ਸੀ ਨੂੰ ਪਰ ਲੋਕੀ ਇਸ ਸੀਸਮ ਸਮਝਾਈ ਨਹੀਂ ਉਹ ਪੋਜ਼ਿਟਿਵ ਨੈਗੇਟਿਵ ਦੇ ਖੇਲ ਵਿੱਚ ਹੀ ਫਸ ਗਏ ਉਹਨਾਂ ਨੂੰ ਪੋਜ਼ਿਟਿਵ ਤਾਂ ਭਾਈ ਮੈਂ ਤਾਂ ਹੁਣ ਗਿਆ ਕਈ ਕਰਨ ਤਾਂ ਪੋਜ਼ਿਟਿਵ ਸੁਣ ਕੇ ਖਿੜਕੀ ਤੋਂ ਜੰਪ ਮਾਰ ਕੇ ਸੁਸਾਇਡ ਵੀ ਕਰ ਲਈ ਇਸ ਤਰ੍ਹਾਂ ਦੇ ਕੇਸ ਹੋਏ ਸੀਗੇ ਸੋ ਬਹੁਤ ਦੁਖੀ ਦੁਖਦਾਈ ਹੈ ਪਰ ਮੈਂ ਹੱਸਦੇ ਹੋਏ ਕਹਿ ਰਿਹਾ ਕਿਉਂਕਿ ਹੁਣ ਸਿਸਟਮ ਇਸ ਤਰ੍ਹਾਂ ਦਾ ਬਣ ਗਿਆ ਤੇ ਆਪਾਂ ਕਿਦਾਂ ਇਸ ਚੀਜ਼ ਨੂੰ ਸਮਝੀਏ ਕਿ ਪੋਜ਼ਿਟਿਵ ਕਾਟ ਹੋ ਰਹੀ ਸੀ ਉਹ ਤਾਂ ਜਿਹੜਾ ਸਟੇ ਪੋਜ਼ਿਟਿਵ ਹੁੰਦਾ ਉਹ ਪੋਜ਼ਿਟਿਵਿਟੀ ਕਰ ਰਹੀ ਸੀ ਉਹ ਰੀਅਲ ਪੋਜ਼ਿਟਿਵ ਕੈਨ ਹੋ ਗਿਆ ਸੀਗਾ ਪਰ ਨਕਲੀ ਵਾਲਾ ਬਹੁਤ ਹੀ ਬਹੁਤ ਹੋ ਗਿਆ ਤੇ ਵੀ ਜੀ ਵੈਕਸੀਨਸ ਦੇ ਸਾਈਡ ਇਫੈਕਟਸ ਵਿੱਚ ਹਾਰਟ ਅਟੈਕ ਆਂਦੇ ਕਿਉਂਕਿ ਪਿਛੇ ਰੀਸੈਂਟਲੀ ਜਿਵੇਂ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਦੇ ਆਂ ਉਹਨਾਂ ਨੂੰ ਕਾਫੀ ਹਾਰਟ ਅਟੈਕ ਆ ਰਹੇ ਤੇ ਉਹਦਾ ਵੀ ਕਾਫੀ ਲੋਕਾਂ ਨੇ ਲਿੰਕ ਕੀਤਾ ਕਿ ਮੇਬੀ ਵੈਕਸੀਨਸ ਨਾਲ ਹੋ ਰਿਹਾ ਕਿਉਂਕਿ ਉਹ ਸਾਰੀ ਵੈਕਸੀਨੇਟਿਡ ਸੀ ਸੋ ਅ ਗੈਸ ਹੈਗਾ ਕਿ ਇਹਦੇ ਵਿੱਚ ਵੀ ਕੋਈ ਐਵਿਡੈਂਸ ਹੈਗੀ ਹੈ ਕਿ ਹਾਰਟ ਅਟੈਕ ਲਿੰਕਡ ਹੈਗਾ ਵੈਕਸੀਨ ਦੇ ਨਾਲ ਡੈਫੀਨਿਟਲੀ ਥੇਅਰ ਇਜ਼ ਐਵਿਡੈਂਸ ਔਰ ਜਿਸ ਟਾਈਮ ਵਾਇਰਸ ਵੈਕਸੀਨ ਲਾਂਚ ਹੋਈ ਸੀਗੀ ਮੈਸੇਂਜਰ ਆਰਐਨਏ ਕੋਵਿਡ ਜਿਹੜੀ ਵੈਕਸੀਨ ਹੈਗੀ ਉਸ ਟਾਈਮ ਵੀ ਐਵਿਡੈਂਸ ਹੈਗਾ ਕਿ ਹਾਰਟ ਅਟੈਕਸ ਆਣ ਕੇ ਬਿਮਾਰੀਆਂ ਆਣ ਗਿਆ ਮੈਂ ਉਸ ਟਾਈਮ ਵੀ ਲੋਕਾਂ ਨੂੰ ਦੱਸਿਆ ਸੀਗਾ ਕਿ ਨਾ ਲਗਾਓ ਔਰ ਇਸਦੇ ਸਾਈਡ ਇਫੈਕਟਸ ਹੋਣਗੇ ਬਟ ਪੀਪਲ ਕਾਫੀ ਅਨੇਕ ਸੁਣਿਆ ਕਾਫੀ ਨੇ ਨਹੀਂ ਵੀ ਸੁਣਿਆ ਤੋ ਨੇ ਲਗਾ ਲਈ ਪਰ ਹੋਇਆ ਕੀ ਹੁਣ ਸਾਡੇ ਕੋਲ ਪੂਰਾ ਕਲੀਅਰ ਐਵਿਡੈਂਸ ਆ ਚੁੱਕਾ ਹੈਗਾ ਕਿ ਜਿਹ ਵਿਧਿ ਭਾਇਆ ਹੈਗਾ اور ਮੇਰੇ ਕੋਲ ਖੋਦ ਕਿੰਨੇ ਹੀ ਪੇਸ਼ੈਂਟ ਮਤਲਬ ਕਿ ਹਰ ਹਫਤੇ ਕੋਈ ਨਾ ਕੋਈ ਮੇਰੇ ਕੋਲ ਆਂਦਾ ਹੈਗਾ ਕਲਾਇੰਟ ਜੋ ਕਹਿੰਦਾ ਹੈ ਕਿ ਮੈਨੂੰ ਆਫਟਰ ਵੈਕਸੀਨ ਇਹ ਨਵੀਂ ਪ੍ਰੋਬਲਮ ਡਿਵੈਲਪ ਹੋਈ ਹੈ ਜਾਂ ਕੋਈ ਪੁਰਾਣੀ ਪ੍ਰੋਬਲਮ ਸੀ ਜੋ ਵੱਧ ਗਈ ਹੈ ਜੀਵੇਂ ਮੈਂ ਕਿੰਨੇ ਕੇਸ ਕਿਸ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਸੁਣੀਆਂ ਆਫਟਰ ਵੈਕਸੀਨ ਜੋ ਬੰਦਾ ਬਿਲਕੁਲ ਹੈਲਦੀ ਸੀਗਾ ਐਥਲੀਟਿਕ ਸੀਗਾ ਖੇਲਦਾ ਖੁਦ ਸੀਗਾ ਆਫਟਰ ਵੈਕਸੀਨ ਕਿਸੇ ਨੂੰ ਮਾਇਓਕਾਰਡਾਈਟਿਸ ਹੋਇਆ ਮਤਲਬ ਦਿਲ ਦੀ ਬਿਮਾਰੀ ਹੈਗੀ ਹੈ ਕਿਸੇ ਨੂੰ ਹਾਰਟ ਅਟੈਕਸ ਆਏ ਕਿਸੇ ਨੂੰ ਸਟ੍ਰੋਕਸ ਆਏ ਕਿਸੇ ਨੂੰ ਟਾਈਪ 1 ਡਾਇਬੀਟੀਜ਼ ਆਈ ਆਪਣੇ ਬ੍ਰੈਂਪਟਨ ਵਿੱਚ ਇੱਕ ਛੋਟਾ ਜਿਹਾ 11 ਸਾਲ ਦਾ ਬੱਚਾ ਚੰਗਾ ਬੜਾ ਫੁੱਟਬਾਲ ਖੇਲਦਾ ਸੀ ਸਕੂਲ ਵਿੱਚ ਆਫਟਰ ਵੈਕਸੀਨ 2 ਹਫ਼ਤਾ ਬਿਮਾਰ ਰਿਹਾ ਉਸ ਤੋਂ ਬਾਅਦ ਟਾਈਪ 1 ਡਾਇਬੀਟੀਜ਼ ਡਿਟੈਕਟ ਹੋ ਗਈ ਔਰ ਟਾਈਪ 1 ਡਾਇਬੀਟੀਜ਼ ਇਜ਼ ਟਾਈਪ ਆਫ ਡਾਇਬੀਟੀਜ਼ ਪੂਰੀ ਤਰ੍ਹਾਂ 100% ਕੇ ਔਰ ਕਰਨਾ ਬਹੁਤ ਹੀ ਔਖਾ ਹੈਗਾ इवन दो ਰਿਵਰਸਲ ਇਸ ਪੋਸੀਬਲ ਮੈਂ ਕੇਸ ਸਟੱਡੀਜ਼ ਪਬਲਿਸ਼ ਕੀਤੀਆਂ ਨੇ ਮੇਰੇ ਸਾਇੰਟੀਫਿਕ ਰਿਸਰਚਸ ਜਿਹੜੇ ਨੇ ਉਹ ਪਬਲਿਸ਼ ਹੋਏ ਹੈ ਮੈਡੀਕਲ ਜਰਨਲਸ ਵਿੱਚ ਜਿਦੇ ਵਿੱਚ ਮੈਂ ਦਿਖਾਇਆ ਕਿ ਟਾਈਪ 1 ਡਾਇਬੀਟੀਜ਼ ਨੋਬੀ ਰਿਵਰਸ ਕੀਤਾ ਜਾ ਸਕਦਾ ਹੈ ਵਿਦ ਡਾਈਟ ਐਂਡ ਲਾਈਫਸਟਾਈਲ ਮੋਡੀਫਿਕੇਸ਼ਨ ਪਰ 100% ਬੰਦਾ ਨਾਰਮਲ ਹੋ ਜਾਏਗਾ ਜਿਵੇਂ ਪਹਿਲਾਂ ਸੀਗਾ ਇਟ ਇਸ ਅ ਡਿਫਿਕਲਟ ਡਿਫਿਕਲਟ ਥਿੰਗ ਤੋਂ ਉਸ ਤੋਂ ਇਲਾਵਾ ਸਾਇੰਟੀਫਿਕਲੀ ਫੀਮੇਲਸ ਵਿੱਚ ਇਹ ਚੀਜ਼ ਪ੍ਰੂਵ ਹੋ ਚੁੱਕੀ ਹੈ 23% ਫੀਮੇਲਸ ਨੂੰ ਪੀਰੀਅਡਸ ਤੋਂ ਰਿਲੇਟਡ ਪ੍ਰੋਬਲਮਸ ਆਈਆਂ ਇਸ ਤੋਂ ਇਲਾਵਾ 20% ਪੀਪਲ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਡਿਵੈਲਪ ਹੋ ਗਈ ਔਰ ਅਗਰ ਵੈਕਸੀਨ ਐਡਵਰਸ ਇਵੈਂਟ ਰਿਪੋਰਟਿੰਗ ਸਿਸਟਮ ਅਗਰ ਤੁਸੀਂ ਦੇਖੋ ਅਮਰੀਕਾ ਵਿੱਚ ਇੱਕ ਡਾਟਾਬੇਸ ਹੈਗਾ ਜਿਹਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕਿੰਨੇ ਲੋਕਾਂ ਨੂੰ ਸਾਈਡ ਇਫੈਕਟਸ ਆ ਰਹੇ ਨੇ ਔਰ ਕਿਹਾ ਜਾਂਦਾ ਹੈ ਕਿ ਓਨਲੀ 1% ਆਫ ਪੀਪਲ ਰਿਪੋਰਟ ਟੂ ਦੈਟ ਡਾਟਾਬੇਸ ਕਿਉਂਕਿ ਕਿਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਬਈ ਵੈਕਸੀਨ ਕਰਕੇ ਮੈਨੂੰ ਸਾਈਡ ਇਫੈਕਟ ਆਇਆ ਸੈਕੰਡਲੀ ਔਰ ਪਤਾ ਲੱਗ ਵੀ ਜਾਏ ਤੇ ਉਹ ਰਿਪੋਰਟ ਕਰਨਾ ਸਾਰਿਆਂ ਨੂੰ ਨਹੀਂ ਆਉਂਦਾ ਤਾਂ ਇਹ ਵੀ ਚੀਜ਼ ਹੁੰਦੀ ਹੈ ਤਾਂ ਇਸ ਕਰਕੇ ਦੇਖਿਆ ਗਿਆ ਕਿ ਕੱਟ ਲੋਕੀ ਰਿਪੋਰਟ ਕਰਦੇ ਆ ਤੇ ਜਿਨ੍ਹਾਂ ਨੇ ਰਿਪੋਰਟ ਕੀਤਾ ਮੋਰ ਥੈਨ 35000 ਡੈਥਸ ਉਹਦੇ ਵਿੱਚ ਆ ਚੁੱਕੀਆਂ ਨੇ ਉਸ ਤੋਂ ਇਲਾਵਾ ਲੱਖਾਂ ਲੋਕਾਂ ਨੂੰ ਜਿਹੜੇ ਹੈਗੀ ਹਾਰਟ ਦੀਆਂ ਬਿਮਾਰੀਆਂ ਆ ਚੁੱਕੀਆਂ ਨੇ ਥਰੋਮਬੋਸਾਈਟੋਪੇਨੀਆ ਮਾਇਓਕਾਰਡਾਈਟਿਸ ਪੈਰੀਕਾਰਡਾਈਟਿਸ ਕਿਸੇ ਨੂੰ ਐਨਫਲੈਕਸਿਸ ਕਿਸੇ ਨੂੰ ਹਸਪਤਲ ਜਾਣਾ ਪਿਆ ਐਮਰਜੈਂਸੀ ਵਿੱਚ ਆਫਟਰ ਵੈਕਸੀਨ ਔਰ ਕਈਆਂ ਦੇ ਤੇ ਰਾਈਟ ਅਪ ਵੈਕਸੀਨ ਲੈਂਣ ਵਾਲੇ ਸੇਮ ਡੇ ਤੇ ਡੈਥ ਹੋ ਗਈ ਕਈਆਂ ਦੇ ਸੈਕਿੰਡ ਡੇ ਕਈਆਂ ਦੇ ਥਰਡ ਡੇ ਤੋਂ ਇਸ ਤਰ੍ਹਾਂ ਸਿਲਸਿਲਾ ਚੱਲ ਪਿਆ ਬੜੋ ਪਬਲਿਸ਼ ਨਹੀਂ ਕਰਦੇ ਹਾਂ ਜੋ ਫਾਰਮਾਸਿਊਟੀਕਲ ਕੰਪਨੀਆਂ ਵਾਲਾ ਰਿਸਰਚ ਹੈਗਾ ਉਹ ਪੇਡ ਪ੍ਰੋਮੋਸ਼ਨ ਹੈ ਸੀਡੀਸੀਜ਼ ਉਹ ਚੀਜ਼ਾਂ ਇਸ ਨੂੰ ਸਾਹਮਣੇ ਨਹੀਂ ਲੈ ਕੇ ਆਂਦੀਆਂ ਬਟ ਜਿਹੜੇ ਇੰਡੀਪੈਂਡੈਂਟ ਰਿਸਰਚਰਸ ਨੇ ਔਰ ਕਾਫੀ ਸਾਰੇ ਹੋਰ ਬਾਡੀਜ਼ ਨੇ ਜਿਹੜੀ ਦੇਖ ਰਹੀਆਂ ਨੇ ਗੁੱਡ ਸਾਇੰਸਿੰਗ ਜਿਵੇਂ ਹੋ ਗਈ ਜਿਵੇਂ ਤੁਸੀਂ ਹਾਰਟ ਅਟੈਕ ਦੀ ਗੱਲ ਕੀਤੀ ਨੌਜਵਾਨਾਂ ਨੂੰ ਜਿਹੜਿਆਂ ਹੋ ਰਹੇ ਨੇ ਛੋਟੇ ਛੋਟੇ 25 ਸਾਲ 26 ਸਾਲ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਹਾਰਟ ਅਟੈਕ ਕਿਉਂ ਆ ਰਹੇ ਨੇ ਤੁਸੀਂ ਆਪ ਸੋਚੋ ਕਿ ਮੰਨ ਲਓ ਚਿੰਨਾ ਮਰਜੀ ਉਹਨਾਂ ਦਾ ਡਾਈਟ ਐਂਡ ਲਾਈਫ ਸਟਾਈਲ ਖਰਾਬ ਹੋਵੇ ਯਾ ਨਾਈਟ ਸ਼ਿਫਟਾਂ ਕਰਦੇ ਹੋਣ ਕਿਉਂਕਿ ਇਹ ਕੌਜ਼ਸ ਦੱਸਿਆ ਜਾ ਰਿਹਾ ਨੇ ਕਿ ਕੈਨੇਡਾ ਵਿੱਚ ਬੱਚਾ ਆਇਆ ਤੇ ਡਿਪਰੈਸ਼ਨ ਵੀ ਸੀਗਾ ਸਟ੍ਰੈਸ ਬਹੁਤ ਜ਼ਿਆਦਾ ਸੀ ਸਟ੍ਰੈਸ ਸੀਗਾ ਮੰਮੀ ਪਾਪਾ ਤੋਂ ਦੂਰ ਹੋ ਗਿਆ ਯਾ ਬਰਫ ਵਿੱਚ ਕੰਮ ਕਰਨਾ ਪਿਆ ਗਿਆ ਯਾ ਉਹਨੂੰ ਸੇਨ ਲੈਂਡ ਜਾਣਾ ਸੀ ਉਹਨੂੰ ਨਹੀਂ ਸਮਝ ਆਇਆ ਤੇ ਉਹਦੀ ਡੈਥ ਹੋ ਗਈ ਯਾ ਕੁਝ ਖਾਸ ਮਿਸ ਹੋ ਗਈ ਬਸ ਮਿਸ ਹੋ ਗਿਆ ਯਾ ਬਰਫ਼ ਪੈ ਗਈ ਬਰਫ਼ ਪੈ ਗਈ ਇਹ ਗਰਮੀ ਲੱਗ ਗਈ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਯਾ ਕਹਿ ਰਹੇ ਕਿ ਕਈ ਲੋਕੀ ਤਾਂ ਸੌਂਦੇ ਉਲਟਾ ਸੌਂਦੇ ਯਾ ਤਾਂ ਉਹਨਾਂ ਨੂੰ ਜਾਂਦਾ ਸਿੱਧਾ ਸੌਣਾ ਚਾਹੀਦਾ ਹੋਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਉਹ ਸਭ ਇੱਕ ਡਾਈਵਰ ਡਾਇਵਰ ਕੀ ਕਹਿੰਦੇ ਉਹਨੂੰ ਡਾਇਵਰਟ ਕਰਨ ਦੀ ਟੈਕਟਿਕਸ ਨੇ ਕਿ ਭਈ ਲੋਕਾਂ ਨੂੰ ਲੱਗੇ ਕਿ ਹਾਂ ਇਹਦੇ ਨਾਲ ਹੋ ਰਿਹਾ ਹੈ ਤੇ ਲੋਕੀ ਸਮਝ ਨਾ ਬਣ ਕਿ ਐਗਜ਼ੈਕਟਲੀ ਕਿਉਂ ਹੋ ਰਿਹਾ ਹੈ ਐਗਜ਼ੈਕਟਲੀ ਇਸ ਕਰਕੇ ਹੋ ਰਿਹਾ ਹੈ ਜਿਹੜੀ ਟਾਕਸਿਕ ਵੈਕਸੀਨ ਜਿਹੜੀ ਲਗਾਈ ਗਈ ਸੀ ਐਕਸਪੈਰੀਮੈਂਟਲ ਵੈਕਸੀਨ ਉਹਦੇ ਅੰਦਰ ਇਸ ਤਰ੍ਹਾਂ ਦੇ ਕੈਮੀਕਲ ਸੀਗੇ ਜਿਹਦੇ ਨਾਲ ਸਾਡੀ ਬਾਡੀ ਦੇ ਵਿੱਚ ਕਈ ਲੋਕਾਂ ਦੇ ਵਿੱਚ ਮਾਈਕਰੋਸਕੋਪਿਕ ਲੈਵਲ ਤੇ ਬਲੱਡ ਕਲੋਟਿੰਗ ਹੋ ਰਹੀ ਹੈ ਇਸ ਕਰਕੇ ਤੁਸੀਂ ਦੇਖੋ ਐਕਸਟਰਾਜੇਨਿਕਾ ਵੈਕਸੀਨ ਬੈਨ ਵੀ ਹੋਈ ਔਰ ਉਹ ਵੀ ਇੱਕ ਉਹਨਾਂ ਦੀ ਪਾਲਿਸੀ ਸੀਗੀ ਕਿ ਅਗਰ ਇੱਕ ਵੈਕਸੀਨ ਉਹ ਘਟੀਆ ਦਿਖਾ ਦਾਂਗੇ ਤਾਂ ਦੂਜੀ ਵਾਲੀ ਮਰ ਜਿਸ ਨੂੰ ਵੀ ਪੁੱਛੋ ਉਸ ਟਾਈਮ ਤੇ ਕਿ ਕਿਹੜੀ ਵੈਕਸੀਨ ਕਹਿੰਦੇ ਫਾਈਜ਼ਰ ਲਾਣੀ ਹੈ ਫਾਈਜ਼ਰ ਸਭ ਤੋਂ ਵਧੀਆ ਫਾਈਜ਼ਰ ਸਭ ਤੋਂ ਵਧੀਆ ਪਰ ਫਾਈਜ਼ਰ ਲਾਉਣ ਤੋਂ ਬਾਅਦ ਵੀ ਹੁਣ ਕਿੰਨੇ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਨੇ ਉਹ ਸਾਰਾ ਜੱਗ ਜ਼ਾਹਿਰ ਹੋ ਚੁੱਕਿਆ ਹੈ ਤਾਂ ਜਿਹੜੇ ਯੰਗਸਟਰਸ ਨੇ ਜਿਹੜੀ ਵੈਕਸੀਨਸ ਲਗਾਈਆਂ ਐ ਐਕਸਪੈਰੀਮੈਂਟਲ ਉਹਦੇ ਵਿੱਚ ਮਾਈਕਰੋਸਕੋਪਿਕ ਬਲੱਡ ਕਲੋਟਿੰਗ ਐਂਡ ਸੈਕੰਡਲੀ ਉਹਨਾਂ ਦੇ ਜਿਹੜਾ ਮਾਇਓਕਾਰਡੀਅਮ ਹੁੰਦਾ ਨਾ ਹਾਰਟ ਦਾ ਇੱਕ ਮਸਲ ਹੁੰਦੀ ਐ ਉਹਦੇ ਵਿੱਚ ਇਨਫਲੇਮੇਸ਼ਨ ਨਹੀਂ ਗਾਵ ਬਣਨ ਲੱਗ ਪਏ ਐ ਮਾਈਕਰੋ ਲੈਵਲ ਤੇ ਔਰ ਫਿਰ ਹੋਇਆ ਕਿ ਕਿ ਇਹਦਾ ਪ੍ਰੀਵੈਂਸ਼ਨ ਤੁਸੀਂ ਦੇਖੋ ਐਥਲੀਟਸ ਜੋ ਫੁੱਟਬਾਲ ਖੇਡਦੇ ਨੇ ਵੱਡੇ ਵੱਡੇ ਸਪੋਰਟਸ ਖੇਡਦੇ ਨੇ ਉਹਨਾਂ ਦੇ ਵੀ ਮੌਤਾਂ ਹੋਈਆਂ ਹੁਣ ਉਹ ਤਾਂ ਸਾਰੀ ਐਕਸਰਸਾਈਜ਼ ਕਰਦੇ ਨੇ ਸਾਰੀ ਡਾਈਟ ਵਧੀਆ ਲੈਂਦੇ ਨੇ ਫਿਰ ਉਹਨਾਂ ਦੀ ਡੈਥ ਕਿਦਾਂ ਫੁੱਟਬਾਲ ਖੇਡਦੇ ਖੇਡਦੇ ਹੋ ਗਈਆਂ ਤਾਂ ਇੱਕ ਹੈਰਾਨੀਜਨਕ ਸਵਾਲ ਪੁੱਛਿਆ ਗਿਆ ਕਿ ਭਈ ਇਹਨਾਂ ਐਥਲੀਟਸ ਦੀ ਕਿਵੇਂ ਡੈਥ ਹੋ ਰਹੀ ਹੈਗੀ ਹੈ ਔਰ ਕਈ ਬੰਦੇ ਨੇ ਤਾਂ ਕਮੈਂਟ ਕੀਤਾ ਮੈਂ ਤਾਂ ਆਪਣੇ ਪੂਰੇ ਲਾਈਫ ਵਿੱਚ ਪੂਰੇ ਕੈਰੀਅਰ ਵਿੱਚ ਨਹੀਂ ਦੇਖਿਆ ਕਿ ਕਿਦਾਂ ਇਦਾਂ ਫੁੱਟਬਾਲਰਸ ਦੀ ਡੈਥ ਹੋਣ ਲੱਗ ਪਵੇ ਸਾਇੰਟੀਫਿਕਲੀ ਅੱਜ ਸਾਡੇ ਕੋਲ ਡਾਟਾ ਆ ਚੁੱਕਿਆ ਹੈ ਪਿਛਲੇ 30 ইয়ারਸ ਪਿਛਲੇ 30 ਸਾਲਾਂ ਵਿੱਚ ਔਨ ਐਨ ਐਵਰੇਜ ਸਾਲ ਵਿੱਚ 29 ਐਥਲੀਟਸ ਦੀ ਹਾਰਟ ਦੀ ਪ੍ਰੋਬਲਮਸ ਨਾਲ ਡੈਥ ਹੁੰਦੀ ਸੀ 29 ਵਰਲਡ ਵਾਈਡ ਵਰਲਡ ਵਾਈਡ ਇੱਕ ਡਾਟਾ ਹੈਗਾ ਕਿ ਸਾਲ ਵਿੱਚ 29 ਐਥਲੀਟਸ ਦੀ ਹਾਰਟ ਦੀ ਪ੍ਰੋਬਲਮ ਨਾਲ ਡੈਥ ਹੁੰਦੀ ਸੀ ਪਰ ਪਿਛਲੇ 2 ਸਾਲਾਂ ਵਿੱਚ ਉਹ ਡਾਟਾ ਹਜ਼ਾਰ ਤੋਂ ਉੱਤੇ ਕ੍ਰਾਸ ਕਰ ਚੁੱਕੇ ਹੈ ਹਜ਼ਾਰ ਮਤਲਬ 30 ਟਾਈਮਸ ਮੋਰ ਮਤਲਬ ਜੋ ਐਥਲੀਟਸ ਸਿਰਫ 30 ਦੀ ਐਵਰੇਜ ਦੇ ਨਾਲ ਡੈਥ ਹੁੰਦੀ ਸੀ ਸਾਲ ਵਿੱਚ ਹਾਰਟ ਦੀ ਪ੍ਰੋਬਲਮ ਨਾਲ ਹੁਣ ਹਜ਼ਾਰ ਤੋਂ ਉੱਤੇ ਟੱਪ ਚੁੱਕੇ ਹੈ ਤੋ ਕਿੰਨਾ ਮਾੜਾ ਦੁਨੀਆ ਦੇ ਨਾਲ ਇਹਨਾਂ ਨੇ ਇਹ ਟੀਕਿਆਂ ਨਾਲ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਲੋਕਾਂ ਨੂੰ ਹੁਣ ਇਹ ਸਮਝ ਆਣ ਲੱਗ ਪਿਆ ਹੈ ਕਿ ਵੀ ਕੋਵਿਡ ਦੀ ਵੈਕਸੀਨ ਹੋ ਸਕਦਾ ਹੈ ਮਾੜੀ ਹੋਵੇ ਕਿਉਂਕਿ ਇਹ ਟੈਸਟਡ ਨਹੀਂ ਸੀਗੀ ਜੀ ਲੇਕਿਨ ਪੁਰਾਣੀ ਵੈਕਸੀਨਸ ਉਹਦੇ ਬਾਰੇ ਕੀ ਤੇ ਤੁਸੀਂ ਵੀ ਜੀ ਡਾਇਬੀਟਿਸ ਮੈਂਸ਼ਨ ਕਰ ਰਹੇ ਹੋ ਆਈ ਥਿੰਕ ਮੇਰੇ ਮਨ 'ਚ ਵੀ ਖਿਆਲ ਆ ਗਿਆ ਤੁਸੀਂ ਕਿ ਉਹ ਰਿਵਰਸ ਕਰ ਸਕਦੇ ਆ ਉਹ ਕਿੱਦਾਂ ਕਰ ਸਕਦੇ ਆ हां टाइप 2 ਉਹ ਸਿੱਖਾਇਆ ਤੇ ਹੀ ਗਿਆ ਕਿ ਉਹ ਬਸ ਆਈ ਥਿੰਕ ਲਾਈਫ ਲੌਂਗ ਕ੍ਰੋਨਿਕ ਬਿਮਾਰੀ ਹੈਗੀ ਤਾਂ ਉਹ ਹਮੇਸ਼ਾ ਰਹੇਗੀ ਡੈਫੀਨਿਟਲੀ ਸੋ ਜਿੱਦਾਂ ਹੁਣ ਆਪਾਂ ਗੱਲ ਕੀਤੀ ਸੀ ਡਾਇਬੀਟਿਸ ਬਾਰੇ ਛੋਟੇ ਬੱਚੇ ਨੂੰ ਜੋੜੀ ਹੋਈ ਸੀਗੀ ਉਹ ਟਾਈਪ 1 ਡਾਇਬੀਟਿਸ ਸੀ ਦੋ ਤਰ੍ਹਾਂ ਦੀ ਡਾਇਬੀਟਿਸ ਹੁੰਦੀ ਹੈ ਇੱਕ ਟਾਈਪ 1 ਇੱਕ ਟਾਈਪ 2 ਟਾਈਪ 1 ਡਾਇਬੀਟਿਸ ਜਿਹੜੀ ਹੁੰਦੀ ਹੈ ਉਹ ਇਨਸੂਲਿਨ ਡਿਪੈਂਡੈਂਟ ਹੁੰਦੀ ਹੈ ਜਿਦੇ ਵਿੱਚ ਇਨਸੂਲਿਨ ਲਗਾਉਣਾ ਪੈਂਦਾ ਜਿੰਨੀ ਵਾਰੀ ਬੰਦਾ ਖਾਣਾ ਖਾਏਗਾ ਤਾਂ ਕਿ ਉਹ ਫੂਡ ਜਿਹੜਾ ਹੈਗਾ ਬੋਡੀ ਨੂੰ ਸਪਲਾਈ ਹੋ ਜਾਵੇ ਥੋੜਾ ਜਿਹਾ ਮੈਂ ਸਾਇੰਟੀਫਿਕਲੀ ਦੱਸਦਾ ਹੈਗਾ ਕਿ ਹੁੰਦਾ ਕੀ ਹੈਗਾ ਜੋ ਵੀ ਚੀਜ਼ ਆਪਾਂ ਖਾਂਦੇ ਆ ਉਹ 슈ਗਰ ਉਹਦੇ ਵਿੱਚ ਹੁੰਦੀ ਹੈ ਉਹ 슈ਗਰ ਨੂੰ ਸੈਲਸ ਤੱਕ ਪਹੁੰਚਾਉਣਾ ਹੁੰਦਾ ਹੈ ਔਰ ਸੈਲਸ ਤੱਕ ਪਹੁੰਚਾਉਣ ਦਾ ਕੰਮ ਹੁੰਦਾ ਇਨਸੂਲਿਨ ਨਾਮ ਦੇ ਹਾਰਮੋਨ ਦਾ ਇਹ ਹਾਰਮੋਨ ਜਿਹੜਾ ਹੈਗਾ ਇਹਦਾ ਕੰਮ ਹੁੰਦਾ ਟ ਮਿਓਨ ਰਿਐਕਸ਼ਨ ਤੋ ਉਹ ਸੈਲਸ ਜਿਹੜੇ ਨੇ ਬੀਟਾ ਸੈਲਸ ਪੈਨਕ੍ਰੀਆਸ ਦੇ ਉਹ ਉਹਨਾਂ ਇਨਸੂਲਿਨ ਬਣਾ ਨਹੀਂ ਪਾਉਂਦੇ ਜਿੰਨਾ ਬਾਡੀ ਨੂੰ ਲੋੜ ਹੈਗੀ ਹੈ ਤੋ ਬਾਹਰੋਂ ਐਕਸਟਰਨਲੀ ਇਨਸੂਲਿਨ ਲੈਣਾ ਪੈਂਦਾ ਹੈ ਲੇਕਿਨ ਟਾਈਪ 2 ਵਿੱਚ ਕੀ ਹੁੰਦਾ ਇਨਸੂਲਿਨ ਬਣ ਰਿਹਾ ਹੈ पैनक्रियाज जो है फैक्ट्री चल रही है सही लेकिन जो फैक्ट्री सामान बना रहा है जो इंसुलिन बना रहा है वो यूटिलाइज नहीं हो पा रहा बॉडी यूज़ नहीं कर पा रही प्रोपरली क्योंकि टॉक्सिनस अंदर है तो डायबिटीज़ बन रही है तो हूँ दोनों का सोलूशन हो सकता है टाइप वन भी एंड टाइप टू भी और टाइप टू जिवन किया जाता है कि इनक्योरेबल हैगा एक्चुअली मेडिकल इंडस्ट्री में डायबिटीज भी इनक्योरेबल है थायरॉयड भी इनक्यूरेबल है हाइपर टेंशन भी इनक्योरेबल है हार्ट डिजीज भी इनक्योरेबल है कैंसर भी इनक्योरेबल है सारी चीज़ा इनक्योरेबल ने पर दवाइया सारे बनाई हुई ने और वो पूरी लाइफ लॉन्ग बंद खिलाते हैं और एक दवाई ਖਾ ਕੇ ਫਿਰ ਸਾਈਡ ਇਫੈਕਟ ਫਿਰ ਦੂਜੀ ਬਿਮਾਰੀ ਫਿਰ ਉਹਦਾ ਸਾਈਡ ਇਫੈਕਟ ਤਾਂ ਪੂਰਾ ਇੱਕ ਸਿਸਟਮ ਬਣਿਆ ਹੋਇਆ ਹੈ Trap ਬਣਿਆ ਹੋਇਆ ਜਦੇ ਵਿੱਚ ਹਰ ਬੰਦਾ ਜੋ ਆਪਣੇ ਆਪ ਰਿਸਰਚ ਨਹੀਂ ਕਰਦਾ ਉਹ ਆਲਮੋਸਟ ਇਸ ਦੇ ਵਿੱਚ ਫਸ ਜਾਂਦਾ ਹੈ ਔਰ ਸਾਡੇ ਕੋਲ ਕੋਈ ਕਲਾਇੰਟ ਜੋ 10 ਸਾਲ 20 ਸਾਲ 30 ਸਾਲ ਤੋਂ ਵੀ ਦਵਾਈਆਂ ਖਾ ਰਿਹਾ ਹੈ ਔਰ ਡਾਇਬੀਟਿਸ ਦੀ ਔਰ ਵਿਥਿਨ ਅ ਪੀਰੀਅਡ ਆਫ 3 ਟੂ 6 ਮੰਥਸ 3 ਤੋਂ 6 ਮਹੀਨੇ ਵਿੱਚ ਮੈਂ ਉਹਨਾਂ ਨੂੰ ਇਹ ਨਹੀਂ ਦੱਸਦਾ ਕਿ ਤੂੰ ਦਵਾਈ ਛੱਡਣੀ ਹੈ ਜਾਂ ਮੈਂ ਤੇਰੇ ਡਾਇਬੀਟਿਸ ਦਾ ਇਲਾਜ ਕਰਾਂਗਾ ਮੈਂ ਦੱਸਦਾ ਭਾਈ ਤੂੰ ਇਹ ਸੁਣ ਕਿ ਤੂੰ ਖਾਣਾ ਕਿਵੇਂ ਹੈ ਸਾਨੂੰ ਐਕਚੁਅਲੀ ਜਿਵੇਂ ਆਪਾਂ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਨਾ ওভারਇਟਿੰਗ ਕਰ ਰਹੇ ਆਪਾਂ ਐਂਡ ਵੀ ਆ ਰੀਟਿੰਗ ਰੋਂਗ ਕਾਈਂਡ ਆਫ ਫੂਡ ਜੇ ਆਪਾਂ ওভারਇਟਿੰਗ ਛੱਡ ਦਈਏ ਰੋਂਗ ਕਾਈਂਡ ਆਫ ਫੂਡ ਛੱਡ ਦਈਏ ਔਰ ਥੋੜੀ ਬਹੁਤ ਹੋਰ ਆਦਤਾਂ ਸੁਧਾਰ ਲਈਏ ਔਰ ਥੋੜੇ ਜਿਹੇ ਹਰਬਸ ਲੈ ਲਈਏ ਤੇ ਆਟੋਮੈਟਿਕਲੀ ਸਾਡੀ ਪ੍ਰੋਬਲਮ ਸੋਲਵ ਹੋ ਸਕਦੀਆਂ ਨੇ ਜਿਵੇਂ ਹੁਣ ਆਪਾਂ ਗੱਲ ਕਰੀਏ ਇੱਕ ਹੁੰਦਾ ਜਰਮ ਥਿਉਰੀ ਵਰਸ ਟੈਰਨ ਥਿਉਰੀ ਹੈ ਨਾ ਮੰਨ ਲਓ ਕੋਈ ਇੱਕ ਐਕੁਅਰੀਅਮ ਹੈ ਮੰਨ ਲਓ ਕਿ ਤੁਹਾਡਾ ਐਕੁਅਰੀਅਮ ਹੈ ਤੁਹਾਡੇ ਘਰ ਵਿੱਚ ਐਕੁਅਰੀਅਮ ਹੈ ਮੱਛਲੀਆਂ ਆਏ ਉਹਦੇ ਤੁਸੀਂ ਉਸ ਮੱਛਲੀ ਨੂੰ ਲੈ ਕੇ ਡਾਕਟਰਾਂ ਕੋਲ ਕਿ ਭਾਈ ਇਹਦਾ ਇਲਾਜ ਕਰੋ ਡਾਕਟਰ ਨੇ ਕਿਹਾ ਇਹ ਦਵਾਈ ਦੇ ਦਿਓ ਤੁਸੀਂ ਕਿਹਾ ਚਲੋ ਵਧੀਆ ਡਾਕਟਰ ਹੈ ਦਵਾਈ ਦੇ ਦਿੱਤੀ ਹੁਣ ਮੈਨੂੰ ਦਵਾਈ ਖਲਾਵਾਵਾਂਗਾ ਇਹ ਠੀਕ ਹੋ ਜਾਏਗੀ ਤੁਮ ਅੱਛੀ ਠੀਕ ਵੀ ਹੋ ਗਈ ਲੇਕਿਨ ਥੋੜੇ ਦਿਨਾਂ ਬਾਅਦ ਉਹ ਮੱਛੀ ਫਿਰ ਵੀ ਮਰ ਹੋ ਗਈ ਕਿਉਂਕਿ ਪਾਣੀ ਤਾਂ गंदा ही सीगा तो फिर तुम्हें तो डॉक्टर को लेके गए उन्हें क्या हूँ थोड़ा केस बढ़ गया है वो स्पैशलिस्ट को लेके जाना पेगा फिर जो को गए उन्हें तो फिर तो डोज बढ़ा दी फिर तुम वापस आए फिर वो ठीक हो गई थोड़े टाइम में फिर बीमार हो गई फिर तीस गए फिर उन्होंने क्या हूँ तो इंसुलिन आना पैना फिर उन्हें इंसुलिन लगाता फिर वो आई फिर बीमार हो गई तो बेसिकली प्रॉब्लम कितने है ਸਿਸਟਮ ਵਿੱਚ ਉਹ ਲਾਈਫ ਲੌਂਗ ਕਸਟਮਰ ਬਣਾਉਣਾ ਚਾਹ ਰਹੇ ਤਾਂ ਲਾਈਫ ਲੌਂਗ ਕਸਟਮਰ ਬਣਾਣਾ ਚਾਹਦੇ ਹੈ ਉਹ ਜਿਹੜਾ ਪਾਣੀ ਸੀਗਾ ਉਹਨੂੰ ਜਦ ਤੱਕ ਆਪਾਂ ਸਾਫ਼ ਨਹੀਂ ਕਰਾਂਗੇ ਤੇ ਸਾਡੀ ਬਿਮਾਰੀ ਸੋਲਵ ਨਹੀਂ ਹੋਏਗੀ ਤਾਂ ਜੋ ਵੀ ਪੇਸ਼ੈਂਟ ਹੈਗਾ ਜੋ ਵੀ ਕਲਾਇੰਟ ਸਾਡੀ ਵੀਡੀਓ ਦੇਖ ਰਿਹਾ ਹੈ ਪੋਡਕਾਸਟ ਦੇਖ ਰਿਹਾ ਹੈਗਾ ਉਹਨੂੰ ਇਹ ਸਮਝਣਾ ਪਏਗਾ ਉਹਦੀ ਬਿਮਾਰੀ ਕੋਈ ਵੀ ਬਿਮਾਰੀ ਹੋਵੇ ਲਾਈਫ ਸਟਾਈਲ ਡਿਜ਼ੀਜ਼ ਹੋਵੇ ਆਰਥਰਾਇਟਿਸ ਹੋਵੇ ਡਾਇਬੀਟੀਜ਼ ਹੋਵੇ ਹਾਰਟ ਡਿਜ਼ੀਜ਼ ਹੋਵੇ ਉਹਦਾ ਕਾਰਨ ਹੈ ਤੁਹਾਡੇ ਜਿਹੜੇ ਖਾਣ ਪੀਣ ਦੀ ਆਦਤਾਂ ਨੇ ਔਰ ਜਿਹੜੀ ਬਾਡੀ ਵਿੱਚ ਟੌਕਸਿਨ ਇਕੱਠੇ ਹੋਏ ਨੇ ਉਹ ਹੈ ਅਗਰ ਤੁਸੀਂ ਉਹਨੂੰ ਡ ਇਹ ਵੀ ਅੱਜ ਮੈਂ ਕੇਸ ਸਟਡੀ ਪਬਲਿਸ਼ ਕਰਾਈ ਹੈ ਸਾਡੀ ਜਰਨਲ ਆਫ ਸਾਇੰਸਿਸ ਐਂਡ ਹੀਲਿੰਗ ਆਊਟਕਮਸ ਵਿੱਚ ਪਬਲਿਸ਼ ਹੋਈ ਹੈ ਟਾਈਪ 1 ਡਾਇਬੀਟੀਜ਼ ਇੱਕ ਬੱਚਾ ਅਮਰੀਕਾ ਤੋਂ 5 ਸਾਲ ਦਾ ਜਿਹੜਾ ਸੀਗਾ ਹਰ ਰੋਜ਼ 12 ਯੂਨਿਟ ਇਨਸੂਲਿਨ ਲੈਂਦਾ ਸੀਗਾ ਅੱਜ ਉਹਨੂੰ 2 ਮਹੀਨੇ ਹੋ ਚੁੱਕੇ ਨੇ ਵਿਦਆਊਟ ਇਨਸੂਲਿਨ ਉਹ ਆਪਣੀ ਲਾਈਫ ਮੇਨਟੇਨ ਕਰ ਰਿਹਾ ਹੈ ਇਸੇ ਤਰ੍ਹਾਂ ਸਾਡੇ ਇੱਕ ਹੋਰ ਮੋਂਟਰੀਅਲ ਤੋਂ ਇੱਕ ਕਲਾਇੰਟ ਸਾਡੇ ਨਾਲ ਹੋਰ ਜੁੜੇ ਹੋਏ ਆ ਉਹਨਾਂ ਦਾ ਵੀ ਟਾਈਪ 1 ਡਾਇਬੀਟੀਜ਼ ਦਾ ਕੇਸ ਸੀਗਾ ਤੋਂ ਇਹ ਤਾਂ ਬਿਲਕੁਲ ਇਹਦਾ ਸੂਪਰ ਕੰਪਲੈਕਸ ਡਿਜ਼ੀਜ਼ ਮੰਨੀ ਜਾਂਦੀ ਹੈ ਜੋ ਨਹੀਂ ਠੀਕ ਹੋ ਸਕਦੀ ਕਦੀ ਵੀ ਜੀ ਤਾਂ ਉਹਨੂੰ ਵੀ ਆਪਾਂ ਰਿਵਰਸ ਕੀਤਾ ਹੈਗਾ ਤਾਂ ਉਹ ਵੀ 20 ਤੋਂ 30 ਯੂਨਿਟਸ ਇਨਸੂਲਿਨ ਡੇਲੀ ਦੀ ਲੈਂਦੀ ਸੀਗੀ ਔਰ ਫਿਰ ਵੀ ਉਹਦਾ ਸ਼ੂਗਰ ਹਾਈ ਰਹਿੰਦਾ ਸੀਗਾ ਹੁਣ ਉਹ ਇੱਕ ਵੀ ਯੂਨਿਟ ਇਨਸੂਲਿਨ ਨਹੀਂ ਲੈ ਰਹੀ ਹੈਗੀ ਐ ਔਰ ਉਹਦਾ ਸ਼ੂਗਰ ਜਿਹੜਾ ਹੈ ਨਾਰਮਲ ਰੇਂਜ ਵਿੱਚ ਆ ਰਿਹਾ ਹੈ ਔਰ ਸਭ ਤੋਂ ਸਰਪ੍ਰਾਈਜ਼ਿੰਗ ਫੈਕਟ ਮਨੂੰ ਇਸ ਕੇਸ ਵਿੱਚ ਕੀ ਲੱਗਿਆ ਹੋਏ ਸੀਗਾ ਉਹ ਪਹਿਲਾਂ 6 ਤੋਂ 8 ਰੋਟੀ ਡੇਲੀ ਖਾਂਦੀ ਸੀਗੀ ਇਹ ਦੇਖੋ ਆਪਾਂ ਸੋਚਦੇ ਨੇ ਕਿ ਬਰੋਟੀ ਨਹੀਂ ਖਾਵਾਂਗੇ ਤੇ ਸਾਨੂੰ weight loss ਹੋ ਜਾਏਗਾ ਜਾਂ ਪ੍ਰੋਬਲਮ ਹੋ ਜਾਏਗੀ ਉਹ 6 ਤੋਂ 8 ਰੋਟੀ ਡੇਲੀ ਦੀ ਖਾਂਦੀ ਸੀਗੀ 슈ਗਰ ਦਾ ਹਾਈ ਰਹਿੰਦਾ ਸੀਗਾ ਬਿਮਾਰੀ ਉਹਦੀ ਇਨਸੂਲਿਨ ਵਧੀ ਹੋਈ ਸੀਗੀ ਔਰ ਉਹਦਾ weight ਸੀਗਾ 28.5 kgs ਔਰ ਹੁਣ ਉਹਨੂੰ ਮੈਂ पहलों की खाती दो टाइम वो दुद्ध पीती सी, तीन टाइम रोटी खाती सभी दो टाइम चाह भी पीती सी हूँ अजो रही है दो टाइम फ्रूट खा रही है दो टाइम सलाद खा रही है एक टाइम रोटी खा रही है और दुध नहीं दुद्ध पी रही ਔਰ ਦਾ weight ਹੁਣ ਵੱਧ ਗਿਆ ਆਏਗਾ ਪਹਿਲੇ ਨਾਲੋਂ ਔਰ ਰੋਟੀ ਸਿਰਫ ਇੱਕ ਦੋ ਖਾਂਦੀ ਹੈ ਪੂਰੇ ਦਿਨ ਵਿੱਚ ਤਾਂ weight ਦਾ ਕਨੈਕਸ਼ਨ ਸਿਰਫ ਰੋਟੀ ਦੇ ਨਾਲ ਨਹੀਂ ਹੈਗਾ ਉਹ ਬਾਡੀ ਨੇ ਗ로우 ਕਰਨਾ ਹੈ ਇਫ ਯੂ ਗਿਵ ਇਟ ਦਾ ਰਾਈਟ ਫਿਊਲ ਤੋਂ ਉਹਦਾ ਵੀ ਹੁਣ ਇਨਸੂਲਿਨ ਛੁੱਟ ਗਿਆ ਆਏਗਾ ਸੋ ਇਟ ਇਜ਼ ਕਿਊਰੇਬਲ ਔਰ ਟਾਈਪ 2 ਤਾਂ ਬਹੁਤ ਆਰਾਮ ਨਾਲ ਮਤਲਬ ਕਿ ਕਿਊਰ ਹੁੰਦੀ ਹੈ ਰਿਵਰਸ ਹੁੰਦੀ ਹੈ ਐਂਡ ਯੂ ਕੈਨ ਗੈਟ ਫਰੀ ਫ্রম ਮੈਡੀਸਿਨਸ ਬਹੁਤ ਕੇਸਿਸ ਦੇਖੇ ਆਪਾਂ ਮੈਂ ਪੁੱਛਣਾ ਇਸੇ ਕਿ ਕੋਈ ਟੈਸਟੀਮੋਨਿਅਲ ਹੈਗੇ ਤੁਸੀਂ ਖੁਦ ਹੀ ਮੈਂਸ਼ਨ ਕਰਤਾ ਕਿਦਾਂ ਦੇ ਲੋਕ ਹੈਗੇ ਜਿਹੜੇ ਉਹਲੇ ਸਫਰ ਚੋਂ ਨਿਕਲ ਕੇ ਗਏ ਤਾਂ ਵਧੇ ਡੈਫ ਡਾਟ ਸੀਏ ਓਕੇ ਉਹ ਸਾਤਵਿਕ ਡਾਟ ਸੀਏ ਤੇ ਉਹਦੇ ਬਾਰੇ ਮੈਂ ਤਾਂ ਪੁੱਛਣਾ ਚਾਹਨਾ ਕਿਉਂਕਿ ਉਸ ਨੇ ਇਹ ਸਾਰੀ ਚੀਜ਼ਾਂ ਦੀ ਗੱਲਾਂ ਕੀਤੀਆਂ ਕਿ ਐਲੀ ਬਿਮਾਰੀਆਂ ਹੁੰਦੀਆਂ ਕਈ ਕਿਉਰੇਬਲ ਹੈ ਸਾਰੀ ਕਿਉਰੇਬਲ ਹੈ ਤੁਸੀਂ ਕਿਹਾ ਹੈ ਨਾ ਮੋਸਟਲੀ ਕਿ ਉਹਦੇ ਵਾਸਤੇ ਉਹਦਾਂ ਦੇ ਆਪਰੇਸ਼ਨਸ ਦੀ ਉਹਦਾਂ ਦੇ ਪ੍ਰੋਸੀਜਰਸ ਦੀ ਲੋਡ ਨਹੀਂ ਹੈ ਜਿਵੇਂ ਦੇ ਬਿਲਟ ਇਨ ਕਰਤੇ ਸਿਸਟਮ ਨੇ ਤੇ ਪਹਿਲੇ ਤਾਂ ਦੱਸੋ ਕਿ ਇਹ ਨਾਮ ਦਾ ਮਤਲਬ ਕੀ ਹੈ ਕਿ ਸਾਤਵਿਕ ਅੱਖਰ ਕੀ ਹੈ ਤੇ ਜੇ ਤੋ ਥੋੜਾ ਜਿਹਾ ਤੁਸੀਂ ਲਾਈਟ ਕੋ ਕਿ ਮੈਨੂੰ ਪਤਾ ਹੈ ਉਹ ਥੋੜਾ ਜਿਹਾ ਰਜੋਤਮੋਚ ਵੀ ਜਾਂਦਾ ਤੇ ਥੋੜਾ ਜਿਹਾ ਉਹਦੇ ਬਾਰੇ ਵੀ ਐਕਸਪਲੇਨ ਕਰੋ ਕਿ ਸਾਤਵਿਕ ਦਾ ਅੱਖਰ ਦਾ ਮਤਲਬ ਕੀ ਹੈ ਹੂੰ ਜਿਦਾਂ ਆਪਾਂ ਪੜਦੇ ਨਹੀਂ ਹੈ ਰਾਜ ਗੁਣ ਤਮ ਗੁਣ ਸਤ ਗੁਣ ਇਹ ਕਹੀ ਹੈ ਤੇਰੀ ਮਾਇਆ ਤੋਂ ਮਾਇਆ ਦੇ ਤਿੰਨ ਜਿਹੜੇ ਮੋਡਸ ਕਹੇ ਜਾਂਦੇ ਨੇ ਇੱਕ ਰਾਜਸ ਹੈਗਾ ਇੱਕ ਤਮਸ ਹੈਗਾ ਤੇ ਇੱਕ ਸਤਵਿਕ ਹੈਗਾ ਔਰ ਆਪਾਂ ਅਗਰ ਜਾਪ ਸਾਹਿਬ ਵਿੱਚ ਵੀ ਪੜਦੇ ਆ ਨਾ ਜਿਦਾਂ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰ ਤਾਮਸੰ ਸਤ ਰੂਪੇ ਤੋ ਇੱਥੇ ਵੀ ਉਹ ਰਾਜ ਤਾਮਸ ਤੇ 사ਤਕ ਦੀ ਗੱਲ ਚੱਲ ਰਹੀ ਹੈ ਕਿ వైਗਰੂ ਹੀ ਹੈ ਜੋ ਮਾਇਆ ਵਿੱਚ ਵੀ ਵਰਤ ਰਿਹਾ ਹੈਗਾ ਵੱਖਰੇ ਰੂਪਾਂ ਵਿੱਚ ਵੱਖਰੇ ਮੋਡਸ ਆਫ ਮਾਇਆ ਵਿੱਚ ਤੋ ਹੁਣ ਜਿਹੜੀ ਤਮਸ ਹੈਗੀ ਜਿਹੜੀ ਤਮਸ ਹੈਗੀ ਆ ਉਹ ਥੋੜੀ ਜਿਹੜੀ 네ਗੇਟਿਵ ਉਹਨੂੰ ਮੋਡ ਕਿਹਾ ਜਾਂਦਾ ਹੈਗਾ ਉਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੀ ਚੀਜ਼ਾਂ ਆ ਜਾਂਦੀਆਂ ਨੇ ਤੇ ਉਹਦੇ ਵਿੱਚ ਬੰਦੇ ਦੇ ਐਕਸ਼ਨ ਜਿਹੜੇ ਨੇ ਗੁੱਸੇ ਵਾਲੇ ਚਿੜਚਿੜੇ ਵਾਲੇ ਕੁਝ ਦੇ ਬੰਦੇ ਦੇਖੇ ਹੋਣਗੇ ਨਾ ਜਿਹੜਾ ਫਿਰ ਉਹਨੂੰ ਬੰਦਾ ਕਹਿ ਸਕਦੀ ਭਈ ਇਹ ਤਾਮਸਿਕ ਬੰਦਾ ਹੈਗਾ ਇਹਦਾ ਖਾਣਾ ਵੀ ਡੈਡ ਹੈ ਸ਼ਰਾਬ ਪੀਂਦਾ ਹੈ ਤੰਬਾਕੂ ਖਾਂਦਾ ਹੈਗਾ ਫਾਸਟ ਫੂਡ ਬਹੁਤ ਐਕਸੈਸਿਵ ਖਾਂਦਾ ਹੈਗਾ ਤਲੇ ਆ ਪੁਨਿਆ ਮੀਟ ਮੱਛੀ ਅੰਡਾ ਲੇਕਿਨ ਰੋਟੀ ਸਬਜੀ ਜਾਂ ਫਿਰ ਉਹਨੂੰ ਫਰੂਟਸ ਖਾਣ ਦੇ ਤਾਂ ਬਿਲਕੁਲ ਹੀ ਮਨ ਨਹੀਂ ਕਰਦਾ ਤਾਂ ਬੰਦਾ ਕਹਿ ਸਕਦਾ ਵੀ ਇਹਦੀ ਬਿਰਤੀ ਜਿਹੜੀ ਹੈ ਉਹ ਤਾਮਸਿਕ ਟਾਈਪ ਕੀ ਦੀ ਹੈਗੀ ਹੈ ਫਿਰ ਇੱਕ ਹੁੰਦਾ ਹੈ ਰਾਜਸਿਕ ਰਾਜਸਿਕ ਮਤਲਬ ਜੋ ਇੱਕ ਨਿਊਟਰਲ ਗੇਅਰ ਸਮਝ ਲਈਏ ਇੱਕ ਤਰ੍ਹਾਂ ਨਾਲ ਵਿੱਚ ਵਿੱਚ ਦਾ ਸਮਝ ਲਈਏ ਕਿ ਵੀ ਹਾਂ ਆਪਣੇ ਸੈਟੀਸਫੈਕਸ਼ਨ ਨੂੰ ਆਪਣੇ ਲਾਈਫ ਨੂੰ ਜੋ ਨੀਡਸ ਨੇ ਉਹਨੂੰ ਪੂਰਾ ਕਰਨ ਵਾਸਤੇ ਬੰਦਾ ਥੋੜਾ ਜਿਹਾ ਚਲੋ ਹੁਣ ਥੋੜਾ ਬਹੁਤ ਬੰਦ ਨੂੰ ਅਕਿਊਮੂਲੇਟ ਕਰਨ ਦਾ ਡਿਜ਼ਾਇਰ ਹੈਗਾ ਨਾ ਕਿ ਮੈਂ ਪੈਸੇ ਜੋੜਨੇ ਆ ਕਰ ਬਣਾਣਾ ਹੈਗਾ ਤਾਂ ਇਹ ਨਿਊਟਰਲ ਗੇਅਰ ਵਿੱਚ ਆ ਜਾਂਦਾ ਹੈ ਸੋ ਇਹ ਲਿਬਰਟੀ ਸਿਰਫ ਖਾਣੇ ਤੱਕ ਸੀਮਿਤ ਨਹੀਂ ਹੈ ਉਹਨਾਂ ਦਾ ਪਹਿਰਾਵਾ ਤੇ ਲਾਈਫਸਟਾਈਲ ਸਾਰਾ ਕੁਝ ਮਨ ਬਚ ਕਰਮ ਸਾਰਾ ਕੁਝ ਦੇ ਵਿੱਚ ਆ ਜਾਂਦਾ ਹੈ ਫਿਰ ਇਹ ਕਹਿੰਦਾ ਇੱਕ ਸਾਤ ਵਿੱਚ that is more pure compared to the ਇਹਨਾਂ ਵਿੱਚੋਂ ਜਿਵੇਂ ਸਤ ਸੰਤੋਖ ਦਇਆ ਤਰਮ ਤੀਰਤ ਜਿਹੜਾ ਹੈ ਜਿਹੜੇ ਗੁਣ ਨੇ ਜਿਹੜੇ ਚੰਗਿਆਈਆਂ ਨੇ ਦੂਜੇ ਦੀ ਹੈਲਪ ਕਰਨਾ ਹੈਗਾ ਤਾਂ ਇਹ ਸਾਤਵੇਂ ਕੁਝ ਆ ਜਾਂਦੇ ਹੈ ਔਰ ਉਸ ਤਰ੍ਹਾਂ ਦੀ ਜਿਹੜੀ ਬਿਰਤੀ ਹੁੰਦੀ ਹੈ ਉਹ ਬੰਦਾ ਫਲ ਫਰੂਟ ਵੀ ਖਾਂਦਾ ਹੈ ਸਲਾਦ ਵੀ ਖਾਂਦਾ ਹੈਗਾ ਉਹਦੇ ਵਿੱਚ ਆਪਣਾ ਦਾਲ ਚਾਵਲ ਰੋਟੀ ਸਬਜ਼ੀ ਖਾਂਦਾ ਹੈਗਾ ਤਾਂ ਉਹਦਾ ਇੱਕ ਚੰਗਾ ਆਹਰ ਹੁੰਦਾ ਹੈ ਮਾਸ ਮੱਟੀ ਮੱਛੀ ਅੰਡਾ ਜੰਕ ਫੂਡ ਬਾਂਸੀ ਫੂਡ ਇਹ ਚੀਜ਼ਾਂ ਨਹੀਂ ਖਾਂਦੀ ਤਲੀਆਂ ਪੁਨੀਆ ਓਵਰ ਜ਼ਿਆਦਾ ਨਹੀਂ ਖਾਂਦਾ ਤਾਂ ਉਹਦੀ ਜਿਹੜੀ ਮਾਈਂਡ ਵੀ ਹੈ ਜ clear ਰਹਿੰਦਾ ਹੈਗਾ ਔਰ ਦੀ ਲਾਈਫ ਵੀ ਜਿਹੜੀ ਹੈਗੀ ਉਹ ਥੋੜੀ ਪੀਸਫੁਲ ਰਹਿੰਦੀ ਹੈ ਬਾਕੀਆਂ ਨਾਲੋਂ ਕੰਪੇਅਰਡ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਗੁਰਮੁਖ ਵਾਸਤੇ ਜਿਹੜੀ ਗੁਰਸਿੱਖ ਹੈਗੀ ਹੈ ਗੁਰਸਿੱਖ ਵਾਸਤੇ ਮਾਰਾ ਸਾਹਮਣੇ ਸਾਨੂੰ ਤੁਰਿਆ ਪਦ ਦੱਸਿਆ ਹੈ ਤੁਰਿਆ ਪਦ ਚੌਥੇ ਪਦ ਮੈਂ ਸੋਜਨ ਗਤ ਪਾਵੇ ਯਾਨੀ ਸਾਨੂੰ ਚੌਥੇ ਪੱਧਰ ਦੱਸਿਆ ਗਿਆ ਹੈ ਜਿਹੜਾ ਤਾਮਸ ਰਾਜਸ ਤੇ ਸਾਤਵਿਕ ਤੋਂ ਲੰਘ ਕੇ ਚੌਥਾ ਪੱਧਰ ਜਿਹੜਾ ਹੈਗਾ ਸਹਿਜ ਪੱਧਰ ਜਿਹੜਾ ਹੈਗਾ ਉਸ ਦੇ ਵਿੱਚ ਸਾਨੂੰ ਜਾਣਾ ਹੈਗਾ ਤਾਂ ਜਿਹੜਾ ਸਹਿਜ ਪੱਧਰ ਹੈਗਾ ਉਹਦੇ ਵਿੱਚ ਇੰਟੂਟਿਵਲੀ ਨੇਚਰਲੀ ਸਹਿਜ ਸੁਭਾਏ ਸੁੱਤੇ ਸਿੱਧੇ ਇੱਕ ਗੁਰਸੇਖ ਸਾਤਵਿਕ ਤੋਂ ਵੀ ਇੱਕ ਸੁਪਰ ਜਿਹੜਾ ਸਾਤਵਿਕ ਹੁੰਦਾ ਨਾ ਉਹਦੇ ਵਿੱਚ ਸੁਪਰ ਸਾਤਵਿਕ ਅੰਦਰ ਸੈਂਸ ਕਿ ਉਹਦੇ ਅੰਦਰ ਹਿਰਦਾ ਹੀ ਉਹਦਾ ਐਦਾ ਬਣ ਜਾਂਦਾ ਹੈ ਕਿ ਉਹਦੇ ਅੰਦਰ ਪ੍ਰੇਮ ਹੀ ਨਿਕਲਦਾ ਹੈ ਉਹਦੇ ਵਿੱਚੋਂ ਦਇਆ ਹੀ ਨਿਕਲਦੀ ਹੈ ਜਿਵੇਂ ਹੁਣ ਇੱਕ ਤਾਂ ਹੋ ਗਿਆ ਨਾ ਕਿ ਆਪਾਂ ਇੱਕ ਮੈਨਰ ਸਿੱਖਿਆ ਸੋਸਾਇਟੀ ਵਿਲਾਈਜ਼ੇਸ਼ਨ ਵਿੱਚ ਕਿ ਮੈਂ ਗੱਲ ਬੋਲਣੀ ਹੈ ਮੈਂ ਢੋਰ ਖੋਲਣਾ ਹੈ ਮੈਂ ਕਿਸੇ ਨਾਲ ਲੜਾਈ ਨਹੀਂ ਕਰਨੀ ਮੈਂ ਸਿਵਲਾਈਜ਼ ਰਹਿਣਾ ਹੈਗਾ ਇਹ ਤਾਂ ਆਪਾਂ ਸਿੱਖਿਆ ਹੈਗਾ ਇਦਾਂ ਮਤਲਬ ਆਪਣੇ ਐਡ-ਆਨ ਕੀਤਾ ਹੈ ਇੱਕ ਹੈਗਾ ਜੋ ਗੁਰਮੁਖ ਹੈ ਜੋ ਗੁਰੂ ਦੇ ਰਸਤੇ ਤੇ ਚੱਲ ਰਿਹਾ ਨਾਮ ਜਪ ਰਿਹਾ ਉਹਦਾ ਹਿਰਦਾ ਪਵਿੱਤਰ ਹੁੰਦਾ ਜਾ ਰਿਹਾ ਔਰ ਇੰਨਾ ਪਵਿੱਤਰ ਹੋ ਜਾਂਦਾ ਕਿ ਉਸ ਤੋਂ ਮਾੜਾ ਕਰਮ ਹੁੰਦਾ ਹੀ ਨਹੀਂ ਹੈ ਓਕੇ ਬ੍ਰਹਮ ਗਿਆਨੀ ਤੇ ਕੱਚ ਬੁਰਾ ਨਾ ਪਿਆ ਉਸ ਤੋਂ ਕੁਝ ਬੁਰਾ ਹੁੰਦਾ ਹੀ ਨਹੀਂ ਹੈ ਉਹ ਫੁਰਨਾ ਹੀ ਨਹੀਂ ਆਉਂਦਾ ਉਹਨੂੰ ਫੁਰਦਾ ਹੀ ਨਹੀਂ ਹੈਗਾ ਤੋਂ ਜੋ ਬ੍ਰਹਮ ਗਿਆਨ ਦੀ ਅਵਸਥਾ ਹੈ ਜੋ ਚੰਗੀ ਗੁਰਸਿੱਖੀ ਦੀ ਅਵਸਥਾ ਹੈਗੀ ਉਹ ਫਿਰ ਚੌਥੇ ਪਦ ਵਿੱਚ ਚਲੇ ਜਾਂਦੀ ਹੈ ਧੂਰੀਆ ਪਦ ਵਿੱਚ ਚਲੇ ਜਾਂਦੀ ਹੈ ਤੋਂ ਮਹਾਰਾਜ ਸਾਹਿਬ ਨੇ ਸਾਨੂੰ ਦੱਸਿਆ ਕਿ ਜਿਹੜੇ ਬਾਕੀ ਧਰਮ ਨੇ ਜਾਂ ਬਾਕੀ ਗ੍ਰੰਥ ਨੇ ਉਹਨਾਂ ਦੇ ਵਿੱਚ ਤਿੰਨ ਗੁਣਾ ਦੀ ਗੱਲ ਚੱਲਦੀ ਹੈ ਤਿੰਨ ਗੁਣਾ ਦੀ ਤੋਂ ਸ਼ਾ ਮਹਾਰਾਜ ਨੇ ਦੱਸਿਆ ਕਿ ਜੋ ਮੈਂ ਐਗਜ਼ੈਕਟਲੀ ਉਹਨਾਂ ਪੰਕਤੀ ਉਹ ਜੋ ਬਿਲਕੁਲ ਡੈਫੀਨੇਟ ਇਸ ਟਾਪਿਕ ਤੇ ਜਿਹੜੀ ਆਂਦੀ ਹੈ ਉਹ ਮੈਂ ਥੋੜਾ ਜਿਹਾ ਹੁਣ ਵਿਸਰਰੀ ਹੈਗੀ ਮੇਰੇ ਵੀ ਬਾਅਦ ਵਿੱਚ ਸਾਨੂੰ ਯਾਦ ਮੈਨੂੰ ਯਾਦ ਆ ਜਾਵੇ। ਮਤਲਬ ਮਤਲਬ ਦੱਸ ਦੋ। ਹਾਂ ਉਹਦਾ ਮਤਲਬ ਇਹ ਸੀਗਾ ਕਿ ਹਾਂ ਜਿਹੜਾ ਬ੍ਰਹਮਾ ਨੇ ਵਿਸ਼ਨੂੰ ਨੇ ਜਾਂ ਮਹੇਸ਼ ਨੇ ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ ਹੈ ਸਾਰਾ ਗਿਆਨ ਜਿਹੜਾ ਬਣਾਇਆ ਉਹਨਾਂ ਨੇ ਬਾਕੀ ਧਰਮ ਦਾ ਉਹ ਖੁਦ ਮਾਇਆ ਦੇ ਵਿੱਚ ਉਲਝੇ ਹੋਏ ਨੇ ਹਾਂਜੀ। ਔਰ ਜੋ ਗੁਰਮੁਖ ਹੈ ਜੋ ਗੁਰਮੁਖ ਹੈ ਉਹਨੂੰ ਗੁਰੂ ਨੇ ਸੱਚਾ ਚੌਥੇ ਪੱਧਰ ਗਿਆਨ ਦੇ ਦਿੰਦਾ ਹੈ ਲੇਕਿਨ ਇਹ ਸਮਝਣਾ ਪਏਗਾ ਕਿ ਸਾਤਵਿਕ ਮਾੜਾ ਨਹੀਂ ਹੈਗਾ ਜੇ ਆਪਾਂ ਕੇ ਚੌਥਾ ਪੱਧਰ ਸਾਰਾ ਟਾਰਗੇਟ ਹੈ ਇਹਦਾ ਮਤਲਬ ਇਹ ਨਹੀਂ ਕਿ ਸਾਤਵਿਕ ਮਾੜਾ ਹੈਗਾ ਜਿਹੜਾ ਰਾਜ ਰਾਜਸੀਕ ਹੈ ਔਰ ਤਾਮਸੀਕ ਹੈਗਾ ਆਪਾਂ ਨੂੰ ਉਸ ਤੋਂ ਲੰਘ ਕੇ ਸਾਤਵਿਕ ਮੋਡ ਵਿੱਚ ਰਹਿਣਾ ਹੈਗਾ ਔਰ ਆਪਣੇ ਯਤਨ ਕਰਦੇ ਰਹਿਣਾ ਹੈ ਕਿ ਆਪਾਂ ਚੌਥੇ ਵਤ ਵਿੱਚ ਪਹੁੰਚ ਜਾਈਏ ਤਾਂ ਇਹ ਥੋੜੇ ਪਿੱਛੇ ਦੀ ਫਿਲਾਸਫੀ ਔਰ ਫੂਡ ਦੀ ਜੇ ਆਪਾਂ ਗੱਲ ਕਰਦੇ ਆਂ ਤੇ ਤੁਰਿਆ ਪੱਧਰ ਵਿੱਚ ਕਿਹੜਾ ਫੂਡ ਹੁੰਦਾ ਵੀਰ ਜੀ ਫਿਰ ਤੁਰਿਆ ਤੁਰੀਆ ਤੱਕ ਤੁਸੀਂ ਦੱਸਦਾ ਤੁਰੀ ਅੱਜ ਕੀ ਖਾਣਾ ਹੈ ਤੁਰੀਆ ਉਹ ਵਿੱਚ ਫਿਰ ਉਹ ਨਾਮ ਹਾਂ ਤਾਂ ਕਿ ਬਲੇਹਾਰੀ ਜਾਂ ਕਿ ਕੇਵਲ ਨਾਮ ਅਧਾਰੀ ਉਹ ਨਾਮ ਦੇ ਆਧਾਰ ਫਿਰ ਜਿਹੜਾ ਹੈਗਾ ਉਹ ਤੁਰਿਆਪਤ ਦੀ ਅਵਸਥਾ ਵਿੱਚ ਹੁੰਦਾ ਹੈਗਾ ਅੱਛਾ ਜੀ ਤੋਂ ਉਹਦੇ ਵਿੱਚ ਜਿੱਦਾਂ ਭਾਈ ਸਾਹਿਬ ਰਣਜੀਤ ਸਿੰਘ ਜੀ ਹੁਣ ਜੇਲ੍ਹ ਵਿੱਚ ਕਿੰਨੇ ਟਾਈਮ 16 ਸਾਲ ਜੇਲ੍ਹ ਵਿੱਚ ਉਹ ਰਹੇ ਸੀਗੇ ਕਿੰਨੇ ਤਸੀਹੇ ਉਹਨਾਂ ਨੂੰ ਉਹਨਾਂ ਨੇ ਸਹੇ ਲੇਕਿਨ ਕਾਲ ਕੋਠਰੀ ਵਿੱਚ ਜਿੰਦਾ ਅਸਿਊਮ ਕੀਤਾ ਜਾਂਦਾ ਹੈ ਕੋਈ ਬੰਦਾ ਜਾਏਗਾ ਤੇ ਉਹ ਮੈਂਟਲੀ ਅਨਸਟੇਬਲ ਹੋ ਜਾਏਗਾ ਜਾਂ ਉਹ ਪਰੇਸ਼ਾਨ ਹੋ ਜਾਏਗਾ ਜਾਂ ਕਬੂਲ ਲਏਗਾ ਉਹ ਤਾਂ ਪੂਰੇ ਛੜ ਦੇ ਗਲਾ ਵਿੱਚ ਪੂਰੇ ਰੰਗਾਂ ਵਿੱਚ ਉੱਥੇ ਆਪਣਾ ਨਾਮ ਦੀ ਸਮਾਦੀ ਵਿੱਚ ਰਹਿੰਦੇ ਸੀਗੇ ਨਾਮ ਦੇ ਆਹਾਰ ਵਿੱਚ ਰਹਿੰਦੇ ਸੀ 40 ਦਿਨ ਆਈ ਥਿੰਕ ਆਮ ਆਮ ਨਾਟ ਸ਼ੋਰ ਕਿ ਐਗਜ਼ੈਕਟਲੀ ਕਿੰਨੇ ਡੇਜ਼ ਪਰ ਐਨ ਉਹ ਆਪਣੇ ਪੂਰੇ ਪੂਰੇ ਸੂਰੇਸ਼ ਪੂਰੇ ਸੂਰੇਸ਼ ਯਾਨੀ ਇਵਨ ਸਾਖੀ ਵੀ ਆਉਂਦੀ ਹੈ ਗੁਰੂ ਨਾਨਕ ਦੇਵ ਜੀ ਔਰ yogiyan ਦੇ ਨਾਲ ਜਦ ਇੱਕ ਵਾਰੀ ਚ ਚੱਲੀ ਸੀਗੀ ਹਾਂ ਗੋਸ਼ਟੀ ਹੋਈ ਸੀ ਕਿ ਐਗਜ਼ੈਕਟਲੀ ਮੈਨੂੰ ਯਾਦ ਨਹੀਂ ਕਿ ਉਹ ਸਿੱਧਗੋਸ਼ ਸੀਗੀ ਜਾਂ ਦੂਜੀ ਕੋਈ ਸੈਕੰਡਰ ਗੋਸ਼ਟੀ ਰੈਗੂਲਰ ਗੋਸ਼ਟੀ ਸੀਗੀ ਤੇ ਉਹਦੇ ਵਿੱਚ ਗੁਰੂ ਜੀ ਨੇ ਦੱਸਿਆ ਸੀਗਾ ਕਿ ਆਹਾਰ ਜਿਹੜਾ ਹੈਗਾ ਨਾ that is not only source of energy ਜੋ ਅਸਲ એનર્ਜੀ ਆ ਰਹੀ ਹੈ ਵਾਹਿਗੁਰੂ ਤੋਂ that is ਉਸ ਤੋਂ ਵੀ ਵੱਡੀ ਚੀਜ਼ ਹੈਗੀ ਆ। ਤੋਂ ਉਹਦੇ ਵਿੱਚ ਕੀ ਹੋਇਆ ਕਿ ਇਹ ਉਹਨਾਂ ਨੇ ਚੈਲੰਜ ਕੀਤਾ ਕਿ ਵੀ ਅਸੀਂ ਇਹਨੇ ਸਾਧਨਾ ਵਾਲੇ ਨੇ ਅਸੀਂ ਇਹਨੇ ਸਾਲਾਂ ਜੁਗਾ ਜੁਗਾ ਤਪੱਸਿਆ ਕੀਤੀਆਂ ਨੇ ਤੇ ਤੁਸੀਂ ਅਗਰਸਤੀ ਹੈਗੇ ਹੋ ਤੇ ਆਓ ਆਪਾਂ ਕਰਕੇ ਦੇਖੀਏ ਕਿ ਵੀ ਕੌਣ ਜ਼ਿਆਦਾ ਇਸ ਤਪੱਸ ਤਪੱਸ ਦੇ ਆਪਣੇ ਤਪਸਵੀ ਦੇ ਵਿੱਚ ਕੌਣ ਵੱਡਾ ਹੈਗਾ। ਤੋਂ ਉਹਨਾਂ ਨੇ ਕਿਹਾ ਕਿ ਅਸੀਂ ਵੀ 40 ਦਿਨ ਐਗਜ਼ੈਕਟਲੀ ਮੈਨੂੰ ਉਹਨੂੰ ਯਾਦ ਨਹੀਂ ਹੈਗਾ there is something like that ਤੋਂ ਉਹਨਾਂ ਨੇ 40 ਦਿਨ ਸੋਚਿਆ ਕਿ ਆਪਾਂ ਗੁਫਾ ਵਿੱਚ ਜਾਵਾਂਗੇ ਤਪੱਸਿਆ ਸਮਾਧੀ ਕਰਾਂਗੇ ਕੁਝ ਨਹੀਂ ਖਾਵਾਂਗੇ ਤੁਸੀਂ ਵੀ ਕਰੋ ਤੇ ਐਨ ਦੇਖਦੇ ਆ ਕਿ ਰਿਜ਼ਲਟ ਕੀ ਨਿਕਲਦਾ ਹੈਗਾ ਤੇ ਰਿਜ਼ਲਟ ਇਹ ਨਿਕਲਿਆ ਕਿ ਉਹਨਾਂ ਨੇ ਕੁਝ ਨਹੀਂ ਛਕਿਆ ਉਹਨਾਂ ਨੇ ਸਮਾਧੀ ਜੋ ਵੀ ਆਪਣਾ ਉਹ ਕਰਦੇ ਉਹਨਾਂ ਨੇ ਕੀਤੀ ਗੁਰੂ ਜੀ ਨੇ ਵੀ ਕੀਤਾ ਔਰ ਜਦੋਂ ਬਾਹਰ ਆਏ ਗੁਰੂ ਜੀ ਐਨ ਜਨ ਰਾਣੀ ਚਾਹਨਾ ਉਹਦਾ ਦਾ ਉਹਦਾ ਜਿੱਦਾਂ ਗਏ ਸੀ ਉਦਾਂ ਹੀ ਔਰ ਜੋ ਯੋਗੀ ਸੀਗੇ ਉਹ ਡਾਊਨ ਹੋ ਗਏ ਸਮਝ ਰਹੇ ਹੋ ਹੈਲਥ ਵਾਈਜ਼ ਵੀ ਹੈਲਥ ਵਾਈਜ਼ ਵੀ ਤੋਂ ਗੁਰੂ ਸਾਹਿਬ ਨੇ ਕਿਹਾ ਕਿ ਕੇਵਲ ਰੋਟੀ ਸਬਜੀ ਵਿੱਚ ਹੀ ਤੁਹਾਡੀ એનર્ਜੀ ਨਹੀਂ ਹੈਗੀ ਐ ਇੱਕ ਆਹਾਰ ਇਸ ਤਰ੍ਹਾਂ ਦਾ ਹੈਗਾ ਜਿਹੜਾ ਪਰਮੇਸ਼ਰ ਦੇ ਘਰੋਂ ਮਿਲਦਾ ਹੈਗਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਤੋਂ ਉਹ ਵੜੀ ਖੇਡ ਬਣ ਜਾਂਦੀ ਹੈ ਤੋਂ ਜਦੋਂ ਨਾਮ ਜਿਹੜਾ ਹੈਗਾ ਜਿੱਦਾਂ ਹੁਣ ਗੁਰਬਾਣੀ ਵਿੱਚ ਆਪਾਂ ਪੜਦੇ ਆਂ ਸੋ ਇਹ ਜਿਹੜਾ ਹਿਰਦੇ ਕਮਲ ਹੈ ਜਦੋਂ ਦਾ ਉਹ ਵਿਕਾਸ ਹੁੰਦਾ ਹੈ ਜੋਤ ਵਿਕਾਸ ਹੁੰਦੀ ਹੈ ਤੋਂ ਜਿਹੜਾ ਤ੍ਰਿਕੁਟੀ ਜਿਹੜੀ ਹੈ ਜਦ ਖੁੱਲ ਜਾਂਦੀ ਹੈ ਉਸ ਤੋਂ ਲੰਘ ਕੇ ਦਸਮ ਦਵਾਰਾਂ ਤੇ ਆ ਜਾਂਦਾ ਹੈ ਫਿਰ ਉਹਨੇ ਕਹਿੰਦੇ ਕਿ ਫਿਰ ਉੱਥੇ ਜਿਹੜੀ ਹੈ ਅੰਮ੍ਰਿਤ ਵਰਖਾ ਹੁੰਦੀ ਹੈ ਉਹ ਜਿਹੜਾ ਅੰਮ੍ਰਿਤ ਜਦ ਗੁਰਸਿੱਖ ਪੁੰਚਦਾ ਹੈਗਾ ਨਾਮ ਜਪ ਜਪ ਕੇ ਤਾਂ ਜਿੱਦਾਂ ਆਪਾਂ ਸੁਖਮਨੀ ਸਾਹਿਬ ਵਿੱਚ ਪੜਦੇ ਨਾ ਪਹਿਲਾਂ ਜਦ ਆਪਾਂ ਸਿਮਰਨ ਕਰਦੇ ਹਾਂ ਪ੍ਰਭ ਕਿਆ ਸਿਮਰਨ ਮਨ ਕੀ ਮਲ ਜਾਏ ਜਿਹੜੀ ਮਨ ਦੀ ਮਲ ਹੈ ਮੈਲ ਜਿਹੜੀ ਚੜੀ ਹੋਈ ਹੈ ਪਹਿਲਾਂ ਤਾਂ ਉਹ ਜਾਂਦੀ ਹੈ ਵੇ ਦੂਜਾ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਅੰਮ੍ਰਿਤ ਨਾਮ ਰਿਦਮਾ ਹੈ ਸਮਾਏ ਫਿਰ ਸਾਡੇ ਹਿਰਦੇ ਵਿੱਚ ਜਿਹੜਾ ਅੰਮ੍ਰਿਤ ਨਾਮ ਹੈਗਾ ਔਰ ਅੰਮ੍ਰਿਤ ਦੇ ਰੂਪ ਵਿੱਚ ਆ ਜਾਂਦਾ ਹੈ ਇੱਥੇ ਬੜਾ ਇੰਟਰਸਟਿੰਗ ਇਹ ਚੀਜ਼ ਹੈਗੀ ਹੈ ਕਿ ਹੁਣ ਸਾਡੇ ਬੰਦੇ ਕਈ ਸਾਰੀ ਤਰ੍ਹਾਂ ਦੇ ਅਰਥ ਕਰ ਦਿੰਦੇ ਆ ਕਿ ਵੀ ਇਹਦਾ ਅਰਥ ਇਹ ਵੀ ਹੋ ਸਕਦਾ ਹੈ ਇਹਦਾ ਅਰਥ ਇਹ ਵੀ ਹੋ ਸਕਦਾ ਹੈ ਹੁਣ ਇਹਦੇ ਵਿੱਚ ਕੀ ਹੈਗਾ ਕਿ ਅੰਮ੍ਰਿਤ ਨਾਮ ਨਾ ਪਾਈ ਸਾਹਿਬ ਪਾਈ ਸਾਹਿਬ ਅਨਤੇਰ ਸਿੰਘ ਦੇ ਟਾਈਮ ਤੇ ਨਾ ਇੱਕ ਵਾਰੀ ਕੀ ਹੋਇਆ ਜੇਲ੍ਹ ਦੇ ਵਿੱਚ ਇੱਕ ਗੁਰਸਿੱਖ ਸੀ ਜੋ ਬਹੁਤ ਜ਼ਿਆਦਾ ਪ੍ਰੇਮ ਔਰ ਬਹੁਤ ਜ਼ਿਆਦਾ ਵਿਰਾਗ ਵਿੱਚ ਬਾਣੀ ਪੜ ਰਿਹਾ ਸੀਗਾ ਬਹੁਤ ਜ਼ਿਆਦਾ ਪ੍ਰੇਮ ਔਰ ਵਿਰਾਗ ਵੈਸੇ ਪ੍ਰੇਮ ਵਿਰਾਗ ਲੱਭਣਾ ਵੀ ਬਹੁਤ ਔਖਾ ਹੋ ਚੁੱਕਿਆ ਹੈਗਾ ਤਾਂ ਉਹ ਗੁਰਸਿੱਖ ਬਹੁਤ ਪ੍ਰੇਮ ਵਿਰਾਗ ਵਿੱਚ ਬਾਣੀ ਪੜ੍ਹ ਰਿਹਾ ਸੀਗਾ ਔਰ ਜੇਲ੍ਹ ਵਿੱਚ ਭਾਈ ਸਾਹਿਬ ਸੁਣ ਰਹੇ ਸੀਗੇ ਕਿਉਂਕਿ ਉਹ ਜੇਲ੍ਹ ਵਿੱਚ ਇਹਨਾਂ ਨੇ ਸੰਗਤ ਬਣਾਈ ਹੋਈ ਸੀਗੀ ਤਾਂ ਸਾਰੇ ਗੁਰਸਿੱਖ ਪਾਠ ਕਰਦੇ ਹੁੰਦੇ ਸੀਗੇ ਉਹ ਲਗਾਤਾਰ ਬੜੀ ਬਾਣੀਆਂ ਪੜ੍ਹਦੇ ਸਨ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਚੋਂ ਹੋਰ ਬੜੀ ਬਾਣੀਆਂ ਪੜ੍ਹਦੇ ਸੀਗੇ ਤਾਂ ਉਹ ਬਹੁਤ ਪਿਆਰ ਨਾਲ ਗੁਰਸਿੱਖ ਪ੍ਰੇਮ ਨਾਲ ਬਾਣੀ ਪੜ੍ਹ ਰਿਹਾ ਸੀਗਾ ਤਾਂ ਭਾਈ ਸਾਹਿਬ ਜੀ ਨੇ ਵਿੱਚ ਉਹ ਪੜ੍ਹਦੇ ਦੇ ਵਿੱਚ ਇੱਕ ਵਾਰੀ ਉਹਨਾਂ ਨੇ ਇਹ ਭਾਈ ਸਾਹਿਬ ਜੀ ਨੇ ਗੱਲ ਬੋਲੀ ਕਹਿੰਦੇ ਪ੍ਰੇਮ ਹੈ ਵਿਰਾਗ ਹੈ ਲੇਕਿਨ ਰਸ ਨਹੀਂ ਅਛਾ ਜੀ ਉਸ ਸਿੰਘ ਨੂੰ ਜਿਹੜਾ ਬੋਲ ਗਾ ਰੇ ਉਹਨਾਂ ਨੇ ਮਤਲਬ ਬੜੇ ਮਤਲਬ ਜਦਾਂ ਵਦਦ ਵਿੱਚ ਆ ਕੇ ਭਾਈ ਸਾਹਿਬ ਬੋਲ ਉੱਠੇ ਕਹਿੰਦੇ ਪ੍ਰੇਮ ਹੈ ਵਿਰਾਗ ਹੈ ਮਗਰ ਰਸ ਨਹੀਂ ਹਮੇਰਾ ਕਿ ਪ੍ਰੇਮ ਹੈਗਾ ਵਿਰਾਗ ਹੈਗਾ ਮਗਰ ਰਸ ਨਹੀਂ ਤਾਂ ਹੁਣ ਹੋਇਆ ਕੀ ਉਸ ਜਿਹੜੇ ਗੁਰ ਸਿੰਘ ਨੇ ਗੱਲ ਸੁਣੀ ਉਹਦੇ ਹਿਰਦੇ ਵਿੱਚ ਜਾ ਕੇ ਵੱਜੀ ਗੱਲ ਤੇ ਉਹਨੇ ਇਹ ਸੀ ਸੋਚੀ ਕਿ ਫਿਰ ਉਹਦੇ ਮਨ ਵਿੱਚ ਆ ਗਿਆ ਹੁਣ ਮੈਂ ਪੁੱਛਣਾ ਹੈਗਾ ਕਿ ਵੀ ਇਹ ਹੋਇਆ ਕੀ ਹੈਗਾ ਕਿ ਇਹ ਅੰਮ੍ਰਿਤ ਰਸ ਕੀ ਹੈਗਾ ਅਸਲ ਵਿੱਚ ਰਸ ਕੀ ਹੈਗਾ ਔਰ ਮੈਨੂੰ ਨਹੀਂ ਆਇਆ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਔਰ ਕਿਸ ਕਿਸ ਨੂੰ ਅੰਮ੍ਰਿਤ ਰਸ ਆਂਦਾ ਹੈ ਔਰ ਕਿਸ ਨੂੰ ਨਹੀਂ ਆਂਦਾ ਔਰ ਉਹਨੂੰ ਲੈਣ ਦਾ ਵਸੀਲਾ ਕੀ ਹੈਗਾ ਕਿਸ ਤਰ੍ਹਾਂ ਲਿਆ ਜਾ ਸਕਦਾ ਹੈਗਾ ਹਮ ਹੈਨਾ ਤਾਂ ਆਪਾਂ ਸੋਚਦੇ ਹਾਂ ਕਿ ਜਿਵੇਂ ਆਪਾਂ ਨਾਮ ਜਪ ਰਹੇ ਹਾਂ ਤਾਂ ਉਹੀ ਅੰਮ੍ਰਿਤ ਨਾਮ ਜਪਣਾ ਹੀ ਅੰਮ੍ਰਿਤ ਰਸ ਲੈਣਾ ਹੈਗਾ ਪਰ ਅਸਲ ਵਿੱਚ ਕੀ ਹੈਗਾ ਜਦ ਨਾਮ ਜਪ-ਜਪ ਕੇ ਮਨ ਮੈਲ ਤੋਂ ਰਹਿਤ ਹੋ ਜਾਂਦਾ ਹੈਗਾ ਔਰ ਜਦ ਉਸ ਤੋਂ ਬਾਅਦ ਕਮਲ ਵਿਗਾਸ ਤੇ ਜਦ ਅੰਮ੍ਰਿਤ ਆਂਦਾ ਹੈਗਾ ਤੇ ਉਸ ਤੋਂ ਬਾਅਦ ਜਦ ਕੀ ਹੁੰਦਾ ਹੈਗਾ ਕਿ ਉਹ ਮਿਠਾਸ ਆ ਜਾਂਦੀ ਹੈਗੀ ਉਹ ਅੰਮ੍ਰਿਤ ਰਸ ਆ ਜਾਂਦਾ ਹੈਗਾ ਤਾਂ ਭਾਈ ਸਾਹਿਬ ਜੀ ਨੇ ਬਹੁਤ ਕਲੀਅਰ ਉਹਦੇ ਵਿੱਚ ਉਸ ਪੁਸਤਕ ਵਿੱਚ ਉਹਨਾਂ ਨੇ ਟ੍ਰੈਕ ਲਿਖਿਆ ਸੀ ਅੰਮ੍ਰਿਤ ਕੀ ਹੈ ਕਿ ਜਦ ਅੰਮ੍ਰਿਤ ਸੰਚਾਰ ਹੁੰਦਾ ਹੈ ਤੇ ਕਿਸ ਤਰ੍ਹਾਂ ਪੰਜ ਪਿਆਰੇ ਆਪਣੇ ਅੰਦਰੋਂ ਜਿਹੜੀ ਅੰਮ੍ਰਿਤ ਦ੍ਰਿਸ਼ਟੀ ਨਾਲ ਉਸ ਅੰਮ੍ਰਿਤ ਉਸ ਪਾਣੀ ਨੂੰ ਜਲ ਨੂੰ ਅੰਮ੍ਰਿਤ ਬਣਾ ਦਿੰਦੇ ਹੈਗੇ ਆ ਔਰ ਉਹਨੂੰ ਸ਼ਕਦੇ ਸਾਰੀ ਗੁਰਸਿੱਖ ਤੇ ਕਲਾ ਵਰਤ ਜਾਂਦੀ ਹੈ ਤੇ ਅੰਮ੍ਰਿਤ ਨਾਮ ਦਾ ਉਹਨੂੰ ਸਵਾਲ ਆ ਜਾਂਦਾ ਹੈਗਾ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਕਿ ਇਹ ਕੋਈ ਰਸ ਜਿਹੜਾ ਹੈਗਾ ਇਹ ਇੱਕ ਮਾਈਂਡ ਦਾ ਰਸ ਹੈਗਾ ਕਿ ਆਪਾਂ ਸੋਚਦੇ ਹਾਂ ਕਿ ਇਸ ਤਰ੍ਹਾਂ ਦਾ ਕੋਈ ਰਸ ਹੋਏਗਾ ਜਾਂ ਕੋਈ ਐ ਕਹਿੰਦੇ ਕਿ ਜਦ ਤੁਸੀਂ ਗੰਨਾ ਚੂਪਦੇ ਹੋ ਜਾਂ ਗੰਨੇ ਦਾ ਰਸ ਪੀਂਦੇ ਹੋ ਤੇ ਤੁਹਾਨੂੰ ਰਸ ਆਉਂਦਾ ਹੈ ਨਾ ਕੋਈ ਮਿਠਾਸ ਆਉਂਦੀ ਹੈ ਕੋਈ ਚੀਜ਼ ਆ ਰਹੀ ਹੈ ਕਹਿੰਦੇ ਬਸ ਇਸੇ ਤਰ੍ਹਾਂ ਜਦ ਤੁਸੀਂ ਨਾਮ ਜਪਦੇ ਹੋ ਅਸਲ ਤਤ ਨਾਮ ਜਪਦੇ ਹੋ ਤਾਂ ਤਤ ਰਸ ਇਹੀ ਹੈ ਕਿ ਤੁਹਾਡੇ ਅੰਦਰ ਉਹ ਇੱਕ ਰਸ ਟਪਕਣਾ ਸ਼ੁਰੂ ਹੋ ਜਾਂਦਾ ਹੈਗਾ ਔਰ ਉਸ ਰਸ ਨੂੰ ਮੰਨਦੇ ਮੰਨਦੇ ਤੁਸੀਂ ਉਹਦੇ ਵਿੱਚ ਹੀ ਮਗਨ ਹੋ ਜਾਂਦੇ ਹੋ ਫਿਰ ਤੁਸੀਂ ਨਿਰੰਤਰ ਨਾਮ ਜਪ ਸਕਦੇ ਹੋ ਤੁਹਾਨੂੰ ਇਦਾਂ ਨਹੀਂ ਜਿਦਾ ਹੁਣ ਆਪਾਂ 5 ਮਿੰਟ 15 ਮਿੰਟ 10 ਮਿੰਟ ਦੀ ਆਪਾਂ ਗੱਲ ਕਰਦੇ ਆ ਨਹੀਂ ਉਹਨੂੰ ਉਹ ਤਾਂ ਫਿਰ ਜਪੇ ਹੀ ਜਾਂਦਾ ਹੈ ਫਿਰ ਉਹਦਾ ਰੁਕਦਾ ਹੀ ਨਹੀਂ ਹੈਗਾ ਉਹਦਾ ਫਿਰ ਸਵਾਸ ਗ੍ਰਾਸ ਨਾਮ ਚੱਲੀ ਜਾਂਦਾ ਹੈਗਾ ਕਿਉਂਕਿ ਉਹ ਰਸ ਆ ਰਿਹਾ ਹੁੰਦਾ ਹੈਗਾ ਤਾਂ ਜਿੱਦਾਂ ਤਾਂ ਰਸ ਆ ਰਿਹਾ ਹੈ ਫਿਰ ਉਸ ਮੈਨੂੰ ਇੱਕ ਭਾਈ ਸਾਹਿਬ ਜੀ ਮੇਰੇ ਗੁਰਮੁਖ ਪਿਆਰੇ ਹੈਗੇ ਉਹ ਦੱਸਦੇ ਕਹਿੰਦੇ ਕਿ ਗੁਰਮੁਖ ਸੀਗਾ ਉਹ ਇਹਨਾਂ ਰਸ ਵਿੱਚ ਲੀਨ ਰਹਿੰਦਾ ਸੀਗਾ ਤੇ ਉਹ ਕਦੀ ਬੋਕਾ ਦੀ ਬੋਲਦਾ ਹੀ ਨਹੀਂ ਮਤਲਬ ਕਿ ਬਹੁਤ ਹੀ ਘੱਟ ਬੋਲਦਾ ਉਹਨੂੰ ਦੇਖਿਆ ਗਿਆ ਸੀਗਾ ਤੇ ਇੱਕ ਉਹਨਾਂ ਨੇ ਬੇਨਤੀ ਕੀਤੀ ਭਾਈ ਸਾਹਿਬ ਜੀ ਕਦੀ ਤਾਂ ਬੋਲ ਲਿਆ ਕਰੋ ਕਦੀ ਤਾਂ ਬੋਲ ਲਿਆ ਕਰੋ ਤੇ ਉਹ ਕਹਿੰਦੇ ਸੀ ਬਸ ਤੇ ਉਹਨੇ ਕਿਹਾ ਕਿ ਮੈਂ ਬੋ ਮੇਰੇ ਭਗਤ ਜੀ ਦਾ ਵੀ ਵਾਕਿਆ ਯਾਦ ਆ ਗਿਆ 10 ਦੇ ਸੀ ਵਿਦਿਆਰਥੀ ਉਹਨਾਂ ਦੇ ਕਿ ਭਗਤ ਜੀ ਵੀ ਕਿਉਂਕਿ ਬਾਣੀ ਜਪਦੇ ਰਹਿੰਦੇ ਸੀ ਤੇ ਉਹਨਾਂ ਨੇ ਵੀ ਕਿ ਦੱਸਿਆ ਕਿ ਬਾਣੀ ਜਪਿਆ ਕਰੋ ਤੇ ਉਹਨਾਂ ਨੂੰ ਸੱਚੀ ਮੂੰਹ 'ਚ ਮਿੱਠਾ ਸਵਾਦ ਆਣਾ ਸ਼ੁਰੂ ਹੋ ਗਿਆ ਸੀ ਤੇ ਉਹ ਪੀਂਦੇ ਸੀ ਉਹ ਤੇ ਕਹਿੰਦੇ ਹੁੰਦੇ ਸੀ ਕਿ ਜਦੋਂ ਰਾਈਮ ਕਰ ਕਰਕੇ ਨਾ ਕਵਿਤਾ ਬੋਲ ਬੋਲ ਕੇ ਆਪਣੇ 10 ਦੇ ਸਾਰੇ ਵਿਦਿਆਰਥੀਆਂ ਨੂੰ ਗੁਰਸਿੱਖਾਂ ਨੂੰ ਦੱਸਦੇ ਹੁੰਦੇ ਕਹਿੰਦੇ ਕਿ ਖੂਬ ਬਾਣੀ ਜਪੋ ਜੀ ਮੂੰਹ ਮਿੱਠਾ ਹੁੰਦਾ ਹੈ ਹਾਂ ਸੋ ਇਦਾਂ ਦੱਸਦੇ ਆ ਹਾਂ ਇਸ ਤਰ੍ਹਾਂ ਵੀ ਹੁੰਦਾ ਹੈਗਾ ਸੋ ਇਹ ਤੁਰਿਆ ਪਦ ਹਾਂ ਇਹ ਫਿਰ ਜਿਹੜਾ ਹੈਗਾ ਉਸ ਤੋਂ ਤਿੰਨੋ ਗੁਣਾਂ ਨੂੰ ਲੰਘ ਕੇ ਜਿਹੜੀ ਬਰਵਸਥਾ ਵਿੱਚ ਜਿਹੜਾ ਆਹਾਰ ਹੁੰਦਾ ਫਿਰ ਉਹ ਨਾਮ ਅੰਮ੍ਰਿਤ ਦਾ ਆਹਰ ਬਣ ਜਾਂਦਾ ਹੈ ਸੋ ਜਿਹੜਾ ਸਾਤਵਿਕ ਹੈ ਉਹ ਤਿੰਨਾ ਗੁਣਾਂ ਚ ਸਭ ਤੋਂ ਬਿਹਤਰੀਨ ਹੈ ਸਭ ਤੋਂ ਵਧੀਆ ਸਰਵਸ਼੍ਰੇਸ਼ਟ ਹੈਗਾ ਤੇ ਉਸ ਤੋਂ ਵੀ ਉੱਪਰ ਤੁਰਿਆ ਤੇ ਸਾਤਵਿਕ ਦਾ ਵੀ ਜਦੋਂ ਅਸੀਂ ਫਿਰ ਗੱਲ ਕਰਦੇ ਹਾਂ ਖਾਣ ਪੀਣ ਦੀ ਸਪੈਸੀਫਿਕਲੀ ਕਰਦੇ ਹਾਂ ਅਗਰ ਪਰਾਵੇ ਦੀਆਂ ਵਰਤੀ ਦੀ ਗੱਲ ਨਾ ਕਰੀਏ ਤੇ ਉਹ ਖਾਣਾ ਪੀਣਾ ਤੁਸੀਂ ਕਹੋ ਉਹ ਬੰਦਾ ਤਲਿਆ ਨਹੀਂ ਕਦੀ ਖਾਂਦਾ ਹੁਣ ਕਈ ਵਾਰ ਮੈਨੂੰ ਸੋਚ ਕੇ ਹੁੰਦਾ ਕਿਉਂ ਜਿਵੇਂ ਪਕੌੜੇ ਵੀ ਨਹੀਂ ਕਦੀ ਉਹ ਪੋਸੀਬਲ ਹੁੰਦੀ ਹੈ ਵੈਸੇ ਐਂਡ ਉਹ ਖੁਸ਼ੀ ਖੁਸ਼ੀ ਜੀਣਾ ਉਸ ਚੀਜ਼ ਨੂੰ ਉਹ ਚੀਜ਼ਾਂ ਹੈਗੀਆਂ ਪੋਸੀਬਲ ਉਦਾਂ ਪੋਸੀਬਲ ਹੈਗੀ ਹੈ ਡੈਫੀਨਿਟਲੀ ਪੋਸੀਬਲ ਹੈਗੀ ਹੈ ਬਟ ਵੀ ਹੈਵ ਟੂ ਟ੍ਰੇਨ ਆਰ ਮਾਈਂਡਸ ਸੋ ਮਨ ਜਿੱਤੈ ਜਗ ਜਿੱਤ ਸੋ ਪਹਿਲਾਂ ਤਾਂ ਮਨ ਨੂੰ ਜਿੱਤਣਾ ਹੈ ਆਪਾਂ ਦੂਜਿਆਂ ਨੂੰ ਦੱਸਦੇ ਹਾਂ ਕਿ ਵੀ ਤੁਸੀਂ ਇਦਾਂ ਕਰੋ ਇਦਾਂ ਕਰੋ ਪਹਿਲਾਂ ਆਪਣੇ ਮਨ ਤੋਂ ਦੇਖੀਏ ਕਿ ਅਸੀਂ ਪਿੱਛੇ ਪਜ ਰਹੇ ਆ ਇਹਨਾਂ ਚੀਜ਼ਾਂ ਦੇ ਜਿਹੜੀ ਜੰਕ ਫੂਡ ਹੋ ਗਿਆ ਫਾਸਟ ਫੂਡ ਹੋ ਗਿਆ ਜਿਹੜੇ ਸਾਡੇ ਬਾਡੀ ਵਾਸਤੇ ਖਰਾਬ ਹੈਗਾ ਗੁਰੂ ਸਾਹਿਬ ਦਾ ਹੁਕਮ ਵੀ ਹੈਗਾ ਕਿ ਇਸ ਤਰ੍ਹਾਂ ਦੀ ਚੀਜ਼ ਨਹੀਂ ਖਾਣੀ ਜਿਹਦੇ ਨਾਲ ਮਨ ਵਿੱਚ ਬਿਮਾਰੀ ਪੈਦਾ ਹੋਏ ਜਾਂ ਤਨ ਵਿੱਚ ਬਿਮਾਰੀ ਪੈਦਾ ਹੋਏ ਜਾਂ ਮਨ ਨੂੰ ਵਿਕਾਰ ਲੱਗਣ ਤਾਂ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਲੈਣੀਆਂ ਨੇ ਤਾਂ ਜੋ ਪੈਗ ਤਾਂ ਹੀ ਗੁਰਸਿੱਖੀ ਕੀ ਬੋਲ ਰਿਹਾ ਹੈ ਕੀ ਖਾ ਰਿਹਾ ਹੈ ਕੀ ਸੌਂਗ ਰਿਹਾ ਹੈ ਔਰ ਕਿੱਥੇ ਜਾ ਰਿਹਾ ਹੈ ਕੀ ਹੱਤਾ ਨਾਲ ਕਰ ਰਿਹਾ ਹੈ ਹਰ ਚੀਜ਼ ਦਾ ਵਿਵੇਕ ਹੋਣਾ ਚਾਹੀਦਾ ਹੈ ਵਿਵੇਕਪਾਵ ਵਿਜ਼ਡਮ ਹਾਂ ਮੈਂ ਅਰਥੇ ਪੁੱਛ ਲੰਗਾ ਸੀ ਹਾਂਜੀ ਵਿਵੇਕਪਾਵ ਡਿਸਟਿੰਗੁਇਸ਼ਿੰਗ ਇੰਟੈਲੈਕਟ ਜੇ ਸਾਨੂੰ ਦੱਸ ਸਕੇ ਕਿ ਕੀ ਚੀਜ਼ ਸਾਡੇ ਜੀਵਨ ਦੇ ਮਨੋਰਥ ਵੱਲ ਜਾ ਰਹੀ ਹੈ ਔਰ ਕਿਹੜੀ ਚੀਜ਼ ਸਾਨੂੰ ਮਨੋਰਥ ਤੋਂ ਪਟਕਾ ਰਹੀ ਹੈ ਸੋ ਜਿਹੜੀ ਚੀਜ਼ ਸਾਨੂੰ ਨਾਮ ਗੁਰਬਾਣੀ ਨਾਲ ਪ੍ਰੇਮ ਪੈਦਾ ਕਰ ਰਹੀ ਹੈ ਸਾਨੂੰ ਅੰਮ੍ਰਿਤ ਰਸ ਵਾਲੇ ਰਸਤੇ ਤੇ ਲੈ ਕੇ ਜਾ ਰਹੀ ਹੈ ਗੋਬਿੰਦ ਮਿਲਨ ਕੇ ਹੇਤਰੀ ਬਰੀਆ ਤੱਕ ਲੈ ਕੇ ਜਾ ਰਹੀ ਹੈ ਉਹ ਸਾਡੇ ਵਿਵੇਕ ਦਾ 파ਟ ਹੈ ਔਰ ਜਿਹੜੀ ਸਾਰੀ ਚੀਜ਼ ਸਾਨੂੰ ਉਸ ਤੋਂ ਬ੍ਰੇਕ ਕਰ ਰਹੀ ਹੈ ਉਹ ਸਾਡੇ ਵਾਸਤੇ ਕਰਮ ਕਰਨ ਯੋਗ ਨਹੀਂ ਹੈਗੀ ਹੈ ਤਾਂ ਇਹ ਚੀਜ਼ ਸਾਨੂੰ ਸਮਝਣੀ ਪਏਗੀ ਔਰ ਇੱਥੇ ਗੁਰਸਿੱਖ ਜਿੱਦਾਂ ਹੁਣ ਨਾ ਇਹ ਵਿਵੇਕ ਦਾ ਕਨਸੈਪਟ ਬਾਕੀ ਧਰਮਾਂ ਵਿੱਚ ਵੀ ਹੈਗਾ ਲੇਕਿਨ ਜਿਹੜਾ ਗੁਰਮਤ ਦਾ ਵਿਵੇਕ ਹੈ ਉਹ ਟੋਟਲ ਵਿਵੇਕ ਹੈਗਾ ਕਿਸ ਤਰ੍ਹਾਂ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਬੇਕ ਸਤਸਰ ਸਾਡੇ ਜਿਹੜੇ ਗੁਰੂ ਸਾਹਿਬ ਜੀ ਦੇ ਸਾਰੇ ਹੁਕਮ ਨੇ ਇਹ ਬਿਬੇਕ ਦਾ ਸਮੁੰਦਰ ਹੈਗਾ ਜੇ ਆਪਾਂ ਗੁਰਬਾਣੀ ਨਾਲ ਜੁੜ ਗਏ ਗੁਰਬਾਣੀ ਦੇ ਅਸੂਲਾਂ ਨੂੰ ਇਨ ਬਿਨ ਮੰਨ ਲਿਆ ਤੇ ਅਸੀਂ ਤਤ ਗੁਰਮ ਤਤ ਦੁਨਿਆ ਦਾ ਜੋ ਵਿਵੇਕ ਹੈਗਾ ਟੋਟਲ ਵਿਵੇਕ ਜੋ ਹੈਗਾ ਉਸ ਦਾ ਸਭ ਤੋਂ ਸਰਵ ਸ੍ਰੇਸ਼ਟ ਵਿਵੇਕ ਹੀ ਇੱਕ ਗੁਰਸਿੱਖ ਹੈਗਾ ਜੋ ਗੁਰੂ ਸਾਹਿਬ ਦੇ ਹੁਕਮਾਂ ਨੂੰ ਕਮਾ ਰਿਹਾ ਹੈਗਾ ਤਾਂ ਹੁਣ ਇਸ ਨੂੰ ਪੋਸਿਬਿਲਿਟੀ ਦੀ ਗੱਲ ਕਰੀਏ ਕਿ ਕਿਵੇਂ ਪੋਸਿਬਲ ਕੀਤਾ ਜਾ ਸਕਦਾ ਹੈ ਤਾਂ ਹੌਲੀ ਹੌਲੀ ਸਟੈਪ ਬਾਈ ਸਟੈਪ ਸਾਨੂੰ ਸਟਾਰਟ ਕਰਨਾ ਪੈਂਦਾ ਹੈ ਪਹਿਲਾਂ ਤਾਂ ਆਈਡੈਂਟੀਫਾਈ ਕਰਨੀ ਪੈਣ ਗਿਆ ਕਿ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੀ ਆਊਟ ਆਫ ਵਿਵੇਕ ਜਾ ਰਹੀਆਂ ਨੇ ਜਾਂ ਆਊਟ ਆਫ ਆਪਣੇ ਸਾਤਵਿਕ ਆਹਾਰ ਤੋਂ ਬਾਹਰ ਜਾ ਰਹੀਆਂ ਨੇ ਉਹਨਾਂ ਨੂੰ ਆਪਾਂ ਨੂੰ ਹਟਾਉਣਾ ਪਏਗਾ ਆਈਡੈਂਟੀਫਾਈ ਕਰਕੇ ਧੀਰੇ ਧੀਰੇ ਔਰ ਜਿਹੜੀਆਂ ਚੀਜ਼ਾਂ ਸਾਤਵਿਕ ਨੇ ਉਹਨਾਂ ਨੂੰ ਸਟਾਰਟ ਕਰਨਾ ਪਏਗਾ ਇੱਥੇ ਇੱਕ ਕੁਐਸਚਨ ਬਹੁਤ ਵੱਡਾ ਆ ਜਾਂਦਾ ਹੈ ਕਈ ਲੋਕੀ ਪੁੱਛਦੇ ਨੇ ਕਿ ਅਗਰ ਆਪਾਂ ਜ਼ਿਆਦਾ ਫਰੂਟਸ ਖਾਵਾਂਗੇ ਜ਼ਿਆਦਾ ਸੈਲਡ ਖਾ ਖਾਵਾਂਗੇ ਤਲੇ ਆ ਪੁਨੀਆ ਕਟ ਖਾਵਾਂਗੇ ਜਾਂ ਡੇਰੀ ਪ੍ਰੋਡਕਟਸ ਨਹੀਂ ਖਾਵਾਂਗੇ ਤੇ ਸਾਡੇ ਰਿਕੁਆਇਰਮੈਂਟਸ ਕਿਵੇਂ ਪੂਰੀਆਂ ਹੋਣਗੀਆਂ ਕਿ ਸਾ ਅਸੀਂ ਬਿਮਾਰਤਾ ਨਹੀਂ ਹੋ ਜਾਵਾਂਗੇ ਬਟ ਰਿਐਲਿਟੀ ਇਜ਼ ਕੰਪਲੀਟਲੀ ਆਪੋਜ਼ਿਟ ਆਫ ਵਾਟ ਪੀਪਲ ਥਿੰਕ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਦੁਨੀਆ ਵਿੱਚ ਇਸ ਤਰ੍ਹਾਂ ਦੇ ਨਾ 7-8 ਜਗ੍ਹਾਵਾਂ ਹੈਗੀਆਂ ਜਿੱਥੇ ਲੋਕੀ ਬਹੁਤ ਲੰਮਾ ਜੀਂਦੇ ਨੇ ਆਲਮੋਸਟ 100 ਸਾਲ ਤੱਕ ਉਹਨਾਂ ਦੀ ਐਵਰੇਜ ਲ ਆਇਲੈਂਡਸ ਹੈਗੇ ਆਪਣੇ ਇੰਡੀਆ ਦੇ ਵਿੱਚ ਦਮੰਨੇ ਗਏ ਫਿਰ ਆਪਣੀ ਹੁੰਜ਼ਾ ਵੈਲੀ ਹੈਗੀ ਜਿਹੜੀ ਇੰਡੀਆ ਪਾਕਿਸਤਾਨ ਦੇ ਵਿੱਚ ਆ ਜਾਂਦੀ ਹੈਗੀ ਇਸੇ ਤਰ੍ਹਾਂ ਸਾਡੀ ਹੈਗੀ ਇੱਕ ਟੈਰਾ ਹਿਮਾਰਾ ਹਿਮ Indians ਕਹਿੰਦੇ ਹੈ ਟੈਕਸਿਸ ਵਿੱਚ ਯੂ ਐਸ ਵਿੱਚ ਤੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਏਰੀਆਜ਼ ਨੇ ਜਿੱਥੇ ਲੋਕੀ 100 100 ਸਾਲ ਤੱਕ ਆਲਮੋਸਟ ਉਹਨਾਂ ਦੀ ਉਮਰ ਟੱਪ ਜਾਂਦੀ ਹੈ ਮੇਬੀ ਜਪਾਨ ਜਪਾਨ ਵਿੱਚ ਆਈ ਥਿੰਕ ਸੋ ਉੱਥੇ ਵੀ ਸ਼ਾਇਦ ਇੱਕ ਹੈਗਾ ਹੂੰ ਤੋ ਹੁਣ ਉੱਥੇ ਸਟੱਡੀ ਕੀ ਕੀਤਾ ਕਿ ਭਈ ਇਹ ਲੋਕੀ ਇਨਾ ਲੰਮਾ ਕਿਵੇਂ ਜੀ ਲੈਂਦੇ ਨੇ ਤੋ ਉਹਨਾਂ ਦੀ ਡਾਈਟ ਦੇਖੀ ਗਈ ਔਰ ਡਾਈਟ ਵਿੱਚ ਕੀ ਨਿਕਲਿਆ ਮੋਸਟਲੀ ਅਨਕੁਕਡ ਫ ਜਿਹੜਾ ਫੂਡ ਕੁਕ ਨਹੀਂ ਕੀਤਾ ਸਿੱਧਾ ਨੇਚਰ ਤੋਂ ਲੈ ਕੇ ਖਾ ਲਿਆ ਉਹਨਾਂ ਦੀ ਡਾਈਟ ਵਿੱਚ ਉਹੀ ਹੁੰਦਾ ਹੈ ਨੈਗਲੀਜੀਬਲ ਸਾਲਟ 노 슈ਗਰਸ 노 ਹਸਪੀਟਲਸ 노 ਡਾਕਟਰਸ ਉਹ ਸੌਸਲ ਸਾਲ ਤੱਕ ਜਿੰਦੇ ਨੇ ਔਰ ਚੰਗੇ ਜਿੰਦੇ ਨੇ ਕੋਈ ਬਿਮਾਰੀ ਉਹਨਾਂ ਨੂੰ ਹੁੰਦੀ ਨਹੀਂ ਪਰ ਹੋਇਆ ਕਿ ਕਿਸੇ ਜਗ੍ਹਾ ਤੇ ਇੱਕ ਐਕਸਪੈਰੀਮੈਂਟ ਕੀਤਾ ਗਿਆ ਉਹਨਾਂ ਨੇ ਉਹਨਾਂ ਨੇ ਕਿਹਾ ਚਲੋ ਦੇਖੀਏ ਆਪਾਂ ਜੇ ਆਪਾਂ ਇਹਨਾਂ ਨੂੰ ਨਮਕ ਚੀਨੀ ਔਰ ਇਹ ਪੈਕਡ ਜੀਜ਼ਾ ਖਿਲਾਨਣਾ ਸ਼ੁਰੂ ਕਰ ਦਈਏ ਪੀਜ਼ਾ ਖਿਲਾਨਣਾ ਸ਼ੁਰੂ ਕਰ ਦਈਏ ਤਾਂ ਕੀ ਹੁੰਦਾ ਹੈ ਦੇਖਿਆ ਕੀ ਗਿਆ ਦੇ ਦਿ ਉਹਨਾਂ ਦੀ ਡਾਈਟ ਵਿੱਚ ਇਹ ਸਭ ਇੰਟਰੋਡਿਊਸ ਕੀਤਾ ਉਹ ਬਿਮਾਰ ਹੋਣ ਲੱਗ ਪਏ ਔਰ ਜਦੋਂ ਡਾਈ ਬਿਨਾ ਕਿਸੇ ਕੁਕਡ ਫੂਡ ਤੋਂ ਬਿਨਾ ਰੋਟੀਆਂ ਤੋਂ ਬਿਨਾ ਚਾਵਲ ਤੋਂ ਸਿਰਫ ਫਰੂਟ ਸਲਾਦ ਖਾ ਕੇ ਵੀ ਜਿੰਦਾ ਰਹਿੰਦੇ ਨੇ ਔਰ 100-100 ਸਾਲ ਤੱਕ ਜਿੰਦਾ ਰਹਿੰਦੇ ਨੇ ਔਰ ਕੋਈ ਬਿਮਾਰੀ ਵੀ ਉਹਨਾਂ ਨੂੰ ਨਹੀਂ ਹੁੰਦੀ ਹੈਗੀ ਐ ਐਂਡ ਆਈ ਥਿੰਕ ਜਿਹੜਾ ਪੂਰਾ ਕਨਸੈਪਟ ਹੈ ਜਿਹੜਾ ਜੰਕ ਫੂਡ ਦਾ ਵੀ ਬਹੁਤ ਰੀਸੈਂਟਲੀ ਆਇਆ ਜਿਵੇਂ ਅਸੀਂ ਵੈਕਸੀਨ ਦੀ ਵੀ ਗੱਲ ਕੀਤੀ ਆਈ ਥਿੰਕ ਵੈਕਸੀਨਸ ਵੀ ਦੇਖੋ ਹੁਣ ਪਹਿਲੇ ਨਹੀਂ ਹੁੰਦੀ ਸੀ ਜੇ ਅਸੀਂ 40 50 60 ਸਾਲ ਪੁਰਾਣਾ ਪਿੱਛੇ ਚੱਲ ਜઈએ ਪਿਛਲੀ ਸੈਂਚਰੀ ਦੀ ਗੱਲ ਕਰੀਏ ਨਾ ਹੀ ਜੰਕ ਫੂਡ ਹੁੰਦਾ ਤੇ ਅਸੀਂ ਅਨਕੁਕਡ ਫੂਡ ਦੀ ਵੀ ਕਰਦੇ ਆ ਗੱ ਤੇ ਉਹਦੇ ਬਾਰੇ ਦੱਸੋ ਕਿ ਉਹ ਕਿਉਂ ਚੀਜ਼ ਇਫੈਕਟ ਕਰਦੀ ਹੈ ਕਿ ਅਸੀਂ ਕਦੇ ਹੱਥੋਂ ਖਾ ਰਹੇ ਹਾਂ ਜਾਂ ਵੀ ਬੇਕ ਜਾਂ ਜਬਰੂ ਨਹੀਂ ਖਾਂਦੇ ਪਹਿਲਾ ਸਟੈਪ ਕਰ ਲੋ ਕਿ ਸੀ ਬਾਹਰੋਂ ਖਾਣਾ ਛੱਡਤਾ ਤੇ ਘਰੋਂ ਖਾਂਦੇ ਆਂ ਇੱਥੋਂ ਤੱਕ ਕਰ ਲੋ ਪਤਾ ਬੰਦਾ ਬੰਦਾ ਕਹਿ ਸਕਦਾ ਕਿ ਹਾਂ ਮੈਨੂੰ ਪਤਾ ਹੈ ਕਿਉਂ ਬਾਹਰੋਂ ਨਹੀਂ ਖਾਣਾ ਬਾਹਰੋਂ ਜੰਕ ਮਿਲਦਾ ਬਟ ਉਹਨੂੰ ਇੱਕ ਸਟੈਪ ਹੋਰ ਹਾਇਰ ਲੈ ਕੇ ਜਾਣਾ ਇਹ ਕਹਿਣਾ ਕਿ ਮੈਂ ਮੈਂ ਚਾਹਨਾ ਵੈਸੇ ਤੁਸੀਂ ਐਕਸਪਲੇਨ ਕਰੋ ਕਿਉਂਕਿ ਤੁਸੀਂ ਬੈਟਰ ਕਰ ਪਾਓਗੇ ਬਟ ਡਿਟੇਪੇ ਬੇਕ ਦੇ ਡਿਫਰੈਂਸ ਸਟੈਪਸ ਹੁੰਦੇ ਆ ਉਹ ਕਿਉਂ ਹੁੰਦੇ ਨੇ ਤੇ ਉਹ ਕਿਉਂ ਜ਼ਰੂਰੀ ਨੇ ਆਪਣੇ ਲਾਈਫ 'ਚ ਰੱਖਣਾ ਉਕੇ ਸੋ ਅਸੀਂ ਡਾਈਟਰੀ ਵਿਵਹਾਰ ਦੀ ਗੱਲ ਕਰ ਰਹੇ ਹਾਂ ਸਿਰਫ ਡਾਈਟਰੀ ਵਿਵਹਾਰ ਸਿਰਫ ਡਾਈਟਰੀ ਵਿਵਹਾਰ ਮੈਨੂੰ ਜਿਵੇਂ ਖਾਣੇ ਤਕਸੀਮਤ ਰੱਖਣਾ ਚਾਹ ਰਿਹਾ ਨਾਟ ਜਿਵੇਂ ਬਿਰਤੀਆਂ ਫੈਸ਼ਨ ਕੋ ਕਿਨੋ ਜਿਵੇਂ ਤੁਸੀਂ ਦੱਸਿਆ ਕਿ 7 ਵੇ ਕਿਰ ਜੋ ਤਮ ਉਹ ਤੁਹਾਡੇ ਮਾਈਂਡ ਸੈਟ ਤੇ ਵੀ ਆਉਂਦਾ ਹੈ ਤੁਹਾਡੇ 슬ੀਪ ਸਾਈਕਲ ਤੇ ਵੀ ਆਉਂਦਾ ਕਿਉਂਕਿ ਮੈਂ ਪੜਿਆ ਹੋਇਆ ਹੈ ਕਿ ਜਿਹੜੇ ਰਾਤੀ ਜਿਵੇਂ ਕੀ ਕਹਿੰਦੇ ਹੋ ਲੇਟ ਆਉਲਸ ਕਹਿੰਦੇ ਆ ਉਹ ਤਮ ਤਾਮਸਿਕ ਨੇ ਜਿਹੜੇ ਅਰਲੀ ਬਰਡਸ ਹੁੰਦੇ ਆ ਉਹ 7 ਵੇ ਹੁੰਦੇ ਆ ਸੋ ਉਹਦਾ ਦੀ ਬਿਰਤੀਆਂ ਵੀ ਆ ਜਾਂਦੀਆਂ ਉਹਦੇ ਬਾਰੇ ਅਸੀਂ ਭਾਵੇਂ ਜਨਾਗਲ ਕਰੀਏ ਸਿਰਫ ਡਾਈਟਰੀ ਗੱਲ ਕਰੀਏ ਤੇ ਉਹ ਕਿ ਇਹ ਸੋ ਫਸਟ ਆਫ ਆਲ ਤਾਂ ਤੁਹਾਡੀ ਹੈਲਥ ਵਾਸਤੇ ਹੈਗਾ ਕਿ ਸਾਡੇ ਸਰੀਰ ਠੀਕ ਰਹੂਗਾ ਜੀ ਇਹ ਸਰੀਰ ਠੀਕ ਰਹੂਗਾ ਤੇ ਮਾਰਾ ਸਾਹਿਬ ਨੇ ਕਿਹਾ ਕਿ ਦੇਹ ਤੇਜਣ ਜੀ ਰਾਮ ਉਪਾਇਆ ਰਾਮ ਮਾਨਸ ਜਨਮ ਵਰਡ ਪੁੰਨੇ ਪਾਇਆ ਰਾਮ ਬਹੁਤ ਵੱਡੇ ਭਾਗਾ ਕਰਕੇ ਸਾਨੂੰ ਇਹ ਸਰੀਰ ਮਿਲਿਆ ਹੈ ਇਸ ਸਰੀਰ ਦੀ ਆਪਾਂ ਕੀਮਤ ਨਹੀਂ ਸਮਝਦੇ ਹੈਗੇ ਆ ਆਪਾਂ ਇਹਦੇ ਵਿੱਚ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਵੇ ਇਹਦੇ ਵਿੱਚੋਂ ਅੰਮ੍ਰਿਤ ਨਾਮ ਪ੍ਰਗਟ ਹੋਣਾ ਹੈਗਾ ਇਹਦੇ ਵਿੱਚ ਵਾਹਿਗੁਰੂ ਦਾ ਵਾਸਾ ਹੈਗਾ ਇਹਦੇ ਵਿੱਚ ਪਰਮੇਸ਼ਰ ਦੀ ਜੋਤ ਹੈਗੀ ਹੈ ਔਰ ਪਰਮੇਸ਼ਰ ਦਾ ਅਗਰ ਜੋਤ ਹੈਗੀ ਹੈ ਇਹਦੇ ਵਿੱਚ ਤੇ ਉਹਦੇ ਵਿੱਚ ਆਪਾਂ ਕੋਲਡ ਡਰਿੰਕ ਪਾਈ ਜਾਈਏ ਜਿਹਦੇ ਵਿੱਚ ਇੰਨੀ ਇੰਨੀ ਚੀਨੀ ਪਾਈ ਹੋਈ ਹੈ ਔਰ ਸਲਫਰ ਪਾਇਆ ਗਿਆ ਹੈ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਕੈਮੀਕल्स ਪਾਏ ਗਏ ਨੇ ਕਾਲਾ ਰੰਗ ਪਾਇਆ ਗਿਆ ਹੈ ਔਰ ਦੁਨੀਆ ਵਰਤੀ ਚੀਜ਼ਾਂ ਪਾਈਆਂ ਗਈਆਂ ਉਹ ਪਰਮੇਸ਼ਰ ਕਹੇਗਾ ਕਿ ਭਈ ਤੁਸੀਂ ਮੈਨੂੰ ਕਿਦਾਂ ਦਾ ਖਾਣਾ ਦੇ ਰਹੇ ਹੋ ਉਹ ਤਾਂ ਕਹੇਗਾ ਕਿ ਮੈਂ ਤਾਂ ਅੰਦਰ ਬੈਠਾ ਹਾਂ ਪਰ ਤੂੰ ਮੈਨੂੰ ਇਹ ਕੀ ਦੇਈ ਜਾ ਰਿਹਾ ਹੈ ਸਮਝ ਰਹੇ ਹੋ ਤੋ ਉਹ ਚੀਜ਼ ਸਹੀ ਨਹੀਂ ਰਹਿੰਦੀ ਉਹ ਸਾਡੇ ਹੁਣ ਮੰਨ ਲਓ ਕੋਈ ਮਾਰੂਤੀ ਹੈ ਉਹਦੇ ਵਿੱਚ ਜਿਹੜਾ ਪੈਟਰੋਲ ਪਾਣਾ ਹੈ ਉਹਦੇ ਨਾਲ ਉਹਨੂੰ ਚੜਨਾ ਹੈ ਤੁਸੀਂ ਕੁਝ ਹੋਰ ਪਾ ਦੋਗੇ ਤਾਂ ਖਰਾਬ ਹੋ ਜਾਏਗੀ ਸਾਡਾ ਬੋਡੀ ਜਿਹੜਾ ਹੈ ਜਿਸ ਫਿਊਲ ਵਾਸਤੇ ਬਣਿਆ ਹੈਗਾ ਆਪਾਂ ਉਹਨੂੰ ਗਲਤ ਚੀਜ਼ ਦਾਂਗੇ ਤੇ ਉਹ ਬਿਮਾਰ ਪਏਗੀ ਹੁਣ ਉਹ ਬਿਮਾਰ ਪਏਗੀ ਤੇ ਨਾਮ ਜਪਣ ਵਿੱਚ ਵੀ ਸਾਨੂੰ ਤਕਲੀਫ ਆਏਗੀ ता ही सात्विक आहार दल चलती गुरसिख ने जाप करना सी तो उस टाइम तो बहुत ही ज्यादा काफ़ी सारे गुरसिख एक टाइम प्रशाद छकते फिर फला आहार से भी आ जाते कई बार दो तीन दिन लगातार छकते भी नहीं छे अखंड पाठ अगर सुनना हों आहार ही उस टाइम रन देंगे सके ठीक तो है फल आहार मतलब सिर्फ फलों से सिर्फ फलों पर और कई बार हों okay. की जिदा फल भी ना खाने उस टाइम फिर दो तीन दिन वास्तव कुछ नहीं खाधा फिर आफ्टर ज समागम समाप्त हो फिर देख छक हाँ बोनहारी ਉਹ ਮਹਾਰਾਜ ਦਾ ਕਨਸੈਪਟ ਵੱਖਰਾ ਕਨਸੈਪਟ ਥੋੜਾ ਵੱਖਰਾ ਹੈਗਾ ਤੇ ਸੋ ਆਪਾਂ ਕਿੱਥੇ ਸੀਗੇ ਤੁਸੀਂ ਦਸ ਰਿਜ਼ ਦੇ ਜੜੇ ਗੁਰਸੇ ਕੋਏ ਨੇ ਉਹ ਫਲ ਹਰ ਵੀ ਰਹੇ ਤੇ ਮੇਬੀ ਕਿੰਨੇ ਕਿੰਨੇ ਦਿਨ ਛੱਕਦੇ ਵੀ ਨਹੀਂ ਸੀ ਹਾਂ ਹਾਂ ਉਹ ਪਰ ਉਹ ਇਦਾਂ ਨਹੀਂ ਕਿ ਫੁੱਲ ਔਨ ਲਾਈਫ ਸਪੈਨ ਨਹੀਂ ਕੁਝ ਕੁ ਦਿਨ ਜੇ ਜੇ ਉਮੀਦਾਂ ਸਿਚੁਏਸ਼ਨ ਬਣ ਜੇ ਸਿਚੁਏਸ਼ਨ ਦੇ ਹਿਸਾਬ ਨਾਲ ਸੋ ਪੱਤਿਆਂ ਤੇ ਵੀ ਰਹੇ ਜੰਗਲਾਂ ਵਿੱਚ ਰਹੇ ਪੱਤਿਆਂ ਵਿੱਚ ਵੀ ਰਹੇ ਹੈਗੇ ਇਸ ਤਰ੍ਹਾਂ ਵੀ ਹੋਇਆ ਹੈਗਾ ਤਾਂ ਆਪਾਂ ਗੱਲ ਕਰ ਰਹੇ ਸੀਗੇ ਬਰੂਨਾ ਖੰਦੀ ਬਰੂਨਾ ਖੰਦੀ ਤੇ ਨੈਕਸਟ ਲੈਪ ਉੱਪਰ ਲੈ ਕੇ ਜਾਣ ਦੀ ਹਾਂ ਤਾਂ ਪਹਿਲਾਂ ਤਾਂ ਸਾਨੂੰ ਆਪਣੀ ਬੋਡੀ ਨੂੰ ਠੀਕ ਰੱਖਣਾ ਹੈ ਉਹਦੇ ਨਾਲ ਅਸੀਂ ਨਾਮ ਜਪ ਸਕਦੇ ਹਾਂ ਆਪਣੀ ਲਾਈਫ ਦੇ ਫੁੱਲਫਿਲ ਕਰ ਸਕਦੇ ਹਾਂ ਗੋਲ ਨੂੰ ਪਰ ਨਾਮ ਤੋਂ ਇਲਾਵਾ ਵੀ ਜੋ ਵੀ ਅਸੀਂ ਲਾਈਫ ਵਿੱਚ ਕਰ ਰਹੇ ਹਾਂ ਕੋਈ ਵੀ ਬੰਦਾ ਹੈ ਉਹਨੂੰ ਕੁਝ ਵੀ ਕਰਨ ਵਾਸਤੇ ਹੈਲਥ ਤਾਂ ਚਾਹੀਦੀ ਹੀ ਹੈਗੀ ਹੈ ਤਾਂ ਅਗਰ ਹੈਲਥ ਉਹ ਠੀਕ ਨਹੀਂ ਹੋਏਗੀ ਤਾਂ ਉਹ ਨਹੀਂ ਕਰ ਪਾਏਗਾ ਤਾਂ ਉਸ ਦੇ ਬਾਅਦ ਸਾਨੂੰ ਖਾਣੇ ਦਾ ਧਿਆਨ ਰੱਖਣਾ ਪਏਗਾ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੀ ਚੀਜ਼ ਕਹੀ ਜਾਂਦੀ ਹੈ ਕਿ ਆਪਾਂ ਘਰ ਵਿੱਚ ਬਣਾਈਏ ਅੰਮ੍ਰਿਤਾਰੀ ਦੇ ਹੱਦ ਦਾ ਛਕੀਏ ਜਾਂ ਬਾਣੀ ਪਰਦੇ ਛਕੀਏ ਉਹਦਾ ਕਾਰਨ ਇਹ ਹੈਗਾ ਕਿ ਮਮਾ ਮਨਸਿਓ ਕਾਜ ਹੈ ਮਨ ਸਾਦੇ ਸਿਧ ਹੋਏ ਅਸੀਂ ਆਪਣੇ ਮਨ ਨੂੰ ਸਾਧਣਾ ਹੈਗਾ ਔਰ ਮਨ ਦੇ ਸਾਧਨ ਨਾਲ ਹੀ ਸਿੱਧੀ ਪ੍ਰਾਪਤ ਹੋਣੀ ਹੈਗੀ ਹੈ ਤੋਂ ਮਨ ਨੂੰ ਸਾਧਨ ਦਾ ਵਸੀਲਾ ਕੀ ਹੈ ਨਾਮ ਤੇ ਗੁਰਬਾਣੀ ਹੁਣ ਜਿਹੜਾ ਆਪਾਂ ਭੋਜਨ ਛਕ ਰਹੇ ਆ ਉਹ ਭੋਜਨ ਜਿਹੜਾ ਹੈਗਾ ਵਾਈਲ ਕੁਕਿੰਗ ਜਿਹੜਾ ਉਹਦੇ ਵਿੱਚ ਵਾਈਬ੍ਰੇਸ਼ਨਸ ਅਬਜ਼ੌਰਬ ਹੁੰਦੀਆਂ ਨੇ ਜੋ ਅਸੀਂ ਬੋਲ ਰਹੇ ਹਾਂ ਅਗਰ ਮੰਨ ਲਓ ਮਾੜੀ ਗੱਲ ਬੋਲ ਰਹੇ ਹੋਵਾਂਗੇ ਤੇ ਉਹ ਮਾੜੀ ਚੀਜ਼ ਜਾਵੇਗੀ ਅਗਰ ਗੁੱਸੇ ਵਿੱਚ ਬਣਾਵਾਂਗੇ ਤੇ ਵੀ ਉਸ ਤਰ੍ਹਾਂ ਦੀ ਵਾਈਬ੍ਰੇਸ਼ਨ ਉਹਦੇ ਵਿੱਚ ਜਾਵੇਗੀ ਔਰ ਅਗਰ ਆਪਾਂ ਖੁਸ਼ੀ ਵਿੱਚ ਬਣਾਵਾਂਗੇ ਹਾਇਰ ਫ੍ਰੀਕੁਐਂਸੀ ਵਿੱਚ ਵਾਈਬ੍ਰੇਟ ਕਰਾਂਗੇ ਨਾਮ ਬਾਣੀ ਜਪਦੇ ਹੋਏ ਨਾਮ ਨਾਲ ਪ੍ਰੇਮ ਨਾਲ ਵਿਰਾਗ ਨਾਲ ਰਸ ਨਾਲ ਬਾਣੀ ਨੂੰ ਪੜਦੇ ਹੋਏ ਬਣਾਵਾਂਗੇ ਤੇ ਉਹ ਗੁੱਡ ਵਾਈਬ੍ਰੇਸ਼ਨ ਸੀ ਉਹਦੇ ਵਿੱਚ ਜਾਣਗੇ ਤਾਂ ਹੋਏਗਾ ਕਿ ਉਹ ਜਿਹੜਾ ਪੋਜਨ ਹੈ ਜਦ ਤਾ ਅਸੀਂ ਖਾਵਾਂਗੇ ਤੇ ਉਹਦੇ ਖਾਣ ਨਾਲ ਸਾਨੂੰ सात्विक या राजसिक या तामसिक असर हो सकता है डिपेंडिंग ऑन तुसी किस एनवायरनमेंट विच उस्नु कुक किता ता विवेक hmm. दा कांसेप्ट आया कि अगर तुसी गुरसिखां दे ਹੱਤੇ ਸ਼ਕੋਗੇ ਜਾਂ ਖੁਦ ਬਾਣੀ ਪੜਦੇ ਹੋ ਤੁਸੀਂ ਬਣਾਓਗੇ ਤੇ ਉਹ ਸਾਤਵਿਕ ਭੋਜਨ ਤੁਹਾਡਾ ਬਣ ਜਾਏਗਾ ਜਿਵੇਂ ਲੰਗਰ ਹੋ ਗਿਆ ਜਿਵੇਂ ਲੰਗਰ ਹੋ ਗਿਆ ਪਰ ਫਿਰ ਇਥੇ ਗੱਲ ਆ ਜਾਂਦੀ ਹੈ ਕਿ ਓਨਲੀ ਇਟ ਡਸਨਟ ਮੈਟਰ ਕਿ ਅੰਮ੍ਰਿਤਾਰੀ ਬਣਾ ਰਿਆ ਹੈ ਜਾਂ ਤੁਸੀਂ ਬਾਣੀ ਪੜਦੇ ਹੋ ਬਣਾ ਰਹੇ ਹੋ 댓 ਇਜ਼ 1 ਥਿੰਗ ਅਦਰ ਥਿੰਗ ਇਜ਼ ਕਿ ਇਨਗਰੀਡੀਐਂਟਸ ਕਿਨ ਹੈ ਹਮਮ ਅਗਰ ਤੁਸੀਂ ਕਹੋ ਕਿ ਮੈਂ ਸੋਇਆ ਚਾਂਪ ਮਸਾਲਾ ਸੋਇਆ ਚਾਂਪ ਬਣਾਣੀ ਹੈ ਉਹਦੇ ਵਿੱਚ ਮੈਂ ਦੁਨੀਆ ਭਰ ਦਾ ਮੱਖਣ ਪਾ ਦੇਣਾ ਹੈਗਾ ਔਰ ਉਹ ਵੀ ਮਾਰਕੀਟ ਵਾਲਾ ਸਟੋਰ ਵਾਲਾ ਮੱਖਣ ਮਾਰਕੀਟ ਵਾਲਾ ਘੀ ਪਾ ਦੇਣਾ ਹੈਗਾ ਮਾਰਕੀਟ ਵਾਲੀ ਚੀਨੀ ਪਾ ਦੇਣੀ ਹੈ ਫਿਰ ਤੁਸੀਂ ਪਾਠ ਵੀ ਕਰੋਗੇ ਤੇ ਉਹ ਉਨਾ ਅਸਰ ਨਹੀਂ ਬਣੇਗਾ ਜਿੰਨਾ ਬਣਨਾ ਚਾਹੀਦਾ ਸੀ ਕਿਉਂਕਿ ਫਸਟ ਆਫ ਆਲ ਇਜ਼ ਦਾ ਇੰਗਰੀਡੀਐਂਟ ਇੰਗਰੀਡੀਐਂਟ ਦੇ ਉੱਤੇ ਤੁਸੀਂ ਉਹਨੂੰ ਹੋਰ ਪਾਣੀ ਦੇ ਕੇ ਉਹਨੂੰ ਪੋਜ਼ਿਟਿਵ ਚਾਰਜ ਕਰ ਰਹੇ ਹੋ ਸਾਥ ਦੇਖ ਪਰ ਕਰੋ ਚੀਜ਼ ਹੀ ਠੀਕ ਨਹੀਂ ਹੈਗੀ ਤੇ ਇਫੈਕਟ ਕਰਦੀ ਹੈ ਇਫੈਕਟ ਕਰਦੀ ਹੈਗੀ ਦੇ ਵੀਜੀ ਚ ਤੁਸੀਂ ਅਨਕੁਕਡ ਫੂਡ ਹੁਣ ਕਿਹਾ ਤੁਸੀਂ ਸੋ ਅਨਕੁਕਡ ਫੂਡ ਜ਼ਿਆਦਾ ਪੋਸਟਿਕ ਹੁੰਦਾ ਤਾਂ ਕਿ ਤੁਸੀਂ ਓਕੇ ਸੋ ਇਥੇ ਨਿਊਟ੍ਰੀਅੰਟ ਦੀ ਥਿਊਰੀ ਹੈ ਉਹ ਦੀ ਸਾਇੰਸ ਹੈ ਕੋਈ ਕਿ ਵੈਸੇ ਤਾਂ ਹੁੰਦਾ ਕਿ ਬਸ ਕਿਉਂਕਿ ਰੌਅ ਹੈ ਜ਼ਿਆਦਾ ਬਸਤਾ ਰੌਅ ਵਿੱਚ ਕੀ ਹੁੰਦਾ ਹੈਗਾ ਕਿ ਐਕਚੁਅਲੀ ਜਿਸ ਸਟੇਟ ਵਿੱਚ ਜੋ ਐਕਚੁਅਲੀ ਰੌਅ ਨਹੀਂ ਉਹਨੂੰ ਸਨ ਕੁਕਡ ਕਿਹਾ ਜਾਂਦਾ ਹੈ ਸਨ ਕੁਕਡ ਓਕੇ ਸਨ ਨੇ ਕੁਕ ਕੀਤਾ ਨਾ ਉਹਨੂੰ ਉਸ ਪlant ਦੇ ਉੱਤੇ ਜਿਹੜਾ ਫਲ ਲੱਗਿਆ ਹੈ ਉਹ ਸਨ ਨੇ ਉਹਨੂੰ ਕੁਕ ਕਰ ਦਿੱਤਾ ओके okay. तो इट इज ईटेबल ਤੁਸੀਂ ਉਹਨੂੰ ਖਾ ਲਿਆ ਤੇ ਉਹ ਡਾਇਰੈਕਟਲੀ ਤੁਹਾਡੇ ਸਾਰੀ ਦੀ ਸਾਰੀ ਜੋ એનર્ਜੀ ਸੀਗੀ ਉਹਦੇ ਵਿੱਚੋਂ ਤੁਹਾਡੇ ਅੰਦਰ ਚਲੀ ਗਈ ਬਟ ਦ ਮੂਮੈਂਟ ਯੂ ਕੁਕ दैट ਔਨ ਹੀਟ इट इज़ सैड हूँ कि सही है कि गलत है दैट इज़ सैंटिफिकली देखना पेगा पर इट इज़ सैड कि कुक कर बाद अंदर लिविंग एनजाइम्स जोड़े ने डैड होने शुरू हो जाते हैं मतलब कि सिर्फ न्यूट्रीशन नहीं है फूड के अंदर लिविंग पोर्शन भी हैगी लिविंग फोर्स भी हैगी फोर्स डैड होनी शुरू होती है एंड वैन दैट फोर्स गैट डैड्स तो वो खाना सूँ कुछ न्यूट्रिशन तक पहुँचा देंदा है लेकिन वो साड़ी हीलिंग जर्नी हैल्प नहीं करता ਓਕੇ ਇਹ ਚੀਜ਼ ਹੈਗੀ ਆ ਸੋ ਵੈਨ ਪੀਪਲ ਗੋ ਔਨ ਅਨਕੁਕਡ ਫੂਡ ਉਹਨਾਂ ਦੀ ਬਿਮਾਰੀਆਂ ਬਹੁਤ ਜਲਦੀ ਜਲਦੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਈਵਨ ਮੈਂ ਆਪਣੀ ਲਾਈਫ ਵਿੱਚ ਵੀ ਹੁਣ ਮੈਂ ਵਨ ਵੀਕ ਵਾਟਰ ਫਾਸਟਿੰਗ ਕੀਤੀ ਹੈ ਮਤਲਬ ਲਗਾਤਾਰ ਇੱਕ ਹਫ਼ਤੇ ਤੱਕ ਸਿਰਫ ਪਾਣੀ ਪੀ ਕੇ ਦੇਖਿਆ ਇਸੇ ਤਰ੍ਹਾਂ ਮੈਂ ਫੋਰ ਵੀਕਸ ਲਗਾਤਾਰ ਚਾਰ ਹਫ਼ਤੇ ਸਿਰਫ ਜੂਸ ਫਲਾਂ ਦੇ ਜੂਸ 'ਤੇ ਵੀ ਰਹਿ ਕੇ ਦੇਖਿਆ ਕੁਛ ਨਹੀਂ ਖਾਇਆ ਸੋਲਿਡ ਸਿਰਫ ਜੂਸ ਪੀਤਾ ਵੀਕਨੈਸ ਹੁੰਦੀ ਹੈ ਵੀਕਨੈਸ ਅਗਰ ਤੁਸੀਂ ਲਗਾਤਾਰ ਫਰੂਟ ਜੂਸ ਪੀਂਦੇ ਰਹੋ ਤੇ ਉਹ ਮੈਂਟੇਨ ਹੋ ਜਾਂਦਾ ਹੈ એનર્ਜੀ ਲੈਵਲ ਪਰ ਅਗਰ ਵਾਟਰ ਫਾਸਟਿੰਗ ਕਰੋਗੇ ਉਹਦੇ ਵਿੱਚ ਤੁਹਾਨੂੰ ਵੀਕਨੈਸ ਆ ਸਕਦੀ ਹੈਗੀ ਹੈ बिकॉज ਜਿਆਦਾ ਦਿਨ ਪਾਣੀ ਨਹੀਂ ਪੀਣਾ ਨਹੀਂ 7 ਡੇਸ ਸਿਰਫ ਪਾਣੀ ਹੀ ਪੀਣਾ ਹੈਗਾ जो के okay. जो मैं किया सैवन डेज सिर्फ पानी पीता सी कुछ सॉलिड खादा नहीं कोई जूस नहीं पीता सिर्फ पानी पीता तो वेद मैंने काफ़ी वीकनेस आई थी बट दैट वॉज अ पार्ट ऑफ द डिटॉक्स जो थोड़ी बॉडी के सफाई हो रही है उस फास्टिंग के टाइम उस टाइम वो कुछ वीकनेस आंधी है बट वैन यू फिनिश दैट फिर तुम तो रिकवर करना शुरू कर देते एंड यू गैट बैटर बिकॉज सफाई हो चुकी होंगी है तो वन वीक वाटर फास्ट किया मैं फोर वीक जूस फास्टिंग करके देखी मैं तो वेद भी मैं काफ़ी सारे बेनीफिट्स एक्सपीरियंस किए और फोर्टे लगातार फोर्टे ग्रेन फास्टिंग भी की कि रोटी सब्जी छड़ती दाल चावल छड़ता और करके ਵੀ ਕੀ ਇਸਰਾਂ ਦਾ ਸੋ ðiਸ ਥਿੰਗਸ ਵਰਕ ਔਰ ਤੁਹਾਡੀ ਬੋਡੀ ਨੂੰ ਡੀਟੌਕਸ ਕਰਨ ਦਾ ਟਾਈਮ ਮਿਲਦਾ ਹੈਗਾ ਔਰ ਜਿਹੜੇ ਮੇਰੇ ਕਲਾਇੰਟਸ ਹੁੰਦੇ ਨੇ ਮੈਂ ਉਹਨਾਂ ਨੂੰ ਇਹ ਸਭ ਨਹੀਂ ਕਰਵਾਂਦਾ ਹੈਗਾ ਕਿ ਕੋਈ ਸੋਚ ਰਿਹਾ ਹੋਏਗੀ ਮੈਂ ਕਿਸ ਨੂੰ ਕਾਂਗਾ ਵੀ ਤੂੰ 40 ਦਿਨ ਰੋਟੀ ਨਹੀਂ ਖਾਣੀ ਕਾਫੀ ਔਖਾ ਤਾਂ ਔਖਾ ਥੋੜਾ ਹੈ ਹੈਗਾ ਵੀ ਬਟ ਬਿਕਾਜ਼ ਆਈ ऍम ਇਨ ðiਸ ਲਾਈਨ ਤੋ ਜੋ ਮੈਂ ਆਪਣੇ ਹਾਈ ਡਿਗਰੀ ਦੇ ਜਿਹੜੇ ਕਲਾਇੰਟਸ ਜਿਨ੍ਹਾਂ ਨੂੰ ਬਹੁਤ ਸਾਰੀ ਪ੍ਰੋਬਲਮਸ ਨੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਦੱਸਣ ਤੋਂ ਪਹਿਲਾਂ ਆਪਣੇ ਉੱਤੇ ਵੀ ਮੈਂ ਪਹਿਲਾਂ ਐਕਸਪੈਰੀਮੈਂਟ ਕਰਦਾ ਪਹਿਲਾਂ ਮੈਂ ਸਾਰੀ ਸਾਇੰਸ ਵੈਲੀਡੇਟ ਕਰਦਾ ਐਕਸਪ ਤਾਂ ਤੱਕ ਮੈਂ ਦੱਸ ਦਾਨੀ ਹੈਗਾ that is the thing ਸਾਰੇ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈਗਾ ਜੀ ਤਾਂ ਹੋਇਆ ਕਿ ਕਿ ਅਮ ਅਪਾ ਕਿਤੇ ਸੀਗੇ ਫਾਸਟਿੰਗ ਫਾਸਟਿੰਗ ਗ੍ਰੇਨ ਫਾਸਟਿੰਗ ਵਾਟਰ ਫਾਸਟਿੰਗ ਹਾਂ ਤਾਂ ਇਹਨਾਂ ਦਾ ਫਾਇਦਾ ਹੁੰਦਾ ਵੀ ਜੇ ਸਾਰੀ ਫਾਸਟਿੰਗ ਵੀ ਬੇਕੰਦਰ ਆਂਦੀ ਹੈ ਇਹ ਜਿਹੜੀ ਸਾਡੀ ਹਾਂ ਸੋ ਇੱਥੇ ਕਨਸੈਪਟ ਤੁਹਾਨੂੰ ਸਮਝਣਾ ਪਏਗਾ ਵਿਵੇਗ ਦਾ ਕਨਸੈਪਟ ਕੀ ਹੈਗਾ ਥੋੜਾ ਸੋਵੇ ਥੋੜਾ ਹੀ ਖਾਵੇ ਥੋੜਾ ਖਾਵੇ ਥੋੜਾ ਸੋਵੇ ਤਾਂ ਹੁਣ ਹੁੰਦਾ ਕੀ ਹੈ ਬਿਕਾਜ਼ ਅਸੀਂ ਇੰਨਾ ਜ਼ਿਆਦਾ ਖਾਂਦੇ ਆ ਰਹੇ ਹਾਂ ਇੰਨਾ ਸੌਂਦੇ ਆ ਰਹੇ ਹਾਂ ਇੰਨੇ ਟਾਈਮ ਤੋਂ ਖਾਂਦੇ ਆ ਰਹੇ ਹਾਂ ਔਰ ਪਿਛਲੇ 40 50 ਸਾਲਾਂ ਤੋਂ ਕਰਦੇ ਆ ਰਹੇ ਹਾਂ ਸੋ ਇੰਨਾ ਓਵਰਲੋਡ ਆਫ ਟੌਕਸਿਨ ਸਾਡੀ ਬਾਡੀ ਵਿੱਚ ਬੈਠ ਚੁੱਕਿਆ ਹੈਗਾ ਕਿ ਹੁਣ ਉਹਨੂੰ ਕੱਢਣ ਵਾਸਤੇ ਥੋੜਾ ਟਾਈਮ ਸਾਨੂੰ ਬਾਡੀ ਨੂੰ ਸ਼ਾਂਤੀ ਔਰ ਰੈਸਟ ਦੇਣਾ ਪੈਂਦਾ ਹੈ ਕਿ ਹੁਣ ਥੋੜੇ ਟਾਈਮ ਵਾਸਤੇ ਤੁਸੀਂ ਫਾਸਟਿੰਗ ਕਰ गुरबाणी के अनुसार गुरमत विवेक के अनुसार चल रहे हैं आप थोड़ा ही खा रहे हैं और वो थोड़ा भी जो है वो पौष्टिक खा रहे हैं सात्विक खा रहे हैं तो बॉ बोर, बॉडी बीमारी बनेगी नहीं और बीमारी बनेगी नहीं तो तुम तो इस तरह के एक्सट्रीम कोई वाटर फास्टिंग या जूस फास्टिंग या ग्रेन फास्टिंग करने की लड़ भी नहीं पेगी सो दैट इज़ द थिंग सो फॉर अ टैपरेरी पीरियड तुम्हें वो अपनी हैल्थ बेनीफिट वास्ते फास्टिंग कर रहे हो इट इज़ नॉट कि बी एक रैगुलर फीचर है साढ़े क्योंकि ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਜੀ ਨੇ ਕਿਹਾ ਵੀ ਹੈਗਾ ਕਿਸੇ ਕਿਸੇ ਕਿ ਪਖੰਡ ਛੋੜ ਹੈ ਅਨ ਕਰ ਹੈ ਪਖੰਡ ਉਥੇ ਮਹਾਰਾਜ ਜੀ ਨੇ ਨਾ ਰੰਡ ਤਾਂ ਉਥੇ ਜਿਹੜਾ ਹੈਗਾ ਉਥੇ ਇੱਕ ਚੀਜ਼ ਹੋਰ ਸਾਨੂੰ ਸਮਝਣੀ ਪਏਗੀ ਉਥੇ हेल्थ बेनिफिट ਤੋਂ ਵੱਧ ਜਿਹੜਾ ਕਨਸੈਪਟ ਹੈਗਾ ਉਹ ਹੈਗਾ ਵੀ ਮੈਂ ਆਪਣੇ ਪਤੀ ਦੀ ਲਾਈਫ ਵਧਾ ਲੈਣੀ ਹੈਗੀ ਹੈ ਜਾਂ ਮੈਂ ਕੋਈ ਚੀਜ਼ 16 ਸੋਮਵਾਰ ਦੇ ਵਰਤ ਹੁੰਦੇ ਜਦੋਂ ਯੈਸ ਤੋਂ ਗੁਰੂ ਜੀ ਨੇ ਕਿਹਾ ਕਿ ਭਈ ਤੂੰ ਧਰਮ ਕਿਰਿਆ ਨਹੀਂ ਕਰ ਰਿਹਾ ਫਾਸਟਿੰਗ ਕਰਕੇ ਜਾਂ ਕੋਈ ਤੂੰ ਰਬ ਨੂੰ ਨਹੀਂ ਪਾ ਲੋਗੇ ਇਸ ਤਰ੍ਹਾਂ ਨਾਲ ਲੇਕਿਨ ਜਿਵੇਂ ਹੁਣ ਮੰਨ ਲਓ ਆਪਾਂ ਗੱਲ ਕਰੀਏ ਕਿ ਗੁਰੂ ਜੀ ਨੇ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਦਸੀਆਂ ਨੇ ਜਿਵੇਂ ਯੋਗ ਦੀ ਗੱਲ ਆਪਾਂ ਕਰ ਲਈਏ ਯੋਗ ਦੀ ਗੁਰੂ ਸਾਹਿਬ ਨੇ ਕਿਹਾ ਕਿ ਯੋਗ ਨਾਲ ਸੱਚੀ ਸ਼ਾਂਤੀ ਨਹੀਂ ਮਿਲੋਗੀ ਜਾਂ ਫਿਰ ਪਰਮੇਸ਼ਰ ਦੀ ਰਾਪਤ ਨਹੀਂ ਹੋਗੀ ਜੜਾ ਸੋ ਕਾਲਡ ਯੋਗ ਹੈ ਗੁਰਮਤ ਯੋਗ ਨਹੀਂ ਗੁਰਮਤ ਯੋਗ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਉਸ ਯੋਗ ਦੇ ਨਾਲ ਕੁਝ ਸਰੀਰ ਨੂੰ ਬੈਨੀਫਿਟ ਹੋ ਸਕਦਾ ਹੈਗਾ ਲੇਕਿਨ ਵਾਇਗਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੋ ਕੋਈ ਅਗਰ ਮੰਨ ਲਓ ਯੋਗ ਕਰ ਰਿਹਾ ਹੈਗਾ ਕਿਉਂਕਿ ਉਹਨੂੰ ਹੋਰ ਕੋਈ ਐਕਸਰਸਾਈਜ਼ ਜਾਂ ਕੋਈ ਚੀਜ਼ ਨਹੀਂ ਸਮਝ ਆ ਰਹੀ ਤਾਂ ਆਪਣੇ ਹੈਲਥ ਬੈਨੀਫਿਟ ਵਾਸਤੇ ਉਹ ਕਰ ਰਿਹਾ ਹੈਗਾ ਵਿਦ ਦਾ ਵਿਦ ਦਾ ਥਿੰਗ ਇਨ ਮਾਈਂਡ ਕਿ ਇਹ ਧਰਮ ਕਿਰਿਆ ਨਹੀਂ ਕਰ ਰਿਹਾ ਮੈਂ ਇਹ ਮੈਂ ਐਕਸਰਸਾਈਜ਼ ਕਰ ਰਿਹਾ ਫਿਜ਼ੀਕਲ ਐਕਟੀਵਿਟੀ ਕਰ ਰਿਹਾ ਤਾਂ ਉਹ ਕੁਝ ਹੱਦ ਤੱਕ ਵੈਲਿਡ ਵੀ ਹੈਗੀ ਹੈ ਪਰ ਅਗਰ ਸੋਚੇ ਕਿ ਮੈਂ ਉਹੀ ਅਨੁਲੋਮ ਵਿਲੋਮ ਕਰ ਰਿਹਾ ਤੇ ਇਹ ਮੈਂ ਜਿਹੜੀ ਧਰਮ ਕਿਰਿਆ ਹੋ ਗਈ ਹੈ ਰੱਬ ਮੈਨੂੰ ਮਿਲ ਜਾਏਗਾ ਦੈਨ ਦੈਟ ਇਜ਼ ਨਾਟ ਵਰਕਿੰਗ ਐਂਡ ਦੈਟ ਇਜ਼ ਵਾਟ ਗੁਰਬਾਣੀ ਟੈਲਸ ਅਸ ਕਿ ਸਿਰਫ ਨਾਮ ਹੀ ਹੈ ਬਿਨਾ ਵੈ ਜੋਗ ਨਾ ਹੋਏ ਸਿੱਧ ਗੋਸ਼ਟ ਵਿੱਚ ਮਹਾਰਾ ਜੀ ਨੇ ਕਿਹਾ ਹੈ ਬਿਨਾ ਨਾਮ ਤੋਂ ਸੱਚਾ ਜੋਗ ਹੋਈ ਨਹੀਂ ਸਕਦਾ ਹੈਗਾ ਜੋਗ ਤਾਂ ਨਾਮ ਨਹੀਂ ਕਰਨਾ ਤੇ ਵੀ ਜੀ ਜਿੱਦਾਂ ਗੁਰੂ ਜੀ ਦੀ ਸਿੱਖਾ ਸੁਣਦੇ ਨੇ ਤਾਂ ਕਈ ਲੋਕਾਂ ਦੇ ਦਿਲ 'ਚ ਚੀਜ਼ ਆਂਦੀ ਤਾਂ ਮੈਂ ਤੁਹਾਨੂੰ ਪੁੱਛਣ ਲੱਗਾ ਕਈ ਨੇ ਮੈਨੂੰ ਇਹ ਜ਼ਿਕਰ ਕੀਤੀ ਹੋਈ ਚੀਜ਼ਾਂ ਲਈ ਕਿ ਕਹਿੰਦੇ ਸੀ ਕਿ ਗੁਰੂ ਜੀ ਜਦੋਂ ਕੋਈ ਪ੍ਰੇਮ ਸ਼ਰਧਾ ਨਾਲ ਦਿੰਦਾ ਸੀ ਮਾਰ ਤਾਂ ਕੁਝ ਹੀ ਛਕ ਲੈਂਦੇ ਸੀ ਇਹ ਸ਼ਾਇਦ ਮੈਂ ਤੁਹਾਨੂੰ ਪਹਿਲੇ ਵਾਰਤਬ ਕੀਤੀ ਵੀ ਹੋਈ ਹੈ ਤੇ ਤੇ ਉਹਨਾਂ ਦਾ ਹਵਾਲਾ ਇਹ ਹੈ ਕਿ ਜਿੱਦਾਂ ਇੱਕ ਬੜੇ ਬਿਰਧ ਮਾਤਾ ਜੀ ਸੀ ਜਿਹਨੇ ਹਰਗੋਬਿੰਦ ਪਾਤਸ਼ਾਹ ਨੂੰ ਕੋਟ ਤੇ ਬੈਠੀ ਚਕਾਤਾ ਸੀ ਐਂਡ ਉਹ ਇਦਾਂ ਦੀ ਸਾਖੀਆਂ ਲੈ ਕੇ ਆਉਂਦੇ ਨੇ ਕਿ ਮਹਾਰਾਜ ਨਹੀਂ ਦੇਖਦੇ ਸੀ ਜਿਹਦੇ ਕੋਲੋਂ ਗੇਨ ਪ੍ਰੇਮ ਵਿਰਾਗ ਹੈਗਾ ਤੁਸੀਂ ਸ਼ਰਧਨਾਲ ਕਿਸ ਨੂੰ ਚਕਾ ਰਹੇ ਹੋ ਛਾਖਲੀ ਦਾ ਕੋਈ ਗੱਲ ਨਹੀਂ ਬਟ ਆਈ ਥਿੰਕ ਉਹ ਤਾਂ ਵੀ ਕਹਿ ਰਹੇ ਕਿਉਂਕਿ ਉਹ ਬਾਹਰੋਂ ਚੱਕਣਾ ਚਾਹ ਰਹੇ ਹੈ ਜਾਂ ਕਿਤੇ ਉਹਨਾਂ ਦਾ ਮਾਨਨ ਕਰਦੇ ਤੇ ਸ਼ਾਇਦ ਚੱਕਣਾ ਚਾਹ ਰਹੇ ਹੈ ਸੋ ਉਹਨਾਂ ਨੂੰ ਸੀ ਕਿੱਦਾਂ ਆਨਸਰ ਕਰ ਸਕਦੇ ਆ ਜਾਂ ਉਹਦਾ ਕੀ ਜਵਾਬ ਤੁਹਾਡੇ ਮਾਇਨੇ ਵਿੱਚ ਸਹੀ ਹੈਗਾ ਕਿ ਉਹ ਕਿਉਂ ਵੀ ਬੇ ਰੱਖਣ ਵੈਨ ਦੇ ਟੈਲ ਯੂ ਦਿਸ ਸਾਖੀ ਜਦੋਂ ਸਾਨੂੰ ਸਾਖੀ ਦੱਸ ਰਿਹਾ ਉਹ ਕੀ ਆਬਜੈਕਟ ਉਹ ਕੀ ਕਿਸ ਵਾਸਤੇ ਕੀ ਆਬਜੈਕਟਿਵ ਹੁੰਦਾ ਉਹਨਾਂ ਦਾ ਇਹ ਸਾਖੀ ਦੱਸਣ ਦਾ ਕਿ ਅਸੀਂ ਕੁਝ ਵੀ ਛੱਕ ਸਕਦੇ ਹਾਂ ਬਾਹਰੋਂ ਜਾ ਕੇ ਜੀ ਹਾਂ ਤਾਂ ਫਿਰ ਉਹ ਆਬਵੀਅਸਲੀ ਗਲਤ ਹੋ ਜਾਏਗਾ ਕਿਉਂਕਿ ਇਹਦੇ ਵਿੱਚ ਤਾਂ ਫਿਰ ਬਟ ਐਵੀ ਕਿ ਕਿ ਮਾਰੇ ਨੇ ਛੱਕਿਆ ਵੀ ਯਾ ਸੋ ਮਾਰ ਅਗਰ ਮਹਾ ਇੱਕ ਦੋ ਤਿੰਨ ਚੀਜ਼ਾਂ ਨੇ ਹੈ ਨਾ ਇੱਕ ਤਾਂ ਮਹਾਰਾਜ ਸਾਹਿਬ ਨੇ ਅਗਰ ਛੱਕਿਆ ਫਿਰ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਤੋਂ ਛੱਕਿਆ ਪ੍ਰਸ਼ਾਦਾ ਪਰ ਮਲਿਕ ਭਾਗਵਤ ਤੋਂ ਨਹੀਂ ਛੱਕਿਆ ਹੂੰ ਗੁਰੂ ਸਾਹਿਬ ਜੀ ਦ੍ਰਿਸ਼ਟੀ ਸੀਗੀ ਕਿ ਭਾਈ ਸਾਲੋ ਜੀ ਜਿਹੜੇ ਭਾਈ ਲਾਲੋ ਜੀ ਭਾਈ ਲਾਲੋ ਜੀ ਜਿਹੜੇ ਨੇ ਭਾਈ ਸਾਲੋ ਜੀ ਵੀ ਗੁਰਸਿੱਖ ਹੋਏ ਨੇ ਬਹੁਤ ਦਾ ਤੋਬਾ ਵੀਗਾ ਹਾਂ ਹਾਂ ਬਹੁਤ ਕਮਾਈ ਜੀ ਹਾਂ ਸੋ ਭਾਈ ਲਾਲੋ ਜੀ ਗੁਰੂ ਸਾਹਿਬ ਦ੍ਰਿਸ਼ਟੀ ਹੈਗੀ ਕਿ ਕਿਦਾਂ ਮਨ ਅਸਲ ਅੰਦਰੋਂ ਕੋਣ ਸ਼ੁੱਧ ਹੈਗਾ ਉਹਨਾਂ ਨੇ ਪਛਾਣ ਲਿਆ ਕਿ ਇਹ ਸ਼ੋਦਾ ਹੈ ਇਹ ਚੰਗਾ ਇਨਸਾਨ ਹੈ ਇਹਦੀ ਵਾਈਬ੍ਰੇਸ਼ਨ ਚੰਗੀ ਹੈਗੀ ਹੈ ਇਹਨੇ ਜੋ ਭੋਜਨ ਬਣਾਇਆ ਨੇਕ ਕਮ ਕਮਾਈ ਨਾਲ ਬਣਾਇਆ ਹੈ ਇਹ ਅੰਮ੍ਰਿਤ ਵਰਗਾ ਹੈਗਾ ਗੁਰੂ ਸਾਹਿਬ ਜੀ ਨੇ ਉੱਥੇ ਛਕਿਆ ਨਾਲੇ ਜਿਹੜਾ ਭਾਗੋ ਦਾ ਜਿਹੜਾ ਸੀਗਾ ਗੁਰੂ ਸਾਹਿਬ ਦੀ ਦ੍ਰਿਸ਼ਟੀ ਸੀਗੀ ਉਹਨਾਂ ਨੇ ਵੇਖ ਲਿਆ ਕਿ ਇਹਦਾ ਪਾਪ ਕਰਮਾ ਨਾਲ ਬਣਾ ਜੀ ਤਾਂ ਵਿਵੇਕ ਉੱਥੇ ਦਿਖਾਤਾ ਨਾ ਉੱਥੇ ਹੀ ਤਾਂ ਵਿਵੇਕ ਮਹਾਰਾਜ ਸਾਹਿਬ ਨੇ ਦਿਖਾਇਆ ਛੱਤੀ ਪ੍ਰਕਾਰ ਦੇ ਪੋਜਨ ਨਹੀਂ ਛਕਣੇ ਅਸੀਂ ਜਿਹੜੇ ਗਲਤ ਤਰੀਕੇ ਨਾਲ ਜਾਂ ਗਰਦ ਵਾਈਬ੍ਰੇਸ਼ਨ ਵਿੱਚ ਬਣਾਏ ਗਏ ਨੇ ਪਰ ਜਿਹੜਾ ਪੋਜਨ ਸਹੀ ਸ਼ੁੱਧੀ ਵਿੱਚ ਬਣਾਇਆ ਗਿਆ ਹੈ ਸ਼ੁੱਧੀ ਵਿੱਚ ਵਾਈਬ੍ਰੇਸ਼ਨ ਵਿੱਚ ਬਣਾਇਆ ਗਿਆ ਉਹ ਛਕਣਾ ਹੈ ਧਰਮ ਕੀਰਤ ਨਾਲ ਬਣਾਇਆ ਧਰਮ ਕੀਰਤ ਨਾਲ ਬਣਾਇਆ ਤਾਂ ਉਹ ਛਕਣਾ ਆਏਗਾ ਹੁਣ ਬਾਇ ਡਿਫਾਲਟ ਇਟ ਇਜ਼ ਅਸਿਊਮਡ ਕਿ ਹਰ ਅੰਮ੍ਰਿਤਾਰੀ ਗੁਰਸੇਖ ਧਰਮ ਦੇ ਕੀਰਤ ਕਰੇਗਾ ਨਾਮ ਜਪੇਗਾ ਬਾਣੀ ਪੜ੍ਹੇਗਾ ਤਾਂ ਉਹਦੀ ਹੱਦ ਆਪਾਂ ਛਕਾਂਗੇ ਤਾਂ ਸਾਨੂੰ ਬੈਨੀਫਿਟ ਵੀ ਹੋਊਗਾ ਔਰ ਨੁਕਸਾਨ ਨਹੀਂ ਹੋਏਗਾ ਪਰ ਇਟ ਇਜ਼ ਅਸਿਊਮਡ ਥੈਟ ਐਵਰੀ ਅਮ੍ਰਿਤਧਾਰੀ ਸ਼ੁੱਡ ਡੂ ਥੈਟ ਔਰ ਸਾਨੂੰ ਕਰਨਾ ਹੀ ਚਾਹੀਦਾ ਹੈਗਾ ਲੇਕਿਨ ਪ੍ਰੈਜ਼ੈਂਟ ਸਟੇਟਸ ਵਿੱਚ ਅਮ੍ਰਿਤਧਾਰੀ ਜਿਹੜਾ ਟਰਮ ਹੈਗਾ ਕਿ ਉਹ ਰੀਅਲੀ ਅਮਰਤਾਰੀ ਹੈਗਾ ਕਿ ਉਹ ਰਹਿਤਵਾਨ ਵੀ ਹੈਗਾ ਕਿ ਨਹੀਂ ਹੈਗਾ ਸੋ ਇਹ ਵੀ ਚੀਜ਼ ਸਾਨੂੰ ਸਮਝਣੀ ਪੈਗੀ ਇੱਥੇ ਤੱਕ ਸਾਨੂੰ ਸਮਝਣਾ ਪਏਗਾ ਕਿ ਭਈ ਉਹ ਸ੍ਰਿਹਤ ਲੈਵਲ ਤੋਂ ਫੋਲੋ ਕਰ ਰਿਹਾ ਹੈ ਕਿ ਨਹੀਂ ਤਾਂ ਜੇ ਅਗਰ ਤੁਹਾਨੂੰ ਲੱਗਦਾ ਹੈਗਾ ਕਿ ਉਹ ਟਿਲ ਹੈਗੀ ਹੈ ਜਾਂ ਉਹਨੇ ਕੋਈ ਰਹਿਤ ਕੀਤੀ ਹੈ ਬੱਜਰ ਕੋ ਰਹਿਤ ਕੀਤੀ ਹੈ ਜਾਂ ਕੋਈ ਵੱਡੀ ਕੋ ਰਹਿਤ ਕੀਤੀ ਹੈ ਜੋ ਬਖਸ਼ਾਣੋਂ ਯੋਗ ਨਹੀਂ ਹੈ ਜਾਂ ਉਹਨੂੰ ਪੇਸ਼ ਹੋਣਾ ਚਾਹੀਦਾ ਹੈਗਾ ਫਿਰ ਤੁਸੀਂ ਤੁਹਾਨੂੰ ਡਿਸਟੈਂਸ ਬਣਾਉਣਾ ਪਊਗਾ ਤੋ so, ਬਟ that is something which is one step ahead ਅਜੇ ਤਾਂ ਆਪਾਂ ਬਾਹਰ ਦਾ ਫਾਸਟ ਫੂਡ ਹੀ ਨਹੀਂ ਛੱਡਿਆ ਆਇਗਾ ਉਹ ਤਾਂ ਅੱਗੇ ਦੀ ਫਿਰ ਗੱਲਾਂ ਹੋ ਗਈਆਂ ਨਾ ਤੋ ਇਹ ਸਾਰੀ ਚੀਜ਼ਾਂ ਨੇ ਤੋ ਗੁਰੂ ਸਾਹਿਬ ਦੀ ਦ੍ਰਿਸ਼ਟੀ ਜਿਹੜੀ ਆ ਉਹ ਉਸ ਉਹ ਤਾਂ ਦ੍ਰਿਸ਼ਟੀ ਨਾਲ ਦੇਖ ਲੈਂਦੇ ਕਿ ਕਿਦੇ ਅੰਦਰ ਵਿਵੇਕ ਹੈਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖ ਲਿਆ ਹੋਣਾ ਕਿ ਉਹਨਾਂ ਦੇ ਵਿੱਚ ਮਾਤਾ ਜੀ ਜਿਹੜੇ ਨੇ ਬੜੇ ਪ੍ਰੇਮ ਵਿਰਾਗ ਵਿੱਚ ਤੇ ਅਸੀਸਾਂ ਦੇ ਨਾਲੇ ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਹੈਗਾ ਹੈ ਨਾ ਪਰ ਹੁਣ ਸਾਡੀ ਜਿਹੜੀ ਦ੍ਰਿਸ਼ਟੀ ਹੈਗੀ ਸੋ ਸਾਨੂੰ ਇੱਕ ਮਰਿਆਦਾ ਵਿੱਚ ਰਹਿਣਾ ਪਏਗਾ ਸਾਨੂੰ ਸਮਝਣਾ ਪਏਗਾ ਕਿ ਵੀ ਜਿਹੜਾ ਗੁਰਸਿੱਖ ਹੈਗਾ ਉਹ ਬਾਣੀ ਪੜ ਕੇ ਬਣਾ ਰਿਹਾ ਤੇ ਆਪਾਂ ਉੱਥੋਂ ਛਕੀਏ ਔਰ ਸਹੀ ਚੀਜ਼ ਹੀ ਛਕੀਏ ਇਹ ਵੀ ਧਿਆਨ ਰੱਖਣਾ ਪਏਗਾ ਹੁਣ ਕਹੀਏ ਕਿ ਵੀ ਕੋਈ ਗੁਰਸਿੱਖ ਹੈ ਔਰ ਰੋਜ਼ ਹੀ ਪੀਜ਼ਾ ਬਣਾ ਰਿਹਾ ਤੇ ਪਰ ਰੋਜ਼ ਹੀ ਉਹਦਾ ਪੀਜ਼ਾ ਖਾ ਰਿਆ ਤਾਂ ਉਹ ਹੀ ਤੁਹਾਨੂੰ ਬਿਮਾਰ ਕਰੇਗਾ ਇਵਨ ਤੋਂ ਬਾਣੀ ਪੜ ਕੇ ਬਣਾਇਆ ਜਾ ਰਿਹਾ ਕਿ ਅਗਰ ਉਹਦੇ ਵਿੱਚ ਫਿਰ ਉਹੀ ਬਾਹਰ ਵਾਲਾ ਚੀਜ਼ ਹੈਗਾ ਔਰ ਬਾਹਰ ਵਾਲਾ ਮੈਦਾ ਹੈਗਾ ਤੇ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਬਿਮਾਰ ਹੋ ਕਰੇਗਾ ਹੀ ਕਰੇਗਾ ਜਿਵੇਂ ਹੋਮ ਮੇਡ ਜੰਕ ਫੂਡ ਹੁੰਦਾ ਹੋਮ ਮੇਡ ਜੰਕ ਜਾਂ ਐਕਚੁਅਲੀ ਜੰਕ ਫੂਡ ਹੁੰਦਾ ਹੀ ਨਹੀਂ ਹੈ ਜੰਕ ਜੰਕ ਹੁੰਦਾ ਹੈ ਫੂਡ ਫੂਡ ਹੁੰਦਾ ਹੈ ਤਾਂ ਆਪਾਂ ਜੰਕ ਫੂਡ ਮਿਕਸ ਕਰ ਦਿੱਤਾ ਹੈ ਸਮਝ ਰਹੇ ਹੋ ਸੋ ਹੋਮ ਮੇਡ ਜੰਕ ਫੂਡ ਵੀ ਜੰਕ ਹੀ ਹੈ ਜੰਕ ਜੰਕ ਮੀਨਸ ਜੰਕ ਫੂਡ ਮੀਨਸ ਫੂਡ ਕੋਈ ਐਪਲ ਹੈ ਬਨਾਨਾ ਹੈ ਉਹ ਫੂਡ ਹੈ जो थोड़े कुरकुरे ने लेज ने वो जंक है वो जंक फूड नहीं है नहीं मैं ता कह रहा कि जिम्मे कह लो कि घर पिज्जा बना लिए घर बर्गर बना के फ्राइज बना के असी खावाने शुरू कर दिए या सोया जिमें चाँम की गल की है पूरे तड़के लगा के वो जंक नहीं हो गया वो जंक ही हो गया वंस इन अवाइल ठीक है बट अगर रेगुलर तुट्टी लाइफ का पार्ट बन दूँ फिर वास्ते जंक है क्योंकि थोड़े अंदर भी वो जंक ही कर रहा है तो वंस इन अ वाइल अगर तुम सही इंग्रीड्स लैके थोड़ा बहुत कुकिंग कर भी लो तो दैट इज़ नॉट अ बिग डील है ना ओके तो मैं कोई एक्सट्रीम नहीं है कि भाई सिर्फ फ्रूट ही खाने हैं या सिर्फ सलाद ही खाने ना नॉट लाइक दैट ਯਾ ਮੈਨੂੰ ਇੰਟਰਸਟਿੰਗ ਲੱਗ ਰਿਹਾ ਬੜਾ ਸਾਤਵਿਕ ਲਾਈਫ ਤੇ ਥੋੜੇ ਜਿਹੀ ਟਿਪਸ ਐਂਡ ਟ੍ਰਿਕਸ ਦੱਸੋ ਵੀਰ ਜੀ ਕਿ ਜੇ ਕੋਈ ਸਾਤਵਿਕ ਲਾਈਫ 'ਚ ਆਣਾ ਚਾਹ ਰਿਹਾ ਸਾਤਵਿਕ ਖਾਣਾ ਭੋਜਨ ਛਕਣਾ ਚਾਹ ਰਿਹਾ ਤੇ ਕਿਵੇਂ ਦੇ ਆਹਾਰ ਕਿਵੇਂ ਦੀ ਚੀਜ਼ਾਂ ਵਿੱਚ ਤੁਸੀਂ ਸਨ ਕੁਕਡ ਬਾਰੇ ਦੱਸਿਆ ਹੋਰ ਕਿਵੇਂ ਦੀ ਅਨਕੁਕਡ ਚੀਜ਼ਾਂ ਦੱਸਿਆ ਕਿ ਅਨਕੁਕਡ ਰੋ ਵੈਜੀਟੇਬਲਸ ਖਾਣੀਆਂ ਚਾਹੀਦੀਆਂ ਹੋਰ ਇਦਾਂ ਦੀ ਕਿਹੜੀ ਚੀਜ਼ਾਂ ਜਾਂ ਕਿਵੇਂ ਦੇ ਭਾਂਡੇ ਬਰਤਨੇ ਚਾਹੀਦੇ ਆ ਕਿਵੇਂ ਦਾ ਲਾਈਫ ਸਟਾਈਲ ਸ਼ੁਰੂ ਕਰ ਸਕਦੇ ਆ ਫਰੋਮ ਬਿਗਨਿੰਗ ਟੂ ਜਿੱਥੇ ਤੱਕ ਮੇभी ਤੁਸੀਂ ਕਰਦੇ ਹੋ ਯਾ ਤੁਸੀਂ ਪਾਂਡੇ ਆ ਮੇभी ਆਪਣੀ ਰੁ ਪਾਂਡਿਆਂ ਦਾ ਜਦੋਂ ਤੁਸੀਂ ਜ਼ਿਕਰ ਕੀਤਾ ਨਾ ਪਾਂਡਿਆਂ ਦਾ ਸੋ ਆਈ ਊਡ ਸੇ ਕਿ ਬੈਸਟ ਹੈਗੇ ਕਿ ਤੁਸੀਂ ਸਰਗੋਲ ਦੇ ਪਾਂਡਿਆਂ ਵਿੱਚ ਖਾਓ ਜਾਂ ਤੁਸੀਂ ਮਿੱਟੀ ਦੇ ਪਾਂਡਿਆਂ ਵਿੱਚ ਖਾਓ ਔਰ ਅਗਰ ਸਟੋਰੇਜ ਕਰਨੀ ਹੈ ਤਾਂ ਤੁਸੀਂ ਅ ਕੱਚ ਵਿੱਚ ਕਰ ਸਕਦੇ ਹੋ ਇਨ ਦਾ ਗਲਾਸ ਵਿੱਚ ਸਟੋਰੇਜ ਕਰ ਸਕਦੇ ਹੋ ਬਟ ਪਲਾਸਟਿਕ ਹੋ ਗਿਆ ਸਟੈਰੀਫੋਰਮ ਹੋ ਗਿਆ ਜਾਂ ਨਾਨ ਸਟਿਕ ਹੋ ਗਿਆ ਜਾਂ ਅਲੂਮੀਨੀਅਮ ਹੋ ਗਿਆ ਇਹਨਾਂ ਨੂੰ ਬਿਲਕੁਲ ਵੀ ਯੂਜ਼ ਨਹੀਂ ਕਰਨਾ ਚਾਹੀਦਾ ਹੈਗਾ ਟੈਫਲੋਨ ਟੈਫਲੋਨ ਇਸ ਲਾਈਕ ਨਾਨ ਸਟਿਕ ਦੇ ਉੱਤੇ ਟੈਫਲੋਨ ਕੋਟਿੰਗ ਹੁੰਦੀ ਹੈ ਥੈਟ ਇਜ਼ ਟਾਕਸਿਕ ਇਨ ਨੇਚਰ ਕਿਉਂਕਿ ਤੁਸੀਂ ਦੇਖੋ ਜਿਹੜਾ ਕੁਕ ਨਾਨ ਸਟਿਕ ਹੁੰਦਾ ਨਾ ਬੰਦਾ ਕਹਿੰਦਾ ਕਿ ਵੀ ਜਿਹੜਾ ਆਸਾਨ ਹੈ ਇਹਨੂੰ ਜਲਦੀ ਸਫਾਈ ਹੋ ਜਾਏਗੀ ਤੇ ਆਪਾਂ ਇਹਨੂੰ ਯੂਜ਼ ਕਰ ਲਈ ਔਰ ਸਟਿਕ ਵੀ ਨਹੀਂ ਹੋਏਗਾ ਹੈਨਾ ਲੇਕਿਨ ਉਹਦੇ ਅੰਦਰ ਜਿਹੜਾ ਟੈਫਲੋਨ ਕੋਟਿੰਗ ਹੈਗਾ ਉਹ ਤੁਹਾਡੇ ਫੂਡ ਵਿੱਚ ਜਾ ਕੇ ਤੁਹਾਡੇ ਅੰਦਰ ਜਾ ਕੇ ਸਟਿਕ ਹੋਏਗਾ ਔਰ ਤੁਹਾਨੂੰ ਜਾ ਕੇ ਅੰਦਰ ਬਿਮਾਰ ਕਰੇਗਾ ਔਰ ਥੋੜੇ ਟਾਈਮ ਬਾਅਦ ਉਹ ਨਾਨ ਸਟਿਕ ਕੁਕਵੇਅਰ ਜਿਹੜਾ ਹੈਗਾ ਆਫਟਰ ਫਿਊ ਇਅਰਸ ਫਿਰ ਉਹ ਨਾਨ ਸਟਿਕ ਰਹਿੰਦਾ ਵੀ ਨਹੀਂ ਹੈਗਾ ਕਿਉਂਕਿ ਉਹਦੇ ਉੱਤੇ ਉਹ ਲੇਅਰ ਜਿਹੜੀ ਹੈ ਉਹ ਸਾਫ ਹੋ ਜਾਂਦੀ ਹੈ ਹੁਣ ਉਹ ਸਾਫ ਹੋ ਕੇ ਗਈ ਕਿੱਥੇ ਤੁਹਾਡੇ ਪੇਟ ਵਿੱਚ ਤਰੇਡੇ পেট ਖਾਣੇ ਵਿੱਚ ਗਈ ਫਿਰ ਸਾਡੇ পেট ਵਿੱਚ ਗਈ ਔਰ ਸਾਨੂੰ ਉਹਨੇ ਬਿਮਾਰ ਕਰਨਾ ਹੈਗਾ ਤੇ ਇੱਕ ਸਟੱਡੀ ਹੋਈ ਸੀਗੀ कि अनेमिया जिदा आप गल करते आयरन की सरबलो की तो जो कोई सरबलो भी बना के खाना खाएगा उस देर दे, दे आर चांसिस की वो दी अनेमिया या हिमोगलोबिन या ब्लड काउंट कट्ट है तो बद सद इस तरह की सैंटिफिक स्टडीज हो चुकिया ने मैं वीडियो भी बनाई सी जब दस कि वैन वी कंपेयर अलूमीनीयम एंड सबलो एंड नॉन स्टिक एंड सरबलो तो सरबलो ऑलवेज इज़ बैटर एंड जेडे अलूमीनीयम एंड जॉन स्टिक ने बीमार करेंगे दैट इज़ सयीटीफिकली प्रूव यहां की गल्ला नहीं है और अलूमीनियम तो एक न्यूरोटोक्सिन हैगा न्यूरोटोक्सिन कहें कि ਅਰਧੀ ਜੇਲਾਂ ਵਿੱਚ ਕੈਦੀਆਂ ਨੂੰ ਖਿਲਾਈ ਜਾਂਦੀ ਸੀਗੀ ਉਹਨਾਂ ਦੇ ਅਲੂਮੀਨੀਅਮ ਦੇ ਪਾਂਡਿਆਂ ਵਿੱਚ ਤਾਂ ਕਿ ਉਹ ਦਿਮਾਗ ਉਹਨਾਂ ਦਾ ਧੀਰੇ ਧੀਰੇ ਸਲੋ ਡਾਊਨ ਹੋਣਾ ਸ਼ੁਰੂ ਹੋ ਜਾਏ ਔਰ ਉਹ ਸੱਚ ਦੱਸਣਾ ਸ਼ੁਰੂ ਕਰ ਦੇਣ ਕਿ ਵੀ ਕੀ ਉਹਨਾਂ ਨੇ ਛੜੀ ਅੰਤਰ ਰਚਿਆ ਹੈ ਸਰਕਾਰ ਦੇ ਖਿਲਾਫ ਛੜੇਕਰਿਕ ਸਿੰਘ ਆਂਦਾ ਉਹ ਹਰ ਵਾਰੀ ਅਲੂਮੀਨੀਅਮ ਦੇ ਕੇ ਨਾ ਇਹ ਗੱਲ ਕਰਦਾ ਉਹਨੂੰ ਅੱਛਾ ਕਿ ਜੇਲਾਂ 'ਚ ਖਵਾਉਂਦੇ ਹੁੰਦੇ ਉਦਾਂ ਯਾ ਸੋ ਇਸ ਤਰ੍ਹਾਂ ਹੁੰਦਾ ਸੀਗਾ ਫਿਰ ਇਸੇ ਤਰ੍ਹਾਂ ਹੁਣ ਪਾਂਡੇ ਦੀ ਆਪਾਂ ਗੱਲ ਕਰ ਲਈ ਤੋਂ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰੀਏ ਕਿ 3 ਟਾਈਮਸ ਮੀਲ ਮੈਨੂੰ ਲੱਗਦਾ ਹੈ ਕਿ ਅੱਜ ਜਿਸ ਤਰ੍ਹਾਂ ਸਾਡਾ ਲਾਈਫ ਸਟਾਈਲ ਹੈਗਾ ਜਿਸ ਤਰ੍ਹਾਂ ਦੀ ਜਿੰਨੀ ਆਪਾਂ ਐਕਸਰਸਾਈਜ਼ ਘੱਟ ਹੀ ਕਰਦੇ ਆ ਲੋਕੀ ਅੱਜ ਕੱਲੇ ਆਫਿਸ ਡੈਸਕ ਦਾ ਕੰਮ ਹੈਗਾ ਸਾਰਾ ਖੇਤਾਂ ਵਿੱਚ ਤਾਂ ਕੋਈ ਕਰ ਨਹੀਂ ਰਿਹਾ ਪਰ ਥੋਪੇ ਵਿੱਚ ਵੀ ਕੱਟ ਜਾ ਰਹੇ ਆ ਤੋਂ ਤਿੰਨ ਟਾਈਮ ਰੋਟੀ ਸਬਜ਼ੀ ਖਾਣ ਦਾ ਪੁਆਇੰਟ ਨਹੀਂ ਬਣਦਾ ਜੀ ਗੁਰਬਾਣੀ ਵਿੱਚ ਦੋਨੋਂ ਵਕਤ ਜੀਵਾਲੇ ਲਿਖਿਆ ਹੈ है ना जब भाई भगत दन्ना जी अरदस करते हैं दोनों जी वाले तो दो टाइम ग्रेन मिल कर हो एट द मैक्स थ्री टाइम्स इज़ नॉट वर्किंग और पहले टाइम भी कहावत बनी सी कि जो तीन टाइम खाए और रोगी ਇਦਾਂ ਕਹਿੰਦਾ ਕਿ ਜੋ ਇੱਕ ਟਾਈਮ ਖਾਏ ਉਹ ਯੋਗੀ ਦੋ ਟਾਈਮ ਖਾਏ ਉਹ ਪੋਗੀ ਤਿੰਨ ਟਾਈਮ ਖਾਏ ਤਾਂ ਰੋਗੀ ਤੇ ਜੋ ਤਿੰਨ ਟਾਈਮ ਖਾਏਗਾ ਉਹਨੇ ਰੋਗੀ ਹੋਣਾ ਹੀ ਹੋਣਾ ਹੈ ਨਨ ਇਨਸਪਾਇਰਡ ਆਫ ਦਾ ਫੈਕਟ ਇਹੋ ਕੀ ਕਰਦਾ ਪਿਆ ਹੈ ਤਾਂ ਤਿੰਨ ਟਾਈਮ ਰੋਟੀ ਸਬਜੀ ਨਹੀਂ ਖਾਣੀ ਚਾਹੀਦੀ ਦੋ ਟਾਈਮ ਇਜ਼ ਇਨਫ ਔਰ ਬਾਕੀ ਟਾਈਮ ਜੋ ਹੈ ਤੁਸੀਂ ਸਾਤਵਿਕ ਆਹਾਰ ਜਿਵੇਂ ਫਰੂਟਸ ਹੋ ਗਏ ਸੈਲਡਸ ਹੋ ਗਏ ਇਹ ਚੀਜ਼ਾਂ ਖਾ ਸਕਦੇ ਹੋ ਜੂਸਸ ਪੀ ਸਕਦੇ ਹੋ ਕਦੀ ਹਰਬਲ ਟੀ ਪੀ ਸਕਦੇ ਹੋ ਬਟ ਚਾਹ ਕਾਫੀ ਔਰ ਇਹ ਸਾਰੀ ਚੀਜ਼ਾਂ ਅਵੋਇਡ ਕਰਨੀ ਚਾਹੀਦੀਆਂ ਨੇ ਤੇ ਜੇ ਸਬਜੀ ਬਣਾ ਰਹਿਆਂ ਉਹਦੇ ਵਿੱਚ ਮਸਾਲੇ ਉਹਦਾ ਪਾ ਸਕਦੇ ਮਸਾਲੇ ਆਰ ਨ ਜਿਹੜਾ ਆਪਾਂ ਤੇਲ ਪਾ ਰਹੇ ਹਾਂ ਤੜਕਾ ਲਾਉਣ ਨੂੰ ਤੜਕਾ ਤੜਕਾ ਪ੍ਰੋਬਲਮ ਹੁੰਦੀ ਹੈ ਔਰ ਉਹਦੇ ਵਿੱਚ ਵੀ ਜਿਹੜਾ ਤੇਲ ਹੈਗਾ ਨਾ ਅਗਰ ਉਹ ਤਾਂ ਵੁੱਡ ਪ੍ਰੈਸਡ ਕੋਲਡ ਪ੍ਰੈਸ ਜਿਹੜਾ ਹੈਗਾ ਬੋਲ ਡਰਾਈਵਨ ਹੈਗਾ ਤਾਂ ਉਹ ਫਾਇਦਾ ਕਰਦਾ ਹੈ ਔਰ ਉਹ ਵੀ ਲਿਮਿਟਿਡ ਕੁਆਨਟੀਟੀ ਪਰ ਅਗਰ ਉਹ ਮਸ਼ੀਨੀ ਤਰੀਕੇ ਦੇ ਨਾਲ ਰਿਫਾਈਨ ਹੋ ਕੇ ਆਏਗਾ ਤੇ ਉਹ ਤੁਹਾਨੂੰ ਬਿਮਾਰ ਕਰੇਗਾ ਹੀ ਕਰੇਗਾ ਉਹ ਸਾਇੰਟੀਫਿਕਲੀ ਪ੍ਰੂਵ ਹੋ ਚੁੱਕਿਆ ਹੈ ਇਸ ਆਇਲ ਹੈਲਦੀ ਕਰਕੇ ਡਾਕਟਰ ਅਮਰੀਕਾ ਦੇ ਵੱਡੇ ਰਿਸਰਚਰਸ ਸੀਗੇ ਐਸਲਸਟੀਨ ਉਹਨਾਂ ਨੇ ਪਾਇਆ ਸੀਗਾ ਔਰ ਸਾਰੇ ਉਹਨਾਂ ਨੇ ਰਿਸਰਚ ਦਿਖਾਇਆ ਹੈ ਕਿ ਕਿਸ ਤਰ੍ਹਾਂ ਆਇਲ ਤੁਹਾਨੂੰ ਇਨਫਲੇਮੇਸ਼ਨ ਕਰਦਾ ਹੀ ਕਰ ਕੋਕਨਟ ਆਇਲ ਜਿਹੜਾ ਵੀ ਯੈਸ ਡੈਫੀਨਿਟਲੀ ਅਨਲੈਸ ਇਟ ਇਜ਼ ਹਾ ਜਿਹੜਾ ਪੁਰਾਣਾ ਟ੍ਰੈਡੀਸ਼ਨਲ ਤਰੀਕਾ ਉਸ ਦੇ ਨਾਲ ਨਿਕਾਲਿਆ ਜਾਏ ਔਰ ਲਿਮਿਟਡ ਕੁਆਂਟੀਟੀ ਵਿੱਚ ਯੂਜ਼ ਕੀਤਾ ਜਾਏ ਤਾਂ ਉਹ ਬੈਨੀਫਿਟ ਕਰਦਾ ਆਏਗਾ। ਸੋ ਬਿਨਾ ਤੇਲ ਤੋਂ ਜੋ ਸਬਜੀ ਬਣਾ ਰਹੇ ਹਾਂ ਵੀਰ ਜੀ ਮਤਲਬ ਅਦਰਕ ਲਸਣ ਇਦਾਂ ਹੀ ਸਭ ਕੁਝ ਜਿਵੇਂ ਇਕੱਠਾ ਪਾਤਾ। ਯਾ ਇਦਾਂ ਬਣਾਇਆ ਜਾ ਸਕਦਾ ਹੈ। ਇਦਾਂ ਬਣਾਇਆ ਜਾ ਸਕਦਾ ਹੈ ਪਾਣੀ ਵਿੱਚ ਬਣਾਇਆ ਜਾ ਸਕਦਾ ਹੈ ਔਰ ਉਹਨੂੰ ਉਹਦੀ ਰਿਕੁਆਇਰਮੈਂਟ ਜਿਹੜੀ ਹੈ ਆਇਲiness ਦੀ ਉਹਨੂੰ ਫੁੱਲਫਿਲ ਕਰਨ ਵਾਸਤੇ ਬਾਅਦ ਵਿੱਚ ਨਾ ਉਹਨੂੰ ਕੋਕੋਨਟ ਘਿਸ ਕੇ ਉਹਦੇ ਉੱਤੇ ਪਾਇਆ ਜਾ ਸਕਦਾ ਹੈ ਔਰ ਲਿਡ ਨੂੰ ਕਲੋਜ਼ ਕੀਤਾ ਜਾ ਸਕਦਾ ਹੈ। ਫਿਰ ਥੋੜੇ ਟਾਈਮ ਸਟੀਮ ਦੇ ਨਾਲ ਹੀ ਉਹ ਕੋਕੋ ਟੇਸਟ ਵਿੱਚ ਥੋੜਾ ਡਿਫਰੈਂਸ ਹੋਏਗਾ ਬਿਕਾਜ਼ ਦੀ ਕੋਕੋਨਟ ਕਈ ਵਾਰੀ ਕਈ ਲੋਕੀ ਨਹੀਂ ਵੀ ਲਾਈਕ ਕਰਦੇ ਆ ਸਟਾਰਟਿੰਗ ਵਿੱਚ ਅਡਾਪਟ ਨਹੀਂ ਕਰ ਪਾਉਂਦੇ ਪਰ ਬੈਟਰ ਦੈਨ ਹੈਲਥ ਵਾਈਜ਼ ਬੈਟਰ ਦੈਨ ਜਿਹੜਾ ਮਾਰਕੀਟ ਵਾਲਾ ਆਇਲ ਹੈਗਾ ਓਕੇ ਜਾਂ ਫਿਰ ਤੁਸੀਂ ਆਪਣੇ ਕਿਸੇ ਤਰੀਕੇ ਦੇ ਨਾਲ ਕਿਸੇ ਆਪਣੇ ਘਰ ਦੇ ਕੋਲ ਅਗਰ ਨਿਕਲਵਾ ਪਾਓ ਆਪਣੀ ਨਿਗਰਾਨੀ ਵਿੱਚ ਸਹੀ ਤੇਲ ਤਾਂ ਤੁਸੀਂ ਉਹ ਯੂਜ਼ ਕਰ ਸਕਦੇ ਹੋ ਤਾਂ ਉਹਦੇ ਵਾਸਤੇ ਵੀ ਮਨਾ ਨਹੀਂ ਹੈਗਾ ਯੂਜ਼ ਕਰਨਾ ਬਟ ਤਰੀਕਾ ਸਹੀ ਸਿਮਿਲਰ ਹੈ ਸਾਰਾ ਕੁਝ ਸਿਮਿਲਰ ਹੈਗਾ ਤੇਲ ਦੀ ਗੱਲ ਕਰੀਏ ਕਿ ਇਹਦੀ ਗੱਲ ਕਰੀਏ ਅਗਰ ਤੁਸੀਂ ਨੈਚੁਰਲ ਚੀਜ਼ ਨੂੰ ਐਕਸਟਰੈਕਟ ਕਰਵਾ ਪਾ ਰਹੇ ਹੋ ਦੈਟ ਇਜ਼ ਗੁੱਡ ਫਾਰ ਯੂ ਬਟ ਅਗਰ ਤੁਸੀਂ ਮਾਰਕੀਟ ਦਾ ਡੱਬੇ ਬਣ ਚੀਜ਼ਾਂ ਯੂਜ਼ ਕਰ ਰਹੇ ਹੋ ਦੈਟ ਇਜ਼ ਗੋਇੰਗ ਟੂ ਕ੍ਰੀਏਟ ਡਿਜ਼ੀਜ਼ ਫਾਰ ਯੂ ਤੋ ਜਿੰਨਾ ਆਪਾਂ ਨੇਚਰ ਦੇ ਕਲੋਜ਼ ਜਾਂਦੇ ਜਾਵਾਂਗੇ ਉਹਨੇ ਬਿਮਾਰੀਆਂ ਠੀਕ ਹੁੰਦੀਆਂ ਜਾਵਾਂਗੇ ਜਿੰਨਾ ਨੇਚਰ ਤੋਂ ਦੂਰ ਜਾਵਾਂਗੇ ਉਹਨੇ ਬਿਮਾਰੀਆਂ ਵੱਧਦੀਆਂ ਜਾਣਗੀਆਂ ਫਿਰ ਇਸ ਲੀਪ ਸਾਈਕਲ ਬਾਰੇ ਵੀ ਕੁਝ ਕਹਿੰਦੇ ਕਿ ਖਾਣਾ ਕਦੋਂ-ਕਦੋਂ ਖਾਣਾ ਚਾਹੀਦਾ ਦਿਨ ਦੇ ਦੌਰਾਨ ਕਿਉਂਕਿ ਜੇ ਤੁਸੀਂ ਦੋ ਵਾਰੀ ਮੈਂਸ਼ਨ ਕਰ ਰਹੇ ਹੋ ਤੇ ਮੈਂ ਤਾਂ ਇਹ ਸੋਚ ਰਿਹਾ ਕਿ ਕਦੋਂ-ਕਦੋਂ ਫਿਰ ਕਿਉਂਕਿ ਜੇ ਮੈਂ ਆਪਣਾ ਸੋਚਾਂ ਜੇ ਮੈਂ ਇੱਕ ਬ੍ਰੇਕਫਾਸਟ ਖਾ ਲਾਂ ਤੇ ਮੈਂ ਲੰਚ ਕਰਾਂ ਤੇ ਮੈਨੂੰ ਰਾਤੀ ਭੁੱਖ ਲੱਗਣੀ ਹੈ ਜੇ ਆਪਾਂ ਨੇ ਘਟਾਉਣ ਦੀ ਗੱਲ ਕਰਾਂ ਸੋ ਸਾਤਵਿਕ ਅ ਜਿਹੜਾ ਟ੍ਰੈਡੀਸ਼ਨਲ ਲਾਈਫਸਟਾਈਲ ਆ ਕਹੋ ਉਹ ਕਹਿੰਦਾ ਇਹਦੇ ਬਾਰੇ ਕਿ ਕਿਹੜੇ ਟਾਈਮ ਤੇ ਖਾਣਾ ਚਾਹੀਦਾ ਕਿਹੜੇ ਟਾਈਮ ਤੇ ਨਹੀਂ ਖਾਣਾ ਚਾਹੀਦਾ ਪ੍ਰੇਫਰੇਬਲ ਹਮ ਸੋ ਇਹਦੇ ਵਿੱਚ ਡਿਫਰੈਂਟ ਥੌਟਸ ਐਂਡ ਓਪੀਨੀਅਨਸ ਨੇ ਸਾਰੇ ਆ ਦੇ ਨਾ ਤੋਂ ਕੋਈ ਕਹਿੰਦਾ ਹੈ ਕਿ ਬ੍ਰੈਕਫਾਸਟ ਬਹੁਤ ਹੈਵੀ ਹੋਣਾ ਚਾਹੀਦਾ ਹੈਗਾ ਐਂਡ ਲੰਚ ਥੋੜਾ ਮੀਡੀਅਮ ਹੋਣਾ ਚਾਹੀਦਾ ਹੈ ਔਰ ਡਿਨਰ ਵਿੱਚ ਆਲਮੋਸਟ ਨੈਗਲੀਜੀਬਲ ਹੋਣਾ ਚਾਹੀਦਾ ਕੋਈ ਮਾੜਾ ਮੋਟਾ ਸੂਪ ਟਾਈਪ ਪੀ ਲਿਆ ਹੈ ਨਾ ਉਹ ਕਹਿੰਦੇ ਬ੍ਰੈਕਫਾਸਟ ਲਾਈਕ ਅ ਕਿੰਗ ਡਿਨਰ ਲਾਈਕ ਅ ਬੈਗਰ ਯਾ ਪਰ ਮੈਂ ਜੋ ਚੀਜ਼ ਦੇਖੀ ਹੈ ਆਪਣੇ ਕਲਾਇੰਟ ਅਨ ਲੰਚ ਸ਼ੁੱਡ ਬੀ ਥੋੜਾ ਹੈਵੀ ਐਂਡ ਡਿਨਰ ਜਿਹੜਾ ਹੈਗਾ ਉਹ ਮੀਡੀਅਮ ਹੋਣਾ ਚਾਹੀਦਾ ਹੈਗਾ ਜੋ ਮੈਂ ਆਪਣੇ ਕਲਾਇੰਟਸ ਨਾਲ ਕਰਦਾ ਹਾਂ ਔਰ ਜਿਹਦੇ ਨਾਲ ਰਿਜ਼ਲਟਸ ਮਿਲਦੇ ਨੇ ਔਰ ਬਹੁਤ ਸਾਰੇ ਸਾਤਵਿਕ ਫਲਸਫੀ ਵਿੱਚ ਇੱਕ ਗੱਲ ਦੱਸੀ ਜਾਂਦੀ ਹੈਗੀ ਸੋ ਉਹਦਾ ਕਾਰਨ ਹੈਗਾ ਇੱਕ ਇੱਕ ਬਾਡੀ ਕਲੌਕ ਹੈਗੀ ਸਾਡੀ ਬਾਡੀ ਦੀ ਇੱਕ ਸਰਕੇਡੀਅਮ ਰਿਦਮ ਹੈਗੀ ਹੈ ਜੋ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਹੈਗੀ ਉਹਦੇ ਵਿੱਚ ਕੀ ਦੇਖਿਆ ਗਿਆ ਕਿ ਕਿਸੇ ਦੇ ਵੀ ਬਾਡੀ ਕਲੌਕ ਸਰਕੇਡੀਅਮ ਰਿਦਮ ਅਗਰ بگੜ ਜਾਏਗੀ ਤੇ ਉਹ ਬਿਮਾਰ ਹੁੰਦਾ ਜਾਏਗਾ ਔਰ ਅਗਰ ਬਾਡੀ ਕਲੌਕ ਉਹਦੀ ਰਿਪੇਅਰ ਹੋ ਜਾਏਗੀ ਤੇ ਉਹ ਠੀਕ ਹੁੰਦਾ ਜਾਏਗਾ ਤੋਂ ਉਹਦੇ ਵਿੱਚ 슬ੀਪ ਸਾਈਕਲ ਵੀ ਇੱਕ ਇੰਟਰਮੀਟੈਂਟ ਫਾਸਟਿੰਗ ਬਾਰੇ ਤੁਸੀਂ ਸੁਣਿਆ ਹੋਵੇਗਾ ਕਿ ਇਹ 16 ਆਵਰਸ ਤੱਕ ਤੁਸੀਂ ਸੁਣੇ ਅੱਛਾ ਮੈਂ ਇਸ ਵਿੱਚ ਤੇ 16 ਸਾਲ 16 ਘੰਟੇ ਤੱਕ ਤੁਸੀਂ ਕੁਝ ਨਹੀਂ ਖਾਣਾ ਔਰ 8 ਘੰਟੇ ਦੀ ਵਿੰਡੋ ਵਿੱਚ ਖਾਣਾ ਹੈਗਾ ਉਹਦਾ ਕਨਸੈਪਟ ਇਹ ਹੈਗਾ ਕਿ ਸਾਡੀ ਬੋਡੀ ਵਿੱਚ ਜਿਹੜੀ ਵਾਈਟਲ ਫੋਰਸ ਹੈਗੀ ਜਿਹੜੀ ਪ੍ਰਾਣ ਸ਼ਕਤੀ ਹੈਗੀ ਹੈ ਉਸਦੇ ਦੋ ਮੇਨ ਜਰ ਕੰਮ ਨੇ ਪਹਿਲਾ ਤਾਂ ਹੈਗਾ ਕਿ ਡਾਈਜੈਸ਼ਨ ਕਰਨਾ ਜੋ ਵੀ ਅਸੀਂ ਖਾਂਦੇ ਆ ਔਰ ਦੂਜਾ ਹੈਗਾ ਆਪਣੇ ਆਪ ਨੂੰ ਹੀਲ ਕਰਨਾ ਰਿਪੇਅਰ ਕਰਨਾ ਡੀਟੌਕਸ ਕਰਨਾ ਤੇ ਜਦ ਆਪਾਂ ਖਾਂਦੇ ਹੀ ਰਵਾਂਗੇ ਖਾਂਦੇ ਹੀ ਰਵਾਂਗੇ ਤਾਂ ਉਹ ਹੀਲਿੰਗ ਦਾ ਟਾਈਮ ਨੂੰ ਮਿਲ ਨਹੀਂ ਪੰਦਾ ਹੈਗਾ ਤਾਂ ਇੰਟਰਮੀਟੈਂਟ ਫਾਸਟਿੰਗ ਇਸ ਤ और बाकी सोलह घंटे बॉडी को टाइम दो अपने आपको रिपेयर यस सो मेरे क्लाइंट्स मैं यूजली कहता है आइडियली किसी सैवन ओ कलॉक तक अपना डिनर फिनिश कर लो और अगले दिन सवेरे जोड़ा हैवी मील तुटा तो है दोपहर ग्यारह बारह बजे सवेरे ग्यारह या दोपहर बारह साढ़े बारह एक बजे हैवी मील करो इन्हना टाइम जोड़ा है बॉडी रिपेयर होने का टाइम दो हाँ तुम सूप पी सकते हो या कोई जूस पीना है या पला पानी पीना है फ्रूट्स खाने हैं वो थोड़ा बहुत ले सद बट मेजर मील ऑफ द डे शुड भी आफ्टर ट्वेल्व तो यह मैं अपने कलाइंट्स हूँ इस टाइम अजक ਦੱਸਦਾ ਹੈਗਾ ਕਿਉਂਕਿ ਮੈਂ ਰਿਜ਼ਲਟਸ ਦੇਖੇ ਨੇ ਇਸਦੇ ਫਾਇਦੇ ਜ਼ਿਆਦਾ ਉਹਨਾਂ ਨੂੰ ਮਿਲਦੇ ਨੇ ਤਾਂ ਬੋਡੀ ਕਲੌਕ ਨੂੰ ਠੀਕ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਲੀਪਿੰਗ ਇਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਸਲੀਪ ਦੀ ਗੱਲ ਕੀਤੀ ਸੀ ਨਾ ਜੋ ਲੋਕੀ ਨਾਈਟ ਸ਼ਿਫਟ ਜਾਗਦੇ ਨੇ ਨਾ ਦੇ ਆਰ ਬਾਉਂਡ ਟੂ ਗੈਟ ਡਿਜ਼ੀਜ਼ਡ ਕਿਉਂਕਿ ਰਾਤ ਰੱਬ ਨੇ ਸੌਣ ਵਾਸਤੇ ਬਣਾਈ ਹੈ ਔਰ ਸਾਰੀ ਰਾਤ ਸੌਣ ਵਾਸਤੇ ਨਹੀਂ ਬਣਾਈ ਹੈ ਅਮ੍ਰਿਤ ਵੇਲਾ ਪਾਰਟਨ ਬੰਦ ਕੀ ਕਰਨ ਵਾਸਤੇ ਬਣਾਇਆ ਹੈਗਾ ਜੋ ਰਾਤ ਦਾ ਟਾਈਮ ਹੈ ਨਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਰਾਤ ਦੇ 10 ਤੋਂ ਲੈ ਕੇ 2 ਵਜੇ ਤੱਕ ਦਾ ਇਹ ਜਿਹੜਾ ਟਾਈਮ ਹੈਗਾ ਇਟ ਹੈਜ਼ ਦਾ ਮੋਸਟ ਬੈਨੀਫਿਟ ਆਫ ਦਾ ਸਲੀਪ ਜਿੰਨਾ ਹੁਣ ਤੱਕ ਮੰਨਿਆ ਗਿਆ ਕਿ ਡੀਪ ਸਲੀਪ ਵਿੱਚ ਤੁਸੀਂ ਇਸ ਟਾਈਮ ਵਿੱਚ ਜਾਂਦੇ ਹੋ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਪਰੋਕਸੀਮੇਟਲੀ ਹੈ ਕਿਉਂਕਿ ਡਿਫਰੈਂਟ ਟਾਈਮ ਜ਼ੋਨਸ ਵਿੱਚ ਡਿਫਰੈਂਟ ਡਿਫਰੈਂਟ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ ਹੈਗਾ ਤਾਂ ਅਗਰ ਤੁਸੀਂ ਉਹ ਸਲੀਪ ਮਿਸ ਕਰ ਰਹੇ ਹੋ ਫੋਰ ਐਗਜ਼ਾਮਪਲ ਤੁਸੀਂ 12 ਵਜੇ ਸੌਣ ਜਾ ਰਹੇ ਹੋ ਅੱਜ ਕੱਲ ਇਸ ਤਰ੍ਹਾਂ ਹੀ ਚੱਲ ਪਿਆ ਹੈ ਮੋਸਟਲੀ ਸਾਰੇ ਲੋਕੀ 12 ਵਜੇ 1 ਵਜੇ ਸੌਣਾ ਚਾਹੁੰਦੇ ਹੈਗੇ ਤੋ ਜੋ ਲੋਕ ਇਸ ਤਰ੍ਹਾਂ ਕਰਦੇ ਨੇ ਦੇਅਰ ਬਾਉਂਡ ਟੂ ਫਾਲ ਸਿਕ ਕਿਉਂਕਿ ਉਹ ਆਪਣੀ ਬੋਡੀ ਲੋਕ ਕਲॉक ਨੂੰ ਡਿਸਟਰਬ ਕਰ ਰਹੇ ਨੇ ਉਹਨਾਂ ਨੂੰ ਗੈਸ ਹੋਏਗੀ ਕਨਸਟਿਪੇਸ਼ਨ ਹੋਏਗੀ ਇਥੋਂ ਸਟਾਰਟ ਹੋਏਗਾ ਕਮ ਔਰ ਧੀਰੇ ਧੀਰੇ ਉਹਨਾਂ ਦੀ ਹੈਲਥ ਡਿਸਟਰੋਏ ਹੋਣਦੀ ਜਾਏਗੀ ਔਰ ਰੀਅਲਾਈਜ਼ ਨਹੀਂ ਕਰ ਪਾਣਗੇ ਉਹ ਕਿਉਂ ਹੋ ਰਿਹਾ ਹੈਗਾ ਐਂਡ ਆਈ ਥਿੰਕ ਤੁਸੀਂ 10 ਤੋਂ 2 ਕਿਆ ਮਤਲਬ ਫਿਰ 4 ਘੰਟੇ ਦੀ ਨੀਂਦ ਆ ਫਿਰ 7 ਕਿਲਾਈਸ਼ਲ ਮੇ ਵੀ ਤੁਹਾਡੀ ਨੀਂਦ ਵੀ ਘਟਾਂਦਾ ਹਾਂ ਇਹ ਵੀ ਕੋਈ ਜਿ ਹਲਕਾ ਫੁਲਕਾ ਫੀਲ ਕਰ ਰਹੇ ਫਿਰ ਯੈਸ ਅਗਰ ਤੁਸੀਂ ਲਾਈਟ ਖਾ ਰਹੇ ਹੋ ਸਾਤਵੀਕ ਹਾਰ ਖਾ ਰਹੇ ਹੋ ਤੁਹਾਡੇ ਆਵਰਸ ਆਫ ਸਲੀਪਿੰਗ ਵੀ ਕੱਟ ਜਾਣਗੇ એનર્ਜੀ ਸੇਮ ਰਹੇਗੀ ਕਿਉਂਕਿ ਤੁਸੀਂ ਇੰਨਾ ਹੈਵੀ ਨਹੀਂ ਖਾ ਰਹੇ ਬਾਡੀ ਨੂੰ ਲੋਡ ਨਹੀਂ ਲਗਾਣਾ ਪੈ ਰਿਹਾ ਮਿਹਨਤ ਨਹੀਂ ਕਰਨੀ ਪੈ ਰਹੀ ਤਾਂ ਬਾਡੀ ਕੋਲ ਫ੍ਰੈਸ਼ એનર્ਜੀ ਅਵੇਲੇਬਲ એનર્ਜੀ ਬਹੁਤ ਜ਼ਿਆਦਾ ਹੈਗੀ ਤਾਂ ਉਹਨੇ ਸਲੀਪ ਦੀ ਨੀਡ ਨਹੀਂ ਰਹਿੰਦੀ ਤੋ ਟੋਟਲੀ ਸਾਊਂਡ ਸਲੀਪ ਲੈਪ ਆ ਰਹੀ ਹੈ ਜੀ ਸਾਊਂਡ ਸਲੀਪ ਲੈਪ ਆ ਰਹੀ ਹੈ 100% ਸਲੀਪ ਉਹ ਮੇਰੇ ਕੋਲ ਸਲੀਪ ਦਾ ਇੱਕ ਪੇਸ਼ੈਂਟ ਸੀਗਾ ਹੁਣੇ ਕੀ ਹੋਇਆ ਕਿ ਉਹਨਾਂ ਨੂੰ ਗੋਲੀ ਤੋਂ ਬਗੈਰ ਨੀਂਦ ਨਹੀਂ ਆਉਂਦੀ ਸੀਗੀ ਕਹਿੰਦੇ ਕਿ ਮੇਰੀ ਲਾਈਫ ਵਿੱਚ ਇੱਕ ਬਹੁਤ ਵੱਡਾ ਸਿਰ ਤੇ ਬੋਝ ਬਣ ਗਿਆ ਕਿ ਮੈਂ ਜਦ ਤੱਕ ਦਵਾਈ ਨਾ ਖਾਵਾਂ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਇਸ ਤੋਂ ਪਿੱਛੇ ਛੱਡਾ ਦਿਓ ਮੈਂ ਕਿਹਾ ਤੁਸੀਂ ਸਾਵਿਗਾਰ ਫਾਲੋ ਕਰੋ ਔਰ ਲਾਈਫ ਸਟਾਈਲ ਜੋ ਮੈਂ ਦੱਸਾਂਗਾ ਉਹ ਫਾਲੋ ਕਰੋ ਪਲੱਸ ਮੈਂ ਕੁਝ ਦੇਸੀ ਹਰਬਸ ਹੁੰਦੇ ਨੇ ਜਿਵੇਂ ਕੇਸਰ ਜਿੱਦਾਂ ਹੋ ਗਿਆ ਇੱਕ ਔਰ ਕਾਫੀ سارے ਹਰਬਸ ਹੁੰਦੇ ਨੇ ਜੋ ਸਲੀਪ ਨੂੰ ਹੈਲਪ ਕਰਦੇ ਹੈ ਤੁਸੀਂ ਇੰਨੇ ਟਾਈਮ ਤੋਂ ਦਵਾਈ ਲੈ ਰਹੇ ਹੋ ਤੁਸੀਂ ਸੋਚ ਰਹੇ ਹੋ ਕਿ 10 ਦਿਨ ਵਿੱਚ ਤੁਹਾਡਾ ਹੋ ਜਾਏਗਾ ਕਈ ਆਦਾ ਹੋ ਵੀ ਜਾਂਦਾ ਹੈ ਪਰ ਤੁਹਾਨੂੰ ਟਾਈਮ ਲੱਗੇਗਾ ਥੋੜਾ ਤਾਂ ਆਫਟਰ 10 ਡੇਸ ਫਿਰ ਉਹਨਾਂ ਨੇ ਦੁਬਾਰਾ ਮੇਰੇ ਨਾਲ ਗੱਲਬਾਤ ਕੀਤੀ ਨਹੀਂ ਕੱਲ ਮੇਰੇ ਨਾਲ ਕੱਲ ਪਰਸੋਂ ਦੀ ਗੱਲ ਹੈ ਮੈਂ ਉਹਨਾਂ ਨੂੰ ਫੋਨ ਤੇ ਗੱਲ ਕੀਤਾ ਤੇ ਮੈਨਾਂ ਨੂੰ ਕਿਹਾ ਕਿ ਤੁਹਾਡੀ ਉਹ ਪ੍ਰੋਬਲਮ ਦੀ ਸੋਲੂਸ਼ਨ ਹੋ ਗਿਆ ਨਾ ਤੇ ਉਹਨਾਂ ਨੇ ਫਿਰ ਮੈਨੂੰ ਅਪਲਾਈ ਕੀਤਾ ਕਹਿੰਦਾ ਉਹ ਤਾਂ ਮੈਨੂੰ 2 ਮਹੀਨੇ ਹੋ ਗਏ ਕਹਿੰਦੇ ਜੇ ਤਾਂ ਲਾਸਟ ਸਾਡੀ ਗੱਲ ਹੋਈ ਜਦ ਤੋਂ ਮੈਂ ਬਿਨਾਂ ਦਵਾਈ ਤੋਂ ਜੀ ਰਿਹਾ ਮੈਂ ਕਿਹਾ ਫਿਰ ਤਾਂ ਤੁਸੀਂ ਮੈਨੂੰ ਦੱਸਿਆ ਨਹੀਂ ਕਹਿੰਦੇ ਮੈਂ ਤੁਹਾਨੂੰ ਦੱਸਿਆ ਸੀਗਾ ਕਹਿੰਦੇ ਮੈਸੇਜ ਕੀਤਾ ਮੈਂ ਕਿਹਾ ਮੈਂ ਦੇਖਿਆ ਨਹੀਂ ਕਹਿੰਦੇ ਫਿਰ ਉਹਨੇ ਕਿਹਾ ਕਿ ਤੁਸੀਂ ਹੋ ਸਕਦਾ ਬਿਜ਼ੀ ਹੋਗੇ ਮੈਸੇਜ ਦੇਖਿਆ ਨਹੀਂ ਮੇਰਾ ਤਾਂ ਹੋ ਸਕਦਾ ਕਿਉਂਕਿ ਹੋ ਸਕਦਾ ਕਿ ਉਹ ਮੇਰੇ ਜਿਹੜੇ ਸਾਈਕਲ ਆਫ ਜਿਹੜਾ ਕਲਾਇੰਟ ਦਾ ਰਿਲੇਸ਼ਨਸ਼ਿਪ ਜਿੰਨਾ ਹੁੰਦਾ 1 ਮਹੀਨੇ ਜਾਂ ਜਿਹੜਾ ਸੀਗਾ ਉਹ ਤੋਂ ਬਾਹਰ ਹੋ ਗਏ ਹੋਣਗੇ ਸ਼ਾਇਦ ਮੈਂ ਉਹ हां तो दैट मींस कि तुसी स्लीप अगर तुसी सात्विक लाइफस्टाइल ਤੇ ਆ ਜਾਓ ਤੇ اگر तुसी स्लीप ਨਹੀਂ ਤੁਹਾਨੂੰ ਆ ਰਹੀ ਜਾਂ ਤੁਹਾਨੂੰ ਤੁਸੀਂ ওভার स्ਲੀਪ ਕਰ ਰਹੇ ਹੋ ਦੋਨੋਂ ਪ੍ਰੋਬਲਮ ਠੀਕ ਹੋ ਸਕਦੀਆਂ ਨੇ ਨੀਂਦ ਦਾ ਨਾ ਆਣਾ ਇਨਸੋਮਨੀਆ اور ওভার ਸਲੀਪ ਕਰਨਾ ਦੋਨੋਂ ਪ੍ਰੋਬਲਮਸ ਠੀਕ ਹੋ ਸਕਦੀਆਂ ਨੇ ਇਫ ਯੂ ਫੋਲੋ ਸਾਤਵਿਕ ਡਾਈਟ ਐਂਡ ਲਾਈਫਸਟਾਈਲ ਸੋ ਸਾਤਵਿਕ ਲਾਈਫ ਆਈ ਥਿੰਕ ਸਾਰੀ ਚੀਜ਼ਾਂ ਦੇ ਹਲਕੀ ਤਰ੍ਹਾਂ ਦਾ ਕਿਹਾ ਜਾ ਸਕਦਾ ਆਲਮੋਸਟ ਸਾਰੀ ਚੀਜ਼ਾਂ ਦਾ ਜੋ ਅਸੀਂ ਆ ਮੈਂ ਖੁਦ ਕ੍ਰੀਏਟ ਕਰ ਲਿਆ ਜਿਵੇਂ ਖੁਦ ਕ੍ਰੀਏਟ ਕਰ ਲਿਆ ਨੇ ਪਰ ਕੁਝ ਚੀਜ਼ਾਂ ਹੁੰਦੀਆਂ ਨੇ ਕੁਝ ਚੀਜ਼ਾਂ देयर आर ਫਿਊ ਥਿੰਗਸ ਜਿਨ੍ਹਾਂ ਨੂੰ ਨਹੀਂ ਠੀਕ ਕੀਤਾ ਜਾ ਸਕਦਾ ਹੈਗਾ ਜਿਵੇਂ ਕਿ ਜਿਵੇਂ ਕਿ ਹਾਈ ਡਿਗਰੀ ਦਾ ਆਟਿਜ਼ਮ ਦੀ ਆਪਾਂ ਗੱਲ ਕਰੀਏ ਓਕੇ ਜਾਂ ਫਿਰ ਕੋਈ ਵੈਕਸੀਨ ਇੰਡਿਊਸਡ ਕੋਈ ਐਸਾ ਸਾਈਡ ਇਫੈਕਟ ਹੈਗਾ ਜਿਹਨੂੰ ਨਹੀਂ ਠੀਕ ਕੀਤਾ ਜਾ ਸਕਦਾ ਹੈਗਾ ਕਿਉਂਕਿ ਮੈਂ ਪੜ ਰਿਹਾ ਸੀਗਾ ਬਹੁਤ ਸਾਰੇ ਮੈਂ ਕੰਟੈਕਸਟ ਪੜੇ ਹੈ ਨੈਚੁਰਲ ਜਿਨੇ ਵੀ ਪੁਰਾਣੇ ਮਾਸਟਰਸ ਹੋਏ ਨੇ ਨੈਚੁਰਲ ਥੈਰੇਪੀ ਨਾਲ ਠੀਕ ਕਰਦੇ ਸੀ ਉਹਨਾਂ ਨੇ ਮੈਂਸ਼ਨ ਕੀਤੀ ਇਹ ਚੀਜ਼ ਕਹਿੰਦੇ ਸਮ ਆਫ ਦਾ ਪੇਸ਼IENTS have irreversible diseases which are not caused naturally they are inject through injections and vaccinations oh da vaccination oh sirf poison uh, inoculation likh de sidda oh da vaccine likh de kende ya ta sirf zehri bande nu ditta ja rha hega to kende kuch is tarah ne disease hondi hai jinna nu natural therapy nal vi assi sab kuch apply karke vi puri tarah nahi reverse kar pande aur main oh cheez dekhi vi hagi hai kafi sare mere kol cases aunde ne jehde ta jinne kat jinne vaccine lai hoye ohni jaldi theek hunda hai jinna ne jinni sara doses lai hoya hondi hai ohna nu onna time lagda huga par mere kol hun kyunki majority of the people have taken the ਤੋ ਜੋ ਮੇਰੇ ਕੋਲ ਕਲਾਇੰਟਸ ਆਉਂਦੇ ਨੇ ਉਹਨਾਂ ਵਿੱਚ ਬਹੁਤ ਸਾਰੇ ਵੈਕਸੀਨੇਟਡ ਨੇ ਤੋ ਪਹਿਲਾਂ ਤਾਂ ਮੈਂ ਸੋਚ ਰਿਆ ਸੀਗਾ ਕਿ ਹੁਣ ਤਾਂ ਵੈਕਸੀਨ ਲੈ ਲਈ ਹੁਣ ਮੈਂ ਠੀਕ ਕਿਵੇਂ ਕਰ ਪਾਵਾਂਗਾ ਪਰ ਮੈਂ ਫਿਰ ਰੈਲਾਈਜ਼ ਕੀਤਾ ਕਿ ਨਹੀਂ ਵੈਕਸੀਨੇਟਡ ਕੇਸਸ ਆਲਸੋ ਹੈਵ ਹੋਪ ਔਰ ਉਹਦੇ ਵਿੱਚ ਵੀ ਬਹੁਤ ਸਾਰੇ ਡਿਜ਼ੀਜ਼ ਰਿਵਰਸਲ ਹੁੰਦੀ ਹੈਗੀ ਹੈ ਔਰ ਮੇਰੇ ਬਹੁਤ ਸਾਰੇ ਕਲਾਇੰਟਸ ਹੈ ਹਾਈਪਰ ਟੈਂਸ਼ਨ ਹਾਰਟ ਡਿਜ਼ੀਜ਼ ਡਾਇਬੀਟੀਜ਼ ਟਾਈਪ 1 ਟਾਈਪ 2 ਡਾਇਬੀਟੀਜ਼ ਇਹਨਾਂ ਦੇ ਵਿੱਚ ਸਾਰਿਆਂ ਵਿੱਚ ਮੈਂ ਇੰਪਰੂਵਮੈਂਟਸ ਦੇਖੀਆਂ ਨੇ ਪਰ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਪਹਿਲਾਂ ਬਿਫੋਰ ਕੋਵਿਡ ਯਾ ਬਿਫੋਰ ਵੈਕਸੀਨਸ अच्छा क्योंकि नेचुरल इम्यूनिटी थोड़ी जी आफ्टर वैक्सीन सुना दी डाउन आ गई है लेकिन एक चीज़ है कि, कि अगर दो तरह का डैमेज है एक रिवर्सिबल एक इरीवर्सेबल डैमेज है तो जो डैमेज इवर्सीबल हो गया उन्होंने फिर फिक्स करना बहुत मुश्किल हो जाता है एंड आई एम स्टिल रिसर्चिंग कि किसी तरह मैं ओटिजम का इन देख पाव कि किस तरह ਪੂਰੀ ਡੀਟੌਕਸ ਕਰਕੇ ਬੰਦੇ ਨੂੰ ਮੈਂਟਲ ਕੈਪੈਸਿਟੀ ਵਧਾਈ ਜਾ ਸਕਦੀ ਹੈ ਬਟ ਆਮ ਨਾਟ ਸ਼ੋਰ ਔਰ ਇਹਦਾ ਵੀ ਆਟイズਮ ਦਾ ਵੀ ਕਾਸ ਆਪਾਂ ਡਿਸਕਸ ਕਰੀਏ ਤੇ ਵੈਕਸੀਨਸ ਹੀ ਆਟイズਮ ਦਾ ਕਾਸ ਹੈ ਅੱਛਾ ਪਹਿਲੇ ਨਹੀਂ ਸੀ ਜੀ ਨਹੀਂ ਅੱਜ ਤੋਂ 50 60 ਸਾਲ ਪਹਿਲਾਂ ਕਿੰਨੇ ਆਟイズਮ ਹੁੰਦਾ ਸੀਗਾ 5000 10000 ਵਿੱਚੋਂ ਇੱਕ ਬੱਚੇ ਨੂੰ ਹੁੰਦਾ ਹੋਏਗਾ ਅੱਜ ਕਿੰਨਾ ਹੁੰਦਾ ਹੈਗਾ ਹਰ 30 ਵਿੱਚੋਂ ਇੱਕ ਬੱਚੇ ਨੂੰ ਹੁੰਦਾ ਹੈਗਾ ਤੋ ਤੇ ਵੀ ਜੀ ਅਗਰ ਰੇਅਰ ਡਿਸੀਜ਼ਸ ਦੀ ਸੀ ਗੱਲ ਛੱਡ ਦਈਏ ਜਿਵੇਂ ਅਸੀਂ ਕੋਵਿਡ ਦੀ ਗੱਲ ਕਰ ਰਹੇ ਹਾਂ ਜਿਹੜੀ ਨਾਰਮਲ ਵੈਕਸੀਨਸ ਦੀ ਗੱਲ ਕਰ ਰਹੇ ਹਾਂ ਇਹ ਸਾਰੇ ਜੇ ਕਿਸੇ ਨੇ ਕੋਈ ਵੈ और सात्विक लाइफ स्टाइल फॉलो करके अपनी रिवर्स कर सदैशन यस येस ही कैन डू दैट ओके बट एवरीथिंग डिपेंडस ऑन केस टू केस कि बॉडी कि उसने डैमेज किया है कई ने तो वैक्सीन कोई साइड इफेक्ट आया भी नहीं है hmm. कईयान हो स कि प्लेसेबोल लगी हुई असली वैक्सीन लगी भी ना हो तो मान लो अगर तुम्हें डैमेज इन्ना हो जाए और डाइट फॉलो करके डैमेज इन्ना हो जाए तो भी बैटर हैगा ਐਟ ਲੀਸਟ ਇਨੇ ਡੈਮੇਜ ਤੋਂ ਬੈਟਰ ਹੈ ਕਿ ਤੁਸੀਂ ਉਹਨੂੰ ਰਿਵਰਸ ਕਰਕੇ ਥੋੜਾ ਜਿਹਾ ਘਟਾ ਲਿਆ ਨਾ ਡੈਮੇਜ ਨੂੰ ਐਨ ਖਾਣੇ ਤੋਂ ਇਲਾਵਾ ਐਕਸਰਸਾਈਜ਼ ਵੀ ਹੈਲਪ ਕਰਦੀ ਹੈ ਲਾਈਫਸਟਾਈਲ ਬੈਟਰ ਹੋਣ ਨੂੰ ਐਕਸਰਸਾਈਜ਼ ਵੀ ਹੈਲਪ ਕਰਦੀ ਹੈ ਲੇਕਿਨ ਮੈਂ ਇੱਥੇ ਇੱਕ ਪੁਆਇੰਟ ਰੱਖਣਾ ਚਾਹੁੰਦਾ ਆ ਕਿ ਜਿਹੜੇ ਮਾਇਓਕਾਰਡੀਟਿਸ ਦੇ ਕੇਸਿਸ ਨੇ ਜਿਹੜੇ ਹਾਰਟ ਡਿਜ਼ੀਜ਼ ਦੇ ਕੇਸਿਸ ਆ ਰਹੇ ਨੇ ਜਾਂ ਸਟ੍ਰੋਕਸ ਹੋ ਰਹੇ ਨੇ ਜਾਂ ਅਚਾਨਕ ਸਡਨ ਕਾਰਡੀਅਕ ਅਰੈਸਟ ਹੋ ਰਹੇ ਨੇ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਹੈ ਕਿ ਐਕਸਰਸਾਈਜ਼ ਹੈਲਪ ਕਰ ਸਕਦੀ ਹੈ ओके ਉਹਦਾ ਰੀਜ਼ਨ ਹੈਗਾ ਕਿ ਜੋ ਐਥਲੀਟਸ ਜਿਨ੍ਹਾਂ ਦੀ ਡੈਥ ਹੋ ਰਹੀ ਹੈ ਖੇਡਦੇ ਖੇਡਦੇ ਫੁੱਟਬਾਲ ਖੇਡਦੇ ਖੇਡਦੇ ਜਾਂ ਜਿਮ ਵਿੱਚ ਹੋ ਰਹੀ ਹੈ ਉਹਦਾ ਐਕਸਰਸਾਈਜ਼ ਕਰ ਹੀ ਰਹੇ ਨੇ ਫਿਰ ਉਹਨਾਂ ਨੂੰ ਕਿਉਂ ਹੋ ਰਿਹਾ ਹੈਗਾ ਕਿਉਂਕਿ ਉਹ ਇੰਨਾ ਸੀਵੀਅਰ ਸਾਈਡ ਇਫੈਕਟ ਉਹਨਾਂ ਦੇ ਬਾਡੀ ਵਿੱਚ ਹੋਇਆ ਹੈਗਾ ਕਿ ਉਹਨੂੰ ਡਾਈਟ ਦੇ ਡਾਈਟ ਦੇ ਨਾਲ ਜਾਂ ਕਹਿ ਲਓ ਐਕਸਰਸਾਈਜ਼ ਦੇ ਨਾਲ ਪੂਰੀ ਤਰ੍ਹਾਂ ਫੁੱਲਫਿਲ ਨਹੀਂ ਕੀਤਾ ਜਾ ਸਕਦਾ ਬਟ ਵੀ ਸ਼ੁੱਡ ਆਲਵੇਸ ਬੀ ਹੋਪਫੁਲ ਕਿ ਆਪਾਂ ਐਟ ਲੀਸਟ ਆਪਣੇ ਵੱਲੋਂ ਤਾਂ ਬੈਸਟ ਕਰੀਏ ਨਾ ਇਹ ਤਾਂ ਨਹੀਂ ਨਾ ਕਿ ਹੁਣ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਇੰਜੈਕਸ਼ਨ ਲਗਾ ਲਿਆ ਤੇ ਆਪਾਂ ਹੋਰ ਉਲਟੀ ਸੀਦੇ ਚੇਦਾ ਖਾਈ ਜਾਈਏ ਐਟ ਲੀਸਟ ਆਪਣੇ ਵੱਲੋਂ ਤਾਂ ਆਪਾਂ ਸਹੀ ਚੀਜ਼ ਖਾਣਾ ਸ਼ੁਰੂ ਕਰੀਏ ਨਾ ਜੀ ਤੇ ਇਹ ਸਾਤਵਿਕ ਲਾਈਫਸਟਾਈਲ ਆਯੁਰਵੇਦ ਦਾ ਵੀ ਜੀ ਇੱਕ ਤਰ੍ਹਾਂ ਦਾ ਥੋੜਾ ਦੋ ਦੋ ਡਿਫਰੈਂਟ ਕਲਾਸਿਸ ਨੇ ਥੋੜਾ ਡਿਫਰੈਂਸ ਹੈਗਾ ਐਕਚੁਅਲੀ ਆਯੁਰਵੇਦ ਜਿਹੜਾ ਹੈਗਾ ਜੋ ਪ੍ਰੈਜ਼ੈਂਟ ਆਯੁਰਵੇਦ ਹੈਗਾ ਔਰ ਜਿਹੜਾ ਟ੍ਰੈਡੀਸ਼ਨਲ ਐਂਸ਼ੀਅੰਟ ਆਯੁਰਵੇਦ ਹੈਗਾ ਉਹਦੇ ਵਿੱਚ ਵੀ ਡਿਫਰੈਂਸ ਆ ਚੁੱਕਿਆ ਹੈ ਕਿਉਂਕਿ ਆਯੁਰਵੇਦ ਦੇ ਟੈਕਸਟ ਵੀ ਜਿਹੜੇ ਸੀਗੇ ਉਹ ਪੁਰਾਣੇ ਜਿਹੜੇ ਲੈਂਗੁਏਜਸ ਵਿੱਚ ਲਿਖੇ ਗਏ ਸੀ ਔਰ ਜਦ ਉਹਨੂੰ ਟ੍ਰਾਂਸਲੇਟ ਕੀਤਾ ਗਿਆ ਤੇ ਉਹ ਫੁੱਲੀ ਉਸ ਤਰ੍ਹਾਂ ਨਹੀਂ ਬਣੇ ਜਿਸ ਤਰ੍ਹਾਂ ਬਣਨਾ ਚਾਹੀਦਾ ਸੀਗਾ ਸੋ ਇਟ ਇਜ਼ ਨੋਟ ਐਗਜ਼ੈਕਟਲੀ ਦ ਸੇਮ ਥਿੰਗ ਥੇਅਰ ਆਰ ਡਿਫਰੈਂਸਸ ਐਂਡ ਆ ਹੈਵ ਸੀਨ ਸਾਤਵਿਕ ਲਾਈਫਸਟਾਈਲ ਜਾਂ ਫਿਰ ਰੋਂਗ ਗੁੱਡ ਡਾਈਟ ਐਂਡ ਲਾਈਫਸਟਾਈਲ ਬੇਸਡ ਔਨ ਐਵਿਡੈਂਸ ਐਂਡ ਰਿਸਰਚ ਐਂਡ ਸਾਤਵਿਕ ਫਿਲਾਸਫੀ ਬ੍ਰਿੰਗਸ ਮੋਰ ਰਿਜ਼ਲਟ ਕੰਪੇਅਰਡ ਟੂ ਆਯੁਰਵੇਦ ਰੀਲੀ ਆਯੁਰਵੇਦ ਵਿੱਚ ਐਕਸਰਸਾਈਜ਼ ਆਉਂਦੀ ਹੈ ਨਾ ਅਜੀ ਯੋਗ ਆਉਂਦੇ ਆ ਕਿ ਨਹੀਂ ਆਈ ਯੋਗਾ ਇਸ ਲਿਟਲ ਸੈਪਰੇਟ ਫਰਮ ਆਯੁਰਵੇਦ ਆਯੁਰਵੇਦ ਐਕਚੁਅਲੀ ਅਲੱਗ ਹੀ ਚੀਜ਼ ਹੈਗੀ ਹੈ ਉਹ ਥੋੜੀ ਉਹ ਦੋਸ਼ਾਸ ਤੇ ਵਰਕ ਕਰਦੀ ਹੈ ਤੁਹਾਡੇ ਬਾਡੀ ਕੰਪੋਜੀਸ਼ਨ ਤੇ ਵਰਕ ਕਰਦੀ ਹੈ ਔਰ ਉਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਉਹਦੇ ਵਿੱਚ ਆਂਦੀਆਂ ਨੇ ਪਰ ਐਕਸਰਸਾਈਜ਼ ਯੋਗ ਜਿਹੜਾ ਹੈਗਾ ਉਹ ਆਪਣਾ ਇੱਕ ਸੂਤਰ ਹੈਗਾ ਉਹਦਾ ਆਪਣਾ ਹੈਗਾ ਇਸ ਤਰ੍ਹਾਂ ਕੇ ਯਾ ਵਾਓ ਤੁਸੀਂ ਵੀ ਜੀ ਕੁਝ ਮੈਂਸ਼ਨ ਕਰਨਾ ਚਾਹੋ ਆ ਐਨੀਥਿੰਗ ਜੇ ਤੁਹਾਨੂੰ ਲੱਗਦਾ ਕਿ ਕੁਝ ਮਿਸ ਹੋ ਗਿਆ ਕੋਵਿਡ ਨੂੰ ਲੈ ਕੇ ਵੈਕਸੀਨ ਨੂੰ ਲੈ ਕੇ ਕੋਈ ਇੰਪੋਰਟੈਂਟ ਚੀਜ਼ ਜਿਹੜੀ ਤੁਸੀਂ ਦੱਸਣੀ ਚਾਹੋ ਤੇ ਵੈਕਸੀਨਸ ਦੇ ਬਾਰੇ ਮੈਂ ਇੱਕ ਚੀਜ਼ ਰੱਖਣੀ ਚਾਹੁੰਦਾ ਹੈਗਾ ਕਿ ਅੱਜ ਅਸੀਂ ਅਗਰ ਚਾਹੁੰਦੇ ਹਾਂ ਆਪਣੇ ਪੇਰੈਂਟ ਮੈਂ ਦਰਸ਼ਕਾਂ ਨੂੰ ਦੱਸਦਾ ਹੈਗਾ ਕਿ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਨੈਕਸਟ ਜਨਰੇਸ਼ਨਸ ਜਿਹੜੀਆਂ ਹੈਗੀਆਂ ਜੋ ਵੀ ਨੈਕਸਟ ਜਨਰੇਸ਼ਨਸ ਅਸੀਂ ਚਾਹੁੰਦੇ ਆ ਹੈਲਦੀ ਹੋਏ ਜਾਂ ਖਾਲਸਾ ਰਾਜ ਆਵੇ ਤੇ ਉਹ ਰਾਜ ਤਾਂ ਉਹਨਾਂ ਨੇ ਕਰਨਾ ਹੈ ਨਾ ਜਿਨ੍ਹਾਂ ਦਾ ਸਰੀਰ ਬਿਲਕੁਲ ਤਗੜਾ ਹੋਏਗਾ ਜੋ ਬਿਮਾਰੀ ਦੀ ਤੋਂ ਰਹਿਤ ਨੇ ਅਸੀਂ ਚਾਹੁੰਦੇ ਆ ਕਿ ਅਗਲੀ ਅਗਲੀ ਜਨਰੇਸ਼ਨਸ ਜਿਹੜੀਆਂ ਨੇ ਉਹ ਹੈਲਦੀ ਹੋਣ ਤੇ ਸਾਨੂੰ ਆਪਣੇ ਬੱਚਿਆਂ ਨੂੰ ਖਾਣ ਪੀਣ ਦੀਆਂ ਆਦਤਾਂ ਸੁਧਾਰਨੀਆਂ ਪੈਣਗੀਆਂ ਸੈਕੰਡਲੀ ਉਹਨਾਂ ਨੂੰ ਅਸੀਂ ਜ਼ਹਿਰ ਨਾ ਦੇਈਏ ਤਾਂ ਬੈਟਰ ਹੈਗਾ ਜ਼ਹਿਰ ਮੈਂ ਕਿਉਂ ਕਹਿ ਰਿਹਾ ਇਸ ਬੁੱਕ ਦੇ ਵਿੱਚ ਦਾ ਵੈਕਸੀਨ ਕ੍ਰਾਈਮ ਰਿਪੋਰਟ ਜੋ ਮੈਂ ਲਿਖੀ ਹੈ ਇਹਦੇ ਵਿੱਚ ਤੁਸੀਂ ਦੇਖਿ ਗਲਾਈਫੋਸੇਟ ਫਾਰ ਹੈਲਡੀਹਾਈਡ ਔਰ ਇਸ ਤਰ੍ਹਾਂ ਦੇ ਖਤਰਨਾਕ ਖਤਰਨਾਕ ਇੰਗਰੀਡੀਐਂਟਸ ਹੈਗੇ ਨੇ ਔਰ ਅਗਰ ਤੁਸੀਂ ਇਸ ਤਰ੍ਹਾਂ ਦੀ ਚੀਜ਼ ਆਪਣੇ ਬੱਚਿਆਂ ਨੂੰ ਇੰਜੈਕਟ ਕਰਾ ਰਹੇ ਹੋ ਉਹਦੇ ਨਾਲ ਬਿਮਾਰੀ ਹੀ ਬਣੇਗੀ ਕੋਈ ਹੈਲਥ ਨਹੀਂ ਬਣਨ ਵਾਲੀ ਹੈਗੀ ਤੋ ਇਹ ਸਾਇੰਟੀਫਿਕਲੀ ਪ੍ਰੂਵਨ ਹੈਗਾ ਤੁਸੀਂ ਬੁੱਕ ਪੜ੍ਹੋ ਔਰ ਇਸ ਬੁੱਕ ਨੂੰ ਪੜ੍ਹਨ ਤੋਂ ਬਾਅਦ ਬਹੁਤ ਸਾਰੇ ਲੋਕ ਦੁਨੀਆ ਦੇ ਇਵਨ ਗੋਰੇ ਵੀ ਮੈਨੂੰ ਮੈਸੇਜ ਆਲਮੋਸਟ ਹਰ ਵੀਕ ਮੈਨੂੰ ਕਿਸੇ ਨਾ ਕਿਸੇ ਗੋਰੇ ਦਾ ਮੈਸੇਜ ਆਉਂਦਾ ਹੈ ਕਿ ਮੈਂ ਤੁਹਾਡੀ ਬੁੱਕ ਪੜ੍ਹੀ ਔਰ ਮੈਂ ਆਪਣੇ ਬੱਚਿਆਂ ਨੂੰ ਨਹੀਂ ਟੀਕੇ ਲਗਾਉਣ ਵਾਲੀ ਹੁਣ ਔਰ ਇਸ ਬੁੱਕ ਨੇ ਮੈਨੂੰ ਸਾਇੰਟਿਫਿਕ ਐਵਿਡੈਂਸ ਦਿੱਤਾ ਹੈਗਾ ਲੇਕਿਨ ਆਪਣੇ ਬੰਦੇ ਪੰਜਾਬੀ ਹੋਣ ਜਾਂ ਆਪਣੇ ਸਿੱਖਾਂ ਦੀ ਕਮਿਊਨਿਟੀ ਵਿੱਚ ਦੇਖ ਲਈਏ ਪੀਪਲ ਆਰ ਨੋਟ ਅਵੇਅਰ ਅਬਾਊਟ ਥਿਸ ਔਰ ਉਹ ਜਾਣਨਾ ਵੀ ਇਹਨਾਂ ਨਹੀਂ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਬਿਨਾਂ ਸੋਚੇ ਸਮਝੇ ਉਹ ਕੈਮੀਕਲ ਬੇਸ ਇੰਜੈਕਸ਼ਨਸ ਲਗਵਾ ਖਾਸ ਕਰਕੇ ਤੁਸੀਂ ਕਹਿ ਰਹੇ ਸੀ ਕਿ ਗੁਰਦੁਆਰਿਆਂ ਵਿੱਚ ਵੈਕਸੀਨ ਦਿੱਤੀਆਂ ਗਈਆਂ ਵਿੱਚ ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਜਿਹੜੇ ਗੁਰਦੁਆਰੇ ਗੁਰੂ ਸਾਹਿਬ ਨੇ ਬਣਾਏ ਇਸ ਕਰਕੇ ਸੀਗੇ ਕਿ ਸੱਚ ਦਾ ਪ੍ਰਚਾਰ ਹੋਵੇ ਸੱਚ ਲੋਕਾਂ ਨੂੰ ਪਤਾ ਲੱਗੇ ਭਰਮ ਤੋਂ ਪਰਦਾ ਉਠੇ ਉਹ ਆਪ ਹੀ ਆਪਣੇ ਬੰਦਿਆਂ ਨੂੰ ਟੀਕੇ ਲਾਉਣ ਨੂੰ ਲਗਾ ਦਿੰਦੇ ਨੇ ਵੈਕਸੀਨ ਕਲੀਨਿਕਸ ਲਗਾ ਦਿਤਿਆ ਨੇ ਆਪ ਹੀ ਉਹ ਮਾਸਕ ਲਗਾ ਦਿਤਤੇ ਨੇ ਸਾਡੇ ਕੀਰਤਨੀ ਜਿਹੜੇ ਹੈਗੇ ਉਹ ਮਾਸਕ ਪਾ ਕੇ ਕੀਰਤਨ ਕਰਨ ਲੱਗ ਪਏ ਨੇ ਸੈਨੀਟਾਈਜ਼ਰ ਗੁਰੂ ਸਾਹਿਬ ਦੇ ਉੱਤੇ ਸੈਨੀਟਾਈਜ਼ਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਜਿਹਦੇ ਵਿੱਚ ਐਲਕੋਹਲ ਪੈਂਦਾ ਹੋਵੇਗਾ ਸੋ ਇਸ ਤਰ੍ਹਾਂ ਕਿਵੇਂ ਚੱਲੇਗਾ ਸੋ ਵੀ ਹੈਵ ਟੂ ਬ੍ਰਿੰਗ ਅ ਰ ਕਰ ਲੈ ਨਹੀਂ ਹੋ ਸਕਦਾ ਹੈਗਾ ਕਿਉਂਕਿ ਜਦ ਮੈਂ ਸਟਾਰਟ ਕੀਤਾ ਸੀਗਾ ਮੈਂ ਆਈ ਫੀਲ ਕਿ ਮੈਂ ਆਪਣੇ ਕਮਿਊਨਿਟੀ ਵਿੱਚ ਅਲੋਨ ਸੀਗਾ ਉਸ ਟਾਈਮ ਬਟ ਹੌਲੀ ਹੌਲੀ ਜਿਵੇਂ ਜਿਵੇਂ ਆਈ ਆਈ ਕੇਪਟ ਔਨ ਬ੍ਰਿੰਗਿੰਗ ਦ ਰਿਸਰਚ ਐਂਡ ਆ ਰੋਟ ਬੁక్స్ ਮੋਰ ਪੀਪਲ ਆਰ ਅਵੇਕ ਐਂਡ ਉਹ ਆਪਣੇ ਆਪਣੇ ਲੈਵਲ ਤੇ ਉਹ ਪ੍ਰਚਾਰ ਕਰ ਰਹੇ ਨੇ ਔਰ ਵੀ ਆਲ ਹੈਵ ਟੂ ਡੂ ਥਿਸ ਕਿਉਂਕਿ ਇਹ ਸਾਡੇ ਚਿਲड्रन ਆਪਣੇ ਭਵਿਕ ਤੇ ਆਪਣੇ ਖਾਲਸਾ ਰਾਜ ਦਾ ਸਵਾਲ ਹੈਗਾ ਵਾਹਿਗੁਰੂ ਤੇ ਆ ਵੀ ਜੀ ਜੇ ਕੋਈ ਸੁਣ ਰਿਹਾ ਉਹ ਤੁਹਾਨੂੰ ਹੋਰ ਜਾਣਨਾ ਚਾ ਰਿਹਾ ਤੁਹਾਡੇ ਕੰਮ ਬਾਰੇ ਜ਼ਿਆਦਾ ਜਾਣਨਾ ਚਾ ਰਿਹਾ बुक्स का मैशन किया कि एमेजॉन पर अवेबल है यस yes, उस अलावा जो सुनना किसी ने कलाइंट बनना जाती या सो दे कैन रीच आउट टू मी थ्रू माई वैबसाइट गो सातविक डॉट सी ए अदरवाइज वो मैंने वटसएपे मैसेज कर सकते हैं फोन नंबर मैं इतने का परसनल नहीं देता है सो so, मैं या सो ऑफिस नंबर मैं देता है प्लस नाइन वन नाइन सैवन वन एट फोर डबल टू सिक्स नाइन वन और मेरे यूट्यूब चैनल पर भी मैं वडियोज़ पाँदा आई एक्सपलोर लॉड ऑफ टॉपिक्स तो जेद्ध हैल्थ भी हों ਦਾ ਹੈ ਗੁਰਬਾਣੀ ਵੀ ਹੁੰਦਾ ਹੈਗਾ ਐਂਡ ਹੋਰ ਵੀ ਕਾਫੀ ਸਾਰੀ ਚੀਜ਼ਾਂ ਹੈਗੀਆਂ ਇੰਟਰਸਟਿੰਗ ਜੋ ਦੇਖ ਸਕਦੇ ਨੇ ਤੇ YouTube ਚੈਨਲ ਦਾ ਨਾਮ ਵੀ ਦੱਸੋ ਹਾਂ ਗੁਰਬਾਣੀ ਦਾ ਅਗਰ ਤੁਸੀਂ ਕੰਟੈਂਟ ਦੇਖਣਾ ਚਾਹੁੰਦੇ ਹੋ ਤਾਂ ਕੇ ਸਿੰਘ ਖਾਲਸਾ ਹੈ ਐਂਡ ਇਫ ਯੂ ਵਾਂਟ ਟੂ ਲੁੱਕ ਐਟ ਹੈਲਥ ਤੇ ਡਾਕਟਰ ਕਮਲਪ੍ਰੀਤ ਸਿੰਘ ਠੀਕ ਹੈ ਤੇ ਅਗੇਨ ਐਨੀ ਐਨੀ ਲਾਸਟ ਵਰਡਸ ਵੀਰ ਜੀ ਲਾਸਟ ਵਰਡ ਕਹਿਣਾ ਚਾਹੋ ਇੱਕ ਸੁਨੇਹਾ ਜੋ ਤੁਸੀਂ ਦੇਣਾ ਚਾਹੋ ਸਾਰਿਆਂ ਨੇ ਸੁਨੇਹਾ ਇਹ ਹੀ ਹੈ ਕਿ ਸਾਡੇ ਜੀਵਨ ਦਾ ਜਿਹੜਾ ਪਰਪਸ ਹੈ that is uh, meeting with ਵਾਹਿਗੁਰੂ ਜੀ ਐਂਡ ਉਹਨੂੰ ਮੀਟ ਕਰਨ ਵਾਸਤੇ ਸਾਨੂੰ ਆਪਣੇ ਮਨ ਔਰ ਤਨ ਦੋਨਾਂ ਦਾ ਧਿਆਨ ਰੱਖਣਾ ਪਏਗਾ ਕਿਉਂਕਿ ਨਾਨਕ ਸੋ ਪ੍ਰਭ ਸਿਮਰੀਐ ਇਸ ਦੇਹੀ ਕੋਪਾਲ ਇਸ ਦੇਹੀ ਨੂੰ ਨਿਪਾਲਦਾ ਵਾਹਿਗੁਰੂ ਔਰ ਉਹ ਜੋ ਰਿਜਲਟ ਹੈਗਾ ਉਹ ਸਹੀ ਚੀਜ਼ ਆਪਾਂ ਬਾਡੀ ਨੂੰ ਫੀਡ ਕਰਾਂਗੇ ਤੇ ਆਉਟਪੁੱਟ ਵੀ ਵਧੀਆ ਹੋਏਗੀ ਮਨ ਵੀ ਵਧੀਆ ਰਹੂਗਾ ਔਰ ਚੰਗੇ ਮਨ ਨੇ ਨਾਲ ਚੰਗੇ ਆਹਾਰ ਦੇ ਨਾਲ ਹੀ ਅਸੀਂ ਵਾਹਿਗੁਰੂ ਸਾਹਿਬ ਨਾਲ ਜੁੜ ਸਕਦੇ ਆਂ ਆਪਾਂ ਸੋਚੀਏ ਕਿ ਆਪਾਂ ਜੰਗ ਫੂਡ ਵੀ ਖਾਂਦੇ ਰਾਂਗੇ ਤੇ ਦੁਨੀਆ ਦੇ ਸਵਾਦ ਵੀ ਲੈਂਦੇ ਰਾਵਾਂਗੇ ਔਰ ਸਰੀਰ ਵੀ ਠੀਕ ਰਹੇਗਾ ਤੇ ਸਾਡਾ ਸਪਿਰਚੁਐਲਟੀ ਵੀ ਠੀਕ ਰਹੇਗੀ ਇਸ ਤਰ੍ਹਾਂ ਨਹੀਂ ਹੋ ਸਕਦਾ ਹੈਗਾ ਦੋਵੇਂ ਕਮ ਨਹੀਂ ਹੋ ਸਕਦੇ ਨੇ ਤੋਂ ਜਿਵੇਂ ਉਹਨ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਨੇ ਕਿਹਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਹਨ ਤੋਂ ਜਦ ਤੱਕ ਆਪਾਂ ਇਹ ਅਨ ਪ੍ਰੈਸ਼ੀਅਸ ਹਿਊਮਨ ਲਾਈਫ ਹੈ ਬਹੁਤ ਹੀ ਰੇਅਰ ਹੈ ਬਹੁਤ ਹੀ ਰੇਅਰ ਮਤਲਬ ਕਿ ਮਹਾਰਾਜ ਸਾਹਿਬ ਨੇ ਕਿਹਾ ਕਿ ਵੱਡ ਪੁੰਨੇ ਬਹੁਤ ਵੱਡੇ ਪੁੰਨ ਕਰਕੇ ਸਾਨੂੰ ਇਹ ਮਿਲਿਆ ਹੈ ਇਹਦੀ ਕੀਮਤ ਨੂੰ ਸਮਝਣਾ ਚਾਹੀਦਾ ਹੈਗਾ ਇਹਦੇ ਵਿੱਚ ਰੋਂਗ ਚੀਜ਼ਾਂ ਨਹੀਂ ਪਾਣੀਆਂ ਚਾਹੀਦੀਆਂ ਨੇ ਸਹੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਨਾਮ ਜਪਣਾ ਚਾਹੀਦਾ ਹੈ ਬਾਣੀ ਪੜ੍ਹਨੀ ਚਾਹੀਦੀ ਹੈ ਔਰ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਕਮਾਣਾ ਚਾਹੀਦਾ ਹੈਗਾ ਸੋ ਇਹੀ ਮੇਰਾ ਮੇਰਾ ਉਪਦੇਸ਼ ਕਿੰਦਾ ਨਹੀਂ ਹੈਗਾ ਐਕਚੁਅਲੀ ਇਹ ਗੁਰੂ ਸਾਹਿਬ ਜੋ ਸਾਨੂੰ ਦੱਸ ਰਹੇ ਨੇ ਉਹੀ ਮੈਂ ਐਜ਼ ਅ ਗੁਰਸਿੱਖ ਪਾਸ ਆਨ ਕਰ ਰਿਹਾ ਹੈਗਾ ਵਾਹਿਗੁਰੂ ਇਹ ਤਾਂ ਇੱਕ ਹੋਰ ਡੀਪ ਚੀਜ਼ ਐ ਵੀ ਹੈ ਕਿ ਜੋ ਜਿਹੜੀ ਚੀਜ਼ਾਂ ਬਾਰੇ ਗੱਲਾਂ ਕਰ ਰਹੇ ਆ ਭਾਵੇਂ ਵਿਵੇਕ ਤੇ ਹੋਏ ਭਾਵੇਂ ਗੁਰਮਤਿ ਵਿਵੇਕ ਦੀ ਗੱਲ ਕਰ ਰਹੇ ਆ ਅੱਛਾ ਖਾਣ ਦੀ ਗੱਲ ਕਰ ਰਹੇ ਆ ਉਹ ਰਿਗਾਰਡਲੈਸ ਆਫ ਧਰਮ ਜਾਂ ਤੁਹਾਡੇ ਮਜਬ ਤੋਂ ਰਿਗਾਰਡਲੈਸ ਹੈ ਉਹ ਚੀਜ਼ਾਂ ਉਹਲੇ ਕਨਸੈਪਟਸ ਕਿ ਜਿਵੇਂ ਤੁਸੀਂ ਰਸਨਾ ਦੀ ਗੱਲ ਕੀਤੀ ਜਿਹੜੇ ਇਨਸਾਨ ਨੂੰ ਰਸਨਾ ਲੱਗੀ ਹੈ ਉਹਦੇ ਮਨ ਵਿੱਚ ਟੇਸਟ ਹੈਗਾ ਹੈ ਉਹਦੇ ਮਨ 'ਚ ਸਵਾਦ ਹੈਗਾ ਸੋ ਇਹ ਗੱਲ ਆ ਭਾਵੇਂ ਕਿਸੇ ਨੂੰ ਲੱਗਦਾ ਉਸ ਦਾ ਕਿਸੇ ਸਿੱਖੀ ਦੇ ਨਾਲ ਜੋੜ ਰਹੇ ਆ ਬਟ ਆਈ ਥਿੰਕ ਕੋਈ ਕੋਈ ਗੈਰ ਸਿੱਖ ਬੰਦਾ ਜਾਂ ਜਿਹੜਾ ਰੱਬ 'ਚ ਵੀ ਨਹੀਂ ਬਲੀਵ ਕਰਦਾ ਆਈ ਥਿੰਕ ਆਨੋ ਤੇ ਵੀ ਗ ਕਿ ਸਾਫ ਖਾਣਾ ਬਰੋਂ ਘਟਕਣਾ ਯਾ ਅੱਛਾ ਖਾਣਾ ਤੇ ਆਪਣਾ ਨੂੰ ਤੰਦਰੁਸਤ ਰੱਖਣਾ ਯਾ ਡੈਫੀਨਿਟਲੀ ਔਰ ਇਸ ਟਾਪਿਕ ਤੇ ਮੈਨੂੰ ਲੱਗਦਾ ਆਪਾਂ ਸੈਪਰੇਟ ਇੱਕ ਪੂਰਾ ਪੋਡਕਾਸਟ ਵੀ ਬਣਾ ਸਕਦੇ ਆ ਇਸ ਚੀਜ਼ ਦੇ ਉੱਤੇ ਆ ਤੁਸੀਂ ਬਹੁਤ ਵੱਡਾ ਇੱਕ ਕਨਸੈਪਟ ਇੱਕ ਗੱਲ ਕੀਤੀ ਹੈ ਕਿ ਆਪਾਂ ਦੂਜੀ ਤਰ੍ਹਾਂ ਇਹ ਕੋਈ ਧਰਮ ਦਾ ਨਹੀਂ ਹੈਗਾ ਆਪਾਂ ਦੂਜਾ ਐਕਚੁਅਲੀ ਰਿਐਲਿਟੀਜ਼ ਕੀ ਤਰ੍ਹਾਂ ਇੱਕੋ ਹੀ ਹੈਗਾ ਧਰਮ ਵੱਖਰੇ ਵੱਖਰੇ ਨਹੀਂ ਆ ਗਏ ਆ ਕਿ ਆਪਾਂ ਸੋਚੀਏ ਕਿ ਵੱਖਰੇ ਵੱਖਰੇ ਧਰਮ ਨੇ ਜਿਹੜੀ ਜਿਹੜੀ ਸਾਡੇ ਤਰ੍ਹਾਂ ਵਿੱਚ ਹੋਣੀ ਚਾਹੀਦੀ ਹੈ ਜ਼ਰੂਰੀ ਨਹੀਂ ਕਿ ਉਹਦੇ ਵਿੱਚ ਵੀ ਹੋਵੇ ਇਸ ਤਰ੍ਹਾਂ ਨਹੀਂ ਹੈਗਾ ਰਿਐਲਿਟੀ ਵਿੱਚ ਵਾਹਿਗੁਰੂ ਦੇ ਹalal ਕੀਤਾ ਜਾ ਰਿਹਾ ਹੈ ਤੇ ਉਹਨੂੰ ਖਾ ਕੇ ਕਹਿ ਜਾ ਰਿਹਾ ਕਿ ਇਹ ਧਰਮ ਦਾ ਕੰਮ ਹੈ ਹalal ਦਾ ਮਤਲਬ ਤਰਮ ਹੋ ਗਿਆ ਨਾ ਜੋ ਰਾਈਟ ਇਸ ਹੈ ਪਰ ਸਾਡੇ ਵਿੱਚ ਉਹ ਹਰਾਮ ਹੈ ਉਹ ਬੱਜਰ ਕੋ ਰਹਿ ਤੇ ਹਰਾਮ ਹੈਗਾ ਤਾਂ ਇੱਕ ਬੰਦੇ ਵਾਸਤੇ ਉਹ ਸਭ ਤੋਂ ਵੱਧਿਆ ਚੀਜ਼ ਹੋ ਗਈ ਤੇ ਇੱਕ ਬੰਦੇ ਵਾਸਤੇ ਪਾਪ ਹੋ ਗਿਆ ਰੱਬ ਦੀ ਨਜ਼ਰਾਂ ਵਿੱਚ ਇਸ ਤਰ੍ਹਾਂ ਨਹੀਂ ਹੈਗਾ ਇਹ ਲੋਕਾਂ ਨੇ ਜੋ ਮਜ਼ਾ ਬਣਾਇਆ ਹੈ ਉਹਨਾਂ ਨੇ ਆਪਣੇ ਆਪਣੇ ਕਰਮ ਦੇਖ ਲਏ ਕਿ ਇਹ ਸਾਡੇ ਵਾਸਤੇ ਠੀਕ ਹੈ ਸਾਡੇ ਵਾਸਤੇ ਗਲਤ ਨਹੀਂ ਵਾਹਿਗੁਰੂ ਦੇ ਨਜ਼ਰਾਂ ਵਿੱਚ ਇੱਕ ਹੀ ਜੀਰ ਹੈ ਜਾਂ ਤਾਂ ਉਹ ਪਾਪ ਹੈ ਜਾਂ ਪੁੰਨਾ ਹੈ ਜਾਂ ਉਹ ਨਿਊਟਰਲ ਹੈਗਾ ਤੋ ਜੋ ਵਾਹਿਗੁਰੂ ਦਾ ਹੁਕਮ ਹੈਗਾ ਉਹੀ ਗੁਰੂ ਸਾਹਿਬ ਦਾ ਹੁਕਮ ਹੈਗਾ ਤੋ ਜੇ ਅਸੀਂ ਗੁਰਮਤ ਫੋਲੋ ਕਰ ਰਹੇ ਆ ਅਸੀਂ ਆਟੋਮੈਟਿਕਲੀ ਮਹਾਰਾਜ ਸਾਹਿਬ ਜੀ ਦੇ ਅਕਾਲ ਪੁਰਖ ਦੇ ਆਪਣੇ ਧਰਮ ਨਾਲ ਨਿੱਜੀ ਧਰਮ ਨਾਲ ਜੁੜੇ ਹੋਏ ਆ ਮੰਨੈ ਧਰਮ ਸੇਤੀ ਸੰਬੰਧ ਨਾਮ ਦੇ ਮੰਨਣ ਕਰਕੇ ਗੁਰਮਤ ਦੇ ਮੰਨਣ ਕਰਕੇ ਅਸੀਂ ਸੱਚੇ ਧਰਮ ਨਾਲ ਆਲਰੇਡੀ ਜੁੜੇ ਹੋਏ ਆ ਤੋ ਜੋ ਸਾਡੇ ਕਨਸੈਪਟਸ ਨੇ ਸਿੱਖੀ ਦੇ ਇਹ ਸਰਵ ਸਾਂਝੇ ਕਨਸੈਪਟਸ ਨੇ ਇਹ ਸਾਰਿਆਂ ਤੇ ਅਪਲਾਈ ਕਰਦੇ ਨੇ ਜੋ ਵੀ ਇਹਨੂੰ ਫੋਲੋ ਕਰੇਗਾ ਉਹਨੂੰ ਫਾਇਦਾ ਹੀ ਹੋਊਗਾ ਜੀ اور ਸਾਰੇ ਵਾਸਤੇ ਬੈਨੀਫੀਸ਼ੀਅਲ ਹੈਗਾ ਐਂਡ ਆਈ ਥਿੰਕ ਸੁਖਮਨੀ ਸਾਹਿਬ ਦੀ ਅਸ਼ਤਪਤੀ ਚੰਦਾ ਵੀ ਹੈ ਮੈਨੂੰ ਤੁਕ ਨਹੀਂ ਯਾਦ ਆਣੀ ਪਾਪ ਨੂੰ ਤਬ ਕਹਤੇ ਹੋਤਾ ਕਿ ਜਦੋਂ ਮਹਾਰਾਜ ਨਹੀਂ ਸੀ ਉਦੋਂ ਪਾਪ ਨੂੰ ਕੀ ਸੀ ਮਤਲਬ ਅਸੀਂ ਆ ਕੇ ਪਾਪ ਨੂੰ ਦੀ ਡਿਫੀਨੇਸ਼ਨਸ ਬਣਾਈਆਂ ਇੱਕ ਬੜੇ ਗੁਰਮੁਖ ਪਿਆਰੇ ਉਹਨਾਂ ਨੇ ਇਹਦਾ ਸਮਝਾਇਆ ਸੀ ਕਿ ਜਿਵੇਂ ਮੈਨੂੰ ਪੁੱਛਿਆ ਸੀ ਕਹਿੰਦੇ ਮਾਸ ਖਾਣਾ ਪਾਪ ਹੈ ਕਿ ਪੁੱਨ ਕਿ ਜਿਵੇਂ ਮਾਸ ਅਚ ਖਾਣਾ ਸ਼ੁਰੂ ਕਰਦਾ ਤੇ ਮੇਰਾ ਸਹਿਜ ਸੁਭਾਏ ਨਿਕਲੇ ਮੈਂ ਕਹਿੰਨੇ ਨਹੀਂ ਪਾਪ ਹੈ ਨਹੀਂ ਖਾਣਾ ਚਲੋ ਅਜੇ ਹਲਾਲ ਤੇ ਝਟਕਾ ਜਾਂ ਉਹਦੀ ਗੱਲਾਂ ਨਹੀਂ ਗਈਆਂ ਸਿਰ ਮਾਸ ਖਾਣਾ ਮੈਂ ਸ਼ੁਰੂ ਕਰਦਾ ਜਾਂ ਮੈਂ ਕੀੜੇ ਮ ਕਹਿੰਦੇ ਹਰਜੋਤ ਸਿੰਘ ਜਿਹੜਾ ਬੰਦਾ ਉੱਥੇ ਨਾਰਥ ਪੋਲ ਤੇ ਪੈਦਾ ਹੋਇਆ ਯਾਂ ਐਵੇਂ ਦੀ ਜਗ੍ਹਾ ਤੇ ਪੈਦਾ ਹੋਇਆ ਜਿੱਥੇ ਬਰਫ਼ ਹੀ ਬਰਫ਼ ਹੈ ਤੇ ਉਹਨਾਂ ਦਾ ਉਹ ਆਹਾਰ ਹੀ ਉਹਨਾਂ ਨੇ ਕਣਕ ਤੇ ਥੋ ਤੇ ਵੀਜਣੀ ਨਹੀਂ ਕਿ ਰੋਟੀ ਖਾ ਲਈ ਤੇ ਦੁੱਧ ਪੀ ਲਿਆ ਪਰ ਸ਼ਦਾ ਸ਼ਕ ਲਿਆ ਉਹਨਾਂ ਲਈ ਕੀ ਹੈ ਜੋ ਮਾਸ ਖਾਂਦੇ ਉਹਨਾਂ ਨੂੰ ਸੀ ਕਹੀ ਕਿ ਅਜ ਮਾਸ ਖਾਣਾ ਛੱਡ ਦੋ ਉਹ ਕਹਿੰਗੇ ਸੀ ਮਰ ਜੀ ਉਹਨਾਂ ਲਈ ਪਾਪ ਹੁੰਨੀ ਹੈ ਸੋ ਕਿਨ ਤੁਹਾਡੀ ਵਾਲੀ ਗੱਲ ਕਿ ਪਾਪ ਹੁੰਦਾ ਜਿਹੜਾ ਕਨਸੈਪਟ ਹੈ ਉਹ ਕਾਈਂਡ ਆਫ ਹਿਊਮੈਨਿਟੀ ਦਾ ਕਨਸੈਪਟ ਹੈ ਉਸੇ ਬਣਾਇਆ ਹੋਇਆ ਜਿਹੜੀ ਸਾਂਜੀ ਵਾਲਤਾ ਦਾ ਜਿਹੜਾ ਕਨਸੈਪਟ ਹੈ ਉਹ ਧਰਮ ਤੇ ਹੀ ਟਿਕਿਆ ਬਾਕੀ ਗੁਰਪ੍ਰਸਾਦ ਬਹੁਤ ਧੰਨਵਾਦ अगेन ਤੁਸੀਂ ਸਾਡੇ ਨਾਲ ਜੁੜਿਓ ਜੀ ਤੇ ਆਈ ਹੋਪ ਕਿ ਜਿਹੜਾ ਜਿਨ੍ਹਾਂ ਨੇ ਸੁਣਿਆ ਦਾਸ ਨੇ ਕਾਫੀ ਕੁਝ ਸਿੱਖਿਆ ਤੇ ਉਹਨਾਂ ਨੇ ਵੀ ਹੋਪਫੁਲੀ ਕੁਝ ਸਿੱਖਿਆ ਹੋਵੇ ਠੀਕ ਹੈ ਜੀ ਐਂਡਿੰਗ ਫਿਰ ਤੇ ਬੁਲਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ